ਇੰਗਲੈਂਡ ਪਾਰਟੀ ਉਹਨਾਂ ਦਾ ਵੀ ਮਾਣ ਕੀਤਾ ਹੈ, ਮੇਰਾ ਵੀ ਮਾਣ ਕੀਤਾ ਮੇਲੇ ਦੇ ਵਿੱਚ। ਭਾਈ ਤਿਆਰੀ ਹੈ ਜੀ, ਵਾਹ ਜੀ ਵਾਹ। ਹਰਿਆਣੇ ਵਾਲਿਓ ਧੰਨਵਾਦ ਤੁਹਾਡਾ ਵੀ, ਬੜੀ ਮਿਹਰਬਾਨੀ, ਬੜੀ ਨਵੀਂ ਘੁੜੀ ਭੱਜੀ ਆ ਭਾਈ ਇਹਨਾਂ ਦੀ ਵੀ, ਪਤਾ ਲੱਗਿਆ ਵੀ ਰੱਬ ਨੂੰ ਪਿਆਰੀ ਹੋ ਰਹੀ, ਬੜਾ ਦੁੱਖ ਹੋਇਆ ਵੀ। ਡੱਬੀ ਘੋੜੀ ਦੀ ਬਹੁਤ ਸਾਰੇ ਖੇਡ ਮੇਲੇ ਪੰਜਾਬ ਦੇ ਵੀ ਜਿੱਤੇ ਉਹਨੇ ਆ ਕੇ, ਆ ਗਈ ਭਾਈ ਸਰਪੰਚ ਜੰਗਾ ਰਾਮ ਜੀ ਖੇੜੀ ਗੁਜਰਾ ਪਹੁੰਚੇ ਨੇ ਜੀ, ਧੰਨਵਾਦ ਬੜੀ ਮਿਹਰਬਾਨੀ। ਅਠਾਰਾਂ ਚੁਰਾਨਵੇਂ ਦਾ ਸਮਾਂ ਜੀ, 18 ਸੈਕਿੰਡ 94 ਪੁਆਇੰਟ, 10 ਜਮ੍ਹਾਂ 8 18, 90 ਜਮ੍ਹਾਂ 4 94। ਇਹ ਕਾਕਾ ਦਮ ਹੇੜੀ ਇਹਦੀ ਚਾਪ ਕੀ ਕਰਕੇ ਲਿਆਇਆ, ਅਗਲੀ ਘੋੜੀ ਤਿਆਰ ਹੈ ਬਾਈ, ਇੱਕ ਪਾਸੇ ਹੋ ਜਾਓ ਜਿੱਥੇ ਬਹਿਣਾ ਬਹਿ ਜਾਓ। ਸਰਦਾਰ ਸੁੱਖਾ ਕਿਸ਼ਨਪੁਰ ਉਹ ਵੀ ਪਹੁੰਚਿਆ, ਸਾਡਾ ਛੋਟਾ ਵੀਰ ਬੁੱਗਾ ਚੈਲੀਆਂ ਜ਼ਰੂਰ ਪਹੁੰਚਿਆ ਹੋਣਾ ਹੈ, ਨਹੀਂ ਪਹੁੰਚਿਆ ਆ ਜਾਊ ਭਾਈ। ਸਰਪੰਚ ਸਰਬਜੀਤ ਸਿੰਘ ਵਿਦੇਸ਼ਕਲ ਧੰਨਵਾਦੀਆਂ ਜੀ, ਤਿਆਰੀ ਆ ਭਾਈ, ਲਿਖੂਗੇ ਜੀ ਪਰਚੀ ਆਊਗੀ, ਲਿਆਓ ਪਰਚੀ ਬਈ, 9-10 ਕੀਤੀ ਆ ਵੀ ਪਰਚੀ। ਇੱਕ ਆ ਗਈ ਭਾਈ ਘੋੜੀ ਦੀ, ਸਰਦਾਰ ਜੰਗ ਸਿੰਘ ਆਰਤੀਆ ਸਰਪੰਚ ਸੋਲਖੀਆਂ, ਸਮਾਂ ਲਾ ਗਈ ਜੀ 18:94। ਤੇਈ ਪੰਜਾਹ ਦਾ ਸਮਾਂ ਜੀ, 23 ਸੈਕਿੰਡ 50 ਪੁਆਇੰਟ, ਮੈਂ ਸਮਝਾਵਾਂ ਤੈਨੂੰ, ਲੈ ਪਰਚੀ ਦੇ ਪਹਿਲਾਂ ਇੱਧਰ, ਇਹਦੇ ਹੇਠਾਂ ਟਾਈਮ ਪਾ ਦੇ, ਮਰ ਭੱਜ ਲੈਂਦੇ ਫਿਰ ਦੱਸਦਾ। ਤਿਆਰੀ ਆ ਭਾਈ, ਮਗਰ ਰਹੋ ਮਗਰ ਭਾਈ, ਰਾਹ ਕਿੰਨੇ ਨਹੀਂ ਆਉਣਾ, ਰਾਹ ਦੇ ਦੂਰ ਰਹੋ, ਮੇਰੀ ਬੇਨਤੀ ਆ ਤੁਹਾਨੂੰ। ਤਿਆਰੀ ਆ ਜੀ, ਮੈਂ ਪ੍ਰਬੰਧ ਨਹੀਂ ਹੋਊਗਾ ਬਾਈ ਇਹ ਜੀ ਖੇਡ ਕਿਸੇ 'ਚ ਵੀ, ਜਿੰਨਾ ਸੋਲਖੀਆਂ ਨਗਰ ਨੇ ਕੀਤਾ। ਇੱਕ ਮਿੰਟ ਨਾ ਬੋਲੋ ਨਾ, ਪਰਚੀ ਲਿਆ ਭੱਜ ਕੇ ਲਿਆ ਕਰੋ ਥੋੜ੍ਹੀ ਜੀ। ਕਰ ਲਿਆ ਜੀ, ਕਰ ਲਿਆ, ਕਰ ਲਿਆ। ਆ ਗਈ ਭਾਈ, ਅੱਪ 1990 ਦਾ ਸਮਾਂ ਜੀ, 1990। ਇਹ ਸਾਬੀ ਕਪੂਰ ਜ਼ਿਲ੍ਹਾ ਜਲੰਧਰ ਦੀ ਘੋੜੀ ਹੈ ਜਿਹੜੀ ਹੁਣੇ ਭੱਜ ਕੇ ਗਈ ਹੈ, ਅਗਲੀ ਘੋੜੀ ਤਿਆਰ ਹੈ ਬਈ, ਤਿਆਰੀ ਹੈ ਜੀ, ਬੋਲੋ ਨਾ। ਫਿਰ ਆਈ ਤਰਨਾ ਹਵਾਰਾ ਜਿਹੜੀ 2 ਨੰਬਰ 'ਤੇ ਘੋੜੀ ਭੱਜੀ, ਤਰਨਾ ਹਵਾਰਾ ਦੀ ਘੋੜੀ ਭੱਜੀ ਹੈ ਜੀ, ਟਾਈਮ ਹੈ 23:50। ਆ ਗਈ ਭਾਈ, ਦੇਖੋ ਦੌੜ ਘੋੜੀਆਂ ਦੀ, ਵਾਹ ਜੀ, ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਵਾਰੀ ਕੀਤੀ ਹੈ ਘੋੜਿਆਂ 'ਤੇ। ਬਾਈ ਬੇਨਤੀ ਆ ਉੱਧਰ ਸੇਵਾਦਾਰ ਵੀਰਾਂ ਨੂੰ, ਸਾਡੀ ਟਰਾਲੀ 'ਚ ਪਾਣੀ ਭੇਜ ਦਿਓ ਭਾਈ, ਬੱਚੇ ਪਾਣੀ ਮੰਗਦੇ ਆ, ਪਾਣੀ ਭੇਜੋ ਇੱਕ ਵਾਰੀ। ਇਹ ਚਾਂਸ ਹੋ ਗਿਆ ਜੀ, 2 ਚਾਂਸ ਹੈ ਝੰਡੀ ਦੇ, ਬੱਚਿਆਂ ਦੇ ਵੀ ਘੋੜਿਆਂ ਦੇ ਵੀ, 2 ਚਾਂਸ ਹੈ ਜੀ। ਆ ਗਈ ਭਾਈ 1990,
तेई क्यासी दा समा जी तेई क्यासी ए परगट सिंह है पिंड रैलो आनंदपुर कलाउड दे परले बन्ने पिंड है रैलो ये जवान उस पिंड दा है जिहड़ा चापकी करके आया है अगली घोड़ी तैयार है जी गां दी घोड़ी तैयार है भाई है जी हाँ कोई नहीं आ जाती पर्ची ये बाबा जी उन्होंने जी सोलकियां तो पैसे ना लो पर्ची दे दिया करो आगे भाई अप बी अठत्ती दा समा जी बी अठत्ती एक काका दमहेड़ी जिला बजा के लिया है समा लाया बी अठत्ती पता इधर आ शामा शामा जी शामा तैयारी है भाई हैरी ओ हैरी है मुंडा साड़ा हैरी जिला कली पौंदा भाई हैरी हैरी शामा आ जा धन्यवाद तेरा भाई शामा आ जा बीर धुप रंग तेरा हो जू काला ब्याह नहीं होना सर फिर आई भाई बाई जीरो तीन दस समा जी बल्ले बल्ले ये बट च भज गया ज्यादा भी सारे जरा बट च भजी गया टाइम लिख लिया छोटे भीर इहदा टाइम लिख लिया ठीक है बोलो पहली जिहड़ी पर्ची की दी है पहला है जी सुखपाल सिंह पिंड रैली टाइम 20:30 है जी फिर बाबा नागर सिंह उन्हां दा घोड़ा था बाबा नागर सिंह जी आगे भाई ਪਰਚੀ ਪਾਇਆ ਕਰ ਨੰਬਰ ਹੀਰਾ ਪੰਨਾ ਪਾ ਦੀ ਪਰਚੀ ਹੋਈ ਪਾਉਣਾ ਦਮ ਦੇ ਕੇ ਪਾ ਰਿਆ ਵਾਹ ਜੀ ਵਾਹ ਜੀ ਵਾਹ ਅਪ 22:65 ਦਾ ਸਮਾਂ ਜੀ 22:65 22:65 ਦਾ ਸਮਾਂ ਜੀ ਇਹਨਾਂ ਦੇ ਘੋੜਿਆਂ ਦਾ ਸਟਾਈਲ ਦੇਖੋ ਭੱਜਣ ਦਾ ਫਰਕ ਹੈ ਆਪਣਾ ਇਹਨਾਂ ਘੋੜਿਆਂ ਦੀ ਭੱਜ ਦਾ ਸਟਾਈਲ ਦਾ ਫਰਕ ਹੈ ਘੋੜੇ ਤਿਆਰੀ ਆ ਜੀ ਤਿਆਰੀ ਆ ਭਾਈ ਦੂਜੀ ਸ਼ਿਫਟ ਵਾਲੇ ਵੀਰਾਂ ਨੂੰ ਬੇਨਤੀ ਆਪਣੀ ਤਿਆਰੀ ਕਰ ਲੈਣ ਜੀ ਆਖਰੀ ਸ਼ਿਫਟ ਹੋਊਗੀ ਦੂਜੀ ਘੋੜਿਆਂ ਦੀ ਉਹਦੇ ਬਾਅਦ ਬੱਚੇ ਸ਼ੁਰੂ ਹੋ ਜਾਣਗੇ ਭਾਈ ਆ ਗਈ ਭਾਈ ਲਿਖ ਲਓ ਬਾਬਾ ਜੀ ਦਾ ਨਾਮ ਲਿਖ ਲਓ ਅਪ 21:16 ਦਾ ਸਮਾਂ ਜੀ 21:16
ਇਹ ਵੀ ਬਾਬਾ ਨਾਗਰ ਸਿੰਘ ਹੋਣਾਂ ਦੀ ਹੈ ਬਈ ਬਾਜੀ ਬਾਬਾ ਜੀ ਨੂੰ ਤਾਂ ਭਾਈ ਖੇਡ ਦੀ ਰੌਣਕ ਵਧਾ ਕੇ ਰੱਖਤੀ ਅੱਗੇ ਜਦੋਂ ਪਹਿਲਾਂ ਖੇਡਾਂ ਹੋਈਆਂ ਤੀਆਂ ਜਦ ਇੱਥੇ ਕੀਲਾ ਪਟਾਈ ਦੇ ਮੁਕਾਬਲੇ ਕਰਾਏ ਮੈਂ ਧੂੜਾਂ ਹੀ ਉੱਡਦਿਆਂ ਦਿਖਿਆ ਧਰਤੀ 'ਚ ਫਿਰ ਇਹਨਾਂ ਖੇਤਾਂ ਨੂੰ ਭਾਗ ਲਾਤੇ ਤੇ ਭਾਗ ਇਹ ਉਹਨਾਂ ਸਾਲਾਂ ਤੋਂ ਬਾਅਦ ਮੁੜ ਅੱਜ ਦਿਨ ਆਇਆ ਏ ਵਾਕਿਆ ਭਾਈ ਤੁਸੀਂ ਖਰਚ ਕਰਦੇ ਹੋ ਬਈ ਮਰਨਾ ਪਊਗਾ ਖਰਚ ਤੋਂ ਤੇ ਉਤਰ ਗਏ ਬਈ ਨਾ ਪਾਈ ਜਾਂ ਨਾ ਪਾ ਜ਼ਿਆਦਾ ਨਾ ਪਾ ਬਸ ਹੈਰੀ ਨਾ ਪਾ ਮਤਲਬ ਹੋਰ ਨਾ ਪਾ ਹੁਣ ਨਹੀਂ ਪਾਉਣੀ ਕਲੀ ਬਹੁਤ ਹੈ ਸਾਲਾਪੁਰ ਚੌਂਕ ਤੋਂ ਲੈ ਕੇ ਇੱਧਰ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਉਤਰਦੇ ਹਾਂ ਤੁਸੀਂ ਆਪਦੇ ਪਿੰਡ ਵੱਲੋਂ ਜਿੱਥੇ ਮੇਰਾ ਭਾਵ ਕਹਿਣ ਦਾ ਰਾਹ ਸਾਡੇ ਪਿੰਡ ਵੱਲੋਂ ਆਉਂਦਾ ਉੱਥੇ ਕਲੀ ਪਾਈ ਹੋਈ ਹੈ ਤਾਂ ਕਿ ਤੁਹਾਨੂੰ ਪੁੱਛਣਾ ਨਾ ਪਵੇ ਸਾਲਾਪੁਰ ਦੇ ਚੌਂਕ ਤੋਂ ਹੀ ਪਾਈ ਹੋਈ ਹੈ ਘੋੜਿਆਂ ਵਾਲੇ ਬੱਚਿਆਂ ਵਾਲੇ ਵੀ ਸਿੱਧੇ ਪਿੰਡ ਆ ਕੇ ਖੜਦੇ ਜਿਹੜੇ ਕਦੇ ਨਹੀਂ ਆਏ ਉਹ ਵੀ ਸਿੱਧੇ ਆਏ ਕਹਿੰਦੇ ਸਾਨੂੰ ਪੁੱਛਣਾ ਹੀ ਨਹੀਂ ਪਿਆ ਨਿਸ਼ਾਨੀ ਦੇਖ ਕੇ ਆ ਗਏ ਹਾਂ ਰਾਹ ਵਾਲੇ ਤਾਂ ਵੱਟ ਕੱਢਦੇ ਵਾਹ ਜੀ ਵਾਹ ਆਹ ਦੇਖ ਲਓ ਜੀ ਸੀਤਲ ਜੀ ਕਹਿੰਦੇ 15 ਦਿਨ ਹੋ ਗਏ ਰੂਲ ਫਿਰਦੇ ਰਾਹ 'ਚ ਐਵੇਂ ਨਹੀਂ ਬਣਿਆ ਮਿਹਨਤਾਂ ਕਰੀਆਂ ਸਰਦਾਰ ਗਰਜਾ ਸਿੰਘ ਸੋਲਖੀਆਂ ਮਾਮਾ ਜੀ ਸਾਡੇ 'ਚ ਰਹੇ ਨਹੀਂ ਪਰ ਬੜੇ ਨਾਮੀ ਮੋਹਰ ਪਜਾਏ ਉਹਨਾਂ ਨੇ ਵੀ ਸਰਦਾਰ ਪ੍ਰੇਮ ਸਿੰਘ ਸਰਦਾਰ ਗਰਜਾ ਸਿੰਘ ਤੁਹਾਨੂੰ ਨਵੇਂ ਮੋਹਰ ਨੂੰ ਤਾਂ ਨਹੀਂ ਪਤਾ ਹੋਣਾ ਮੇਰੇ ਹਾਣੀ ਹੈ ਜਿਹੜੇ ਉਹਨਾਂ ਨੂੰ ਪਤਾ ਹੋਣਾ ਹੈ ਇੱਕ ਵਾਰੀ ਤੁਹਾਡੇ 12 ਮੀਲ ਦੀ ਸ਼ਰਤ ਵੀ ਲੱਗ ਗਈ ਸੀ ਪਿੰਡ ਦੇ ਵਿੱਚ ਸਰਜੀਤ ਸਿੰਘ ਰਾਣਾ ਉੱਧਰ ਮਾਮਾ ਜਰਨੈਲ ਸਿੰਘ ਇਹ ਦੋਵੇਂ ਪਰਿਵਾਰਾਂ ਦੀ ਪਹਿਲਾਂ ਸ਼ਰਤ ਲੱਗ ਗਈ ਸੀ ਪਿੰਡ ਦੇ ਵਿੱਚ ਵੀ ਪਿੰਡ ਦੇ ਸੂਝਵਾਨ ਆ ਗਈ ਭਾਈ ਬੰਦਿਆਂ ਨੇ ਉਹ ਦੌੜ ਨਹੀਂ ਤੇ ਹੁਣ ਦਿੱਤੀ ਬਾਈ 73 ਦਾ ਸਮਾਂ ਜੀ 22-73 ਇਹ ਸਰਦਾਰ ਪ੍ਰਗਟ ਸਿੰਘ ਨੇ ਪਿੰਡ ਰਲੋਂ ਤੋਂ ਜਿਹੜੇ ਇਸ ਘੋੜੇ ਦੀ ਚਾਬਕੀ ਕਰਕੇ ਲਿਆਏ ਸਰਦਾਰ ਪ੍ਰਗਟ ਸਿੰਘ ਪਿੰਡ ਰਲੋਂ ਜਿਹੜੀਆਂ ਘੋੜੀਆਂ ਸਾਡੇ ਐਂਟਰੀ ਕਰਾਤੀ ਜਾਂ ਕਰਾਉਣੀ ਜਲਦੀ ਅਸੀਂ ਸਦਾ ਦੇਣਾ ਸ਼ਰਟ ਭਜਾ ਕੇ ਉਹਦੇ ਬਾਅਦ ਇਹ ਬੱਚਿਆਂ ਵਾਲੇ ਵੀਰਾਂ ਨੂੰ ਕਹਿ ਦੇਣਾ ਤੁਸੀਂ ਆਪਦੀ ਤਿਆਰੀ ਕਰ ਲਓ ਉਹਦੇ ਬਾਅਦ ਬੱਚਿਆਂ ਦੇ ਸਾਡੇ 20 ਦੋ ਨਾਮ ਮਨੀ ਮੁਕਲਾ ਦੇ ਵਿੱਚ ਉਹਨਾਂ ਦੇ ਪਿਤਾ ਸਰਦਾਰ ਜੋਗਾ ਸਿੰਘ 200 ਰੁਪਏ ਦੇ ਦੋ ਨਾਮ ਦੇਣਗੇ ਬਈ ਆ ਗਈ ਭਾਈ ਇਹ ਹਾਂ ਹੋ ਜਾ ਰਾਹ 'ਚ ਵਾਹ ਜੀ ਵਾਹ ਦੇਖ ਲਓ ਜੇ ਰਾਹ ਘਟੀਆ ਹੁੰਦਾ ਇਹਨੇ ਬਾਹਰ ਨੂੰ ਭੱਜ ਜਾਣਾ ਤਾਂ ਰਾਹ ਦੇਖ ਕੇ ਰਾਹ 'ਚ ਆ ਗਈ ਕਹਿੰਦੀ ਰਾਹ ਚੰਗਾ ਮੈਂ ਰਾਹ ਨੂੰ ਹੀ ਭੱਜ ਜਾਂਦੀ ਹਾਂ ਪੱਚੀ ਪੰਜਾਹ ਦਾ ਸਮਾਂ ਜੀ 25 ਸੈਕਿੰਡ ਘੋੜੀ ਤਿਆਰ ਹੈ ਬਈ ਗਾਂ ਦੀ ਘੋੜੀ ਪਰਚੀ ਨਾ ਕੋਈ ਰਹਿ ਜਾਵੇ ਸਾਡੀ ਅੱਜ ਜਿਹੜੀ ਖੇਡ ਚੱਲਦੀ ਹੈ ਉਦਘਾਟਨ ਬਾਬਾ ਨਾਗਰ ਸਿੰਘ ਉਹਨਾਂ ਨੇ ਕੀਤਾ ਅਸੀਂ ਉਹਨਾਂ ਦਾ ਫਿਰ ਧੰਨਵਾਦ ਕਰਦੇ ਹਾਂ ਖੇਡ ਵਾਸਤੇ ਸਾਡੇ ਨਗਰ ਨੂੰ ਬਤੌਰ ਸਹਿਤ ਉਹਨਾਂ ਨੇ ਸਾਡੀ ਖੇਡ ਨੂੰ 11,000 ਰੁਪਇਆ ਦਿੱਤਾ ਬਾਬਾ ਜੀ ਉਹਨਾਂ ਦਾ ਧੰਨਵਾਦ
फिर भज गई। मान जट घोड़ी ते सवार हो गया, सुच्चा सिंह सूरमा फरार हो गया। लो जी दूजे शब्द वाले वीरां नूं बेनती अपने घोड़ियां लेके लंघण दी। दूजे शब्द वाले वीरां नूं बेनती है जी, असीं उहनां दा फिर धन्नवाद करदे आं। खेल वाती ਸਾਡੇ ਨਗਰ ਨੂੰ ਬਤੌਰ ਸਹਿਤ ਸ਼ੇਰੇ ਪੰਜਾਬ ਸਾਡੀ ਖੇਡ ਨੂੰ ਯੂ ਰਾਜ ਕਰਨਾ ਮਨ ਰਾਜ ਛੋਟੇ ਬਾਹਰ ਨੂੰ ਆਉ ਮਨਲਾ ਫਿਰ ਰਾਜ ਨਹੀਂ ਰਾਜ ਜਾਓ ਜੇ ਬਾਹਰ ਜਾਓ ਭਾਈ ਫਿਰ ਬਾਹਰ ਭੱਜ ਕੇ ਆਊ ਰਾਹ ਨੂੰ ਲੈ ਕੇ ਜਾਊਂਗੇ ਰਾਹ ਨੂੰ ਸ਼ੇਰੇ ਪੰਜਾਬ ਯੂ ਸਪੋਰਟਸ ਕਲੱਬ ਪਿੰਡ ਸੋਲਖੀਆਂ ਪਿਛਲੇ ਸਾਲਾਂ ਦੀ ਤਰ੍ਹਾਂ ਸਾਹਿਬ ਵੀ ਇਹ ਮੇਲਾ ਕਰਵਾ ਰਹੇ ਹਾਂ ਮਿੱਤਰੋ ਜੇ ਆਪਾਂ ਬੈਲ ਗੱਡੀਆਂ ਦੀ ਗੱਲ ਕਰੀਏ ਸਰਦਾਰ ਜੰਗ ਸਿੰਘ ਜੀ ਸੋਲਖੀਆਂ ਨੇ ਇਸ ਖੇਡ ਦੇ ਵਿੱਚ ਬਹੁਤ ਵੱਡਾ ਨਾਮ ਬਣਾਇਆ ਜਾਦੇ ਜਿਹਨੂੰ ਕਹਿੰਦੇ ਲੋਕ ਬਾਬਾ ਨਾਗਰ ਸਿੰਘ ਜੀ ਸਮਾਂ ਜੀ 2273 ਲੰਬੜਦਾਰ ਸਟਾਰਟ ਫਾਰਮ ਸੇੜੀ 2550 हाँ जी लंघो जी ना 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 कोड़ी एक बारी भजो दोबारा नहीं इत्थे ना ना इहदा 20-25 है एक बार भजना एक बारी दो बारी नहीं एक बारी वो कोड़े होर ते होर है वो इत्थे घोड़ियां दा अंत है बाबा जी ना कोल सौ घोड़ा है ਇਹ ਦੋ ਦਿਓ ਗੱਲ ਕਰਦੇ ਹਾਂ ਹਾਂਜੀ ਜੰਗ ਸਿੰਘ ਸਰਪੰਚ ਸੋਲਖੀਆਂ ਤੁਸੀਂ ਪਿੰਡ 'ਚ ਵੀ ਜਾ ਕੇ ਦੇਖਿਓ ਪਿੰਡ 'ਚ ਫਿਰ ਨਹੀਂ ਪਰ ਨੂੰ ਘੁੰਮ ਕੇ ਦੇਖਿਓ ਪਹਿਲਾਂ ਤਾਂ ਵੀ ਪਿੰਡ ਦੇ ਵਿਕਾਸ ਕਿੰਨਾ ਹੋਇਆ ਵਿਕਾਸ ਇਹ ਪਤਾ ਲੱਗਦਾ ਵੀ ਸਰਪੰਚੀ ਕਿਹਨੂੰ ਕਹਿੰਦੇ ਬਹੁਤ ਜ਼ਿਆਦਾ ਬੜੇ ਕੰਮ ਕੀਤੇ ਪਿੰਡ 'ਚ ਵੀ ਸ਼ੇਰੇ ਪੰਜਾਬ ਯੂ ਸਪੋਰਟਸ ਕਲੱਬ ਸੋਲਖੀਆਂ ਜਿਹੜੇ ਮੇਲਾ ਕਰਵਾ ਰਹੇ ਨੇ ਜੀ ਨਗਰ ਪੰਚਾਇਤ ਨਗਰ ਨਿਵਾਸੀ ਵੀਰ ਵੱਡਾ ਸਹਿਯੋਗ ਬਾਬਾ ਨਾਗਰ ਸਿੰਘ ਹੋਰਾਂ ਦਾ ਹਾਂਜੀ ਆਖਰੀ ਸ਼ਿਫਟ ਹੈ ਬਈ ਘੋੜੀਆਂ ਵਾਲੇ ਵੀਰ ਨੋਟ ਕਰ ਲੈਣ ਇਹਦੇ ਬਾਅਦ ਬੱਚਿਆਂ ਵਾਲੇ ਵੀਰਾਂ ਨੂੰ ਬੇਨਤੀ ਹੈ ਉਹ ਰਾਹ ਨੂੰ ਲਿਜਾਓ ਜੀ ਲਿਆਉਣ ਨੂੰ ਬਾਬਾ ਜੀ ਉਰੇ ਰਾਹ ਨੂੰ ਬਾਹਰ ਨਹੀਂ ਲਿਜਾਈ ਦੇ ਘੋੜੇ ਰਾਹ ਨੂੰ ਲਿਜਾਓ अच्छा कोई नहीं लो जी देखो घोड़िया दी एक घोड़िया दो बंदा उपर एक हाँ देखियो जौहर बाबा जी दे दोहा घोड़िया पर किन्नी उम्र है यार छोटी जी उम्र बाबा जी का मसी 13-14 साल की उम्र होनी है केडी दिल की गल होनी है दो घोड़िया पर खंड थोड़े जी दूर हो गए बंदा क्या करूँ उपर ये दो घोड़िया पर एक बाबा हो सत श्री अकाल भाई पहलवान जग्गा जी धन्यवादी हैं जी बड़ी मेहरबानी भाई सारिया घोड़िया ले जाओ घोड़ी कोई साढ़े वाल खड़ी ना रह जाए सारिया घोड़िया चले जाएगियां साढ़े वाल घोड़ी खड़ी ना रह जाए जी ज्यादा तगड़ा प्रबंध किया भाई हाँ देखो पिछे नूं भाग लाए पए स्टेजां पई गुरु का लंगर तुट वरत रहा है ठंडा पानी ये दारा सिंह जी व्यापारी लंगर की सेवा उन्हां दी है धन्यवाद उन्हां दा भी भाई जी कुरबानी जद बंदा दुनिया का पता दुनिया कित्थे वसदी है हुण जंग सिंह ने भी भाई दुनिया की की हुई है ਬਾਬਾ ਜੀ ਉਹਨਾਂ ਨੂੰ ਵੀ ਬਾਹਰ ਰਹਿੰਦੇ ਫਿਰ ਪਤਾ ਜ਼ਿਆਦਾ ਲੱਗਦਾ ਹੈ ਵੀ ਸਟੇਜਾਂ ਕਿਵੇਂ ਲਾਉਣੀਆਂ ਪ੍ਰੋਗਰਾਮ ਕਿਵੇਂ ਕਰਾਉਣੇ ਆ ਉਹ ਦੇਖ ਲਓ ਉੱਧਰ ਦੋ ਘੋੜੀਆਂ ਖੜ ਗਈਆਂ ਬਾਬਾ ਇੱਕ ਘੋੜੀਆਂ ਦੋ ਕੱਲ੍ਹ ਨੂੰ ਕਹਾਂ ਘੋੜੀ ਇੱਧਰ ਤਾਂ ਹਾਲੇ ਨਾ ਲਿਆਇਓ ਘੋੜੀ ਖੜ ਜਾਓ ਤੁਸੀਂ ਘੋੜੀ ਮੁਰਲੇ ਡੱਬੀ ਰੋਕ ਲਿਓ ਮਾੜੀ ਜੀ ਮੂਹਰੇ ਘੋੜੇ ਆਉਣ ਲੱਗੇ ਦੋ ਘੋੜੀ ਆਪਣੀ ਰੋਕ ਲਿਓ ਮੂਹਰੇ ਆ ਕੋਈ ਨਹੀਂ ਕੋਈ ਛੱਡਣ ਦੇ ਕੋਈ ਨਹੀਂ ਉਹਦੀ ਕੋਈ ਐਂਟਰੀ ਨਹੀਂ
चलो जी वो तो शौक ही है। वाह गुरु दिया लाडलियां साई स्टूडियो लाड़ी अल्लाह सिंह भी पहुंचे ने जी धन्यवाद बड़ी मेहरबानी साबी कपूर निहाल सिंह कपूर कपूर जिला जलंधर दे विच जी इन्होंने घोड़िया ने मेला करवाया था रेड़ा घोड़ा ऐ घोड़े लड़ पे दे उस दो उलझे कि घोड़े पहुंचे उन्हें तोरो तोरो घोड़िया नु भाई समा भाई बचाउणा आपां ने बल्ले 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 वो तो होरे पासे नु छड़ते आ गए इधर नु बल्ले बल्ले आ नहीं सा वाला गुरु दी लाडली फौज दी कह रही सा लो मार दो ताली सकदा पता लगे हां बाबा जी खड़े हैं घोड़ी पर वाह जी वाह लंगो घोड़ियां लेके अपनियां लंगो मेरा वीर घोड़ियां लेके को होर आउणी है आउण तो खड़ जाओ एक जोड़ा होर आउंदा एक जोड़ा होर आऊगा ए ए घोड़ा टिकदा नहीं खड़ गया घबरा हो जाओ पर हो जाओ ट्राली बजाई ट्राली वीर वाह वाह बजा ले बस घोड़े रन तो कच्चे हो गए सट भी बचना है सट भी बाबा जी बचना है आप बचाओ भी करना पड़ना ठीक है जी रन उलझाए वो अपन जाते बाहर जाने जेडे इतना ही गलती करते हैं भाई रन लेके जाओ हाँ जी हाँ जी हेलो आने कोने देखो फिर को अमरूगा तेजी मा के मनना पौगा कम फुर्ती दा
आ गया भाई जोड़ा फिर ए आहा देखो दोए ऊपर बैठ के गले ने अपने पहला कंट्रोल च करने फिर खड़ना ओदे पर नड़दे पर फिर ए ट्रेन गए जे कि थोड़ा बद कट बजे ता भी गलत काम आ भाई जोड़ा देख लो सगे भाई है जिवें जिवें जोड़े जमे होने ना भाई ओ उना चो है दोए है पहचान कोई बिल्कुल पहचान एक दूए दी थोड़ा कद का फर्क है ओला बड़ा है थोड़ा जा हाँ जी ठीक है जी ले जावे कोड़ियां अपनी दूई शिफ्ट है कोड़ियां की रोल जानते यार तुही अपनी आ बल्ला 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 साथ के जावा साथ के भी मरना पड़ेगा स्पीड नाले पाँच दे बहुत है कोड़े ए ए राज करके बादी बाद बस 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 आज्ञा कहा है भाई लो जी बच्चों के 26 नाम हो गए जी घोड़िया 15 नाम हो गए वो खड़ जी भाई हाला भजाई घोड़िया तो आ जान दे घोड़िया ना आने दे यार लंघो लेके घोड़िया आखिरी शिफ्ट है भाई आखिरी शिफ्ट है अपनी घोड़िया ले जाओ शिफ्ट आखिरी है सारे भी अपने घोड़िया लेके लंघ जाओ वो टाइम नहीं भाई बाद दे विच बच्चे भजने धनवादियां जी सरदार सुखविंदर सिंह प्रधान घाट क्लब साड़ी खेड़ पहुंचे ने सब तो पहले तो असं उन्होंने जी आए आखते हैं फिर उन्होंने धन्यवाद भी करते हैं पांच नाम घोड़िया दे सुखविंदर सिंह जी घाट क्लब वालों पंजे होर बच्चों बच्चों के 21-26 हो गए घोड़िया के 10-15 हो गए सुखविंदर सिंह जी घाट क्लब का असी फिर धन्यवाद करते हैं साड़ा गोती भाई भी है भाई पहला बाबा जी उन्होंने नागर सिंह उन्होंने उद्घाटन किया 11,000 रुपया उन्होंने शेरे पंजाब स्पोर्ट्स क्लब सोलकिया बतौर सहायता दिता धन्यवाद करते उन्हों का भी पांच नाम कुल मिला के 10 नाम 10-5 5,000 रुपया सुखविंदर सिंह जी प्रधान घाट क्लब वालों दिता जाना जी पांच नाम घोड़िया दे पंजे बच्चों के दो नाम बुरदा दे विच होर मनी बगली दी आद दे विच उन्हां दे पिता जी सरदार जोगा सिंह उन्हां वालों भाई जी ये घोड़ी जाती है बुननी मगर दे ना आवे कोई देखो जे कोई घोड़ी बात दे विच आ गई कोई गल नहीं भजा देंगे फिर भी भजा देंगे ਆਪਾਂ ਸਮੇਂ ਨਾਲ ਬੱਚੇ ਭੱਜਣ ਲਾ ਦੇਣੇ ਨਿਸ਼ਾਨੀਆਂ ਲੱਗੀਆਂ ਹੋਈਆਂ ਜੇ ਕੋਈ ਘੋੜੀ ਕਿਹਦੇ ਕਾਰਨ ਕਰਕੇ ਕੋਈ ਕੰਮ ਹੋ ਜਾਂਦਾ ਕੰਮ ਤਾਂ ਕੋਈ ਨਹੀਂ ਹੋ ਜਾਂਦਾ ਉਹ ਤਾਂ ਅਸੀਂ ਨਹੀਂ ਮੰਨਦੇ ਟੈਂਪੂ ਖਰਾਬ ਹੋ ਗਿਆ ਜਾਂ ਕਿਤੇ ਜਾਮ ਲੱਗ ਗਿਆ ਉਹਨੂੰ ਆਪਾਂ ਜ਼ਰੂਰ ਮੰਨਦੇ ਫਿਰ ਉਹਨੂੰ ਮੌਕਾ ਜ਼ਰੂਰ ਦੇ ਦਾਂਗੇ ਵੀ ਭਾਈ ਕੋਈ ਨਹੀਂ ਤੂੰ ਹੀ ਭਜਾ ਲੈ ਅਸੀਂ ਹੁਣ ਵੈਸੇ ਬੱਚੇ ਭੱਜਣ ਲਾ ਦੇਣੇ ਬੱਚੇ ਵਾਲੇ ਵੀਰਾਂ ਨੂੰ ਬੇਨਤੀ ਆਪਣੀ ਐਂਟਰੀ ਕਰਾ ਲੈਣ ਬੱਚਿਆਂ ਵਾਲੇ ਵੀਰ ਵੀ ਬੱਚੇ ਦਲਾਕ ਵੀਰਾਂ ਨੂੰ ਬੇਨਤੀ ਆਪਣੀ ਐਂਟਰੀ ਕਰਾ ਲੈਣ
ਲਓ ਜੀ ਗੁਰੂ ਦਾ ਟੁੱਟ ਲੰਗਰ ਆ ਸਾਹਮਣੇ ਜਿੱਥੇ ਫਤਿਹ ਜੰਗ ਸਿੰਘ ਹੋਰਾਂ ਦਾ ਮਕਾਨ ਹੈ ਕੋਠੀ ਹੈ ਉਹਦੇ ਉਰਲੇ ਬੰਨੇ ਜਿਹੜੇ ਦਰਖਤ ਖੜੇ ਹੈ ਉੱਥੇ ਸਾਡੀ ਟਰਾਲੀ ਖੜੀ ਹੈ ਲੰਗਰ ਵਾਲੀ ਇਹ ਸਭ ਤੋਂ ਬੜਾ ਦਾਨ ਲੰਗਰ ਦਾ ਹੈ ਭਗਤ ਆਸਾ ਰਾਮ ਜੀ ਸੋਹਣੇ ਪਿੰਡ ਜੋ ਹੈ ਉਹਨਾਂ ਨੇ ਵੀ ਕਿਹਾ ਵੀ ਸਭ ਤੋਂ ਵੱਡਾ ਪੁੰਨ ਹੈ ਰਿਜ਼ਕ ਦਾ ਫਿਰ ਬੜਾ ਪੁੰਨ ਹੈ ਤੁਸੀਂ ਆਪਦੀ ਜ਼ਿੰਦਗੀ 'ਚ ਕੋਈ ਫਲਦਾਰ ਜਾਂ ਸ਼ਾਨਦਾਰ ਇਹ ਬੂਟਾ ਲਾਉਂਦੇ ਹੋ ਫਿਰ ਵੀ ਬਹੁਤ ਵੱਡਾ ਪੁੰਨ ਹੈ ਭਗਤ ਆਸਾ ਰਾਮ ਜੀ ਨੇ ਲਿਖਿਆ ਹੈ ਦਾਨ ਰਿਜ਼ਕ ਦਾ ਕਰਨਾ ਬਹੁਤ ਚੰਗਾ ਬਹੁਤਾ ਚੰਗਾ ਬੂਟਾ ਲਾਉਣਾ ਰੁੱਖ ਦਾ ਜੀ ਪੰਛੀ ਬੈਠ ਕੇ ਉੱਤੇ ਵਿਸ਼ਰਾਮ ਕਰਦੇ ਜੀਵ ਰਾਮ ਕਰਦਾ ਮਾਰਿਆ ਧੁੱਪ ਦਾ ਜੀ ਨਿੱਤ ਨਿੱਤ ਬਿਮਾਰੀਆਂ ਪਾਉਣ ਫੇਰੇ ਬੰਦਾ ਰੱਬ ਨੂੰ ਯਾਦ ਕਰਦਾ ਮਾਰਿਆ ਦੁੱਖ ਦਾ ਜੀ ਆਸਾ ਰਾਮ ਕਹਿੰਦਾ ਸਿਮਰ ਲੈ ਰਾਮ ਬੰਦੇ ਹਰਿਆ ਜਾਂਦਾ ਹੈ ਜਨਮ ਮਨੁੱਖ ਦਾ ਜੀ ਮਿੱਤਰੋ ਇਹ ਜਨਮ ਵੀ ਬੜਾ ਔਖਾ ਮਿਲਿਆ ਆਪਾਂ ਨੂੰ ਹੈਲੋ ਭਾਈ ਵੀਰ ਬੱਚਿਆਂ ਵਾਲਿਆਂ ਨੂੰ ਬੇਨਤੀ ਹੈ ਜੀ ਐਂਟਰੀ ਸ਼ੁਰੂ ਹੋ ਗਈ ਹੈ ਬੱਚਿਆਂ ਦੀ ਐਂਟਰੀ ਕਰਵਾ ਦਿਓ ਜੀ ਜਿਹੜਾ ਵੀਰਾਂ ਨੇ ਐਂਟਰੀ ਕਰਵਾਉਣੀ ਹੈ ਬੱਚਿਆਂ ਦੀ ਜੀ ਬੱਚਿਆਂ ਵਾਲੇ ਵੀਰ ਆਪਣੀ ਐਂਟਰੀ ਕਰਾ ਲਓ ਆ ਕੇ ਬਈ ਬੱਚਿਆਂ ਵਾਲੇ ਵੀਰ ਆਪਦੀ ਐਂਟਰੀ ਕਰਾ ਲਓ ਝੰਡੀ ਖੜੀ ਹੈ ਜੀ ਵਾਹ ਜੀ ਵਾਹ ਸਰਦਾਰ ਸੁਖਵਿੰਦਰ ਸਿੰਘ ਜੀ ਪ੍ਰਧਾਨ ਘਾਟ ਕਲੱਬ ਪੰਜ ਸੌ ਰੁਪਏ ਦੇ ਪੰਜ ਨਾਮ ਘੋੜੀਆਂ ਦੇ ਪੰਜੇ ਨਾਮ ਖੀਰੇ ਦੁੱਗੇ ਬੱਚਿਆਂ ਦੇ ਪੰਜ ਸੌ ਰੁਪਏ ਦੇ ਤਿਆਰੀ ਹੈ ਜੀ ਸਰਦਾਰ ਸੁੱਖਾ ਬਣਾਉਂਗੀ ਉਹਨਾਂ ਨੇ ਵੀ 1100 ਰੁਪਇਆ ਦਿੱਤਾ ਭਾਈ 2100 ਰੁਪਇਆ ਝੱਲੀਆਂ ਤੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਈ ਨਾ ਨਾ ਲੋੜੇ ਨਹੀਂ ਕਿੱਥੇ ਕਿਹੜੇ ਆਪਾਂ ਕੋਈ ਲੱਗਿਆ ਤਿਆਰੀ ਆ ਜੀ ਆ ਗਈ ਬਾਈ ਚੱਪ ਸਮਾਂ ਜੀ 1882 ਦਾ ਜੀ ਮਾਰ ਦਿਓ ਤਾਲੀ ਇੱਕ ਵਾਰੀ ਹੈਲੋ 1882 ਦਾ ਸਮਾਂ ਆ ਗਿਆ ਜੀ ਸਰਪੰਚ ਜੰਗਾ ਰਾਮ ਖੇੜੀ ਗੁਜਰਾ ਹੈਲੋ 1882 ਬਈ ਹੈਲੋ ਸੋਨੂ ਵੀਰ ਨੂੰ ਭਾਈ ਸਟੇਜ ਤੇ ਬੁਲਾਇਆ ਗਿਆ ਸੋਨੂ ਭਾਈ ਜਿੱਥੇ ਸਾਡੀ ਆਵਾਜ਼ ਸੁਣਦਾ ਸਟੇਜ ਤੇ ਪਹੁੰਚੇ ਸੋਨੂ ਜਿੱਥੇ ਸਾਡੀ ਆਵਾਜ਼ ਸੁਣਦਾ ਸਟੇਜ ਤੇ ਪਹੁੰਚੇ ਜੀ ਅਗਲੀ ਘੋੜੀ ਭੱਜਣ ਨੂੰ ਤਿਆਰ ਹੈ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਤਿਆਰੀ ਆ ਭਾਈ ਆ ਗਈ ਭਾਈ ਹਾਂਜੀ ਅਪ 1969 ਦਾ ਸਮਾਂ ਜੀ 1969 ਕੜ ਸਮਾਂ ਜੀ ਜਿੰਨੀਆਂ ਘੋੜੀਆਂ ਹੁਣ ਤੱਕ ਭੱਜ ਰਹੀਆਂ ਸਰਪੰਚ ਜੰਗਾ ਰਾਮ ਜੀ ਖੇੜੀ ਗੁਜਰਾ ਉਹਨਾਂ ਦਾ ਘੱਟ ਸਮਾਂ ₹10,000 ਰੁਪਇਆ ਸਰਦਾਰ ਸੁਖਵਿੰਦਰ ਸਿੰਘ ਜੀ ਪ੍ਰਧਾਨ ਘਾਟ ਕਲੱਬ ਵੱਲੋਂ ਜੀ ਸਾਡੇ ਇਸ ਖੇਡ ਵਾਸਤੇ ਸ਼ੇਰੇ ਪੰਜਾਬ ਯੂਥ ਸਪੋਰਟਸ ਕਲੱਬ ਵਾਸਤੇ ₹10,000 ਪੰਜ ਨਾਮ ਘੋੜੀਆਂ ਦੇ ਪੰਜੇ ਨਾਮ ਬੱਚਿਆਂ ਦੇ
500 ਰੁਪਏ ਦੇ ਸਰਦਾਰ ਜਸਪ੍ਰੀਤ ਸਿੰਘ ਲਖਮੀ ਵਰਚੱਲੀਆਂ ਵੱਲੋਂ 2100 ਰੁਪਇਆ ਉਹਨਾਂ ਵੱਲੋਂ 11000 ਰੁਪਇਆ ਤਿਆਰੀ ਆ ਭਾਈ 1 ਲੱਖ ਰੁਪਏ ਦੇ ਨਾਮ ਹੈ ਮਿੱਤਰੋ ਜਿਹੜੇ ਅੱਜ ਆਪਾਂ ਨੇ ਇਹਨਾਂ ਦੋਏ ਦੌੜਾਂ ਦੇ ਵਿੱਚ ਵੰਡਣੇ ਸੋ ਧੰਨਵਾਦ ਸਮੂਹ ਨਗਰ ਵਾਸੀ ਵੀਰਾਂ ਦਾ ਬਾਬਾ ਨਾਗਰ ਸਿੰਘ ਜੀ ਉਹਨਾਂ ਦਾ ਨਗਰ ਦੇ ਸਰਪੰਚ ਸਰਦਾਰ ਜੰਗ ਸਿੰਘ ਜੀ ਮੈਂਬਰਾਂ ਪੰਚਾਇਤ ਚੇਰੇ ਪੰਜਾਬ ਕਲੱਬ ਦੇ ਤਮਾਮ ਅਹੁਦੇਦਾਰ ਵੀਰੋ ਆ ਗਈ ਭਾਈ ਕੋਈ ਨੀ ਲੈ ਜਾਊਗਾ ਬਾਬਾ ਇੱਧਰ ਰੱਖਿਓ ਘੋੜੇ ਇੱਧਰ ਨਾਲ ਲਜਾਇਓ ਜੀ ਹੁਣ ਘੋੜੀਆਂ ਭੱਜਦੀਆਂ ਮੈਂ ਆਪਾਂ ਨੂੰ ਲਾਂਭਾ ਦੇਣਗੇ ਇੱਧਰ ਰੱਖਣੇ ਆਪਣੇ ਜਾਨਵਰ ਹੁਣ ਬਾਈ 78 ਦਾ ਸਮਾਂ ਜੀ 22:78 ਅਗਲੀ ਗਾਂ ਦੀ ਗੋਲੀ ਤਿਆਰ ਹੈ ਬਈ ਹਾਂਜੀ 1882 ਸਰਪੰਚ ਜੰਗਲ ਰਾਮ ਖੇੜੀ ਗੁਜਰਾ ਫਿਰ ਆਈ ਦਰਸ਼ਨ ਸਿੰਘ ਗੋਰਖਾ ਪਿੰਡ ਚਨਾਰਥਲ ਗਲਾਂ ਸਮਾਂ ਲਾਇਆ ਉਹਨੇ 1969 ਦਾ ਲਿਆਓ ਲਿਆ ਕੋੜੀ ਨੇੜੇ ਕਰੋ ਬੱਚੇ ਵਾਲੇ ਵੀਰਾਂ ਨੂੰ ਬੇਨਤੀ ਆਪਣੀ ਐਂਟਰੀ ਕਰਾ ਲੈਣ ਕੋੜੀਆਂ ਵਾਲੇ ਵੀਰ ਆਪਣੇ ਕੋੜੀਆਂ ਦੇ ਨੇੜੇ ਹੋ ਜਾਓ ਆਹੀ ਸ਼ਬਦ ਜਾਣੀ ਹੈ ਕੋੜੀਆਂ ਦੀ ਜਿਹੜੀ ਹੁਣ ਜਾਣੀ ਹੈ ਕੁੜੀ ਤਾਂ ਬੈਕ ਮਾਰਦੀ ਹੈ ਭਾਈ ਲੈ ਮੂੰਹ ਕਿੱਧਰ ਨੂੰ ਕਰਦੀ ਹੈ ਦੇਖ ਲਓ ਅੜਗੀ ਅੜਗੀ ਘੋੜੀ ਬੁਰੀ ਹੁੰਦੀ ਹੈ ਘੋੜੇ ਦੀ ਅੜੀ ਜੇ ਅੜ ਜਾਵੇ ਬਸ ਫਿਰ 20-20 ਮਿੰਟ ਵੀ ਡੱਬੇ 'ਚ ਲਾ ਦਿੰਦਾ ਘੋੜਾ ਹੋਵੇ ਜਾਂ ਕੁੜੀ ਹੋਵੇ ਫਿਰ ਹਾਂਜੀ ਫਿਰ ਘੋੜੀ ਆਈ ਮੰਨੀ ਉਹਨਾਂ ਦੀ ਪਿੰਡ ਡਹਿਰ ਤੋਂ 22:78 ਸਮਾਂ ਲੱਗ ਗਈ ਅਵੇ ਮਨੀ ਡਹਿਰ 22:78 ਆ ਗਈ ਭਾਈ ਅਪ 21:57 ਦਾ ਸਮਾਂ ਜੀ 21:57.7 ਇਹ ਪਰਗਟ ਸਿੰਘ ਨੇ ਪਿੰਡ ਰਹਿਲੋ ਜਿਹੜੇ ਘੋੜੀ ਦੀ ਜਾਪਕੀ ਕਰਕੇ ਲਿਆਏ ਪਰਗਟ ਸਿੰਘ ਪਿੰਡ ਰਹਿਲੋ ਪੜਨ ਦਾ ਤੂੜੇ ਵੀ ਵਿੱਚ ਤਿਆਰੀ ਆ ਜੀ ਪਰਚੀ ਲਓ ਭਾਈ ਦੱਸੋ ਕਿਹਦੀ ਹੈ ਇਹ ਧਰਮਪਾਲ ਬਵਾਨੀ ਕੁਰਕਸ਼ੇਤਰ ਹਰਿਆਣਾ ਜੀ 21:57 ਜਿਹੜੀ ਘੋੜੀ ਨੇ ਸਮਾਂ ਲਾਇਆ ਇਹ ਧਰਮਪਾਲ ਬਵਾਨੀ ਨੇੜੇ ਕੁਰਕਸ਼ੇਤਰ ਹਰਿਆਣੇ ਦੀ ਘੋੜੀ ਹੈ ਆ ਗਈ ਭਾਈ ਬਾਜਵਾ ਸਰਦਾਰ ਸੁਖਚਿੰਦਰ ਸਿੰਘ ਪ੍ਰਧਾਨ ਘਾਟ ਕਲੱਬ ਜਿਹਨਾਂ ਨੇ 10,000 ਰੁਪਇਆ ਔਰ 5 ਘੋੜੀਆਂ ਨੂੰ 5 ਬੱਚਿਆਂ ਨੂੰ ਨਾਮ ਅਪ 21:16 ਜੀ ਸਮਾਂ ਘੋੜੀ ਦਾ ਇਹ ਘੋੜੀਆਂ ਹਰਿਆਣਾ ਅਤੇ ਰਾਜਸਥਾਨ ਦਾ ਬਾਰਡਰ ਲੱਗਦਾ ਜਿੱਥੇ ਉੱਥੇ ਤਾਂ ਆਏ ਘੋੜੀਆਂ ਧਰਮਪਾਲ ਦੀਆਂ ਹਰਿਆਣਾ
तैयारी है भाई। नहीं नहीं दोबारा नहीं, इक्को बारी बस। गर्मी बहुत है भाई, फिर सही कोई नहीं, फिर आ जानी खेल। तैयारी है, गांधी घोड़ी भजन लो। बच्चे वाले वीरों बेनती है, घोड़ियां को राह जानी है, उनका टेंपू खराब हो गया, जो आगे पजा देंगे, बिच में पजा देंगे उन्होंने। हैप्पी दबुर जी घोड़ियां राह च है, आ गया, ठीक है जी, तैयारी कर ला। हैप्पी भाई अपनी धन्यवाद तेरा भी मेरे पहुंचने दे। आ गई भाई, सुखा बढ़ाऊंगी 1100 रुपया। जसप्रीत सिंह लक्ष्मी पर चल रही हैं 2100 रुपया जी। अब 21-13 का समा जी, बढ़िया छाला मारिया कुड़ी ने भी 21-13। ये भी बाबा नागर सिंह जी भाई, रौनक चौगुनी करती बाबा जी ने यार, बढ़िया जानवर पाले, सारी सेवा भी है। बच्चा उन्ना चिर पिंड च खड़ूगा जिन्ना चिर तुम 11000 रुपया नहीं दोगे सानू, किसी की जिम्मेवारी नहीं होगी। ये नोट करो, जे कोई कहे भी मेरे जिम्मेवारी है, वे जिम्मेवारी करने वाला पैसे दवे, पर पहला पैसे लवेंगे। फे जरूर जाना है, ये भी दस देना थानू, जे अज ना फसे भाई फिर सारा साल भजायो, फिर नहीं फसते, पर जे नहीं लगन देने इन्होंने सोलखी वाले है। तैयारी है जी, छो भाई पांच की लेगी। ये तो उठी नहीं जाता भाई, नहीं नहीं हाँ नहीं घोड़ी जानी, जब तक मैं नहीं कहता जब तक नहीं जाना। घोड़ी भेजनी है भाई, इधर लोड करो इन्हों, कोई घोड़ी खड़िया नहीं भेज देव, पजाओ जे पाती है। लिया लिया जे पजानी है, नेड़े कर लो भाई। हाँ जी, पाता साराम जी लिखते हैं, कहंदा भाई यहोजे समय ने आ जाना है, बड़ा तो दूर की गल, न्याणे अपने मापिया का भी सत्कार नहीं करिया करनगे। अतो 100 साल पहला लिखते हैं, बलायती फुरदा ने गड्डिया च भजना है, चलू गड्डिया बाहू नहीं टुट रुको, मसीकण कणकां दे लोकां ने बीज बीजने। अज तो 100 साल पहला तो बहुत दूर की गल है, इहदा 40 आ गई भाई, 40-50 साल की गल है। आ जिहड़े मसीकण कणकां दे बीज आए हैं, बलैती गायां आई हैं, बचो बचो सटते मुंडन होए घोड़ी दे। मगरे उन्हें दो
ਵਾਹ ਜੀ ਵਾਹ 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 ਨਹੀਂ ਰਿਸਾਂ ਵੀ ਵਾਹ ਵਾਹ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਉਹ ਦੇਖ ਕੇ ਗਰਦਾ ਗਰਦ ਬਹੁਤ ਲਾਤੀ ਇਹਨਾਂ ਨੇ ਆਹ ਕੋਲੀ ਇੱਕ ਪਾਸੇ ਕਰ ਲਾ ਭਾਈ ਮਤਲਬ ਹੋਰ ਆਉਂਦਾ ਇੱਕ ਜੋੜਾ ਵਾਹ 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 ਜੀ ਵਾਹ ਉਰਲਾ ਘੋੜਾ ਦੇਖੋ ਮਿੱਟੀ ਪਟ ਪਟ ਕਿਵੇਂ ਮਾਰਦਾ ਪੈਰਾਂ ਨਾਲ ਆਹ ਤੇਰੇ ਨਹੀਂ ਰਿਸਾਂ ਸ਼ੇਰਾਂ ਦੀਆਂ ਨਾ ਵੀ ਨਾ ਡਰਾ ਨਾ ਦੋਏ ਸਕੇ ਭਾਈ ਠੀਕ ਹੈ ਜੀ ਕੋਈ ਹਾਂ ਜੀ ਭੇਜਾਂ ਕੁੜੀਆਂ ਬਈ ਪੁੱਛਦੇ ਦੱਸੂਗਾ ਫਿਰ ਭੇਜਾਂਗੇ ਕੋਈ ਨੀ ਕੋਈ ਨੀ ਹਾਂ ਜੀ ਆਹ ਕੁੜੀ ਬਈ ਪਾਰ ਕਰ ਇੱਕ ਪਾਸੇ ਖੜ ਦੇਖੋ ਨਹੀਂ ਨਹੀਂ ਕੁੜੀ ਆ ਗਈ ਡੱਬੇ ਚ ਆਹ ਲੈ ਜਾਏ ਉਹ ਦੇਖੋ ਮੁੜੇ ਕੁੜੀ ਤਿਆਰੀ ਹੈ ਜੀ ਆ ਨਾਲ ਜਾਇਓ ਭਾਈ ਜਦ ਮੈਂ ਕਹੂੰਗਾ ਆ ਗਈ ਭਾਈ ਅਪ 21:12 ਦਾ ਸਮਾਂ ਹੈ ਵਾਹ ਫਿਰ ਉਹ ਕਮਾਲ ਕਰਤੀ ਘੋੜੀ ਨੇ 21:12 ਹਾਲੇ ਬੱਚਾ ਨਾਲੇ ਇਹ ਕਹਿੰਦੇ ਜੱਟ ਦੀ ਘੋੜੀ ਹੈ ਤਿਆਰੀ ਹੈ ਜੀ ਲੈ ਜਾਓ ਬਈ ਗੋਲੀਆਂ ਬਈ ਆਖਰੀ ਸ਼ਬਦ ਹੁਣ ਧਿਆਨ ਨਾਲ ਸੁਣ ਲਓ ਜਿਹੜੀਆਂ ਗੋਲੀਆਂ ਰਾਜ ਦੇ ਉਹ ਵੀ ਹੈਪੀ ਦਬੁਰਜੀ ਦੀਆਂ ਪਹੁੰਚ ਚੁੱਕੀਆਂ ਧੰਨਵਾਦ ਵੀ ਕਰਦਾ ਹੈ ਆ ਲੰਘੋ ਆਪਣੀਆਂ ਲੱਗੇ ਬਈ ਬਹੁਤ ਬੈਲੀ ਮੁੰਡੀਆਂ ਮੁੰਡੀ ਵਾਲੇ 1900 ਵਾਲੀਆਂ ਧੰਨਵਾਦ ਬਈ ਲਿਆਓ ਆਪਣੀਆਂ ਗੋਲੀਆਂ ਆਖਰੀ ਸ਼ਬਦ ਹੈ ਜੀ ਗੋਲੀਆਂ ਦੀ ਲੰਘੋ ਗੋਲੀਆਂ ਲੈ ਕੇ ਸਾਰੇ ਆਪਣੀਆਂ ਆ ਲੰਘ ਜਾਣ ਦੇ ਬਈ ਕਾਕੇ ਦੇਖੀ ਹੀਰਾ ਜੀ ਬੱਜੀ ਘੋੜੀ ਤੇ ਪਾਸ ਕਰ ਪਾਸ ਹੋ ਗਈ ਪਾਸ ਅੱਗੇ ਇਹਨੂੰ ਛੱਡੂਗੀ ਕੱਢਦੇ ਬੱਟ ਇਹ ਪ੍ਰਗਟ ਹੈ ਬੱਟ ਕੱਢਣ ਵਾਸਤੇ ਇਹ ਕਹਿੰਦਾ ਮੈਂ ਆਉਂ ਵਾਹ ਜੀ ਵਾਹ ਤਾਰਾ ਰੇੜੀ ਵਾਹ ਉਤਾਰਿਆ ਸਰਦਾਰ ਸੇਵਾ ਸਿੰਘ ਜੀ ਸੋਲਖੀਆਂ ਜਿਹੜੀ ਘੋੜੀ ਨੇ 21:12 ਦਾ ਸਮਾਂ ਲਾਇਆ ਉਹ ਸਰਦਾਰ ਸੇਵਾ ਸਿੰਘ ਜੀ ਸੋਲਖੀਆਂ ਚਲੋ ਬਈ ਚਲੋ ਹੈਲੋ
हेलो करो करो कहाँ कोड़े भाई बच्चा तो टाइम भाई जंदा बच्चा तो खेल देता टाइम देखो दोस्तों रहे नहीं बच्चा जोड़ना चैप्टर तैन करनी है ये बच्चा दिया दोस्तों कोई नहीं जोड़ना दोस्तों जो जोड़नी है पेंट डालने दी होनी है बस भाई भाई दर्शन से खाबड़ा अच्छा अच्छा भाई माफी जाओ ना खाबड़ा सोनू हैप्पी एंड पार्टी 5100 रुपये देने असि उन्होंने बच्चों का धन्यवाद करते हैं इधर घड़ूए वाले मड़ौली वाले वो भी नौजवान 3100 रुपये देने असि उन्होंने भी धन्यवाद करते हैं घड़ूआ तो मड़ौली उधर साढ़े वीर खाबड़े वाले 5100 रुपया घड़ूआ ते मड़ौली वाले वीर 3100 रुपया धन्यवाद करना जी बड़ी मेहरबानी हेलो सो मास्टर जी घोड़ी ने जाती ने मुड़ना भाई मास्टर गुरबेल सिंह जी मेरे उस्ताद जी उन्होंने भी धन्यवाद शेरे पंजाब स्पोर्ट्स क्लब वालों जिहड़ा शानदार घोड़ियां ते बैलगड़ियां का खेड मेला जंग सिंह जी सोलकियां होर भी क्लब के मैंबर मनजिंद्र सिंह जी बंटी क्लब प्रधान मनमोहन सिंह जी खजानची अमनदीप सोल सिमरनजीत सिंह सोल काला सोलकियां सोनू सोलकियां तरसेम सोलकियां दलबाग सोलकियां सोनू खाबड़ा हैप्पी खाबड़ा इंद्र सोलकियां रवि सोलकियां अंतर सोलकियां बीरू रोपड़ ते गोगी सोलकियां मोनू सोलकियां किरणदीप सोल ते कमल सोल भाई जंग सिंह जी इलाके की शान जेडे हरेक खेड मेले च अपना सहयोग देंदे ने ते इत्थे ही साढ़े विच बाबा नागर सिंह जी हरियां वेले वाले जिन्हां वल्लों 11000 रुपया माण आया है साढ़े कोल उत्थे प्रधान घाट क्लब पहुँचे ने इलाके का माण उन्हां दा भी धन्नवाद है हाँ जी तैयारी है जी हेलो साढ़े विच सरदार केसर सिंह जी हवारा कैप्टन अमरजीत सिंह जी राजे मजरा शिंगार सिंह जी सरबर तो सकदा है दोए चौके कट्ठे नहीं जुड़ सकते हाँ जी लो जी खेल घोड़ियां दी साढ़े वालों समाप्त है बच्चे वाले भीर बेनती अपनी तैयारी करन जी बच्चे वाले भीर हाँ जी खीरे दुगे बच्चों वाले अपन एंट्रियां दो भाई इधर मेन स्टेज ते माट जी उन्होंने दस्या कि घोड़ियां दी दौड़ समाप्त हो चुकी है सो सरदार भविंदर सिंह जी पिंडा समानपुर जिन्हां वालों 1100 रुपए का सहयोग आ सारिया दानी शख्सियतों का भी भाई असी नगर पंचायत क्लब के वालों बहुत बहुत धन्यवाद करते हैं आ भाई ये घोड़ी आखिरी है भज लेन दो इनू और परम कह देव फिर रखने लैन राजे मेरी आवाज आउंदी है राजा वो आवाज आउंदी है मेरी
ਦੇਖ ਲਓ ਕੋ ਕਿੰਨਾ ਕੁ ਲੱਗਣਾ ਇੰਨਾ ਕੁ ਲੱਗਣਾ ਬਾਈ ਤੇ ਲੱਗ ਜਾਣਗੇ ਕੋਈ ਦੇਖ ਲੈਣੇ ਕੋਈ ਨਹੀਂ ਉਹ ਤੂੰ ਪਾਸ ਕਰਤੇ ਜਿਹੜੇ ਉੱਥੇ ਹੀ ਕਰ ਦੇਣਾ ਆਪਾਂ ਠੀਕ ਸੋ ਸਾਰੇ ਦਰਸ਼ਕ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਵੀ ਸਾਨੂੰ ਸਹਿਯੋਗ ਦੇ ਰਹੇ ਹੋ ਸਾਰੇ ਘੋੜੀਆਂ ਲੈ ਕੇ ਆਏ ਵੀਰਾਂ ਦਾ ਅਤੇ ਖੀਰੇ ਦੁੱਗੇ ਬੱਚਿਆਂ ਜਿਹੜੇ ਆਪਣੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੰਗੀਆਂ ਖੁਰਾਕਾਂ ਦੇ ਨਾਲ ਪਾਲਦੇ ਨੇ ਇਹਨਾਂ ਨੂੰ ਸੋ ਖੁਰਾਕਾਂ ਖਿਲਾਉਣੀਆਂ ਇਹਨਾਂ ਦੀ ਸੰਭਾਲ ਸੰਭਾਲ ਕਰਨੀ ਬੜੀ ਔਖੀ ਜਿਹੀ ਗੱਲ ਆ ਸੋ ਬਹੁਤ ਧੰਨਵਾਦ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਮਹਾਂਪੁਰਸ਼ਾਂ ਦੇ ਚਰਨ ਪਏ ਉਹਨਾਂ ਨੇ ਉਦਘਾਟਨ ਕੀਤਾ ਅਤੇ ਆਪਣੇ ਨੇਕ ਮਾਈਆਂ ਦੇ ਵਿੱਚੋਂ ਸਾਨੂੰ 11,000 ਰੁਪਏ ਦੀ ਮਾਲੀ ਮਦਦ ਵੀ ਦਿੱਤੀ ਹੈ ਸੋ ਸੇਰੇ ਪੰਜਾਬ ਕਲੱਬ ਡੱਬਾ ਬਣਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਜੀ ਬਾਂਟੀ ਮਨਮੋਹਨ ਸਿੰਘ ਜੀ ਖਜਾਨਚੀ ਅਮਨਦੀਪ ਸਿੰਘ ਸੋਲ ਸਿਮਰਜੀਤ ਸਿੰਘ ਜੀ ਸੋਲ ਕਾਲਾ ਸੋਲਖੀਆਂ ਸੋਨੂ ਸੋਲਖੀਆਂ ਤਰਸੇਮ ਸੋਲਖੀਆਂ ਦਿਲਬਾਗ ਸੋਲਖੀਆਂ ਸੋਨੂ ਖਾਬੜਾ ਹੈਪੀ ਖਾਬੜਾ ਇੰਦਰ ਸੋਲਖੀਆਂ ਰਵੀ ਸੋਲਖੀਆਂ ਅੰਤਰ ਸੋਲਖੀਆਂ ਬੀਰੂ ਰੋਪੜ ਗੋਗੀ ਸੋਲਖੀਆਂ ਮੋਨੂ ਸੋਲਖੀਆਂ ਕਿਰਨਦੀਪ ਸਿੰਘ ਜੀ ਸੋਲ ਕਮਲ ਸੋਲ ਭਾਈ ਖੀਰੇ ਦੁੱਗੇ ਵਾਲੇ ਆਪਣੀਆਂ ਐਂਟਰੀਆਂ ਦੋ ਭਾਈ ਇੱਧਰ ਮੇਨ ਸਟੇਜ 'ਤੇ ਖੀਰੇ ਦੁੱਗੇ ਵਾਲੇ ਵੀਰ ਜਿਨ੍ਹਾਂ ਨੇ ਹਾਲੇ ਐਂਟਰੀ ਨਹੀਂ ਕਰਵਾਈ ਤਿਆਰੀ ਆ ਜੀ ਜਿਹੜੇ ਗੱਬੇ ਬੈਠੇ ਨੇ ਵੀਰ ਵੱਟ ਦੇ ਨੀਲੀ ਪਟਕੀ ਵਾਲੇ ਵੀਰ ਇੱਧਰ ਹੋ ਜਾਓ ਜੀ ਵੀਰ ਜੀ ਤੁਸੀਂ ਤਾਂਗੀ ਲੈ ਕੇ ਜਾ ਰਹੇ ਇਹਨਾਂ ਨੂੰ ਸਾਈਡ ਤੇ ਕਰਿਓ ਤੁਹਾਡੇ ਕੋਲ ਬੈਠੇ ਨੇ ਜਿਹੜੇ ਪਿੱਛੇ ਇਹਨਾਂ ਨੂੰ ਕਹਿ ਦਿਓ ਇੱਧਰ ਹੋ ਜਾਓ ਹੁਣ ਬਲਦਾਂ ਦੀਆਂ ਖੀਰੇ ਦੁੱਗੇ ਬੱਚਿਆਂ ਨੇ ਦੌੜਾਂ ਨੇ ਇਹਦੇ ਲਈ ਸਿੱਧੀ ਵੱਟ ਤੇ ਹੋ ਜਾਓ ਬਾਈ ਉੱਨੀ 78 ਦਾ ਸਮਾਂ ਜੀ 1978 78 1978 ਵੀਰ ਜੀ ਆਹ ਵੱਟ ਤੋਂ ਇੱਧਰਲੇ ਪਾਸੇ ਆ ਜਾਓ ਜਿਹੜੀ ਸਿੱਧੀ ਵੱਟ ਆ ਇੱਧਰ ਅਗਲਾ ਜਲੀ ਹੋਈ ਜਗ੍ਹਾ ਖਾਲੀ ਕਰਕੇ ਇੱਧਰ ਆ ਜਾਓ ਪ੍ਰਬੰਧਕਾਂ ਵੱਲੋਂ ਬੇਨਤੀ ਆ ਜੰਗ ਸਿੰਘ ਸੋਲਖੀਆਂ ਵੱਲੋਂ ਵੀਰ ਜੀ ਵੱਲੋਂ ਬੇਨਤੀ ਆ ਬਾਈ ਜੀ ਆ ਜਿਹੜੇ ਘੋੜੀਆਂ ਦੇ ਪਿੱਠ ਕਰੀ ਬੈਠੇ ਇਹਨਾਂ ਨੂੰ ਕਹਿ ਦਿਓ ਮਾੜਾ ਜਿਹਾ ਸਾਈਡ 'ਤੇ ਹੋ ਜਾਓ ਹੁਣ ਇੱਧਰ ਜਿਹੜੀ ਹਾਂਜੀ ਛੋਟੇ ਵੀਰ ਭੇਜਦੇ ਇੱਧਰ ਇਹਨਾਂ ਨੂੰ ਹਾਂ ਜਿਹੜੀ ਆ ਸਿੱਧੀ ਵੱਟ ਆ ਨਾ ਇੱਧਰਲੇ ਪਾਸੇ ਉੱਚੀ ਜੀ ਇਹ ਤਾਂ ਖਾਲੀ ਕਰਵਾ ਦਿਓ ਤਿਆਰੀ ਆ ਜੀ ਆ ਗਈ ਭਾਈ ਸੋ ਸਰਦਾਰ ਸਰਬਜੀਤ ਸਿੰਘ ਜੀ ਧਰਮਗੜ ਸਾਡੇ ਵਿੱਚ ਪਹੁੰਚੇ ਨੇ ਅਸੀਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਸਰਬਜੀਤ ਸਿੰਘ ਜੀ ਧਰਮਗੜ ਵੀਹ 63 ਦਾ ਸਮਾਂ ਜੀ 20:63 ਕੋਲ ਜਿਹਾ ਟਾਈਮ ਹੈ 20 ਸੈਕਿੰਡ 63 ਪੁਆਇੰਟ ਬੇਨਤੀ ਆ ਬਈ ਆਖਰੀ ਘੋੜੀ ਪਾ ਚੁੱਕੀ ਹੈ ਮਾਸਟਰ ਜੀ ਬੇਨਤੀ ਆ ਪ੍ਰਬੰਧਕਾਂ ਵੱਲੋਂ ਜੰਗ ਸਿੰਘ ਸੋਲਖੀਆਂ ਵੱਲੋਂ ਨਗਰ ਪੰਚਾਇਤ ਦੇ ਮੈਂਬਰਾਂ ਵੱਲੋਂ ਰਿਜ਼ਲਟ ਬਣਾ ਕੇ ਭੇਜ ਦਿਓ ਆਪਾਂ ਫਿਰ ਇਹਨਾਂ ਨੂੰ ਮਾਣ ਸਨਮਾਨ ਜੋੜਨ ਕਲੱਬ ਵੱਲੋਂ ਆਪਾਂ ਘੋੜਿਆਂ ਦੇ ਇਨਾਮਾਂ ਦੀ ਵੰਡਣ ਦੀ ਜਿਹੜੀ ਆ ਆਪਾਂ ਤਕਸੀਮ ਆ ਕਰ ਦਈਏ ਨਾਲ ਦੀ ਨਾਲ ਰਿਜ਼ਲਟ ਬਣਾ ਕੇ ਭੇਜ ਦਿਓ ਮਾਸਟਰ ਜੀ ਇੱਥੇ ਵਾਰ ਇੱਕ ਵਾਰ ਬੋਲ ਵੀ ਦਿਓ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਜਾਵੇ
ਹੈਲੋ ਹਾਂਜੀ ਇਸ ਟੂਰਨਾਮੈਂਟ ਦੇ ਅੰਦਰ ਪਿੰਡ ਦੇ ਬਹੁਤ ਪਤਵੰਤੇ ਵੀਰਾਂ ਨੇ ਦਾਰਾ ਸਿੰਘ ਵਪਾਰੀ 11,000 ਰੁਪਏ ਇਹਨਾਂ ਟੂਰਨਾਮੈਂਟਾਂ 'ਚ ਮਾਲੀ ਮਦਦ ਕਰਦੇ ਹਨ ਅਤੇ ਅਜਮੇਰ ਸਿੰਘ ਜੀ ਸੋਹਲ ਸਮਾਜ ਸੇਵੀ ਮੇਰੇ ਵੀਰ 11,000 ਰੁਪਈਏ ਉਹ ਵੀ ਇਸ ਟੂਰਨਾਮੈਂਟ ਵਾਸਤੇ ਮਾਲੀ ਮਦਦ ਦਿੰਦੇ ਹਨ ਤਰਸੇਮ ਸਿੰਘ ਜੀ 5,100 ਰੁਪਈਏ ਇਸ ਟੂਰਨਾਮੈਂਟ ਲਈ ਮਾਲੀ ਮਦਦ ਦਿੱਤੀ ਹੈ ਅਤੇ ਹੋਰ ਦਾਰਾ ਸਿੰਘ ਵਪਾਰੀ ਵੀਰ ਵੱਲੋਂ ਚਾਹ ਦਾ ਲੰਗਰ ਅਤੇ ਹੋਰ ਸੇਵਾਵਾਂ ਵੀ ਬਹੁਤ ਦਿੱਤੀਆਂ ਜਾਂਦੀਆਂ ਹਨ ਹੋਰ ਸਾਰੇ ਮੇਰੇ ਵੀਰਾਂ ਵੱਲੋਂ ਸਤਵੀਰ ਸਿੰਘ ਜੀ ਸਪੁੱਤਰ ਸਰਦਾਰ ਬਹਾਦਰ ਸਿੰਘ ਆਸਟ੍ਰੇਲੀਆ ਤੋਂ 5,100 ਰੁਪਏ ਇਸ ਟੂਰਨਾਮੈਂਟ ਲਈ ਮਦਦ ਦਿੰਦੇ ਹਨ ਉੱਥੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪੰਚਾਇਤ ਵੱਲੋਂ ਕਲੱਬ ਵੱਲੋਂ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹਾਂਜੀ ਜਿਹਨਾਂ ਨੇ ਮਾਸਟਰ ਜੀ ਬਾਲਾਂ ਬੱਚਿਆਂ ਖੀਰੇ ਤੋਂ ਅੱਗੇ ਬੱਚੇ ਭਜਾਉਣੇ ਨੇ ਉਹ ਆਪਣੀਆਂ ਨੰਬਰ ਵਾਈਜ਼ ਉੱਧਰ ਤਾਂਗੀਆਂ 'ਤੇ ਬੱਚੇ ਲੈ ਕੇ ਪਹੁੰਚਣ ਫਤਿਹ ਜੰਗ ਸਿੰਘ ਜੀ ਸੋਲਖੀਆਂ ਗੁਰਮੇਲ ਸਿੰਘ ਜੀ ਵਾਲਸਿੰਡਾ ਗੁਰਤਾਜ ਸਿੰਘ ਜੀ ਮਾਨਕਾ ਕੁਆਬਾ ਔਰ ਗੋਗੀ ਹਰਨਾਮਪੁਰਾ ਏ ਗੋਗੀ ਹਰਨਾਮਪੁਰਾ ਵੀ ਚਮਕੌਰ ਸਿੰਘ ਜੀ ਮਸੂਦੜਾ ਮਾਨੇ ਖਾਨ ਮਾਨੇ ਖਾਨ ਭੁੰਦੜ ਘੁੱਲਾ ਕਨੇਡਾ ਸਰਪੰਚ ਮਨਪ੍ਰੀਤ ਸਿੰਘ ਜੀ ਰਈਆਂ ਬੇਅੰਤ ਸਿੰਘ ਜੀ ਬਾਲਿਓਂ ਭਿੰਦਰ ਸਿੰਘ ਜੀ ਢੋਡੇ ਰਮਨਜੋਤ ਸਿੰਘ ਜੀ ਮਕੜੌਨਾ ਸਵਰਨਜੀਤ ਸਿੰਘ ਜੀ ਮਝਾਲੀ ਕਲਾਂ ਗੁਰਪ੍ਰੀਤ ਸਿੰਘ ਜੀ ਮਾਂਗੇਵਾਲ ਕੁਲਵੰਤ ਸਿੰਘ ਜੀ ਕਾਂਤਾ ਕੋਟ ਗੰਗੂ ਰਾਏ ਰਣਧੀਰ ਸਿੰਘ ਜੀ ਈਸਾਪੁਰ ਅਸ਼ਵੀਰ ਸਿੰਘ ਜੀ ਰੁੜਕੀ ਏ ਅਸ਼ਵੀਰ ਸਿੰਘ ਜੀ ਰੁੜਕੀ ਵੀ ਮਾਸਟਰ ਜੀ ਵੀਹ ਦੀਆਂ ਮੈਂ ਨਾਮ ਬੋਲੇ ਨੇ ਤੁਹਾਡੇ ਕੋਲ ਲਿਸਟ ਭੇਜਦੀ ਹੈ ਜੀ ਮਾਸਟਰ ਜੀ ਦੱਸਿਓ ਜੀ ਮੈਂ ਜਿਹੜੀਆਂ ਲਿਸਟ ਬੋਲੀ ਹੈ ਜੀ 19-20 ਖੀਰੇ ਦੂਕ ਬੱਚਿਆਂ ਦੀ ਇਹ ਲਿਸਟ ਭੇਜਦੀ ਹੈ ਜੀ ਤੁਹਾਡੇ ਕੋਲ ਮਾਸਟਰ ਜੀ ਹਾਂਜੀ ਇਹ ਬੱਚੇ ਲੈ ਕੇ ਤਾਂਗੀਆਂ ਲੈ ਕੇ ਵੀਰ ਪਰਲੀ ਸਾਈਡ ਜਾਣ ਜੀ ਤਾਂ ਕਿ ਆਪਾਂ ਸ਼ੁਰੂ ਕਰ ਸਕੇ ਇਹਨਾਂ ਮੁਕਾਬਲਿਆਂ ਨੂੰ ਡਬਲ ਲਿਸਟ ਬਣਾ ਕੇ ਵੈਲੀ ਵੀਰ ਉੱਧਰ ਮਾਸਟਰ ਜੀ ਤੁਸੀਂ ਫੜਾਇਆ ਲਿਸਟ ਵੈਲੀ ਢੋਲਰ ਮਾਜਰਾ ਸਾਡਾ ਵੀਰ ਸੋ ਬਾਬਾ ਨਾਗਰ ਸਿੰਘ ਜੀ ਹਰੀਆਂ ਬੇਲਾਂ ਬਾਬਾ ਕੁਲਵਿੰਦਰ ਸਿੰਘ ਜੀ ਗੁਰੂ ਕੀਆਂ ਲਾਡਲੀਆਂ ਫੌਜਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਉਚੇਚੇ ਤੌਰ 'ਤੇ ਸਾਡੇ ਵਿੱਚ ਚਮਕੌਰ ਸਾਹਿਬ ਤੋਂ ਪਹੁੰਚੇ ਨੇ ਪੂਰੇ ਨਾਲ ਭਜੰਗੀਆਂ ਨੂੰ ਸਿੰਘਾਂ ਨੂੰ ਲੈ ਕੇ ਔਰ ਸਾਡੇ ਵਿੱਚ ਹੁਣੇ ਹੁਣੇ ਮਨ ਸਰਬਜੀਤ ਸਿੰਘ ਜੀ ਧਰਮਗੜ੍ਹ ਉਹਨਾਂ ਦਾ ਵੀ ਧੰਨਵਾਦ ਹੈ ਅਤੇ ਹੁਣੇ ਹੁਣੇ ਸਾਡੇ ਵਿੱਚ ਪਹੁੰਚੇ ਸਰਦਾਰ ਕੇਸਰ ਸਿੰਘ ਜੀ ਹਵਾਰਾ ਕਲਾਂ ਕੈਪਟਨ ਅਮਰਜੀਤ ਸਿੰਘ ਜੀ ਰਾਜੇ ਮਾਜਰਾ ਸ਼ਿੰਗਾਰ ਸਿੰਘ ਜੀ ਸਰਵਰਪੁਰ ਸੁਖਵਿੰਦਰ ਸਿੰਘ ਜੀ ਗਿੱਲ ਪ੍ਰਧਾਨ ਘਾੜ ਕਲੱਬ ਜੋ ਇਲਾਕੇ ਦੇ ਖੇਡ ਮੇਲਿਆਂ ਦੇ ਵਿੱਚ ਹਮੇਸ਼ਾ ਇਸ ਇਲਾਕੇ ਦੇ ਵਿੱਚ ਖੇਡਾਂ ਕਰਾਉਣ 'ਚ ਬਹੁਤ ਵੱਡਾ ਸਹਿਯੋਗ ਨੇ ਕਬੱਡੀ ਦੇ ਮੈਚ ਹੋਣ ਬੈਲ ਗੱਡੀਆਂ ਦੀਆਂ ਦੌੜਾਂ ਹੋਣ ਅਤੇ ਹਰਨੇਕ ਸਿੰਘ ਜੀ ਸਮਾਨਪੁਰ ਸੁੱਖੀ ਬਲੌਂਗੀ ਭੁਪਿੰਦਰ ਸਿੰਘ ਜੀ ਪਿੰਡਾਂ ਸਮਾਨਪੁਰ ਵੱਡਾ ਸਹਿਯੋਗ ਵੀ ਦਿੱਤਾ ਉਹਨਾਂ ਨੇ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਸਰਦਾਰ ਕੁਲਵਿੰਦਰ ਸਿੰਘ ਜੀ ਗੁਰੂਕੀਆਂ ਲਾਡਲੀਆਂ ਫੌਜਾਂ ਪਿੰਦੀ ਰਾਜਪੁਰਾ ਬਾਬਾ ਨਾਗਰ ਸਿੰਘ ਜੀ ਮੀਤ ਜਥੇਦਾਰ ਤਰਨਾ ਦਲ ਹਰੀਆਂ ਬੇਲਾਂ ਜਿਨ੍ਹਾਂ ਨੇ ਉਦਘਾਟਨ ਕੀਤਾ ਮਹਾਂਪੁਰਸ਼ਾਂ ਨੇ ਔਰ 11,000 ਰੁਪਏ ਦਾ ਵੱਡਾ ਯੋਗਦਾਨ ਵੀ ਹੈ ਮਾਸਟਰ ਰਘਵੀਰ ਸਿੰਘ ਜੀ ਨੰਬੜਦਾਰ ਸੋਲਖੀਆਂ ਰਘਵੀਰ ਸਿੰਘ ਜੀ ਮਾਸਟਰ ਜੀ ਨੰਬੜਦਾਰ ਸੋਲਖੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅਸੀਂ ਉਹਨਾਂ ਨੂੰ ਵੀ ਇੱਥੇ ਪਹੁੰਚਦੇ ਨਿੱਘੀ ਜੀ ਆਖਦੇ ਹਾਂ ਮਾਸਟਰ ਰਘਵੀਰ ਸਿੰਘ ਜੀ ਨੰਬੜਦਾਰ ਸਾਹਿਬ ਹਾਂ ਸਾਡੇ ਵਿੱਚ ਸਰਦਾਰ ਇਕਬਾਲ ਸਿੰਘ ਜੀ ਸਾਲਾਪੁਰ ਪਹੁੰਚੇ ਨੇ ਇਲਾਕੇ 'ਚ ਜਿੱਥੇ ਵੀ ਖੇਡ ਮੇਲਾ ਹੁੰਦਾ ਵੱਡਾ ਸਹਿਯੋਗ ਹੁੰਦਾ ਵੀਰ ਜੀ ਦਾ ਹੁਣੇ ਰੌਣੀ ਦੇ ਕਬੱਡੀ ਕੱਪ ਜੀ ਵੱਡਾ ਸਹਿਯੋਗ ਸੀ ਸਰਦਾਰ ਇਕਬਾਲ ਸਿੰਘ ਜੀ ਸਾਲਾਪੁਰ
ਕਵਾਸ ਸਿੰਘ ਜੀ ਸਾਲਾਪੁਰ ਜੋ ਪ੍ਰਧਾਨ ਨੇ ਟਰੱਕ ਜੀ ਉਹਨਾਂ ਭਾਗੋ ਮਾਜਰਾ ਦੇ ਸਾਡੇ ਵਿੱਚ ਪਹੁੰਚੇ ਨੇ ਜਿਨ੍ਹਾਂ ਨੇ ਅੱਜ ਖੀਰੇ ਤੋਂ ਅੱਗੇ ਬੱਚਿਆਂ ਦੇ ਦੌੜਾਂ ਦਾ ਉਦਘਾਟਨ ਕਰਨਾ ਜੀ। ਮਾਸਟਰ ਜੀ ਆ ਗਏ ਨੇ ਸਾਡੇ ਵਿੱਚ ਕਵਾਸ ਸਿੰਘ ਜੀ ਸਾਲਾਪੁਰ ਸਾਡੇ ਇਲਾਕੇ ਦੇ ਉਹਗੇ ਖੇਡ ਪ੍ਰਮੋਟਰ। ਅਸੀਂ ਕਵਾਸ ਸਿੰਘ ਜੀ ਸਾਲਾਪੁਰ ਜੀ ਦਾ ਧੰਨਵਾਦ ਕਰਦੇ ਹਾਂ। ਹੁਣ ਰੌਣੀ ਦੇ ਵਿੱਚ ਖੇਡ ਮੇਲਾ ਹੋਇਆ 7ਵਾਂ ਕਬੱਡੀ ਕੱਪ, ਉੱਥੇ ਵੀ ਇਹਨਾਂ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ ਔਰ ਪੂਰੀਆਂ 25 ਟੀਮਾਂ ਨੇ ਉੱਥੇ ਭਾਗ ਲਿੱਤਾ ਸੀ ਨਾਈਟ ਟੂਰਨਾਮੈਂਟ ਦੇ ਵਿੱਚ। ਅਸੀਂ ਸਰਦਾਰ ਇਕਬਾਲ ਸਿੰਘ ਜੀ ਸਾਲਾਪੁਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜਿੰਨੇ ਮੈਂ ਵੀਰਾਂ ਦੇ ਨਾਂ ਬੋਲੇ ਨੇ ਉਹ ਆਪਣੀਆਂ ਤਾਂਗੀਆਂ ਅਤੇ ਬੱਚੇ ਲੈ ਕੇ ਪਰਲੀ ਸਾਈਡ ਜਾਣ ਦੀ ਖੇਚਲ ਕਰਨ, ਲਿਸਟ ਬਣਾ ਕੇ ਮਾਸਟਰ ਜੀ ਕੋਲ ਪੁੱਛਦੀ ਕਰ ਦਿਓ। ਮਨਜਿੰਦਰ ਸਿੰਘ ਜੀ ਬਾਂਟੀ ਸ਼ੇਰੇ ਪੰਜਾਬ ਯੂਥ ਕਲੱਬ ਦੇ ਪ੍ਰਧਾਨ, ਮਨਮੋਹਨ ਸਿੰਘ ਜੀ ਖਜ਼ਾਨਚੀ, ਅਮਨਦੀਪ ਸਿੰਘ ਸੋਹਲ ਜਨ ਸਕੱਤਰੀ, ਸਮਰਨਜੀਤ ਸਿੰਘ ਜੀ ਸੋਹਲ, ਕਾਲਾਵੀਰ ਸੋਲਖੀਆਂ, ਸੋਨੂੰ ਸੋਲਖੀਆਂ, ਤਰਸੇਮ ਸੋਲਖੀਆਂ, ਦਲਬਾਗ ਸਿੰਘ ਜੀ ਸੋਹਲ, ਸੋਨੂੰ ਖਾਬੜਾ, ਹੈਪੀ ਖਾਬੜਾ, ਇੰਦਰ ਸੋਲਖੀਆਂ, ਰਵੀ ਸੋਲਖੀਆਂ, ਅੰਤਰ ਸੋਲਖੀਆਂ, ਬੀਰੂ ਰੋਪੜ, ਗੋਗੀ ਸੋਲਖੀਆਂ, ਮੋਨੂ ਸੋਲਖੀਆਂ, ਕਿਰਨਦੀਪ ਸਿੰਘ ਜੀ ਸੋਹਲ, ਕਮਲ ਸੋਹਲ, ਸ਼ਿੰਗਾਰਾ ਸਿੰਘ ਜੀ ਟੀਟੀ, ਹਰੀਆਂ ਵੇਲਾਂ ਉਹਨਾਂ ਦਾ ਵੀ ਧੰਨਵਾਦ, ਬੰਨੀ ਵੀਰ ਸੋਲਖੀਆਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸੋਨੂੰ ਸਾਡਾ ਵੀਰ ਖਾਬੜਾ NRI ਉਹਨਾਂ ਦਾ ਵੀ ਧੰਨਵਾਦ। ਹਾਂਜੀ ਢੋਲੀ ਵੀਰ ਨੂੰ ਬੇਨਤੀ ਆ ਇੱਧਰ ਮੇਨ ਸਟੇਜ ਦੇ ਕੋਲ ਸਾਡੇ ਕੋਲ ਪਹੁੰਚੇ ਭਾਈ, ਢੋਲੀ ਵੀਰ ਨੂੰ ਬੇਨਤੀ ਹੈ। ਹਾਂਜੀ ਮਾਸਟਰ ਜੀ ਲਿਸਟ ਤੁਹਾਡੇ ਕੋਲ ਪੁੱਛਦੀ ਹੋ ਗਈ ਜੀ, ਅਤੇ ਸਾਰੇ ਵੀਰ ਜਿਹੜੀਆਂ ਮੈਂ ਲਿਸਟ ਬੋਲੀ ਆ ਖੀਰੇ ਤੁਕੇ ਬੱਚਿਆਂ ਵਾਲੇ ਵੀਰਾਂ ਦੇ ਨਾਵਾਂ ਦੀ, ਉਹ ਆਪਣੇ ਬੱਚਿਆਂ ਨੂੰ ਲੈ ਕੇ ਯਾਰ ਤਾਂਗੀਆਂ ਲੈ ਕੇ ਉਹ ਪਰਲੀ ਸਾਈਡ ਫੈਕਟਰੀ ਵਾਲੀ ਸਾਈਡ ਜਾਣ ਤਾਂ ਕਿ ਉੱਥੋਂ ਤੋਂ ਫਿਰ ਤਾਂਗੀਆਂ ਨੂੰ ਅਸੀਂ ਭਜਾਉਣ ਦੀ, ਮਾਸਟਰ ਜੀ ਫਿਰ ਆਪਣਾ ਟਾਈਮ ਦੇਖਣ ਦੀ ਜੋ ਡਿਊਟੀ ਆ ਨਿਭਾਉਣ। ਕਿਸੇ ਨੇ ਵੀਰ ਨੇ ਜਿਹੜੀ ਅੰਦਰ ਤਾਂਗੀਆਂ ਦੇ ਕੋਲ ਲਾਈਨ ਬਣੀ ਆ ਸਿੱਧੀ ਅਸੀਂ ਟਰੈਕ ਬਣਾਈ, ਇਹਦੇ ਵਿੱਚ ਜਾਣ ਦੀ ਖਿੱਚਣਾ ਨਹੀਂ, ਕਹਿੰਦੇ ਦੂਰ ਰਹਿਣਾ ਜੀ। ਹਾਂਜੀ ਵੇਟਰ ਵੀਰਾਂ ਨੂੰ ਬੇਨਤੀ ਆ ਭਾਈ ਦੋਨੇ ਸਟੇਜਾਂ ਦੇ ਠੰਡਾ ਪਾਣੀ ਅਤੇ ਚਾਹ ਪਾਣੀ ਪੁੱਜਦਾ ਰੱਖੋ ਭਾਈ, ਸਾਡੀਆਂ ਜੋ ਸ਼ਖਸੀਅਤਾਂ ਆ ਰਹੀਆਂ ਨੇ ਜਿਸ ਤਰ੍ਹਾਂ ਹੁਣ ਸਾਡੇ ਸਰਬਜੀਤ ਸਿੰਘ ਜੀ ਧਰਮਗੜ੍ਹ ਤੋਂ ਆਏ ਨੇ, ਇਕਬਾਲ ਸਿੰਘ ਜੀ ਸਾਲਾਪੁਰ ਤੋਂ ਆਏ ਨੇ, ਜਿਨ੍ਹਾਂ ਨੇ ਅੱਜ ਇਸ ਖੀਰੇ ਤੁਗੇ ਬੱਚਿਆਂ ਦੀਆਂ ਦੌੜਾਂ ਦਾ ਉਦਘਾਟਨ ਕਰਨਾ ਹੈ। ਜੋ ਯੋਗਾ ਵੀਰ ਮਕਰੋਨਿਆਂ ਵਾਲਾ ਵੀਰ ਉਹ ਵੀ ਸਾਡੇ ਵਿੱਚ ਪਹੁੰਚਿਆ, ਉਸ ਵੀਰ ਦਾ ਵੀ ਧੰਨਵਾਦ। ਸਰਪੰਚ ਸਾਹਿਬ ਸਾਡੇ ਵਿੱਚ ਪਹੁੰਚੇ ਹੋਏ ਨੇ ਭਾਓਵਾਲ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਭਾਓਵਾਲ। ਸਰਪੰਚ ਸਾਹਿਬ ਜਾਣਾ ਨਹੀਂ ਜੀ ਹੈਗਾ, ਹੁਣ ਮੈਂ ਦੇਖ ਕੇ ਜਾਇਓ ਦੌੜਾਂ। ਸੋਨੂੰ ਸੋਨੂੰ ਖਾਬੜਾਂ ਸੋਨੂੰ ਹਾਂਜੀ ਬੇਨਤੀ ਆ ਸੁਖਵਿੰਦਰ ਸਿੰਘ ਜੀ ਪ੍ਰਧਾਨ ਘਾਟ ਕਲੱਬ, ਦਰਬਾਰਾ ਸਿੰਘ ਜੀ 100 ਰੁਪਏ ਦੇ ਮਾਣ ਮੇਰੇ ਲਈ ਪੁੱਦੇ ਕਰਦੇ ਨੇ ਅਸਮਾਨਪੁਰ ਤੋਂ ਦਰਬਾਰਾ ਸਿੰਘ ਜੀ। ਮਾਸਟਰ ਅਮਰਜੀਤ ਸਿੰਘ ਜੀ ਨੂੰ ਬੇਨਤੀ ਆ ਕਿ ਉਹ ਉਦਘਾਟਨ ਕਰਨ ਲਈ ਜਾਣ, ਕੈਪਟਨ ਅਮਰਜੀਤ ਸਿੰਘ ਜੀ ਰਾਜੇ ਮਾਜਰਾ ਬੇਨਤੀ ਆ ਉਹਨਾਂ ਨੂੰ ਕਿ ਨਾਲ ਜਾਣ। ਅਤੇ ਹਰਨੇਕ ਸਿੰਘ ਜੀ ਹਸਨਪੁਰ ਉਹਨਾਂ ਨੂੰ ਬੇਨਤੀ ਆ, ਸ਼ਿੰਗਾਰ ਸਿੰਘ ਸਰਬਰਪੁਰ ਉਦਘਾਟਨ ਕਰਨ ਦੇ ਲਈ ਜਾਣਗੇ, ਨਾਲ ਹੀ ਸਰਬਜੀਤ ਸਿੰਘ ਜੀ। ਬਾਕੀ ਮੈਂ ਬੇਨਤੀ ਕਰਦਾ ਸੁਖਵਿੰਦਰ ਸਿੰਘ ਪ੍ਰਧਾਨ ਗਿੱਲ ਸਾਹਿਬ ਘਾਟ ਕਲੱਬ ਉਹ ਵੀ ਨਾਲ ਜਾਣ।
दरबारा सिंह जी समानपुर उन्होंने मेरे लिए भी 100 रुपए के मान पौधे किए ने, बहुत बहुत धन्यवाद है। तो उधर उद्घाटन किया जा रहा है जी सरदार इकबाल सिंह जी सालापुर के समाज सेवी उगे खेड प्रमोटर उद्घाटन करने के लिए जंग सिंह जी नगर पंचायत समुचे क्लब के मैंबर लैके जा रहे हैं। असी पिंड के सारे दानी सज्जनों का भी धन्यवाद करते हैं जिन्होंने अपन नेक कमाइया जो तिल फुल इस खेड मेले को सफल कराने के लिए पुजदा किया है। तो घोड़ियां वाले रिश्ते मास्टर जी साढ़े को पुद्धि कर दो एक बार बोल के इधरों सरदार इकबाल सिंह जी सालापुर वाले जा रहे हैं उद्घाटन करने के लिए ट्रैक दे विच असी वीर जी का धन्यवाद भी करते हैं। सरपंच साहब भाववाल तो भी नाल जा रहे हैं और साढ़े क्लब के मैंबर पंचायत मैंबर लैके जा रहे हैं अज दे खीरे दुगे बच्चों का उद्घाटन करने के लिए। बड़ी खुशी की गल कि अज रौनक लगियां साढ़े इस पिंड सोलखियां दे विच जिथे कबड्डी के टूर्नामेंट भी बड़े मशहूर होए और चंगे खिडारी खेड के गए ना इस पिंड के खेड मेले के विच। ते अज जिथे बच्चों दी दौड़ां पहला घोड़ियां दी दौड़ां करवाईयां गईयां। ते मास्टर जी मैं तुहाडे हवाले आ जी। हाँ जी लो जी मार दो ताड़ियां। खेड का उद्घाटन सरपंच सरदार इकबाल सिंह सालापुर, सरदार केसर सिंह वाराकल, सरदार शिंगार सिंह जी सरपुर पर, कैप्टन अमरजीत सिंह जी राजे माजरा। ये पार्टी ने सांझे तौर पर किया, असी धन्यवाद करते हैं सारी पार्टी का, बड़ी मेहरबानी जिन्होंने अज की खीरे बच्चों की खेड है जी खीरे एक दुगे की ਉਹਦਾ ਉਦਘਾਟਨ ਕੀਤਾ ਸੀ। ਅਸੀਂ ਆਪਣੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਘੋੜੀਆਂ ਵਾਲੇ ਵੀਰੋ ਬੇਨਤੀ ਹੈ ਆਪਣੇ ਪਰਚੀਆਂ ਲਵਾ ਕੇ, ਘੋੜੀਆਂ ਵਾਲੇ ਵੀਰ ਇੱਕ ਵਾਰੀ ਪਰਚੀਆਂ ਲਵਾ ਕੇ ਆਪਣੀਆਂ। ਵਾਹ ਜੀ ਵਾਹ। ਸਰਦਾਰ ਸ਼ਿੰਗਾਰ ਸਿੰਘ ਜੀ ਸਰਬਰ ਪਰ ਪੰਜਾਬ ਦੇ ਕੋਈ ਟਰਾਂਸਪੋਰਟਰ बल्ला 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 गौदा जाया बई नहीं रिस्सा बई। इस बाउंड ने बई पंजाब दे विचो तहलका मचाई। सरदार सरपंच इकबाल सिंह जी सालापुर, सरदार दरबारा सिंह जी समान पर भी 2100 रुपया खेल वास्ते दिने जी। 100 रुपया मेरा भी मान करते मैं धन्यवादी हाँ। ये बड़ा बाउंड बे गाउंड पार्टी का सीतलैंड पार्टी बाई जी। ये जरा बड़ा बाउंड जाता है इन्हें कोई 3-4 साल लगातार पंजाब के तीन कहने पंजाबी दे तहलका बचाई लोगों दूह चुंगड़िया दवा के रखिया। इस नगर न देखने वास्ते लोग तरसते थे, कई सोलखियां कुछ हो रहा कह कर सुलखियां, कोई कुछ ना लवे कुछ लवे। सो एक वो गौदा जाया मित्रों, यह है सेवा जिन्हों सेवा कहने है बच्चा पिया हले। सो धनवाद बी इस परिवार का जिन्होंने ये पुत्तों वागू हल भी पाया खड़ा बैठा भी अपने घरे। सो धनवादी हाँ मैं, बड़ी मेहरबानी। एक बार अपन पर्चिया ले जाओ घोड़िया वाले। भाई शिंगार सिंह जी सरपुर पर, कैप्टन अमरजीत सिंह जी राजे माजरा, केसर सिंह जी हवारा कला, भाई अस्ताद साढ़े नाल ने छोटा सिंह गुजरवाल धनवादी जी। इन्हों वालों 11,000 रुपया खेड वास्ते इधर सरपंच सरदार इकबाल सिंह जी सालापुर उन्होंने वालों भी 5100 रुपया अं सरपंच इकबाल सिंह जी सालापुर का भी धनवाद करते हैं। बड़ी मेहरबानी धनवाद जी। मैं अपन पर्चिया फड़ लियो मुद नाल लंबड़दार नरेंद्र सिंह जी सिंह भगवंतपुर 1100 रुपया उन्होंने का जी धनवाद करते हैं। पहला नाम है जी जंगा सरपंच पिंड खेड़ी गुजरा 1882 का समा जी। अपनी पर्ची फड़ो। पर्चियां फड़ी गई मतलब जो फड़ा देंगे नहीं बाद फड़ लेंगे। दूजा नाम है जी जंग सिंह सोलखियां 1894 पर्चियां ले जाओ अपन। तीजा नाम है जी हैप्पी दबुरजी 1944 हैप्पी दबुरजी तीजा नाम। चौथा नाम है जी दर्शन सिंह गोरखा चनालथल कलां 1969 बई चौथा नाम। पंजवा नाम है हैप्पी दबुरजी ए 1978 का समा जी पंजवा नाम। छेवा नाम जी निहाल सिंह पिंड कपूर जिला जलंधर 1990 का समा जी।
छेवा नाम निहाल सिंह कपूर, सातवां नाम जी सुखपाल सिंह रैली 2038 का समा जी, अठवां नाम सिमरन पंगू डहर 2063 का समा जी, नौवां नाम धर्मपाल बवानी हरियाणा पूरे 21 का समा जी, नौवां नाम, दसवां नाम सेवा सिंह सोलखियां 21-12 का समा जी, ग्यारहवां नाम बाबा जुझार सिंह जी चौंता 21-13 का समा जी, ग्यारहवां नाम, बारहवां नाम बाबा नागर सिंह जी 21-16 का समा जी, तेरहवां नाम धर्मपाल बवानी 21-57 का समा जी, चौदहवां नाम बाबा नागर सिंह उन्हां दा जी 22-38 का समा जी, पंद्रहवां नाम यह भी बाबा नागर सिंह उन्हां दा ही है 22-65 का समा जी, भाई किसी का समा 22-65 तो घट लगे मैं परची नामती हो नाम बंडन तो पहला पहला जरूर सुना गे जो उधर नाम बंडे गए साढ़े को कख नहीं होना थोड़ी क्या थोड़ी लीती वजह कख असी फिर धनवादी हाँ भाई शिकार सिंह जी सरपुर पर पंजाब के कोई ट्रांसपोर्टर ने कैप्टन अमरजीत सिंह जी राजे माजरा एक साल इन्हों चार भरावान ने राजे माजरे दौड़ा कराइया तो इलाका चंकी तरह जानता है सोने दो दो मुद्रियां दत्तियां दी कैप्टन अमरजीत सिंह राजे माजरा बिकर सिंह राजे माजरा बहादुर सिंह राजे माजरा कलवंत सिंह राजे माजरा धन धन कराती थी पंजाब के उस साल जदों इन्होंने सोने दी मुद्रियां नलखेडा करवाइया थी सरदार बिट्टू कूमकाल पहुंचे ने जी धन्यवाद बड़ी मेहरबानी इधर साढ़े सरपंच इकबाल सिंह जी साला पर उन्होंने भी 5100 रुपया दिता है धनवादियां मैं बैली ढोलन माजरा सरदार सुचा सिंह उन्होंने पुत्र ने मैं बैली उन्होंने भी धनवाद करता है हनी मड़ौली का धनवाद करता है बड़ी मेहरबानी उन्होंने वीर की परम आनंदपुर देखो बोर्ड के मित्रों दर्शन पाओ तुम सत श्रीकाल जी सत श्रीकाल जी सरदार ਕੁੱਲਾ ਸਿੰਘ ਜੀ ਖਿਰਨੀਆ ਇਹ ਖਜ਼ਾਨਚੀ ਨੇ ਬਾਬਾ ਮੁਫਤਪੁਰੀ ਸਪੋਰਟਸ ਕਲੱਬ ਖਿਰਨੀਆ ਦੇ ਬਾਹਰ ਦਾ ਮਿੱਤਰ ਜਦੋਂ ਇਹ ਭੱਜਿਆ ਲਓ ਜੀ ਬੱਚਿਆਂ ਦੇ ਵਿੱਚ ਨਾਂ ਸੁਣ ਲਓ ਫਤਿਹ ਜੰਗ ਸਿੰਘ ਸੋਲਖੀਆਂ ਗੁਰਮੇਲ ਸਿੰਘ ਬਾਲਸੰਡਾ ਗੁਰਤਾਜ ਸਿੰਘ ਮਾਣਕਾ ਦੁਆਬਾ ਗੋਗੀ ਹਰਨਾਮਪੁਰਾ ਏ ਬੀ ਸੀ ਗੋਗੀ ਦੀਆਂ ਤਿੰਨ ਐਂਟਰੀਆਂ ਬਈ ਚਮਕੌਰ ਸਿੰਘ ਪਿੰਡ ਮਕਸੂਦੜਾ ਮਾਨੇ ਖਾਂ ਪਿੰਡ ਭੂਦਨ ਕੁੱਲਾ ਰਣਜੀਤ ਸਿੰਘ ਕੁੱਲਾ ਕਨੇਡਾ ਇਹ ਪਿੰਡ ਬਾੜੀਆਂ ਹੈ ਰਣਜੀਤ ਘੁੱਲੇ ਦਾ ਸਰਪੰਚ ਮਨਪ੍ਰੀਤ ਸਿੰਘ ਰਾਈਆਂ ਪਹਿਲੀ ਛੋਟੀ ਜਿਹੀ ਗੱਡੀਆਂ ਜਾਣਗੀਆਂ ਬਈ ਅਸੀਂ ਹੁਣੇ ਖੇਡ ਸ਼ੁਰੂ ਕਰਨ ਲੱਗੇ ਹਾਂ ਇਸ ਖੇਡ ਦਾ ਜੀ ਸਾਡੇ ਇੱਧਰ ਸਾਡੇ ਵਿੱਚ ਸਰਦਾਰ ਸਾਡਾ ਵੀਰ ਬੌਬੀ ਪੰਜੋਲੀ ਪੰਜੋਲੇ ਤੋਂ ਬੌਬੀ ਪੰਜੋਲਾ ਪਿੰਡ ਖੇਡਾਂ ਵੀ ਕਰਾਉਂਦੇ ਨੇ ਪਹੁੰਚਿਆ ਸਾਡਾ ਵੀਰ ਖੇਡ ਪ੍ਰਮੋਟਰ ਨਾਲ ਹੀ ਸਾਡਾ ਵੀਰ ਸੁਖਵਿੰਦਰ ਸਿੰਘ ਜੀ ਪ੍ਰਧਾਨ ਗਿੱਲ ਸਾਹਿਬ ਘਾੜ ਕਲੱਬ ਜਿਹਨਾਂ ਵੱਲੋਂ ਪਿਛਲੇ 5 ਨਾਮ ਘੋੜੀਆਂ ਦੇ ਅਤੇ ਨਾਲ ਹੀ 10,000 ਰੁਪਇਆ ਮਾਲੀ ਮਦਦ ਸਾਡੇ ਕਲੱਬ ਨੂੰ ਸੁਖਵਿੰਦਰ ਸਿੰਘ ਗਿੱਲ ਘਾੜ ਕਲੱਬ ਵੱਲੋਂ ਦਿੱਤੀ ਗਈ ਆ ਧੰਨਵਾਦ ਬਾਬਾ ਮਹਾਂਪੁਰਸ਼ ਨਾਗਰ ਸਿੰਘ ਜੀ ਮੀਤ ਪ੍ਰਧਾਨ ਹਰੀਆਂ ਵੇਲਾਂ ਉਹਨਾਂ ਵੱਲੋਂ ਵੀ 11,000 ਰੁਪਏ ਦੀ ਮਾਲੀ ਮਦਦ ਉਸਦੀ ਕੀਤੀ ਗਈ ਆ ਬਾਕੀ ਹੋਰ ਵੀ ਜਿੰਨੇ ਵੀ ਦਾਨੀ ਸੱਜਣ ਨੇ ਸਾਨੂੰ ਮਾਣ ਪੁੱਜਦੇ ਕੀਤੇ ਨੇ ਮਾਸਟਰ ਜੀ ਕਵਰ ਮੈਨੂੰ ਲਿਸਟ ਬੋਲਣ ਦੀ ਥੋੜ੍ਹਾ ਸਮੇਂ ਦੇ ਲਈ ਆਗਿਆ ਦੇ ਦਿਓ ਇਕਬਾਲ ਸਿੰਘ ਜੀ ਸਾਲਾਪੁਰ ਵਾਲੇ ਵੀ ਮਾਸਟਰ ਜੀ ਦੇ ਕੋਲ ਮੈਂ ਵੇਖਿਆ ਟਰਾਲੀ ਦੇ ਵਿੱਚ ਖੜ੍ਹੇ ਦੇਖ ਰਹੇ ਨੇ ਅੱਜ ਖੀਰੇ ਦੁੱਗੇ ਬੱਚਿਆਂ ਦੀਆਂ ਦੌੜਾਂ ਔਰ ਉਹਨਾਂ ਵੀਰਾਂ ਨੇ ਉਦਘਾਟਨ ਵੀ ਕੀਤਾ ਹੈ ਸਰਦਾਰ ਕੇਸਰ ਸਿੰਘ ਜੀ ਹਵਾਰਾ ਕਲਾਂ ਸਰਦਾਰ ਕੇਸਰ ਸਿੰਘ ਜੀ ਹਵਾਰਾ ਕਲਾਂ ਮੈਂ ਧੰਨਵਾਦੀਆਂ ਵੀ ਸਿਵਲੀ ਪੰਜਾਬ ਸਪੋਰਟਸ ਕਲੱਬ ਦੇ ਜਿਹੜੇ ਅਹੁਦੇਦਾਰ ਨੇ ਕਾਲਾ ਸਿੰਘ ਸੋਹਲ ਅਮਨਦੀਪ ਸਿੰਘ ਸੋਹਲ ਹਰਮਨਦੀਪ ਸਿੰਘ ਸੋਲਖੀਆਂ ਮਨਦੀਪ ਸਿੰਘ ਸੋਹਲ ਬੀਜਾ ਸੋਲਖੀਆਂ ਸਿਮਰਨਜੀਤ ਸਿੰਘ ਸੋਹਲ ਗੁਰਿੰਦਰ ਸਿੰਘ ਸੋਹਲ ਹਰਮਨ ਸੋਲਖੀਆਂ ਮੋਹਨ ਸਿੰਘ ਸੋਹਲ ਮਨਜੋਤ ਸਿੰਘ ਸੋਹਲ ਰੁਪਿੰਦਰ ਸਿੰਘ ਖਾਬੜਾ ਹਰਸ਼ ਚੋਹਲ ਅਮਰਤਬੀਰ ਸਿੰਘ ਸੋਹਲ
ਇਹ ਜਿਹੜਾ ਸੋਲ ਹੈ ਗੋਤ ਹੈ ਪਿੰਡ ਦਾ ਕਿਉਂ ਮੇਰੇ ਵੀ ਨਾਨਕੇ ਆ ਭਾਈ ਇਸ ਪਿੰਡ ਦੇ ਵਿੱਚ ਸੋਲ ਗੋਤ ਹੈ ਸੋਲਖੀਆਂ ਪਿੰਡ ਦਾ ਮਾਸਟਰ ਜੀ ਉਹ ਰਾਹ ਨਾ ਦਿਖਾਈ ਜਾ ਹੁਣ ਤੁਸੀਂ ਮਾਸਟਰ ਜੀ ਆਗਿਆ ਜੀ ਅਸੀਂ 10 ਕੁ ਮਿੰਟ ਲੈਣੇ ਨੇ ਤੇ ਨਾਮ ਵੰਡ ਲਈਏ ਜੀ ਆਗਿਆ ਜੀ 10 ਮਿੰਟ ਦਾ ਚਲੋ ਜਾ ਭੱਜਣ ਲੱਗੇ ਭਾਈ ਬੰਦ ਕਰ ਦਿਓ ਵਿੱਚ ਤੁਸੀਂ ਦੱਸੋ ਜੀ 5-7 ਕੁ ਮਿੰਟ ਦੇ ਦਿਓ ਜਿਹੜੇ ਨਾਮ ਵੰਡਣੇ ਆ ਜੀ ਆਹ ਸ਼ਿਫਟ ਭੱਜਣ ਦਾ ਮਾਸਟਰ ਜੀ ਠੀਕ ਆ ਜੀ ਸੋ ਸਰਦਾਰ ਸਰਪੰਚ ਜੰਗ ਸਿੰਘ ਜੀ ਸੋਲਖੀਆਂ ਜਿਹਨਾਂ ਵੱਲੋਂ 21,000 ਰੁਪਇਆ ਅਜਮੇਰ ਸਿੰਘ ਸੋਹਲ 11,000 ਰੁਪਇਆ ਸਵਰਗੀ ਰਾਮ ਦਿਆਲ ਸਿੰਘ ਦੇ ਪਰਿਵਾਰ ਵੱਲੋਂ ਵੀ 11,000 ਰੁਪਇਆ ਅਵਤਾਰ ਸੋਨੀ ਅਵਤਾਰ ਸਿੰਘ ਜੀ ਸੋਨੀ ਪਟਵਾਰੀ ਜੀ 1100 ਰੁਪਇਆ ਉਹ ਭਾਈ ਆ ਟਰੈਕ ਦੇ ਵਿੱਚ ਜਿਹੜੇ ਬੰਦੇ ਖਾਲੀ ਕਰੋ ਉੱਧਰ ਸ਼ਿਫਟ ਦੀ ਪਹਿਲੀ ਗੱਡੀ ਭੱਜਣ ਦੀ ਤਿਆਰੀ ਦੇ ਵਿੱਚ ਹੈ ਇੱਧਰ ਆ ਜਾਓ ਜੀ ਉੱਧਰ ਬੁੱਗਾ ਸਾਡਾ ਵੀਰ ਚੈੜੀਆਂ ਤੋਂ ਬੁੱਗਾ ਬਾਈ ਚੈੜੀਆਂ ਉਹ ਵੀ ਸਾਡੇ ਵੀਰ ਪਹੁੰਚੇ ਨੇ ਉਹ ਵੀ ਬਾਲ ਦਾ ਬੜੇ ਵਧੀਆ ਪਾਲ ਕੇ ਸ਼ੌਂਕੀ ਨੇ ਬਾਲਦਾਂ ਦੇ ਉਹਨਾਂ ਦਾ ਵੀ ਧੰਨਵਾਦ ਬੁੱਗਾ ਵੀਰ ਚੈੜੀਆਂ ਤੇ ਦਰਸ਼ਨ ਸਿੰਘ ਜੀ ਸਨ ਆਫ ਮਸਤਾ ਸਿੰਘ ਜੀ 2100 ਰੁਪਇਆ ਆਤਮਾ ਸਿੰਘ ਜੀ ਸਨ ਆਫ ਹਰੀ ਸਿੰਘ ਜੀ 1100 ਰੁਪਇਆ ਨਰਿੰਦਰ ਸਿੰਘ ਜੀ ਸਨ ਆਫ ਭਾਗ ਸਿੰਘ ਜੀ 1100 ਰੁਪਇਆ ਬਾਬਾ ਹਰੀ ਸਿੰਘ ਜੀ 2100 ਰੁਪਇਆ ਤੇ 21ਵਾਂ ਨਾਮ ਵੀ ਉਹਨਾਂ ਦੇ ਵੱਲੋਂ ਦਿੱਤਾ ਜਾਣਾ ਹੈ ਮਨਜਿੰਦਰ ਸਿੰਘ ਜੀ ਸਨ ਆਫ ਮੋਹਨ ਸਿੰਘ ਜੀ 1100 ਰੁਪਇਆ ਸਿਮਰਨਜੀਤ ਸਿੰਘ ਜੀ ਤਿਆਰੀ ਆ ਜੀ ਪੋਤਾ ਸਵਰਗਿਆ ਗਰਜਾ ਸਿੰਘ ਜੀ 2100 ਰੁਪਇਆ ਤਿਆਰੀ ਆ ਜੀ ਸਰਦਾਰ ਬਾਬਾ ਸਿੰਘ ਸਪੁੱਤਰ ਮਾਮਾ ਜਰਨੈਲ ਸਿੰਘ ਜੀ ਉਹਨਾਂ ਵੱਲੋਂ ਵੀ 100 ਰੁਪਇਆ ਮੈਨੂੰ ਸਪੈਸ਼ਲ ਨਾਮ ਜੀ ਮੈਂ ਧੰਨਵਾਦ ਕਰਦਾ ਬੜੀ ਮਿਹਰਬਾਨੀ ਲਓ ਤਿਆਰੀ ਹੈ ਪਹਿਲੀ ਸ਼ਿਫਟ ਦੀ ਪਹਿਲੀ ਗੱਡੀ ਭੱਜਣ ਨੂੰ ਤਿਆਰ ਹੈ ਤਿਆਰੀ ਆ ਭਾਈ ਪਹਿਲੀ ਗੱਡੀ ਭੱਜਣ ਨੂੰ ਤਿਆਰ ਹੈ ਬਾਈ ਜੀ ਜਗ੍ਹਾ ਲੈ ਲਓ ਜਿੱਥੇ ਮਿਲਦੀ ਆ ਛੋਟੇ ਭਾਈ ਹਿੰਮਤ ਨਾਲ ਹੋ ਜਾਓ ਆਰ ਪਾਰ ਵਾਹ ਜੀ ਵਾਹ ਮਾਸਟਰ ਜੀ ਸਾਡੇ ਵਿੱਚ ਸਰਦਾਰ ਸੁਰਜੀਤ ਸਿੰਘ ਜੀ ਕਰਾਲੀ ਅੰਤਰਰਾਸ਼ਟਰੀ ਕਬੱਡੀ ਕਮੈਂਟਰ ਮੇਰੇ ਸਾਥੀ ਕਮੈਂਟਰ ਪਹੁੰਚੇ ਨੇ ਬਸ ਧੰਨਵਾਦ ਦਰਬਾਰਾ ਸਿੰਘ ਜੀ ਸਮਾਨਪੁਰ 2100 ਤਰਸੇਮ ਸਿੰਘ ਜੀ ਸਾਨਾ ਹਰਬੰਸ ਸਿੰਘ ਜੀ 5100 ਸਤਵੀਰ ਸਿੰਘ ਜੀ ਆਸਟ੍ਰੇਲੀਆ ਪੁੱਤਰ ਬਹਾਦਰ ਸਿੰਘ ਜੀ ਹਾਂਜੀ ਚੱਲ ਤਿਆਰੀ ਆ ਜੀ ਹਾਂਜੀ ਧੰਨਵਾਦ ਜੀ ਕਾਕਾ ਘਨੌਰੀ ਲਓ ਜੀ ਪਹਿਲੀ ਸ਼ਬਦ ਦੀ ਪਹਿਲੀ ਗੱਡੀ ਭੱਜਣ ਨੂੰ ਤਿਆਰ ਹੈ ਜੀ ਖੀਰਾ 1 ਦੁੱਗਾ ਇਸ ਤਰ੍ਹਾਂ ਭੱਜਣੇ ਨਾ ਦੋ ਇਕੱਠੇ ਅਸੀਂ ਖੀਰੇ ਭੱਜਣ ਦੇਣੇ ਨਾ ਦੋ ਦੁੱਗੇ ਭੱਜਣ ਦੇਣੇ ਹੈ ਇਹ ਖੀਰਾ ਹੋਊਗਾ 1 ਦੁੱਗਾ ਹੋਊਗਾ ਹਾਂ ਬੋਲੋ ਕਿੱਧਰ ਵਾਹ ਪਿਛਾਂ ਬੇਨਤੀ ਆ ਜਿਹੜੇ ਮਗਰ ਖੜੇ ਹੈ ਇਹਨਾਂ ਨੂੰ ਬੇਨਤੀ ਆ ਪਾਸੇ ਹੋ ਜਾਣ ਬਈ ਉਹ ਭਾਈ ਪਾਸੇ ਹੋ ਜਾਓ ਭਾਈ ਪਰਾਂ ਹੋ ਜਾਓ ਤੁਸੀਂ ਵਾਹ ਜੀ ਵਾਹ ਸਰਦਾਰ ਬੁੱਗਾ ਚੈੜੀਆਂ ਸਰਪੰਚ ਸਰਬਜੀਤ ਸਿੰਘ ਵਿਦੇਸ਼ ਕਲਾਂ ਵੀ ਪਹੁੰਚੇ ਨੇ ਧੰਨਵਾਦੀਆਂ ਜੀ ਬੜੀ ਮਿਹਰਬਾਨੀ ਆ ਸਾਡਾ ਵੀਰ ਕਾਕਾ ਸਿੰਘ ਘਨੌਰੀ ਉਹਨਾਂ ਵੱਲੋਂ ਵੀ ਸਪੈਸ਼ਲ ਨਾਮ ਹੈ ਜੀ ਧੰਨਵਾਦ ਬੜੀ ਮਿਹਰਬਾਨੀ ਜੀਤਾ ਕਾਕਰਾਲੀ ਮਿੱਤਰ ਵਾਕਈ ਧੂੜ ਪੜਦਨ ਦਾ ਜਵਾਨ ਇਹ ਵੀ ਕੋਈ ਨੀ ਕੋਈ ਨੀ ਲਿਖ ਦੀ ਲੋੜ ਨੀ ਆਪਾਂ ਉਹ ਬਾਈ ਕਿਰਪਾ ਕਰਕੇ ਮਗਰ ਹੋ ਜਾਓ ਤੁਸੀਂ ਆ ਗਈ ਬਾਈ ਮਗਰ ਹੋ ਯਾਰ ਤੁਸੀਂ ਉਹ ਭਾਈ ਪਿੱਛੇ ਹਟ ਜਾਓ ਮੂਹਰੇ ਕਿਉਂ ਆਈ ਜਾ ਰਹੇ ਹੋ ਕਈ ਵਾਰ ਕੋਈ ਅਣਜਾਣ ਬਾਲ ਪਹਿਲੀ ਵਾਰ ਗੇੜੇ ਦੇ ਵਿੱਚ ਪਾਇਆ ਹੁੰਦਾ ਫੇਰ ਨਾ ਕਿਹਾ ਵੀ ਸਾਡਾ ਨੰਬਰ ਨੁਕਸਾਨ ਹੋ ਗਿਆ ਸਾਈਡ ਤੇ ਰਹੋ ਭਾਈ ਟਰੈਕ ਤੋਂ ਕਾਫੀ ਪਿੱਛੇ ਹਟ ਜਾਓ ਵਾਰ ਵਾਰ ਬੇਨਤੀ ਨੂੰ ਸਾਡੀ ਨੂੰ ਪ੍ਰਵਾਨ ਕਰੋ ਵਾਰ ਵਾਰ ਨਾ ਕਹਿਣਾ ਪਵੇ ਕੱਪ ਟਾਈਮ ਹੈ ਜੀ 25:44 ਦਾ ਗੜਵਾਨੀ ਕਰ ਗਿਆ ਜੱਗੀ ਪਿੰਡ ਖਿਰਨੀਆਂ ਇਹ ਖਿਰਨੀਆਂ ਜੱਗੀ ਨੇ ਇਹਨਾਂ ਦੀ ਗੜਵਾਨੀ ਕਰੀ ਬੱਚਿਆਂ ਦੀ ਟਾਈਮ ਲਾ ਗਿਆ ਜੀ 25:44 ਦਾ ਦੇਖ ਲਿਆ ਬਈ ਮਨੋਹਰ ਸਿੰਘ ਜੀ ਖਾਬੜਾਂ ਸਾਡੇ ਵਿੱਚ ਪਹੁੰਚੇ ਨੇ ਔਰ ਨਾਲ ਹੀ ਮਨੋਹਰ ਸਿੰਘ ਜੀ ਖਾਬੜਾਂ ਜਿਹਨਾਂ ਨੇ ਵੱਡਾ ਖੇਡ ਮੇਲਾ ਵੀ ਕਰਵਾਇਆ ਤੇ ਨਾਲ ਸਾਡੇ ਨਾਲ ਵਿੱਚ ਸਰਪੰਚ ਸਰਦਾਰ ਕੀਪਾ ਕੁਲਦੀਪ ਕੀਪਾ ਪਥਰੇੜੀ ਨਾਲ ਠੇਕੇਦਾਰ ਭਰਾ ਸਾਡੇ ਰਣਜੀਤ ਸਿੰਘ ਜੀ ਠੇਕੇਦਾਰ ਭਰਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸੁਚੇ ਤੌਰ 'ਤੇ ਪਹੁੰਚੇ ਨੇ ਮਨੋਹਰ ਸਿੰਘ ਜੀ ਖਾਬੜਾਂ ਸਾਡੇ ਅੰਕਲ ਜੀ ਅਤੇ ਨਾਲ ਕੁਲਦੀਪ ਸਿੰਘ ਕੀਪਾ ਪਥਰੇੜੀਆਂ ਤੋਂ ਠੇਕੇਦਾਰ ਭਰਾ ਸਾਲਾਪੁਰ ਤੋਂ ਕੁਲਦੀਪ ਸਿੰਘ ਕੀਪਾ ਪਥਰੇੜੀ ਜੱਟਾਂ ਧੰਨਵਾਦ ਜੀ ਬਹਿ ਜਾ ਕਾਕੇ ਬਹਿ ਜਾ
ਵਈ ਜਿੱਥੇ ਜਗ੍ਹਾ ਮਿਲਦੀ ਹੈ ਛੋਟੇ ਭਾਈ ਬਾਜੀ ਵਾਹ ਸਰਦਾਰ ਦਾਰਾ ਮਾਜਰੀ ਸਰਪੰਚ ਸਰਦਾਰ ਨੇਤਰ ਸਿੰਘ ਜੀ ਮਾਜਰੀ ਉਹ ਵੀ ਪਹੁੰਚੇ ਹੋਏ ਨੇ ਸਰਦਾਰ ਬੁੱਗਾ ਚੈੜੀਆਂ ਸਰਪੰਚ ਸਰਦਾਰ ਸਰਬਜੀਤ ਸਿੰਘ ਵਿਦੇਸ਼ ਕਲਾਂ ਧੰਨਵਾਦ ਕਰਦੇ ਹਾਂ ਆਪਣੇ ਵੀਰਾਂ ਦਾ ਬੜੀ ਮਿਹਰਬਾਨੀ ਪਹਿਲਾਂ ਗੱਡੀ ਆਈ ਹੈ ਫਤਿਹ ਜੰਗ ਸਿੰਘ ਸਰਪੰਚ ਸੋਲਖੀਆਂ ਟਾਈਮ ਲਾਇਆ ਉਹਨਾਂ ਨੇ 2544 ਦਾ ਫਤਿਹ ਜੰਗ ਸਿੰਘ ਆੜਤੀਆ ਸਰਪੰਚ ਸੋਲਖੀਆਂ ਟਾਈਮ ਲਾ ਕੇ ਜੀ 2544 ਅਲੀ ਗੱਡੀ ਗਾਂ ਲਈ ਤਿਆਰ ਹੈ ਜੀ ਤਿਆਰੀ ਹੈ ਜੀ ਲਓ ਜੀ ਉੱਥੇ ਤਿਆਰੀ ਆ ਭਾਈ ਪਿੱਛੇ ਹਟ ਜਾਓ ਦਰਸ਼ਕ ਵੀਰੋ ਅੱਗੇ ਨਾ ਆਈ ਜਾਓ ਜਾਣਾ ਬਾਈ ਹੈਰੀ ਬਾਹਰ ਨੂੰ ਆਓ ਸਿਰ ਹਾਂ ਦੂਰ ਰੋਕੇ ਹੈਰੀ ਭਾਈ ਇਹ ਵੀ ਸਾਡਾ ਸੇਵਾਦਾਰ ਹੈ ਕਲੀ ਪਾਉਂਦਾ ਹੈ ਧੂੜ ਪੁੱਟੀ ਫਿਰਦਾ ਹੈ ਅੱਜ ਮੇਲੇ 'ਚ ਹੈਰੀ ਹੋਰੀ ਹੋਈ ਪਈ ਹੈ ਬਈ ਮੇਲਾ ਮਿੱਤਰੂ ਇੱਕ ਵੱਖਰੀ ਪਛਾਣ ਬਣਾਉਂਦਾ ਆਪਦੀ ਸੋਲਖੀਆਂ ਵਾਲਾ ਐਡਾ ਪ੍ਰਬੰਧ ਨਹੀਂ ਸਾਡੀਆਂ ਇਹਨਾਂ ਖੇਡਾਂ 'ਚ ਨਹੀਂ ਹੁੰਦਾ ਵੀ ਬੈਲ ਗੱਡੀਆਂ ਦੀਆਂ ਜਾਂ ਘੋੜੀਆਂ ਦੀਆਂ ਦੌੜਾਂ ਹੁਣ ਜੋ ਇਸ ਡੱਗਰ ਨੇ ਪ੍ਰਬੰਧ ਕੀਤਾ ਜ਼ਿਆਦਾ ਤਕੜਾ ਪ੍ਰਬੰਧ ਕੀਤਾ ਹੋਇਆ ਉਹ ਤੇ ਵੱਧ ਮਿਹਨਤ ਆ ਗਈ ਭਾਈ ਰਾਜ ਵੀ ਕੀਤੀ ਹੋਈ ਹੈ ਹਰਨੇਕ ਸਿੰਘ ਜੀ ਮੌਲੀ ਬੈਦਮਾਨ ਪਹੁੰਚੇ ਨੇ ਜੀ ਧੰਨਵਾਦ ਬੜੀ ਮਿਹਰਬਾਨੀ ਸਾਡੇ ਉਸਤਾਦ ਛੋਟਾ ਸਿੰਘ ਜੀ ਗੁੱਜਰਵਾਲ ਉਹਨਾਂ ਵੱਲੋਂ ਵੀ ਮੈਨੂੰ ਸਪੈਸ਼ਲ ਨਾਮ ਵੀ ਆਇਆ ਬਈ ਬੜੀ ਮਿਹਰਬਾਨੀ ਚੌਵੀ ਕਾਨਵੇਂ ਦਾ ਸਮਾਂ ਜੀ ਚੌਵੀ ਸੈਕਿੰਡ ਕਾਨਵੇਂ ਪੁਆਇੰਟ ਇਹਨਾਂ ਬੱਚਿਆਂ ਨੇ ਸਮਾਂ ਲਾਇਆ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਰਦਾਰ ਦਰਬਾਰਾ ਸਿੰਘ ਜੀ ਸਮਾਨਪੁਰ 2100 ਤਰਸੇਮ ਸਿੰਘ ਜੀ ਸਾਨੂੰ ਹਰਬੰਸ ਸਿੰਘ ਜੀ ਉਹਨਾਂ ਦੇ ਵੱਲੋਂ ਵੀ 5100 ਸਤਵੀਰ ਸਿੰਘ ਆਸਟ੍ਰੇਲੀਆ 5100 ਪ੍ਰੇਮ ਸਿੰਘ ਜੀ ਘੋੜੀਆਂ ਵਾਲੇ ਸਾਰੇ ਪਰਿਵਾਰ ਵੱਲੋਂ 2100 ਸਵਰਗਿਆ ਪ੍ਰੇਮ ਸਿੰਘ ਦੇ ਪਰਿਵਾਰ ਵੱਲੋਂ ਅਤੇ ਰਘਵੀਰ ਸਿੰਘ ਜੀ ਲੰਬੜਦਾਰ ਜੀ 2100 ਅਜੈਬ ਸਿੰਘ ਜੀ ਸਨ ਆਫ ਨਥਾ ਸਿੰਘ ਜੀ 1000 ਕੁਲਵੰਤ ਸਿੰਘ ਜੀ ਸਨ ਆਫ ਮੇਜਰ ਸਿੰਘ ਜੀ ਬਾਲ ਸੰਡੇ ਵਾਲੇ 1000 ਸੁਰਿੰਦਰ ਸਿੰਘ ਸਨ ਆਫ ਅਜਮੇਰ ਸਿੰਘ ਜੀ 2100 ਸੁਰਮੁਖ ਸਿੰਘ ਸਾਬਕਾ ਸਰਪੰਚ 1100 ਸੰਦੀਪ ਸਿੰਘ ਜੀ ਸਨ ਆਫ ਬਾਬਾ ਸਿੰਘ ਜੀ 1100 ਹਰਮਨਦੀਪ ਸਿੰਘ ਜੀ ਸਨ ਆਫ ਜਸਵੰਤ ਸਿੰਘ ਜੀ ਬਿੱਲਾ 1100 ਅਮਨ ਸੋਹਲ ਜੀ 1100 ਕੈਪਟਨ ਅਮਰਜੀਤ ਸਿੰਘ ਜੀ ਰਾਜੇ ਮਾਜਰਾ ਕੇਸਰ ਸਿੰਘ ਜੀ ਹਵਾਰਾ ਅਤੇ ਸ਼ਿੰਗਾਰਾ ਸਿੰਘ ਜੀ ਇਹਨਾਂ ਵੱਲੋਂ ਸਾਨੂੰ 11000 ਰੁਪਏ ਦੇ ਯੋਗਦਾਨ ਆਏ ਨੇ ਬਹੁਤ ਧੰਨਵਾਦ ਉੱਥੇ ਸੁਖਵਿੰਦਰ ਸਿੰਘ ਜੀ ਪ੍ਰਧਾਨ ਗਿੱਲ ਸਾਹਿਬ ਘਾਟ ਕਲੱਬ ਜਿਹਨਾਂ ਵੱਲੋਂ 5 ਇਨਾਮ ਘੋੜੀਆਂ ਦੇ ਅਤੇ ਨਾਲ ਹੀ 10000 ਰੁਪਇਆ 5 ਇਨਾਮ ਬਲਦਾਂ ਦੇ ਅਤੇ ਨਾਲ 10000 ਰੁਪਇਆ ਸੁਖਵਿੰਦਰ ਸਿੰਘ ਜੀ ਗਿੱਲ ਘਾਟ ਕਲੱਬ ਉਹ ਦੋ ਬੰਦੇ ਭੇਜ ਕੇ ਕਰੋ ਇਹਨਾਂ ਪਾਸੇ ਦੋ ਬੰਦੇ ਭੇਜੋ ਮੂਹਰਾ ਦੋ ਬੰਦੇ ਭੇਜੋ ਉਹ ਕਹਿੰਦਾ ਖੜ ਜਾ ਸਰਦਾਰ ਇਕਬਾਲ ਸਿੰਘ ਜੀ ਸਾਲਾਪੁਰ ਉਹਨਾਂ ਨੇ ਵੀ ਬਹੁਤ ਮਾਣ ਕੀਤਾ ਮੇਰਾ ਵੀ ਵੀਰ ਜੀ ਨੇ ਜਿਹਨਾਂ ਨੇ ਅੱਜ ਦੇ ਇਹਨਾਂ ਮੁਕਾਬਲਿਆਂ ਦਾ ਉਦਘਾਟਨ ਕੀਤਾ ਅਤੇ ਸਰਦਾਰ ਮਨੋਹਰ ਸਿੰਘ ਜੀ ਖਾਬੜਾ ਠੇਕੇਦਾਰ ਭਰਾ ਸਾਲਾਪੁਰ ਤੋਂ ਕੁਲਦੀਪ ਕੀਪਾ ਜੀ ਸਾਬਕਾ ਸਰਪੰਚ ਪਥਰੇੜੀਆਂ ਸਰਬਜੀਤ ਸਿੰਘ ਜੀ ਚੈੜੀਆਂ ਅਤੇ ਬੁੱਗਾ ਚੈੜੀਆਂ ਉਹਨਾਂ ਦਾ ਵੀ ਧੰਨਵਾਦ ਹਾਂਜੀ ਮਾਸਟਰ ਜੀ ਲਓ ਜੀ ਕਹਿਰੀ ਕਹਿੰਦਾ ਮੈਂ ਗੇੜਾ ਲਾਉਣਾ ਇਹਦਾ ਗੇੜਾ ਆਉਂਦਾ ਥੋੜ੍ਹੇ 'ਚ ਭਾਈ ਜਿਹੜਾ ਕਲੀ ਪਾਉਂਦਾ ਇਹਦਾ ਕਰ ਦਿਓ ਮਾਣ ਸਨਮਾਨ ਥੋੜ੍ਹੇ 'ਚ ਗੇੜਾ ਲਾਊਗਾ ਭਾਈ ਕੋਈ ਕਾਗਜ਼ ਵੀ ਲਿਖੀ ਫਿਰਦਾ ਪੜ੍ਹ ਲਿਓ ਕਿਆ ਲਿਖਿਆ ਹੋਇਆ ਹਾਂਜੀ ਜਿਹੜੇ ਸਟੇਜ ਦੇ ਮੂਹਰਾ ਖੜੇ ਹੱਥ ਬੰਨ ਕੇ ਬੇਨਤੀ ਹੈ ਪਾਸੇ ਹਟ ਜਾਣ ਬਈ ਜਿਹੜੇ ਸਟੇਜਾਂ ਦੇ ਮੂਹਰਾ ਖੜੇ ਹੱਥ ਬੰਨ ਕੇ ਬੇਨਤੀ ਹੈ ਪਾਸੇ ਹੋ ਜਾਣ ਮੇਰਾ ਵੀਰ ਛੋਟੇ ਵੀਰੋ ਸਾਡੀ ਹੱਥ ਬੰਨ ਕੇ ਬੇਨਤੀ ਹੈ ਸਟੇਜਾਂ ਦੇ ਮੂਹਰਾ ਖਾਲੀ ਕਰ ਦਿਓ ਜਗ੍ਹਾ ਨੂੰ ਵੀਰ ਜੀ ਇੱਧਰ ਸਾਈਡ ਤੇ ਹੋ ਜਿਹੜੀ ਸਿੱਧੀ ਵੱਡੀ ਵੱਟ ਆ ਬੜੀ ਸਾਰੀ ਹਾਂਜੀ ਇੱਧਰ ਕਰਵਾ ਦਿਓ ਵੀਰ ਜੀ ਨੂੰ ਤਰਸੇਮ ਭਾਈ ਪਿੱਛੇ ਕਰਦੇ ਭਾਈ ਤਰਸੇਮ ਇੱਕ ਵਾਰ ਪਰਾਂ ਤੱਕ ਘੁੰਮ ਜਾਓ ਹੁਣ ਦਰਸ਼ਕ ਵੀਰੋ ਤੇ ਪਿੱਛੇ ਨਾ ਆਇਓ ਹੁਣ ਅੱਗੇ ਨਾ ਆਇਓ ਪਿੱਛੇ ਪਹਿਲਾਂ ਗੱਡੀ ਆਈ ਕੁਲਵਿੰਦਰ ਸਿੰਘ ਮਕਸੂਦਲਾ ਸਮਾਂ ਲਾ ਗਏ ਭਾਈ 2491 ਗਾਂ ਦੀ ਗੱਡੀ ਤਿਆਰ ਹੈ ਦਰਸ਼ਕ ਵੀਰੋ ਸਾਡੀ ਜਿਹੜੀ ਮੇਨ ਸਟੇਜ ਦੇ ਨਾਲ ਛੋਟੀ ਸਟੇਜ ਹੋਰ ਲੱਗੀ ਉਹ ਖਾਲੀ ਪਈ ਆ ਉੱਥੇ ਕੁਰਸੀਆਂ ਤੇ ਬੈਠ ਸਕਦੇ ਹੋ ਤੁਸੀਂ ਆ ਕੇ ਤਿਆਰੀ ਆ ਭਾਈ ਠੇਕੇਦਾਰ ਰਣਜੀਤ ਸਿੰਘ ਜੀ ਸਾਲਾਪੁਰ ਸਰਬਜੀਤ ਸਿੰਘ ਜੀ ਧਰਮਗੜ ਕੁਲਦੀਪ ਸਿੰਘ ਕੀਪਾ ਮਨੋਹਰ ਸਿੰਘ ਜੀ ਖਾਬੜਾਂ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਨਾਗਰ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਬਾਬੀ ਸਾਡਾ ਵੀਰ ਪੰਜੋਲੇ ਤੋਂ
ਤੇਜਪਾਲ ਸਿੰਘ ਜੀ ਸਰਪੰਚ ਸਾਹਿਬ, ਅਕਬਾਲ ਸਿੰਘ ਜੀ ਸਰਪੰਚ ਸਾਹਿਬ, ਇਹਨਾਂ ਦਾ ਵੀ ਧੰਨਵਾਦ। ਸਰਦਾਰ ਜਗਜੀਤ ਸਿੰਘ ਸਮਾਣਾ ਆਸਟ੍ਰੇਲੀਆ ਵੱਲੋਂ ਜੀ ਇੱਕ ਇਨਾਮ ਦਿੱਤਾ ਜਾਣਾ ਹੈ, 200 ਰੁਪਏ ਦੇ ਦੋ ਇਨਾਮ ਮਨੀ ਮਕੜੋਨਾ ਦੀ ਯਾਦ ਦੇ ਵਿੱਚ ਸਰਦਾਰ ਜੋਗਾ ਸਿੰਘ ਮਕੜੋਨਾ ਵੱਲੋਂ ਉੱਤੇ ਜਾਣਗੇ ਜੀ। ਆ ਗਈ ਭਾਈ ਸਰਦਾਰ ਜਗਜੀਤ ਸਿੰਘ ਜਿਨ੍ਹਾਂ ਦਾ ਕਾਲਾ ਬਾਲ ਭੱਜਦਾ, ਅੱਜ ਗੁਰੂ ਦੀ ਕਿਰਪਾ ਨਾਲ ਬੜੀ ਚੜ੍ਹਾਈ ਹੈ ਭਾਈ ਉਹਦੀ ਵੀ। ਠੇਕੇਦਾਰ ਰਣਧੀਰ ਸਿੰਘ ਜੀ ਵੱਲੋਂ ਵੱਡਾ ਸਹਿਯੋਗ, ਕੁਲਦੀਪ ਕੀਪਾ ਜੀ ਵੱਲੋਂ ਵੱਡਾ ਸਹਿਯੋਗ। ਵਾਹ ਜੀ ਵਾਹ, ਸਾਡਾ ਵੀਰ ਗੁਰੀ ਧਾਰੀ ਵਾਲਾ ਪਿੰਡ ਖੇਡ ਮੇਲਾ ਕਰਾਇਆ ਸਾਡੇ ਵੀਰਾਂ ਨੇ, ਧੰਨਵਾਦ। ਉਣੱਤੀ 79 ਦਾ ਸਮਾਂ ਜੀ, 29-69 ਇਹ ਜੰਟੀ ਹੈ ਜੀ ਪਿੰਡ ਕਕਰਾਲੀ ਜਿਹੜਾ ਇਹਨਾਂ ਬੱਚਿਆਂ ਦੀ ਕਢਵਾਨੀ ਕਰਕੇ ਲਿਆਇਆ, ਸਰਦਾਰ ਜੰਟੀ ਪਿੰਡ ਕਕਰਾਲੀ। ਦੂਜੀ ਸ਼ਿਫਟ ਵਾਲੇ ਵੀਰ ਆਪਣੀ ਤਿਆਰੀ ਕਰ ਲੈਣ ਜੀ, ਦੂਜੀ ਸ਼ਿਫਟ ਵਾਲੇ ਵੀਰਾਂ ਨੂੰ ਬੇਨਤੀ ਹੈ ਆਪਦੀ ਤਿਆਰੀ ਕਰ ਲੈਣ ਦੂਜੀ ਸ਼ਿਫਟ ਵਾਲੇ ਵੀਰ। ਧੂੜ ਪੱਟ ਖੇਡ ਗਏ ਨੇ ਇਹਨੂੰ ਧੂੜ ਪੱਟ। ਮਾਸਟਰ ਜੀ ਦਿਓ 2 ਮਿੰਟ, ਇੱਧਰ ਸਾਡੇ ਵਿੱਚ ਗੁਰੀ ਸਾਡਾ ਵੀਰ ਪਥਰੇੜੀ ਰਾਜਪੂਤਾਂ ਤੋਂ, ਉਹਨਾਂ ਦੇ ਨਾਲ ਹੋਰ ਵੀ ਸਾਥੀ ਵੀਰ ਸਾਡੇ ਵੀਰ ਪਹੁੰਚੇ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਪਿੰਡ ਪਹਿਲਾ ਖੇਡ ਮੇਲਾ ਕਰਾਇਆ ਪਥਰੇੜੀ ਰਾਜਪੂਤਾਂ 27 ਮਾਰਚ ਨੂੰ, ਅਸੀਂ ਇਹਨਾਂ ਵੀਰਾਂ ਦਾ ਵੀ ਗੁਰੀ ਧਾਰੀਵਾਲ ਦਾ ਵੀ ਬਹੁਤ ਬਹੁਤ ਧੰਨਵਾਦ। ਮੌਸਮ ਦੇਖ ਲਓ ਕਿੰਨਾ ਵਧੀਆ ਹੋ ਗਿਆ। ਆ ਗਈ ਭਾਈ ਅੱਪ 25-78 ਦਾ ਸਮਾਂ ਜੀ, ਸਰਪੰਚ ਗੋਗੀ ਪਿੰਡ ਬਰਕਪੁਰ, ਟਾਈਮ ਲਾ ਗਿਆ ਜੀ 25-78, ਗੜਵਾਨੀ ਕਰ ਗਿਆ ਜੀ ਸਰਪੰਚ ਗੋਗੀ ਪਿੰਡ ਮਲਕਪੁਰ। ਲਓ ਜੀ ਪਹਿਲੀ ਸ਼ਿਫਟ ਪਾ ਚੁੱਕੀ ਹੈ, ਦੂਜੀ ਸ਼ਿਫਟ ਵਾਲੇ ਵੀਰਾਂ ਨੂੰ ਬੇਨਤੀ ਹੈ, ਘੜੀ ਮੈਂ ਆਪਣੀ ਦੱਬ ਲਈ ਜੀ, 10 ਮਿੰਟ ਦਾ ਸਮਾਂ ਹੈ ਬਾਈ, ਇੱਕ ਵਾਰੀ ਖੇਡਾਂ ਲੋਡ ਕਰ ਲਿਓ, 2 ਮਿੰਟ ਵਾਸਤੇ ਤੁਹਾਨੂੰ ਖੇਡਾਂ ਦੱਸ ਦਵਾਂ। ਪਰਸੋਂ ਨੂੰ 17 ਤਰੀਕ ਨੂੰ ਪਿੰਡ ਰਾਮਗੜ੍ਹ ਨੇੜੇ ਬਰਨਾਲਾ ਬੜੇ ਬੋਰਡ ਭੱਜਣਗੇ, ਪਹਿਲਾ ਨਾਮ ਫਰਿੱਜ ਹੈ, ਦੂਆ ਨਾਮ ਕੱਪੜੇ ਧੋਣ ਦੀ ਮਸ਼ੀਨ ਹੈ, ਤੀਆ ਨਾਮ ਕੂਲਰ ਹੈ, ਚੌਥਾ ਦੇਸੀ ਘੀ ਦਾ ਪੀਪਾ, ਇਸ ਤਰ੍ਹਾਂ ਨਾਮ ਹੈ, 21 ਨਾਮ ਦਿੱਤੇ ਜਾਣੇ। 18 ਨੂੰ ਖੀਰੇ ਦੁੱਗੇ ਬੱਚੇ ਭੱਜਣੇ, 20 ਤਰੀਕ ਨੂੰ ਪਿੰਡ ਬੁਗਰਾ ਖੀਰੇ ਦੁੱਗੇ ਬੱਚੇ ਭੱਜਣਗੇ, 21 ਤਰੀਕ ਨੂੰ ਪਿੰਡ ਉੱਪਲਾਂ ਸਾਂਝੀ ਖੇਡ ਚ ਬਈ ਉੱਪਲਾਂ ਜਿਹੜੇ ਇੱਕ ਚੌਕਾ ਉਹਦੇ ਨਾਲ ਖੀਰਾ ਹੋਵੇ ਜਾਂ ਦੁੱਗਾ ਹੋਵੇ, ਦੋਵੇਂ ਚੌਕੇ ਇਕੱਠੇ ਨਹੀਂ ਭੱਜਣਗੇ, ਬਾਕੀ ਚਾਹੇ ਦੁੱਗੇ ਜੋੜਿਓ ਚਾਹੇ ਚੌਕੇ ਜੋੜਿਓ। 21 ਤਰੀਕ ਨੂੰ ਪਿੰਡ ਉੱਪਲਾਂ ਭੱਜਣਗੇ ਬਈ, ਮੈਂ ਛੋਟੇ ਭਾਈ ਮਾਫੀ ਚਾਹੁੰਦਾ, 21 ਤਰੀਕ ਨੂੰ ਪਿੰਡ ਜੈਨਪੁਰ ਚ ਭੱਜਣਗੇ ਸਾਂਝੀ ਖੇਡ ਚ ਬੋਲਦ, 21 ਤਰੀਕ ਨੂੰ ਪਿੰਡ ਜੈਨਪੁਰ, 25 ਤਰੀਕ ਨੂੰ ਪਿੰਡ ਉੱਪਲਾਂ ਭੱਜਣਗੇ ਬਈ, 28 ਤਰੀਕ ਨੂੰ ਪਿੰਡ ਚੱਠਾ ਨਨਹੇੜਾ, ਇਹ ਸੁਨਾਮ ਤਹਿਸੀਲ ਹੈ ਜ਼ਿਲ੍ਹਾ ਸੰਗਰੂਰ ਹੈ, ਸੁਨਾਮ ਦੇ ਨੇੜੇ ਭੱਜਣਗੇ ਭਾਈ 28 ਤਰੀਕ ਨੂੰ। ਮਾਸਟਰ ਜੀ ਅਸੀਂ ਇੱਧਰ ਨਾਮ ਵੰਡ ਲਈਏ ਜੀ, ਅਜਾਜਤਾ ਜੀ ਵੰਡ ਲਓ ਜੀ, ਵੰਡ ਲਓ। ਹਾਂਜੀ ਬਹੁਤ ਬਹੁਤ ਧੰਨਵਾਦ ਸਾਡੇ ਉਸਤਾਦ ਜੀ ਮਾਸਟਰ ਗੁਰਮੇਲ ਸਿੰਘ ਜੀ, ਪਹਿਲੀ ਸ਼ਿਫਟ ਭਜਾ ਦਿੱਤੀ ਯਾਰ, ਦੂਜੀ ਦੇ ਬੋਲਦ ਤੇ ਟਾਂਗੀਆਂ ਲੈ ਕੇ ਜਾ ਰਹੇ ਨੇ ਵੀਰ। ਸਰਦਾਰ ਕੁਲਦੀਪ ਸਿੰਘ ਜੀ ਕੀਪਾ ਪਥਰੇੜੀਆਂ 2100 ਰੁਪਇਆ, ਠੇਕੇਦਾਰ ਰਣਧੀਰ ਸਿੰਘ ਜੀ ਇਹਨਾਂ ਵੱਲੋਂ ਵੀ ਵੱਡਾ ਮਾਣ ਸਨਮਾਨ ਸਾਲਾਪੁਰ ਤੋਂ 2100 ਰੁਪਇਆ, ਅਤੇ ਮਨੋਹਰ ਸਿੰਘ ਜੀ ਉਹਨਾਂ ਵੱਲੋਂ, ਸਰਪੰਚ ਸਾਹਿਬ ਮਨੋਹਰ ਸਿੰਘ ਜੀ ਪਿੰਡ ਖੇਡ ਮੇਲਾ ਵੀ ਕਰਵਾਇਆ ਉਹਨਾਂ ਵੱਲੋਂ ਵੀ ਵੱਡਾ ਯੋਗਦਾਨ 3100 ਰੁਪਏ ਦਾ। ਉੱਧਰ ਗੁਰੀ ਧਾਰੀਵਾਲ ਸਾਡਾ ਵੀਰ ਪਥਰੇੜੀ ਰਾਜਪੂਤਾਂ ਤੋਂ ਪਹੁੰਚਿਆ, ਉਹਨਾਂ ਦਾ ਵੀ ਧੰਨਵਾਦ, ਅਤੇ ਨਾਲ ਸਾਡਾ ਵੀਰ ਸਰਬਜੀਤ ਸਿੰਘ ਜੀ ਪਿੰਡ ਧਰਮਗੜ੍ਹ ਤੋਂ, ਉਹਨਾਂ ਦਾ ਵੀ ਧੰਨਵਾਦ ਹੈ। ਅਤੇ ਅਸੀਂ ਘੋੜਿਆਂ ਵਾਲੇ ਵੀਰਾਂ ਨੂੰ ਬੇਨਤੀ ਆ ਇਨਾਮਾਂ ਦੀ ਵੰਡ ਕਰਨੀ ਆ, ਸਾਰੇ ਵੀਰ ਨੇੜੇ ਆ ਜਾਣ। ਜੰਗ ਸਿੰਘ ਜੀ ਸਰਪੰਚ ਖੇੜੀ ਗੁਜਰਾਂ, ਜੰਗ ਸਿੰਘ ਜੀ ਸੋਲਖੀਆਂ ਸਾਹਿਬ, ਹੈਪੀ ਦੁਬੁਰਜੀ, ਹੈਲੋ
ਬਾਈ ਜੀ ਆ ਤੁਹਾਡੇ ਜੇ ਬੱਚੇ ਪਰ ਇਤਰਾਜ ਹੈ ਨਾ ਭਜਾਇਓ, ਬੇਨਤੀ ਹੈ ਤੁਹਾਨੂੰ ਜੇ ਇਤਰਾਜ ਹੈ ਨਾ ਭਜਾਇਓ। ਸਾਡੀ ਸੁਖਦੇਵ ਸਿੰਘ ਬਲਾਣਾ ਤੇ ਮਾਸਟਰ ਜੀ ਬੇਨਤੀ ਹੈ ਇੱਧਰ ਸੋਲਖੀਆਂ ਸਾਹਿਬ ਵੱਲੋਂ, ਜੰਗ ਸਿੰਘ ਵੱਲੋਂ, ਜੇ ਭਜਾਰ ਵੀ ਲਿਆ ਇਹਦਾ ਟਾਈਮ ਨਾ ਲਿਓ। ਨਹੀਂ ਇਹ ਨਹੀਂ ਗੱਲ ਤੁਸੀਂ ਜੁੜ ਨਾ ਦਿਓ, ਜੇ ਭੱਜੂਗਾ ਝੰਡੀ ਗਿਰ ਗਈ ਹੋਈ ਤੇ ਟਾਈਮ ਕਾਹਤੇ ਲਾਉਂਗੇ, ਤੁਸੀਂ ਰੋਕੋ ਬਾਹਰ ਭੱਜਣ ਨਹੀਂ ਦੇਣਾ ਵੇਲੇ। ਹਾਂਜੀ ਰੋਕ ਲਓ ਜੀ ਫਿਰ ਮਾਸਟਰ ਜੀ, ਜੋ ਰੂਲ ਆ ਤੁਹਾਡੇ ਬੈਲ ਗੱਡੀਆਂ ਦੀਆਂ ਦੌੜਾਂ ਦੇ, ਉਸ ਆਪ ਦੇ ਇਹਨਾਂ ਨੂੰ ਰੋਕਿਆ ਜਾਵੇ। ਹਾਂਜੀ ਦਰਸ਼ਨ ਸਿੰਘ ਜੀ, ਚਨਾਰਥਲ ਕਲਾਂ ਸਾਰੇ ਵੀ ਨੇੜੇ ਆ ਜੋ, ਹੈਪੀ ਦੁਰਵਰ ਜੀ, ਸਿਹਾਲ ਸਿੰਘ ਜੀ, ਨਿਹਾਲ ਸਿੰਘ ਜੀ ਪਿੰਡ ਕਪੂਰ, ਤੇ ਸੁਖਪਾਲ ਸਿੰਘ ਜੀ ਰੈਲੀ, ਸਿਮਰਨ ਪੰਗੂ ਡਹਿਰ, ਧਰਮ ਸਿੰਘ ਜੀ ਬਵਾਨੀ, ਸੇਵਾ ਸਿੰਘ ਜੀ ਸੋਲਖੀਆਂ, ਬਾਬਾ ਜੁਝਾਰ ਸਿੰਘ ਜੀ ਚੌਂਤਾ, ਬਾਬਾ ਨਾਗਰ ਸਿੰਘ ਜੀ ਤੇ ਧਰਮਪਾਲ ਸਿੰਘ ਜੀ ਬਵਾਨੀ, ਬਾਬਾ ਨਾਗਰ ਸਿੰਘ ਜੀ, ਬਾਬਾ ਨਾਗਰ ਸਿੰਘ ਜਾ, ਇਹ 15 ਨਾਮ ਨੇ ਇਹ ਦਿੱਤੇ ਜਾਣੇ ਨੇ। ਸੋ ਜੋ ਪ੍ਰਬੰਧਕਾਂ ਵੱਲੋਂ ਬੇਨਤੀ ਆ ਭਾਈ, ਸਿਰਫ ਖੀਰੇ ਦੁੱਗੇ ਹੀ ਬੱਚੇ ਭੱਜਣਗੇ। ਐਂਟਰੀ ਉੱਧਰ ਦਿਓ ਜੀ ਵੀਰ ਜੀ, ਐਂਟਰੀ ਦੂਜੀ ਸਾਈਡ। ਹਾਂ ਬਿੱਟੂ ਬਾਜਵਾ ਪੜਾਓ, ਧੰਨਵਾਦ ਜੀ, ਬੜੀ ਮਿਹਰਬਾਨੀ ਛੋਟੇ ਵੀਰ ਦੀ, ਸ਼ੁਕਰ ਭਾਈ ਦਰਸ਼ਨ ਤਾਂ ਹੋ ਗਏ, ਧੰਨ ਪਾਕ ਸੋਲਖੀਆਂ ਖੇਡ ਦਾ। ਹਾਂਜੀ ਆਓ ਸਾਰੇ ਵੀਰ ਜਿਨ੍ਹਾਂ ਦੇ ਆ 15 ਨਾਮ ਅਸੀਂ ਦੇਣੇ ਆ ਘੋੜਿਆਂ ਦੇ, ਜਿਨ੍ਹਾਂ ਨੇ ਘੋੜੇ ਪਹਿਰੇ ਦੂਜੇ ਤੀਜੇ ਪਹਿਲੇ 15 ਨੰਬਰਾਂ 'ਤੇ ਆਪਣੀ ਪੁਜੀਸ਼ਨ ਕਾਇਮ ਰੱਖੀ ਹੈ। ਅਤੇ ਮੈਂ ਬੇਨਤੀ ਕਰਦਾ ਹਾਂ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ, ਸਰਦਾਰ ਸੁਖਵਿੰਦਰ ਸਿੰਘ ਪ੍ਰਧਾਨ ਗਿੱਲ ਸਾਹਿਬ ਘਾਟ ਕਲੱਬ, ਜਿਨ੍ਹਾਂ ਵੱਲੋਂ 10,000 ਰੁਪਇਆ ਪਹਿਲੇ 5 ਬੱਚਿਆਂ ਦੇ ਜਿਹੜੇ ਨਾਮ ਵੀ ਇਹਨਾਂ ਵੱਲੋਂ ਦਿੱਤੇ ਜਾਣੇ ਨੇ। ਅਤੇ ਮੈਂ ਬੇਨਤੀ ਕਰਦਾ ਇਕਬਾਲ ਸਿੰਘ ਜੀ ਸਾਲਾਪੁਰ ਸਾਹਿਬ ਆਓ ਆਪਾਂ ਨਾਮ ਵੰਡ ਦਈਏ ਵੀਰ ਜੀ, ਅਤੇ ਮਨੋਹਰ ਸਿੰਘ ਜੀ ਖੱਬੜਾ, ਰਣਧੀਰ ਸਿੰਘ ਜੀ ਠੇਕੇਦਾਰ, ਕੁਲਦੀਪ ਸਿੰਘ ਜੀ ਕੀਪਾ, ਸੁਰਜੀਤ ਸਿੰਘ ਜੀ ਕਕਰਾਲੀ ਅੰਤਰਰਾਸ਼ਟਰੀ ਕਮੈਂਟੇਟਰ, ਅਤੇ ਤੇਜਪਾਲ ਸਿੰਘ ਜੀ, ਅਤੇ ਬਾਬੀ ਵੀਰ ਆ ਜਾਓ, ਗੁਰੀ ਧਾਰੀਵਾਲ ਵੀਰ ਆ ਜਾਓ। ਸੋ ਜਿੰਨੇ ਵੀ ਆ ਸਾਡੀਆਂ ਮਾਣਯੋਗ ਸ਼ਖਸੀਅਤਾਂ ਸਾਡੇ ਵਿੱਚ ਪਹੁੰਚੀਆਂ ਨੇ, ਕੇਸਰ ਸਿੰਘ ਜੀ ਹੁਆਰਾ, ਕੈਪਟਨ ਅਮਰਜੀਤ ਸਿੰਘ ਜੀ ਰਾਜੇ ਮਾਜਰਾ, ਸ਼ਿੰਗਾਰ ਸਿੰਘ ਸਰਬਰਪੁਰ, ਹਰਨੇਕ ਸਿੰਘ ਜੀ ਹਸਨਪੁਰ, ਸੁੱਖੀ ਬਲੌਂਗੀ, ਭਵਿੰਦਰ ਭਿੰਦਾ ਜੀ ਸਮਾਨਪੁਰ, ਅਤੇ ਸੁਖਵਿੰਦਰ ਸਿੰਘ ਜੀ ਪ੍ਰਧਾਨ ਗਿੱਲ ਸਾਹਿਬ ਘਾਟ ਕਲੱਬ, ਕੁਲਵਿੰਦਰ ਸਿੰਘ ਜੀ ਬਾਬਾ ਜੀ ਪਿੰਦੀ ਰਾਜਪੁਰਾ, ਮਾਸਟਰ ਰਘਵੀਰ ਸਿੰਘ ਜੀ ਨੰਬਰਦਾਰ ਸੋਲਖੀਆਂ। ਅਤੇ ਆਓ ਆਪਾਂ ਨਾਮਾਂ ਦੀ ਫਰਬੰਡ ਕਰੀਏ, ਆ ਜਾਓ ਸਾਰੇ ਵੀਰ ਜਿਨ੍ਹਾਂ ਦੇ ਮੈਂ ਨਾਮ ਬੋਲੇ ਨੇ, ਬਾਬੀ ਵੀਰ ਆ ਜਾਓ ਤੁਸੀਂ ਵੀ ਨਾਲ, ਬਾਬਾ ਜੀ ਉਹਨਾਂ ਨੂੰ ਬੇਨਤੀਆਂ ਮਹਾਂਪੁਰਸ਼ਾਂ ਨੂੰ, ਮਨੋਹਰ ਸਿੰਘ ਜੀ ਇੱਧਰ ਖਿੱਚ ਲਓ ਜੀ ਮੇਜ਼ ਨੂੰ ਥੋੜ੍ਹਾ ਜਿਹਾ, ਮੇਜ਼ ਇੱਧਰ ਖਿੱਚ ਲੈਂਦੇ ਹਾਂ। ਅਤੇ ਸੁਰਜੀਤ ਜੀ ਕਕਰਾਲੀ ਜੀ ਆਓ ਆਪਾਂ ਇਨਾਮਾਂ ਦੀ ਵੰਡ ਕਰਵਾਈਏ। ਹਾਂ ਪਹਿਲਾ ਇਨਾਮ ਜੀ ਮੈਂ ਬੇਨਤੀ ਕਰਦਾ ਜੰਗ ਸਿੰਘ ਜੀ ਸੋਲਖੀਆਂ ਸਾਹਿਬ ਆਓ ਜੀ ਆਪਾਂ ਇਨਾਮ ਵੰਡੀਏ ਜੀ, ਆ ਗਿਆ ਜੀ, ਚਲੋ ਠੀਕ ਹੈ ਜੀ। ਹਾਂਜੀ ਪਹਿਲਾ ਨਾਮ ਘੋੜੀਆਂ ਵਾਲੇ, ਕਿਉਂਕਿ ਉੱਧਰ ਸ਼ਿਫਟ ਦੀ ਫਿਰ ਤਿਆਰੀ ਹੋ ਜਾਣੀ ਆ। ਅਤੇ ਜੰਗ ਸਿੰਘ ਜੀ ਸਰਪੰਚ ਖੇੜੀ ਗੁਜਰਾ, 1882 ਦਾ ਸਮਾਂ ਭਾਈ ਇਹਨਾਂ ਦਾ, ਆਓ ਜੀ ਰਾਸਤਾ ਖਾਲੀ ਕਰੋ ਬਾਈ ਜੀ, ਆਪਣੇ ਆਪਣੇ ਜੰਗ ਸਿੰਘ ਜੀ ਸੋਲਖੀਆਂ, ਰਾਸਤਾ ਖਾਲੀ ਕਰ ਦੋ ਭਾਈ, ਰਾਹ ਖਾਲੀ ਕਰ ਦੋ ਮੇਰਾ ਵੀਰ, ਰਾਹ ਖਾਲੀ ਕਰੋ ਮੇਰਾ ਜੰਗੇ ਵੀਰ, ਤੁਸੀਂ ਉਹ ਫੜ ਲਓ, ਅਸੀਂ ਉੱਧਰ ਫਿਰ ਭਜਾਉਣੇ ਆ ਸ਼ਿਫਟ। ਹਾਂਜੀ ਜੰਗ ਸਿੰਘ ਸੋਲਖੀਆਂ ਦੂਜਾ ਨਾਮ ਆਪਣੇ ਕੋਲ, ਰਾਹ ਖਾਲੀ ਕਰੋ ਭਾਈ, ਰਾਹ ਖਾਲੀ, ਤੁਸੀਂ ਆਓ ਜੀ ਜੰਗ ਸਿੰਘ ਸੋਲਖੀਆਂ ਵਾਲਾ ਵੀਰ ਜੀ, ਨਗਰੀ ਵੀਰ ਤੁਸੀਂ ਆ ਜਾਓ ਫਿਰ ਬਾਜੀ ਬਿੰਦਰ ਢੋਲਣ ਵਾਲਾ, ਦੂਜਾ ਆਪਣੇ ਵੀਰ ਜੰਗ ਸਿੰਘ ਸੋਲਖੀਆਂ ਉਹਨਾਂ ਦੇ ਭਰਾ ਨੂੰ ਬੇਨਤੀ ਆ ਵੀਰ ਜੀ, ਅੱਗੇ ਲੈਣਗੇ ਨਾਮ। 1894 ਦਾ ਸਮਾਂ ਹੈ ਦੂਜਾ ਇਨਾਮ, ਆ ਜਾਓ ਵੀਰ ਜੀ, ਲਓ ਜੀ ਜੰਗ ਸਿੰਘ ਰਾਹ ਖਾਲੀ ਕਰ ਦਿਓ ਮੇਰਾ ਵੀਰ, ਰਾਹ ਖਾਲੀ ਕਰੋ ਯਾਰ ਤੁਸੀਂ, ਜੰਗ ਸਿੰਘ ਜੀ ਸੋਲਖੀਆਂ। ਤੀਜਾ ਨਾਮ ਜੀ ਹੈਪੀ ਦੁਰ ਜੀ, ਪਰਚੀ ਫੜੀ ਜਾਓ ਜੀ ਨਾਲ ਦੀ ਨਾਲ। ਤੇ ਅਗਲਾ ਨਾਮ ਜੀ ਹੈਪੀ ਦੁਰ ਜੀ, ਆਈ ਜੋ ਪਰਚੀ ਫੜਾਈ ਜਾਓ ਜੀ ਸਾਨੂੰ, ਪਰਚੀ ਫੜੀ ਜਾਓ ਜੀ ਨਾਲ ਦੀ ਨਾਲ, ਪਹਿਲੇ ਨੰਬਰ ਵਾਲਾ ਵੀਰ ਪਰਚੀ ਦੇ ਜਾਵੇ ਆਪਣੀ ਵੀਰ ਜੀ, ਪਰਚੀਆਂ ਫੜਾ ਦੇ ਪਲੀਜ਼, ਬੇਨਤੀ ਆ। ਹਾਂਜੀ ਜੰਗ ਸਿੰਘ ਸਰਪੰਚ ਖੇੜੀ ਗੁਜਰਾਂ, ਉਹ ਆਪਣੀ ਪਰਚੀ ਦੇ ਕੇ ਜਾਣ ਸਾਨੂੰ ਭਾਈ ਹੈਪੀ ਦੁਰਜੀ ਜੀ, 1944 ਦਾ ਸਮਾਂ, ਪਰਚੀ ਦੇ ਕੇ ਜਾਣ।
ਸਾਰੇ ਵੀਰ ਆਪਣੀਆਂ ਪਰਚੀਆਂ ਨਾਲ ਲੈ ਕੇ ਆਈ ਜਾਓ ਭਾਈ ਦਰਸ਼ਨ ਸਿੰਘ ਚਨਾਸਲ ਕਲਾਂ ਦਰਸ਼ਨ ਸਿੰਘ ਜੀ ਚਨਾਸਲ ਕਲਾਂ ਉਹ ਵੀ ਆਪਣਾ ਇਨਾਮ ਪ੍ਰਾਪਤ ਕਰਨ ਭਾਈ ਦਰਸ਼ਨ ਸਿੰਘ ਜੀ ਚਨਾਸਲ ਕਲਾਂ ਜੰਗ ਸਿੰਘ ਜੀ ਸੋਲਖੀਆਂ ਸਾਹਿਬ ਆਇਓ ਜੀ ਆਪਾਂ ਇਨਾਮ ਵੰਡ ਰਹੇ ਹਾਂ ਵੀਰ ਜੀ ਅੱਛਾ ਉਹਨਾਂ ਦਾ ਵੀ ਉੱਧਰ ਚੱਲਦੀ ਹੈ ਕੋਈ ਗੱਲਬਾਤ ਹੋ ਗਈ ਆ ਲੱਗਦਾ ਵੀ ਕੋਈ ਖੇਰਾ ਦੁਕਾਨ ਦੇ ਦੌੜ ਦੇ ਵਿੱਚ ਵਿਘਨ ਪੈ ਰਿਹਾ ਉਹਦੇ ਕਰਕੇ ਉੱਥੇ ਗਏ ਨੇ ਉਹ ਹਾਂਜੀ ਚੌਥਾ ਇਨਾਮ ਦਰਸ਼ਨ ਚਨਾਸਲ ਕਲਾਂ ਹੋ ਗਿਆ ਜੀ ਹੈਪੀ ਦਵੁਰ ਜੀ ਹੈਪੀ ਦਵੁਰ ਜੀ ਬਾਬਾ ਕੁਲਵਿੰਦਰ ਸਿੰਘ ਜੀ ਇਹ ਵੀ ਇਨਾਮਾਂ ਦੀ ਵੰਡ ਕਰਵਾ ਰਹੇ ਨੇ ਨਾਲ ਇਹਨੂੰ ਪਤਾ ਖੜਾ ਜੀ ਰਾਹ ਖਾਲੀ ਕਰ ਦੋ ਛੋਟੇ ਭਾਈ ਉਹ ਰਾਹ ਦੇ ਬਾਹਰ ਆ ਜਾਓ ਮੇਰੀ ਬੇਨਤੀ ਹੈ ਸਾਰਿਆਂ ਨੂੰ ਪੰਜਵਾਂ ਨਾਮ ਹੈਪੀ ਦਵੁਰ ਜੀ ਛੋਟੇ ਭਾਈ ਰਾਹ ਖਾਲੀ ਕਰ ਦੋ ਪੰਜਵਾਂ ਨਾਮ ਹੈਪੀ ਦਵੁਰ ਜੀ ਭਾਈ ਜੀ ਛੇਵਾਂ ਨਾਮ ਨਿਹਾਲ ਸਿੰਘ ਜੀ ਪਿੰਡ ਕਪੂਰ ਛੇਵਾਂ ਨਾਮ ਨਿਹਾਲ ਸਿੰਘ ਜੀ ਕਪੂਰ ਛੇਵਾਂ ਨਾਮ ਨਿਹਾਲ ਸਿੰਘ ਜੀ ਕਪੂਰ ਸੱਤਵਾਂ ਨਾਮ ਸੁਖਪਾਲ ਸਿੰਘ ਜੀ ਰੈਲੀ 20:38 ਦਾ ਸਮਾਂ ਹੈ ਸੁਖਪਾਲ ਸਿੰਘ ਜੀ ਰੈਲੀ ਪਹਿਲੇ ਦਾ ਨਾਂ ਜੰਗ ਸਰਪੰਚ ਖੇੜੀ ਗੁਜਰਾਂ ਦਾ ਸਮਾਂ ਸੀ ਪਹਿਲਾ ਨਾਮ ਦਾ 1882 ਅਤੇ ਸੁਖਪਾਲ ਸਿੰਘ ਜੀ ਰੈਲੀ ਸਿਮਰਨ ਸਿੰਘ ਜੀ ਪੰਗੂ ਡਹਿਰ ਅੱਠਵਾਂ ਨਾਮ ਸਿਮਰਨ ਸਿੰਘ ਪੰਗੂ ਡਹਿਰ ਅੱਠਵਾਂ ਨਾਮ ਹਰੀਆਂ ਵੇਲਾਂ 20:63 ਦਾ ਸਮਾਂ ਹੈ ਇਸ ਵੀਰ ਦੇ ਘੋੜੇ ਦਾ ਹਰੀਆਂ ਵੇਲਾਂ ਸਿੱਖੀ ਰੂਪ ਦੇ ਵਿੱਚ ਇਹ ਅੱਠਵਾਂ ਨਾਮ ਭਾਈ ਨੌਵਾਂ ਨਾਮ ਧਰਮਪਾਲ ਸਿੰਘ ਜੀ ਬਵਾਨੀ ਧਰਮਪਾਲ ਸਿੰਘ ਜੀ ਬਵਾਨੀ ਪਰਚੀਆਂ ਪਰਚੀ ਦੇ ਜਾ ਕਰੋ ਭਾਈ ਆਪਦੀ ਅਤੇ ਧਰਮਪਾਲ ਜੀ ਬਵਾਨੀ ਤੋਂ ਬਾਅਦ 11ਵਾਂ ਨਾਮ 10ਵਾਂ ਨਾਮ ਸੇਵਾ ਸਿੰਘ ਜੀ ਸੋਲਖੀਆਂ ਸੇਵਾ ਸਿੰਘ ਜੀ ਸੋਲਖੀਆਂ 21 ਅੱਜ ਤੁਸੀਂ ਚੰਨੀ ਆਇਆ ਬਾਈ ਇਹ ਆ ਜੀ ਸੇਵਾ ਸਿੰਘ ਜੀ ਸੋਲਖੀਆਂ ਦਾ 10ਵਾਂ ਨਾਮ 21:12 ਦਾ ਸਮਾਂ ਹੈ ਭਾਈ ਦੂਜੀ ਸ਼ਿਫਟ ਵਾਲੇ ਜਿਹਨਾਂ ਨੇ ਭਜਾਉਣਾ ਖੀਰੇ ਦੁੱਗੇ ਬੱਚਿਆਂ ਨੂੰ ਆਪਣੇ ਉੱਧਰ ਲੈ ਜਾਣਾ ਜੀ ਬੱਚੇ ਹਾਂਜੀ 11ਵਾਂ ਨਾਮ ਬਾਬਾ ਜੁਝਾਰ ਸਿੰਘ ਜੀ ਚੌਂਤਾ ਬਾਬਾ ਜੀ ਉਹਨਾਂ ਦਾ ਘੋੜਾ ਆਇਆ ਜੀ ਫਿਰ 11ਵੇਂ ਨੰਬਰ 'ਤੇ ਬਾਬਾ ਨਾਗਰ ਸਿੰਘ ਜੀ 21:16 ਬਾਬਾ ਨਾਗਰ ਸਿੰਘ ਜੀ ਆਓ ਭਾਈ 21:16 ਬਾਬਾ ਜੀ ਜਿਹੜੇ ਇਨਾਮ ਵੰਡ ਰਹੇ ਮਹਾਂਪੁਰਸ਼ ਉਹਨਾਂ ਦਾ ਘੋੜੇ ਪੋਜੀਸ਼ਨ ਦੇ ਵਿੱਚ ਆਏ ਧਰਮਪਾਲ ਬਵਾਨੀ 13ਵਾਂ ਨਾਮ ਧਰਮਪਾਲ ਸਿੰਘ ਜੀ ਬਵਾਨੀ ਧਰਮਪਾਲ ਸਿੰਘ ਜੀ ਬਵਾਨੀ ਅਤੇ ਉਹਨਾਂ ਤੋਂ ਬਾਅਦ ਬਾਬਾ ਨਾਗਰ ਸਿੰਘ ਜੀ ਮਹਾਂਪੁਰਸ਼ਾਂ ਦਾ ਘੋੜਾ 22:28 ਸਮਾਂ 14ਵਾਂ ਨਾਮ 14ਵਾਂ ਨਾਮ ਉਹ ਵੀ ਆ ਕੇ ਬਾਬਾ ਜੀ ਦੇ ਜੋ ਸੇਵਾਦਾਰ ਨੇ ਲੈਣ ਜੀ ਅਤੇ ਬਾਬਾ ਨਾਗਰ ਸਿੰਘ ਜੀ ਦਾ 15ਵਾਂ ਨਾਮ ਵੀ ਇਹਨਾਂ ਦਾ ਬਾਬਾ ਜੀ ਦੇ ਮਹਾਂਪੁਰਸ਼ਾਂ ਦੇ 3 ਘੋੜਿਆਂ ਨੇ ਅੱਜ ਇਨਾਮ ਦੇ ਵਿੱਚ ਨੰਬਰ ਪਾਇਆ ਦੇਖੋ ਛੋਟਾ ਭਚੰਗੀ ਛੋਟਾ ਜਿਹਾ ਭਚੰਗੀ ਇਨਾਮ ਲੈ ਰਿਹਾ ਮਹਾਂਪੁਰਸ਼ਾਂ ਦੇ ਕੋਲ ਅਤੇ ਇਹ ਸਨ 15 ਇਨਾਮ ਘੋੜਿਆਂ ਦੇ ਅਤੇ ਮਾਸਟਰ ਜੀ ਮੈਂ ਇੱਕ ਤੁਹਾਡੇ ਹਵਾਲੇ ਆ ਜੀ ਹਾਂ ਬਾਈ ਜੀ ਹੋ ਜਾਓ ਮਗਰ ਥੋੜ੍ਹੇ ਥੋੜ੍ਹੇ ਹੱਥ ਬੰਨ ਕੇ ਬੇਨਤੀ ਹੈ ਜੋੜੋ ਜੀ ਅਗਲੀ ਗੱਡੀ ਦੂਜੀ ਸ਼ਬਦੀ ਪਹਿਲੀ ਗੱਡੀ ਭਾਈ ਮੈਂ ਬੱਚੇ ਦਲਾ ਵੀਰਾਂ ਨੂੰ ਬੇਨਤੀ ਹੈ 4 ਸ਼ਬਦਾਂ 'ਚ ਖੇਡ ਭੱਜਣੀ ਹੈ ਆਹ ਦੂਜੀ ਭੱਜਣ ਲੱਗੀ ਅਤੇ ਗਾਂ 2 ਹੋਰ ਭੱਜਣਗੀਆਂ ਉਹਦੇ ਨਾਲ ਖੇਡਣੇ ਬੰਦ ਹੋ ਜਾਣਾ ਮਾਸਟਰ ਜੀ ਤੁਹਾਡਾ ਆ ਜੀ ਚੇਤਾ ਬਿੰਦਰ ਸਿੰਘ ਜੀ ਗੜਵਾਨ ਹਰਿਆਣੇ ਤੋਂ ਉਹਨਾਂ ਨੇ ਵੀ 1100 ਦਿੱਤਾ ਮੇਲੇ ਲਈ ਮਾਸਟਰ ਜੀ ਬਿੰਦਰ ਗੜਵਾਨ ਹਰਿਆਣੇ ਵਾਲਿਆਂ ਨੇ 1100 ਰੁਪਇਆ ਦਿੱਤਾ ਭਾਈ ਮੇਲੇ ਲਈ ਹਰਿਆਣੇ ਵਾਲਿਓ ਧੰਨਵਾਦ ਤੁਹਾਡਾ ਵੀ ਤਿਆਰੀ ਆ ਭਾਈ
ਆ ਗਈ ਭਾਈ छब्बी जीरो तीन का समा जी कुला मुकड़ौना कर गया कड़वानी टैम ला गया छब्बी जीरो तीन टैम छब्बी जीरो तीन का जी कुला मुकड़ौना ने कड़वानी करी इन्हों की छोटी जी गल पर तुम सारी खेड का मजा करके कर देने भाई तैयारी है जी तैयारी है भाई हाँ जी हाँ जी लो बुगरे भाई फैसला उन्हों का है भी दूसर उ जुड़े जिन्होंने पिंड वाले कहे उन्हों का अनाउंसमेंट कराने का मतलब यह है आ गई भाई थोनों दस दिए बुगरे उ दोबारा जुड़े जिन्होंने पिंड वाले कहे उन्ती पचासी का समा जी ये जांटी अग कराली लो भाई बुगरे वाले का फैसला यह है भी जिन्होंने असी कहोंगे उत्थे उही भजन गए वो कहें साडा ये फैसला जिन्होंने असी कहना है उही बच्चे बहुत बच्चे भजने उन्हें बच्चे ही हैं पहला आई थी रमनजोत सिंह पिंड मुकड़ौना जिन्होंने समा लाया छब्बी जीरो तीन रमनजोत सिंह पिंड मुकड़ौना टाइम ला के छब्बी जीरो तीन अगली गड्डी तैयार है जी गां दी गड्डी तैयार है भाई तैयारी है जी दूजी शिफ्टा भी चार शिफ्टा कुल लाउणियां खेड दियां टाइम काफी हो चुका है एक मिनट रब ने ठंडा जरूर करता है सरदार जगजीत सिंह समाणा ऑस्ट्रेलिया आ गई भाई एक नाम उन्होंने वालों जी वाह जी वाह भाई पंडा जी गुरदास सिंह जी समान पर उस परिवार वालों भी मैं स्पैशल नाम है जी मैं धनवादी हाँ जिन्हों के चौरे ने धुम्मा पाइया मित्रों कई साल पच्ची दस का समा जी पच्ची दस ये सरदार कुलदीप सिंह दीपा सपुत्र हरदेव सिंह चट्टाना उच्चा जेडे गडवानी कर गए इन्हों की सरदार दीपा पिंड चट्टाना उच्चा ए तो पहला आई थी सरदार अर्शवीर पिंड रुड़की समा लाया उन्होंने 2985 का सरदार अर्शवीर सिंह पिंड रुड़की टाइम पाए 2985 यदा भाई थोड़ी टसला है छोटे भाई ना बधाओ अपनिया खेडा खराब होन गया तैयारी है भाई हाँ जी मास्टर जी ये खेड भाई पंजाबी लाइव रेड टीवी ते पूरे विदेशों विच भी और अपने तुसी फोन ते भी जो फेसबुक चलाउंदे देख सकते हो पंजाबी लाइव टीवी ते सीधा प्रसारण चल रहा है ते बहुत धन्यवाद जसवीर सिंह कराल माजरा मनोहर सिंह जी खाबड़ा कुलदीप सिंह जी पथरेड़ी जिता अमनदीप सिंह ठेकेदार सालापुर बॉबी पजोला गुरी धारीवाल नरेंद्र सिंह जी नंबरदार ते कैप्टन के सरदार कैप्टन अमरजीत सिंह जी राजे माजरा राजू साडा वीर चैड़िया तो अखबार सिंह सालापुर के नाल पहुंचे ने वीर का धन्यवाद
ਫੜ ਲਾ ਭਾਈ ਜੀ ਅਪ 2693 ਦਾ ਸਮਾਂ ਜੀ ਸਰਦਾਰ ਸੁਰਜੀਤ ਸਿੰਘ ਸੀਤਾ ਪਿੰਡ ਰਾਮਾ ਇਹ ਗੁਰਬਾਣੀ ਕਰ ਗਿਆ ਜਿਹੜਾ ਜਵਾਨ ਇਹ ਰਾਮੇ ਵਾਲਾ ਸੀਤਾ ਰਾਮਾ ਟਾਈਮ ਕਰ ਗਿਆ ਜੀ 2693 ਦਾ ਇਹ ਦੂਜੀ ਛੋਟ ਭੱਜ ਰਹੀ ਹੈ ਜੀ ਸ਼ੇਰੇ ਪੰਜਾਬ ਯੂਥ ਸਪੋਰਟਸ ਕਲੱਬ ਸੋਲਖੀਆਂ ਤੇ ਨਗਰ ਪੰਚਾਇਤ ਸਮੂਹ ਨਗਰ ਨਿਵਾਸੀ ਵੀਰ ਪਹਿਲਾਂ ਆਏ ਜੀ ਗੁਰਮੇਲ ਸਿੰਘ ਬਾਲਸੰਡਾ ਸਮਾਂ ਲਾਇਆ ਉਹਨਾਂ ਨੇ 25:10 ਗੁਰਮੇਲ ਸਿੰਘ ਨਾਇਬ ਸਿੰਘ ਬਾਲਸੰਡਾ ਗੁਰਮੇਲ ਸਿੰਘ ਨਾਇਬ ਸਿੰਘ ਮਹਿੰਦਰ ਸਿੰਘ ਜਗਤਾਰ ਸਿੰਘ ਬਾਲਸੰਡਾ ਸੋ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਪ੍ਰਧਾਨ ਘਾਟ ਕਲੱਬ ਜਿਨ੍ਹਾਂ ਵੱਲੋਂ 10,000 ਰੁਪਇਆ ਔਰ 5 ਇਨਾਮ ਵੀ ਇਹਨਾਂ ਦੇ ਪਰਿਵਾਰ ਵੱਲੋਂ ਦਿੱਤੇ ਜਾਣੇ ਨੇ ਬਹੁਤ ਬਹੁਤ ਧੰਨਵਾਦ ਸਰਦਾਰ ਰਣਧੀਰ ਸਿੰਘ ਠੇਕੇਦਾਰ ਸਾਹਿਬ ਅਕਬਾਸ ਸਿੰਘ ਸਾਲਾਪੁਰ ਅਤੇ ਕੈਪਟਨ ਅਮਰਜੀਤ ਸਿੰਘ ਜੀ ਅਤੇ ਸਰਦਾਰ ਸਰਬਜੀਤ ਸਿੰਘ ਜੀ ਧਰਮਗੜ੍ਹ ਤਿਆਰੀ ਆ ਭਾਈ ਸ਼ਿੰਗਾਰ ਸਿੰਘ ਜੀ ਸਰਬਰਪੁਰ ਪਿੰਦੀ ਰਾਜਪੁਰਾ ਮਾਸਟਰ ਰਘਵੀਰ ਸਿੰਘ ਜੀ ਨੰਬਰਦਾਰ ਸੋਲਕੀਆਂ ਤਿਆਰੀ ਆ ਭਾਈ ਸਰਦਾਰ ਰਣਧੀਰ ਸਿੰਘ ਈਸਾ ਪਰ ਲੰਡਾ ਲੰਡਾ ਰਣਧੀਰ ਸਿੰਘ ਈਸਾ ਪਰ ਲੰਡਾ ਦੀ ਗੱਡੀ ਆਈ ਤੀ ਪਹਿਲਾਂ ਜਿਹਨਾਂ ਨੇ 2693 ਦਾ ਸਮਾਂ ਲਾਇਆ ਰਣਧੀਰ ਸਿੰਘ ਈਸਾ ਪਰ ਲੰਡਾ ਤਿਆਰੀ ਆ ਜੀ ਆ ਗਈ ਭਾਈ ਬਾਈ ਘੁੱਲਾ ਜਿੱਥੇ ਮੇਰੀ ਆਵਾਜ਼ ਸੁਣ ਤਾਂ ਉੱਧਰ ਪਹੁੰਚੇ ਘੁੱਲਾ ਬੱਚੇ ਭਜਾ ਕੇ ਲਿਆਉਣੇ ਉੱਧਰ ਚੱਲਿਆ ਜਾਵੇ ਅਪ 30:82 ਦਾ ਸਮਾਂ ਜੀ 30 ਸੈਕਿੰਡ 82 ਪੁਆਇੰਟ ਇਹ ਜੱਗੀ ਖਿਰਨੀਆਂ ਗੁਰਬਾਣੀ ਕਰ ਗਏ ਸਰਦਾਰ ਜੱਗੀ ਪਿੰਡ ਖਿਰਨੀਆਂ ਇਹ ਉਹ ਪਰਿਵਾਰ ਦਾ ਜਵਾਨ ਹੈ ਜਦੋਂ ਬਾਬਾ ਮਸਤਪੁਰੀ ਸਪੋਰਟਸ ਕਲੱਬ ਮੇਲਾ ਕਰਾਉਂਦਾ ਖਿਰਨੀਆਂ ਦੇ ਵਿੱਚ ਜੇ ਘਰ ਦੇ ਘਰ ਲੰਗਰ ਵਰਤਦਾ ਹੁੰਦਾ ਕੋਲਾ ਸਿੰਘ ਖਜਾਨਚੀ ਬਾਬਾ ਮਸਤਪੁਰੀ ਸਪੋਰਟਸ ਕਲੱਬ ਤਿਆਰੀ ਆ ਭਾਈ ਬੈਲੀ ਟੋਲਣ ਬਾਜਰਾ ਆਉਣੇ ਖੇਡ ਹੋਈ ਹੈ ਬਿੰਦਰ ਟੋਲਣ ਬਾਜਰਾ ਪਿਛਲੇ ਸਾਲ ਬੈਲੀ ਨੇ ਪਹਿਲਾ ਨਾਮ ਮੋਟਰਸਾਈਕਲ ਦਿੱਤਾ ਤਾ ਵੀ ਇਸ ਸਾਲ ਸਮੂਹ ਨਗਰ ਵਾਸੀ ਵੀਰਾਂ ਨੇ ਸਾਂਝੇ ਤੌਰ ਤੇ ਇਨਾਮਾਂ ਦੇ ਵਿੱਚ ਖੇਡ ਕਰਾਈ ਆ ਗਈ ਬਾਈ ਵਾਰਾ ਰੌਣੀ ਕੋਕੀ ਖੰਡ ਪ੍ਰਧਾਨ ਸਰਜੀਤ ਸਿੰਘ ਬਡਬਾਲੀ ਅਪ 27:15 ਦਾ ਸਮਾਂ ਜੀ 27:15 ਇਹ ਜੰਟੀ ਹੈ ਜੀ ਪਿੰਡ ਕਕਰਾਲੀ ਜਿਹੜਾ ਇਹਨਾਂ ਦੀ ਗੁਰਬਾਣੀ ਕਰਕੇ ਜਵਾਨ ਲਿਆ ਹੈ ਇਹ ਜੰਟੀ ਕਕਰਾਲੀ ਜਾਂ ਹੀ ਘੁੱਲੇ ਵੱਲ ਤੁਹਾਨੂੰ ਸੱਦਦੇ ਉੱਧਰ ਜਾਂ ਹਿੰਮਤ ਨਾਲ ਦੋ ਸ਼ਬਦਾਂ ਬੜੀ ਮਿਹਨਤ ਨਾਲ ਭੱਜਣਗੇ ਆਪਣੀਆਂ ਹੋਰ ਸਤਿ ਸ਼੍ਰੀ ਅਕਾਲ ਜੀ ਬੱਲੇ 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 ਧੰਨਵਾਦ ਬਈ ਮੜੌਲੀ ਵਾਲਿਓ ਮੇਰੀ ਸਾਹ ਤੁਹਾਡੀਆਂ 5:30 ਹੋ ਗਏ ਭਾਈ ਬੜੇ ਮਿਹਨਤ ਨਾਲ ਦੋਵੇਂ ਭੱਜਣੀਆਂ ਪਹਿਲਾਂ ਆਈ ਤੀ ਸਰਦਾਰ ਬੇਅੰਤ ਸਿੰਘ ਉਹਨਾਂ ਦੀ ਪਿੰਡ ਲਹਿਰ ਤੋਂ ਟਾਈਮ ਲਾਇਆ ਉਹਨਾਂ ਨੇ 30:82 ਸਰਦਾਰ ਬੇਅੰਤ ਸਿੰਘ ਪਿੰਡ ਲਹਿਰ ਟਾਈਮ ਭਾਈ 30:82 ਉਹਨਾਂ ਦਾ
ਬਈ 30 ਤਰੀਕ ਨੂੰ ਇੱਕ ਅੰਬਾਲੇ ਕੋਲ ਦੌੜ ਹੈ, ਜੇ ਕੋਈ ਸਾਥੀ ਥੋੜ੍ਹਾ ਜਿਹਾ ਦੇਖਣਾ ਚਾਹੁੰਦਾ ਹੈ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਹੈ ਜੀ, 6 ਮੀਲ ਬੋਲ ਭੱਜਣਗੇ, ਜਿਵੇਂ ਆਪਣੇ ਪਹਿਲਾਂ ਸ਼ਰਤਾਂ ਲੱਗਿਆ ਕਰਦੀਆਂ ਤੀਆਂ, ਇਹ ਹਰਿਆਣੇ 'ਚ ਹਾਲੇ ਦੌੜਾਂ ਹੁੰਦੀਆਂ, ਉੱਥੇ 6 ਮੀਲ ਬੋਲ ਭੱਜਣਗੇ ਔਰ ਬਾਅਦ 'ਚ ਘੋੜੀਆਂ ਭੱਜਣਗੀਆਂ। ਹਾਂਜੀ ਹਾਂ ਬਈ, ਜਿਹੜਾ ਬੱਚਾ ਭੱਜ ਕੇ ਗਿਆ ਉਹ ਬਰਾਮਪੁਰ ਚਲੇ ਗਿਆ ਜੀ ਗੁਰਦੁਆਰਾ ਸਾਹਿਬ ਦੇ ਕੋਲ, ਬਰਾਮਪੁਰ ਆ ਗਈ ਭਾਈ ਗੁਰਦੁਆਰਾ ਸਾਹਿਬ ਕੋਲ ਪਹੁੰਚ ਗਿਆ ਹੈ, ਉਹਨਾਂ ਦੇ ਮਾਲਕ ਜੇ ਮੇਰੀ ਆਵਾਜ਼ ਸੁਣਦੇ ਆ ਸਾਹਮਣੇ ਪਿੰਡ ਬਰਾਮਪੁਰ ਉੱਥੇ ਪਹੁੰਚੋ ਜੀ। ਹੋਰ ਕੀ ਹਾਲ ਹੈ ਬਈ? ਹਾਂ ਗਿਆ ਭੱਜ ਗਿਆ, ਲਾਲ ਜਿਹਾ ਝੁੱਲ ਪਾਇਆ ਇੱਥੇ ਲੰਘ ਗਿਆ। ਸਤਾਈ ਅਠਾਸੀ ਦਾ ਸਮਾਂ ਜੀ, 27 ਸੈਕਿੰਡ 88 ਪੁਆਇੰਟ 2-8 ਅਗਲੀ ਗਾਂ ਦੀ ਗੱਡੀ ਤਿਆਰ ਹੈ ਭਾਈ, ਤੇਜ਼ੀ ਸ਼ਿਫਟਾਂ ਵਾਲੇ ਵੀਰੋ ਆਪਣੀ ਤਿਆਰੀ ਕਰ ਲਓ, 4 ਸ਼ਿਫਟਾਂ ਬੜੇ ਮਿਹਨਤ ਨਾਲ ਭੱਜਣੀਆਂ, ਹੁਣ ਤੀਜੀ ਵਾਲੇ ਆਪਣੀ ਤਿਆਰੀ ਕਰ ਲੈਣ। ਸੋ ਇਸ ਖੇਡ ਮੇਲੇ ਦਾ ਸਿੱਧਾ ਪ੍ਰਸਾਰਣ ਪੰਜਾਬੀ ਲਾਈਵ .com ਤੇ ਚੱਲ ਰਿਹਾ ਭਾਈ, ਜੇ ਕਿਸੇ ਨੇ ਬੈਲ ਗੱਡੀਆਂ ਵਾਲੇ ਵੀਰਾਂ ਨੇ ਇਹ ਪ੍ਰਸਾਰਣ ਕਰਾਉਣਾ ਤਾਂ ਤੁਸੀਂ ਜਾ ਕੇ ਉਹ ਜੋ ਬੈਨ ਖੜੀ ਹੈ ਉੱਥੇ ਜਾ ਕੇ ਸੰਪਰਕ ਕਰ ਸਕਦੇ ਹੋ। ਸੋ ਮਾਸਟਰ ਜੀ, ਮੇਰੇ ਪਿੰਡ 8 ਜੂਨ ਨੂੰ ਬਾਅਦ ਦੁਪਹਿਰ 2 ਵਜੇ ਗਾਉਣਾ ਭੀਮ ਜਟੌੜ ਅਤੇ ਸਰਪੰਚ ਖੂਨੀ ਮਾਜਰੇ ਦਾ, ਜੋ ਬਜ਼ੁਰਗ ਸੁਣਦੇ ਤੁੰਬੇ ਵਾਲਿਆਂ ਦਾ ਗਾਉਣਾ 8 ਜੂਨ ਪਿੰਡ ਸਮਰੌਲੀ ਸਕੂਲ ਦੇ ਵਿੱਚ ਤੁੰਬੇ ਵਾਲਿਆਂ ਦਾ ਗਾਉਣਾ ਭੀਮ ਸਿੰਘ ਜਟੌੜ। ਪਹਿਲਾਂ ਹੀ ਸਰਦਾਰ ਬਿੰਦਰ ਪਿੰਡ ਟੋਡੇ ਟਾਈਮ ਲਾਇਆ ਉਹਨਾਂ ਨੇ 27-15, ਸਰਦਾਰ ਬਿੰਦਰ ਸਿੰਘ ਪਿੰਡ ਟੋਡੇ 27-15। ਹੈਪੀ ਖਾਬਣਾ ਤੇ ਸੋਨੂੰ ਖਾਬਣਾ 5100 ਰੁਪਇਆ, 25-6 ਦਾ ਸਮਾਂ ਜੀ, 25 ਸੈਕਿੰਡ 66 ਪੁਆਇੰਟ, ਸਰਦਾਰ ਬਿੱਟੂ ਸਬੁੱਤਰ ਗੱਡੀਆਂ ਦੇ ਬਾਬਾ ਬੋਰ ਸਰਦਾਰ ਬਲਵੰਤ ਸਿੰਘ ਜੀ ਪੜਾਉਲ, ਉਹ ਵੀ ਪਹੁੰਚੇ ਹੋਏ ਨੇ, ਧੰਨਵਾਦ ਕਰਦਾ ਆਪਣੇ ਵੀਰ ਦਾ। ਸਰਦਾਰ ਬਿੱਟੂ ਬਾਜਵਾ ਜੀ ਪਿੰਡ ਪੜਾਉਲ ਤੋਂ, ਵੱਡੇ ਵੱਡੇ ਮੇਲੇ ਕਰਾਏ ਇਹਨਾਂ ਨੇ, ਧੂੜਾਂ ਪੜਤੀਆਂ ਪੜਾਉਲ 'ਚ ਵੀ ਮੇਲੇ ਕਰਾ ਕੇ। ਉੱਧਰ ਬਿੱਲਾ ਸਾਊਂਡ ਦੀ ਵੀ ਸਿਫਤ ਕਰਦੇ ਹੋ ਮਾਸਟਰ ਜੀ, ਬਿੱਲਾ ਸਾਊਂਡ ਡੀਜੇ, ਬਿੱਲੇ ਸਾਊਂਡ ਡੀਜੇ ਦੀ ਵੀ ਮਾਸਟਰ ਜੀ ਇੱਕ ਵਾਰ ਸਿਫਤ ਕਰਦੇ ਹੋ ਜੀ ਭਾਈ। ਪਹਿਲਾਂ ਆਈ ਤੀ ਜੱਸਾ ਹੇੜੀਆਂ, 27-88 ਦਾ ਸਮਾਂ ਉਹਨਾਂ ਦਾ, ਇੱਧਰ ਬਿੱਲੇ ਉਹਨਾਂ ਦਾ ਵੀ ਧੰਨਵਾਦ ਹੈ ਬਈ। ਆ ਗਈ ਭਾਈ, ਜ਼ਿਆਦਾ ਵਧੀਆ ਸਾਊਂਡ ਲਾਇਆ ਮੇਰੇ ਵੀਰਾਂ ਨੇ, ਧੂੜ ਪੱਟੀ ਪਈ ਹੈ ਸਾਊਂਡ ਵਾਲੀ। ਚੌਵੀ 91 ਦਾ ਘੱਟ ਸਮਾਂ ਲੱਗਿਆ ਆਪਣੀ ਖੇਡ 'ਚ, 26:90 ਟਾਈਮ ਹੈ ਜੀ, 26:90। ਉੜਦੀ ਧੂੜ ਦਿਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ, ਐਂ ਪੜਦੇ ਨੇ ਗਊ ਦੇ ਜਾਏ ਧੂਣਾ ਮੇਲਿਆਂ ਦੇ ਵਿੱਚ। ਵਖਤਾਵਰ ਸਿੰਘ ਹੁਸੈਨਪੁਰਾ ਬਿੰਦਰ ਟੋਡੇ ਧੰਨਵਾਦ ਕਰਦੇ ਹਾਂ ਜੀ, ਬੜੀ ਮਿਹਰਬਾਨੀ। ਮਾਸਟਰ ਜੀ, ਸਰਦਾਰ ਸਤਨਾਮ ਸਿੰਘ ਜੀ ਸਾਡੇ ਵਿੱਚ ਪਿੰਡ ਚੁਪਕੀ ਤੋਂ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ। ਸਰਦਾਰ ਇਕਬਾਲ ਸਿੰਘ ਜੀ ਸਾਲਾਪੁਰ, ਉਹਨਾਂ ਦੇ ਨਾਲ ਰਾਜੂ ਵੀਰ, ਰਣਧੀਰ ਸਿੰਘ ਜੀ ਠੇਕੇਦਾਰ ਭਰਾ, ਮਨੋਹਰ ਸਿੰਘ ਜੀ ਖਾਬੜਾਂ, ਅਤੇ ਨਾਲ ਹੀ ਸਾਡੇ ਵੀਰ ਗੁਰੀ ਧਾਰੀਵਾਲ, ਅਤੇ ਨਾਲ ਹੀ ਸਾਡੇ ਵੀਰ ਬੌਬੀ ਪੰਜੋਲੇ ਤੋਂ। ਸੋ ਅਸੀਂ ਚੁਪਕੀ ਤੋਂ ਪਹੁੰਚਣ 'ਤੇ ਸਤਨਾਮ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਅਮਨ ਸੋਲਖੀਆਂ ਕਾਲਾ ਸੋਲਖੀਆਂ ਨੇ ਤਿਆਰ ਕਰਿਆ ਵੀ, ਇੱਕ ਦੇਖੋ ਕਿਤੇ 1 ਇੰਚ ਦਾ ਨਹੀਂ ਫਰਕ ਪੈਣ ਦਿੱਤਾ, ਕੋਈ ਕੋਟ ਕਿਤੇ ਮਾੜਾ ਜਿਹਾ ਵੀ ਮੋੜ ਪਾਇਆ ਹੋਵੇ ਰਾਹ ਦੇ ਵਿੱਚ, ਇਸ ਤਰ੍ਹਾਂ ਲੱਗਦਾ ਜਿਵੇਂ ਰੱਸੀ ਗੇਰ ਕੇ ਫਿਰ ਵੱਟਾਂ ਪਾਈਆਂ ਹੋਣ। ਫਰਿੰਡੇ ਜਾਵਾਂ ਬਈ ਕਾਲੇ ਦੇ ਅਤੇ ਅਮਨ ਦੇ, ਵਧੀਆ ਰਾਹ, ਵਧੀਆ ਖੇਡ ਦੀ ਨਿਸ਼ਾਨੀ ਹੋਇਆ ਕਰਦੀ ਹੈ। ਤੀਜਾ ਹੋਵੇ ਸਾਊਂਡ ਬਈ, ਵਧੀਆ ਹੀ ਵਧੀਆ ਤਿੰਨੇ ਗੱਲਾਂ। ਤੇ ਮਾਸਟਰ ਜੀ,
ਬਾਬਾ ਨਾਗਰ ਸਿੰਘ ਜੀ ਮੀਤ ਜਥੇਦਾਰ ਤਰਨਾ ਦਲ ਹਰੀਆ ਵੇਲਾ 11,000 ਸੁਖਵਿੰਦਰ ਸਿੰਘ ਜੀ ਗਿੱਲ ਘਾਟ ਕਲੱਬ ਪ੍ਰਧਾਨ ਸਾਹਿਬ ਵੱਲੋਂ 5 ਇਨਾਮ ਦੇਣੇ ਦਿੱਤੇ ਜਾਣੇ ਨੇ ਬੈ ਜੋ ਬੈਲ ਗੱਡੀਆਂ ਭੱਜ ਰਹੀਆਂ ਨੇ ਆਪਣੇ ਖੀਰੇ ਦੁੱਗੇ ਬੱਚੇ ਅਤੇ ਨਾਲ ਹੀ 10,000 ਰੁਪਏ ਦਾ ਵੱਡੀ ਸਹਿਯੋਗ ਇਸ ਮੇਲੇ ਦੇ ਲਈ। ਕੁਲਵਿੰਦਰ ਸਿੰਘ ਜੀ ਪਿੰਦੀ ਰਾਜਪੁਰਾ, ਕੁਲਵਿੰਦਰ ਸਿੰਘ ਜੀ ਬਾਬਾ ਜੀ, ਮਾਸਟਰ ਰਘਵੀਰ ਸਿੰਘ ਜੀ ਨੰਬਰਦਾਰ ਸੋਲਕੀਆਂ, ਕੇਸਰ ਸਿੰਘ ਜੀ ਹਵਾਰਾ ਅਤੇ ਸ਼ਿੰਗਾਰ ਸਿੰਘ ਸਰਵਰਪੁਰ, ਕੈਪਟਨ ਅਮਰਜੀਤ ਸਿੰਘ ਜੀ ਰਾਜੇ ਮਾਜਰਾ, ਹਰਨੇਕ ਸਿੰਘ ਜੀ ਹਸਨਪੁਰ, ਸੁੱਖੀ ਬਲੌਂਗੀ, ਭੁਪਿੰਦਰ ਸਿੰਘ ਜੀ ਪਿੰਡਾ ਸਮਾਨਪੁਰ, ਸਰਬਜੀਤ ਸਿੰਘ ਜੀ ਧਰਮਗੜ੍ਹ, ਇਕਬਾਲ ਸਿੰਘ ਜੀ ਸਾਲਾਪੁਰ, ਪ੍ਰਧਾਨ ਟਰੱਕ ਯੂਨੀਅਨ ਭਾਗੋ ਮਾਜਰਾ, ਜਿਨ੍ਹਾਂ ਨੇ ਅੱਜ ਦੀ ਖੇਡ ਦਾ ਉਦਘਾਟਨ ਕੀਤਾ। ਗੁਰੀ ਪਥਰੇੜੀ, ਤੇਜਪਾਲ ਸਰਪੰਚ, ਕੀਪਾ ਜੀ ਸਾਬਕਾ ਸਰਪੰਚ, ਰਣਧੀਰ ਸਿੰਘ ਜੀ, ਮਨੋਹਰ ਸਿੰਘ ਜੀ, ਧੀਰ ਸਿੰਘ ਠੇਕੇਦਾਰ ਸਾਲਾਪੁਰ, ਮਨੋਹਰ ਸਿੰਘ ਜੀ ਸਰਪੰਚ ਖਾਬੜਾ, ਸੋਨੂ ਖਾਬੜਾ, ਬਾਈ ਹੈਪੀ ਖਾਬੜਾ, ਜਿਨ੍ਹਾਂ ਵੱਲੋਂ ਸਾਡੇ ਇਸ ਖੇਡ ਮੇਲੇ ਦੇ ਲਈ 5,100 ਰੁਪਏ ਦਾ ਯੋਗਦਾਨ ਦਿੱਤਾ ਗਿਆ। ਬਹੁਤ ਬਹੁਤ ਧੰਨਵਾਦ। ਹਾਂਜੀ, ਇਹ ਰਾਹ ਤਿਆਰ ਕਰਿਆ ਭਾਈ ਗੋਗੀ ਅਤੇ ਕਾਲੇ ਨੇ, ਆਮਨਾ ਅਤੇ ਕਾਲੇ ਨੇ, ਆਮਨਾ ਸੋਲਖੀਆਂ, ਕਾਲਾ ਸੋਲਖੀਆਂ, ਧੰਨਵਾਦ ਉਹਨਾਂ ਦਾ। ਅਗਲੀ ਗੱਡੀ ਤਿਆਰ ਹੈ ਜੀ। ਤੀਜੀ ਸ਼ਿਫਟ ਵਾਲੇ ਵੀਰਾਂ ਨੂੰ ਬਈ ਬੇਨਤੀ ਹੈ, ਆਪਣੇ ਬਿਲਕੁਲ ਬੱਚਿਆਂ ਦੇ ਨੇੜੇ ਹੱਥ ਪਾ ਲਓ ਜਾ ਕੇ। ਪਹਿਲਾ ਆਈ ਟੀ ਜੀ ਰਣਜੀਤ ਸਿੰਘ ਕੁੱਲਾ, ਬਾਲੀਆਂ ਕੈਨੇਡਾ, ਟਾਈਮ ਲਾਇਆ ਉਹਨਾਂ ਨੇ 26:90 ਦਾ। ਰਣਜੀਤ ਸਿੰਘ ਆ ਗਈ ਭਾਈ ਕੁੱਲਾ, ਇਹ ਕੈਨੇਡਾ ਜੈ ਜਵਾਨ ਰਣਜੀਤ ਸਿੰਘ ਕੁੱਲਾ, ਇੱਕ ਸਾਲ ਆਪਣੇ ਛਿੰਝ ਕਰਾਈ ਤੀ ਪਰਮਿੰਦਰ ਸਿੰਘ ਡੂਮਛੇੜੀ ਸੋਨੂੰ ਦਿੱਲੀ ਸੱਦ ਕੇ, ਦੋਵੇਂ ਪਹਿਲਵਾਨਾਂ ਨੂੰ ਸੋਨੇ ਦੀਆਂ ਬੈਲਟਾਂ ਦਿੱਤੀਆਂ ਤੀਆਂ ਕੁੱਲੇ ਨੇ। ਪੱਚੀ ਅਠਾਰਾਂ ਦਾ ਸਮਾਂ ਲਾ ਗਿਆ ਜੀ। ਵਧੀਆ ਭੱਜ ਕਰਦੀਆਂ ਬੈਠੇ ਸਰਦਾਰ ਦੀਪਾ ਜਟਾਲਾ ਨੇ ਕਰੀ ਕਢਵਾਨੀ। ਤੀਜੀ ਸ਼ਿਫਟ ਵਾਲੇ ਵੀਰੋ ਤੁਹਾਨੂੰ ਆਖਰੀ ਸੱਦਾ, ਲੰਘੋ ਆਪਣੀਆਂ ਜੋੜੀਆਂ ਲੈ ਕੇ। ਮੈਂ ਆਪਦੀ ਘੜੀਆਂ ਲਈਆਂ, ਦੱਬ 10 ਮਿੰਟ ਦਾ ਸਮਾਂ ਜੀ, 10 ਮਿੰਟ ਦੇ ਵਿੱਚ ਆਪਣੀਆਂ ਜੋੜੀਆਂ ਲੈ ਕੇ ਲੰਘਣਗੇ ਜੀ। ਸਰਦਾਰ ਪੋਲਾ ਮਕੜੋਨਾ, ਉਹ ਵੀ ਪਹੁੰਚੇ ਹੋਏ, ਧੰਨਵਾਦ, ਬੜੀ ਮਿਹਰਬਾਨੀ। ਲੰਘੋ ਜੀ, ਇਹ ਤੀਜੀ ਸ਼ਿਫਟ ਹੈ, ਚੌਥੀ ਸ਼ਿਫਟ ਆਖਰੀ ਹੋਊਗੀ ਜੀ, ਕਿਰਪਾ ਕਰਕੇ ਲੰਘੋ ਜੀ। ਲਓ ਜੀ, ਨਗਰ ਵੱਲੋਂ ਵੀ ਮੈਨੂੰ ਹੁਕਮ ਹੋਇਆ, ਸਰਪੰਚ ਸਾਹਿਬ ਸਰਦਾਰ ਜੰਗ ਸੋਨਾ ਵੀ ਸੱਦਾ ਪਹੁੰਚਿਆ ਹੈ ਬਈ, ਚੌਥੀ ਸ਼ਿਫਟ ਭਜਾ ਕੇ ਨਾਲੇ ਮੇਲਾ ਸਮਾਪਤ ਕਰ ਦੇਣਾ। ਇਹ 4 ਸ਼ਿਫਟਾਂ ਭਜਣੀਆਂ, ਨੋਟ ਕਰ ਲਓ, ਚਾਰਾਂ ਹੀ ਕਵੇੜਾ ਕਰ ਦੇਣਾ ਆਪਾਂ ਨੇ, ਖੇਡ ਕਾਫੀ ਲੇਟ ਹੋ ਚੁੱਕੀ ਹੈ। ਸੋ ਕਿਰਪਾ ਕਰਕੇ ਤੁਸੀਂ ਤੀਜੀ ਸ਼ਿਫਟ ਵਾਲੇ ਵੀਰ ਆਪਦੀਆਂ ਜੋੜੀਆਂ ਲੈ ਕੇ ਲੰਘਣ ਦੀ 10 ਮਿੰਟ ਦੇ ਵਿੱਚ ਕਿਰਪਾਲਤਾ ਕਰਿਓ, 10 ਮਿੰਟ ਦਾ ਸਮਾਂ ਤੁਹਾਨੂੰ। ਜਿਹੜੀ 25 ਤਰੀਕ ਦੀ ਖੇਡ ਆ ਓਪਣਾ, ਇੱਕ ਚੌਗਾ ਦਾ ਵਿੱਚੋਂ ਬਾਹਰ ਕੱਢਦਾ ਆਪਾਂ ਨੇ, ਹੁਣ ਖੀਰੇ ਅਤੇ ਦੁੱਗਿਆਂ ਦੀਆਂ ਦੌੜਾਂ ਹੋਣਗੀਆਂ। 25 ਤਰੀਕ ਨੂੰ ਪਿੰਡ ਓਪਣਾ, ਖੀਰੇ ਅਤੇ ਦੁੱਗੇ ਬੱਚਿਆਂ ਦੀਆਂ ਦੌੜਾਂ ਹੋਣਗੀਆਂ। ਸੋ 7 ਜੂਨ ਨੂੰ ਜੀ ਗੁਰੀ ਰਾਣੇਵਾਲ ਟੱਪਰੀਆਂ, 7 ਜੂਨ ਨੂੰ ਰਾਣੇਵਾਲ ਟੱਪਰੀਆਂ, ਦਿੱਲੀ ਓਨੀ ਦੂਰੀਆਂ ਦੌੜਾਂ ਕਰਵਾ ਰਹੇ ਹੈ। ਪਹਿਲੀਆਂ ਗੱਡੀਆਂ 8 ਨੂੰ ਸੋਨੇ ਦੀਆਂ ਮੁਦਰੀਆਂ ਦਿੱਤੀਆਂ ਜਾਣਗੀਆਂ, ਇਹ ਗੋਲੂ ਭਜੌਲੀ ਓਨੀ ਜਾਣਕਾਰੀ ਦਿੰਦੇ। 7 ਜੂਨ ਨੂੰ ਪਿੰਡ ਰਾਣੇਵਾਲ ਟੱਪਰੀਆਂ ਦੌੜਾਂ ਹੋਣਗੀਆਂ। ਇਹ ਗੱਡੀ ਆਈ ਤੀ ਗੋਗੀ ਹਰਨਾਮਪੁਰਾ, ਜਿਹਨੇ 25:18 ਦਾ ਸਮਾਂ ਲਾਇਆ, ਇਹ ਗੋਗੀ ਹਰਨਾਮਪੁਰਾ ਦੀ ਗੱਡੀ ਤੀ। ਮਾਸਟਰ ਜੀ, ਸਾਨੂੰ ਜੋ ਦਾਨੀ ਸੱਜਣਾ ਨੇ ਮਾਣ ਦਿੱਤੇ ਨੇ ਬਾਹਰ ਤੋਂ, ਸਤਨਾਮ ਸਿੰਘ ਜੀ ਚੁਫਕੀ ਸਾਡੇ ਵਿੱਚ ਹੁਣੇ ਪਹੁੰਚੇ, ਇਹਨਾਂ ਵੱਲੋਂ 2100 ਰੁਪਇਆ ਗੁਰੀ
ਪ੍ਰਧਾਨ ਨੇ ਜੋ ਪਥਰੇੜੀ ਰਾਜਪੂਤਾਂ ਦੇ ਕਲੱਬ ਦੇ ਐਤਕੀ ਵੀਰ ਨੇ 27 ਮਾਰਚ ਨੂੰ ਕਬੱਡੀ ਕੱਪ ਵੀ ਕਰਵਾਇਆ, ਫਿਰ ਤਪਾਈਆ ਪਿੰਡ ਦੇ ਵਿੱਚ ਖੇਡ ਮੇਲਾ ਕਰਵਾ ਕੇ 3500 ਰੁਪਈਆ, ਜਸਵੀਰ ਸਿੰਘ ਜੀ ਕਰਾਲ ਮਾਜਰਾ 2100 ਰੁਪਈਆ, ਸਰਪੰਚ ਮਨਹੋਰ ਸਿੰਘ ਜੀ ਖਾਬੜਾਂ ਪਿੰਡ ਖੇਡਾਂ ਕਰਵਾਈਆਂ 3100 ਰੁਪਏ ਦਾ ਯੋਗਦਾਨ, ਕੁਲਦੀਪ ਸਿੰਘ ਜੀ ਸਾਬਕਾ ਸਰਪੰਚ ਪਥਰੇੜੀ 2100 ਰੁਪਈਆ ਪਿੰਡ ਖੇਡਾਂ ਕਰਵਾਉਂਦੇ ਨੇ ਸਾਡੇ ਵੀਰੇ ਵੀ, ਠੇਕੇਦਾਰ ਰਣਧੀਰ ਸਿੰਘ ਜੀ ਸਾਲਾ ਪਰ ਉਹਗੇ ਖੇਡ ਪ੍ਰਮੋਟਰ, ਇਲਾਕੇ 'ਚ ਕੋਈ ਵੀ ਖੇਡ ਮੇਲਾ ਹੋਵੇ ਤਾਂ ਠੇਕੇਦਾਰ ਭਰਾ ਵੱਡਾ ਸਹਿਯੋਗ ਦਿੰਦੇ ਨੇ, ਅਤੇ ਬੋਬੀ ਸਾਡਾ ਵੀਰ ਪੰਜੋਲਾ ਇਹ ਵੀ ਪਿੰਡ ਵਿੱਚ ਖੇਡਾਂ ਕਰਵਾਉਂਦੇ ਨੇ 3100 ਰੁਪਈਆ, ਨਰਿੰਦਰ ਸਿੰਘ ਜੀ ਨੰਬਰਦਾਰ 1100 ਰੁਪਈਆ, ਕੈਪਟਨ ਅਮਰਜੀਤ ਸਿੰਘ ਜੀ ਰਾਜੇ ਮਾਜਰਾ, ਕੇਸਰ ਸਿੰਘ ਜੀ ਹਵਾਰਾ ਕਲਾ, ਸ਼ਿੰਗਾਰ ਸਿੰਘ ਜੀ, ਇਹਨਾਂ ਵੱਲੋਂ ਵੀ ਸਾਨੂੰ 11000 ਰੁਪਏ ਦੀ ਮਾਲੀ ਮਦਦ ਆਈ ਹੈ। ਅਕਬਾਲ ਸਿੰਘ ਜੀ ਸਾਲਾਪੁਰ 5100 ਰੁਪਈਆ, ਪਿੰਦਾ ਸਿੰਘ ਜੀ ਪਿੰਡ ਅਸਮਾਨਪੁਰ 1100 ਰੁਪਈਆ, ਸੁਖਵਿੰਦਰ ਸਿੰਘ ਜੀ ਗਿੱਲ ਝੱਲੀਆਂ ਕਲਾਂ ਤੋਂ ਜਿੱਥੇ ਵੱਡੇ ਖੇਡ ਮੇਲੇ ਹੁੰਦੇ ਨੇ ਮਾਸਟਰ ਜੀ ਦੇ ਪਿੰਡ ਤੋਂ, ਉਹਨਾਂ ਨੇ ਵੀ ਸਾਨੂੰ 10000 ਰੁਪਇਆ ਦਿੱਤਾ, ਅਤੇ ਨਾਲ ਹੀ ਸੁੱਖੀ ਬਲੌਂਗੀ 1100 ਰੁਪਈਆ, ਬਾਬਾ ਨਾਗਰ ਸਿੰਘ ਜੀ ਮਹਾਂਪੁਰਸ਼ ਜਿਹਨਾਂ ਦੇ ਘੋੜੇ ਵੀ ਭੱਜੇ ਉਹਨਾਂ ਵੱਲੋਂ ਵੀ 11000, ਜਸਪ੍ਰੀਤ ਸਿੰਘ ਜੀ ਲਖਮੀਪੁਰ ਝੱਲੀਆਂ ਇਹਨਾਂ ਵੱਲੋਂ 2100 ਰੁਪਈਆ। ਬਹੁਤ ਬਹੁਤ ਧੰਨਵਾਦ ਸਾਰੇ ਦਾਨੀ ਸੱਜਣਾਂ ਦਾ, ਅਤੇ 5100 ਰੁਪਈਆ ਸੋਨੂ ਅਤੇ ਹੈਪੀ ਸਾਡੇ ਵੀਰ ਪਿੰਡ ਖਾਬੜਾਂ ਤੋਂ, ਉਹਨਾਂ ਨੇ ਵੀ 5100 ਰੁਪਏ ਦਾ ਯੋਗਦਾਨ ਦਿੱਤਾ। ਜੰਗ ਸਿੰਘ ਜੀ ਸਰਪੰਚ ਸਾਹਿਬ ਸੋਲਖੀਆਂ ਇਸ ਖੇਡ ਦੇ ਲਈ ਖੇਡਾਂ ਜਿਹੜੀਆਂ ਅੱਜ ਕਰਵਾ ਰਹੇ ਹਾਂ 21000 ਰੁਪਈਆ, ਜੋ ਇਲਾਕੇ 'ਚ ਕੋਈ ਵੀ ਕਬੱਡੀ ਮੈਚ ਹੋਵੇ, ਗਰੀਬ ਪਰਿਵਾਰ ਦੇ ਬੱਚਿਆਂ ਦੀ ਸ਼ਾਦੀ ਹੋਵੇ ਅਤੇ ਕਿਸੇ ਵੀ ਤਰ੍ਹਾਂ ਦੀਆਂ ਖੇਡਾਂ ਹੋਣ, ਕੁਸ਼ਤੀ ਮੇਲਾ, ਕਬੱਡੀ ਮੈਚ, ਸੱਭਿਆਚਾਰਕ ਮੇਲੇ, ਹਰੇਕ 'ਤੇ ਜਾ ਕੇ ਹਾਜ਼ਰੀਆਂ ਵੀ ਲਾਉਂਦੇ ਨੇ ਔਰ ਨੇਕ ਕਮਾਈਆਂ ਦੇ ਵਿੱਚੋਂ ਇਹ ਮਾਣ ਵੀ ਕਰਦੇ ਨੇ। ਅਸੀਂ ਜੰਗ ਸਿੰਘ ਸੋਲਖੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਆ ਕੇ ਇੱਥੇ ਬੁਲਾ ਕੇ ਮਾਣ ਦਿੱਤਾ ਇਸ ਖੇਡ ਦੇ ਵਿੱਚ। ਹਾਂਜੀ ਮਾਸਟਰ ਜੀ, ਮੈਂ ਹੁਣ ਤੁਹਾਡੇ ਹਵਾਲੇ ਹੈ। ਚਲੋ ਜੀ, ਡੀ ਜੀ ਸ਼ਿਵਨਾਲ ਵੀਰੋ, ਚੌਥੀ ਆਖਰੀ ਹੈ ਜੀ, ਆਖਰੀ ਦਾ ਮਤਲਬ ਆਖਰੀ ਹੈ, ਜੇ ਖੜੇ ਰਹਿ ਗਏ ਬੱਚੇ ਖੜੇ ਰਹਿ ਗਏ, ਇਹ ਤੋਂ ਅਗਲੀ ਸ਼ਿਫਟ ਜਿਹੜੀ ਆਖਰੀ ਹੋਊਗੀ। 10 ਮਿੰਟ ਦਿੱਤੇ ਆ ਤੁਹਾਨੂੰ, 6 ਮਿੰਟ ਹੋ ਗਏ, 4 ਮਿੰਟ ਬਾਕੀ ਹੈ ਸ਼ਿਫਟ ਦੇ। ਹਾਂਜੀ, ਆਖਰੀ ਸ਼ਿਫਟ ਹੈ, ਚੌਥੀ ਜਿਹੜੀ ਹੋਊਗੀ, ਇਹ ਤੀਜੀ ਸ਼ਿਫਟ ਜਾ ਰਹੀ ਹੈ ਜੀ। ਪਿੰਡ ਢੰਗਰਾਲੀ ਦੇ ਵਿੱਚ 8 ਜੂਨ ਨੂੰ ਕਬੂਤਰਾਂ ਦੀ ਪਾਈ ਬਾਜੀ ਆ, 1100 ਰੁਪਈਆ ਐਂਟਰੀ, 8 ਜੂਨ ਨੂੰ ਹੀ ਮੇਰੇ ਪਿੰਡ ਸਮਰੌਲੀ ਦੇ ਵਿੱਚ ਭੀਮ ਜਟਾਉਂਟ ਦਾ ਖੁੱਲ੍ਹਾ ਅਖਾੜਾ ਪਾਈ, ਜਿਹੜੇ ਬਜ਼ੁਰਗ ਜ਼ਿਆਦਾ ਸੁਣਦੇ ਨੇ, ਬਾਅਦ ਦੁਪਹਿਰ 2 ਵਜੇ ਪਿੰਡ ਸਮਰੌਲੀ 8 ਜੂਨ ਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਸਾਰਿਆਂ ਨੇ ਪਾਈ ਆਉਣਾ। ਨੌਜਵਾਨਾਂ ਨੂੰ ਅਤੇ ਬਜ਼ੁਰਗਾਂ ਨੂੰ ਬੇਨਤੀ ਆ, ਭੀਮ ਜਟਾਉਂਟ ਤੂੰਬੇ ਵਾਲੇ ਦਾ ਅਖਾੜਾ 8 ਜੂਨ ਨੂੰ ਪਿੰਡ ਸਮਰੌਲੀ, ਸਾਰੇ ਵੀਰ ਨੋਟ ਕਰਨ। ਮਾਸਟਰ ਜੀ ਤੁਸੀਂ ਵੀ ਆਉਣਾ ਜੀ, ਮਾਸਟਰ ਜੀ ਪੱਕਾ ਜੀ, ਪੱਕਾ ਪੱਕਾ। ਹਾਂਜੀ, ਤੁਸੀਂ ਵੀ ਇੱਕ ਵਾਰ ਬੋਲਦੇ ਦੁਬਾਰੇ। ਹੈਲੋ, ਕਿਆ ਤਰੀਕ ਬੋਲਾਂ ਦੱਸੋ, ਇੱਕ ਤਾਂ ਲੰਘੇ ਗਏ ਅੱਗੇ ਭੁੱਲੇ ਗਏ ਅਸੀਂ ਤਾਂ। ਹਾਂਜੀ ਮਾਸਟਰ ਜੀ, ਪਹਿਲਾਂ 26 ਮਈ ਨੂੰ ਗਾਉਣ ਲਵਾਇਆ ਸੀਗਾ, ਜੰਗ ਸਿੰਘ ਜੀ ਵੀ ਕਿਸੇ ਰਝੇਵੇ ਕਰਕੇ ਨਹੀਂ ਆਏ, ਇਹ ਵੀ ਬੜੇ ਸ਼ੌਕੀਨ ਨੇ, ਉਹ ਵੀ ਜ਼ਰੂਰ। ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ, 8 ਜੂਨ ਬਾਅਦ ਦੁਪਹਿਰ 2 ਵਜੇ ਭੀਮ ਜਟਾਉੜ। ਲਓ ਜੀ, 8 ਜੂਨ ਨੂੰ ਪਿੰਡ ਸਮਰੌਲੀ ਤੁੰਬੇ ਦਾ ਗਾਉਣ ਹੈ ਜੀ, ਸਾਰੇ ਵੀਰਾਂ ਨੂੰ ਬੇਨਤੀ ਹੈ ਬਈ ਪਹੁੰਚਣਾ ਜ਼ਰੂਰ 8 ਜੂਨ ਨੂੰ ਪਿੰਡ ਭਾਈ ਸਮਰੌਲੀ, ਕਲਵੀਰ ਸਮਰੌਲੀ ਦੇ ਪਿੰਡ ਪਹੁੰਚਣਾ, ਭਾਈ ਰੌਣਕ ਵਧਾਇਓ ਸਾਰੇ ਮੇਰਾ ਵੀਰ। 7 ਜੂਨ ਨੂੰ ਦਿੱਲੀ ਰਾਣੇਵਾਲ ਟੱਪਰੀਆਂ, ਰਾਣੇਵਾਲ ਟੱਪਰੀਆਂ ਦੇ ਵਿੱਚ ਦੂਹਰੀਆਂ ਦੌੜਾਂ ਕਰਵਾਉਣਗੇ, ਜਿਹਦੇ ਵਿੱਚ ਸੋਨੇ ਦੀਆਂ ਮੁੰਦਰੀਆਂ, ਜਿੰਨੇ ਨਾਮ ਹੋਣਗੇ 8 ਹੋਣ 10 ਹੋਣ, 2-2 ਸੋਨੇ ਦੀਆਂ ਮੁੰਦਰੀਆਂ ਦਿੱਤੀਆਂ ਜਾਣਗੀਆਂ। ਸੋ ਬੇਨਤੀ ਆ ਭਾਈ, ਉਹ ਵੀ ਖੇਡ ਦੂਰੀ ਦੇਖਣ ਯੋਗ ਹੁੰਦੀ ਹੈ। ਇਹ 7 ਜੂਨ ਨੂੰ ਦੌੜਾਂ ਹੋ ਰਹੀਆਂ ਉੱਥੇ ਰਾਣੇਵਾਲ ਟੱਪਰੀਆਂ। ਓਏ ਰਾਲੇ ਵੀਰੋ, ਥੋੜ੍ਹੀ ਜਿਹੀ ਤੇਜ਼ੀ ਨਾਲ ਰਾਹ ਖਾਲੀ ਕਰ ਦਿਓ ਮੇਰਾ ਵੀਰ, ਹੁਣ ਹੀ ਟਾਈਮ ਹੈਗਾ ਆਪਣੇ ਕੋਲ ਹੌਲੀ ਹੌਲੀ ਜਾਣ ਦਾ। ਦਿਓ ਸਹਿਯੋਗ ਮੇਰਾ ਵੀਰ ਬਣ ਕੇ, ਤੁਸੀਂ ਵੀ ਬਣਨ ਵਾਲੇ ਹੋ, ਤੁਸੀਂ ਵੀ ਸਹਿਯੋਗ ਦਿਓ। ਲੰਘ ਜਾਓ ਮੇਰਾ ਵੀਰ, ਹਿੰਮਤ ਨਾਲ ਗਾਂਹ ਹੋ ਜਾਓ ਤੁਸੀਂ, ਜਿਹਨੇ ਜਾ ਤੁਸੀਂ ਹੌਲੀ ਹੌਲੀ ਬਾਅਦ ਵਾਲੇ ਪਹੁੰਚ ਜਾਂਦੇ, ਇਹਨਾਂ ਨੂੰ ਤਾਂ 5 ਗੱਡੀਆਂ ਭਜਾ ਦੇਣੀਆਂ ਆਪਾਂ ਨੇ, ਹੋ ਜਾਓ ਲੰਬੀ ਡਿੱਗ ਥੋੜ੍ਹੀ ਜੀ। ਉਹ ਬਾਈ ਸਾਹਮਣੇ ਬੱਟ ਪਰ ਫੇਰ ਬੈਠ ਗਏ ਭਾਈ,
ਨਾ ਬੈਠੋ ਵੀਰੋ, ਬੱਟ ਖਾਲੀ ਕਰੋ, ਆਹ ਬੱਟ ਖਾਲੀ ਕਰ ਦਿਓ, ਜਿਹੜੇ ਬੈਠੇ ਇੱਧਰ ਨੂੰ ਦੂਏ ਪਾਸੇ ਨੂੰ ਬੈਠੋ ਕੇ, ਤੁਸੀਂ ਤਾਂ ਰਾਹ 'ਚ ਆਪਣੇ ਛੋਟੇ ਭਾਈ। ਚਲੋ ਜੀ ਮਾਸਟਰ ਜੀ, ਆਪਣੇ ਵਿੱਚ ਸਾਡੇ ਆਪਣੇ ਇਸ ਇਲਾਕੇ ਦਾ ਮਾਣ ਨਰਿੰਦਰ ਸਿੰਘ ਜੀ ਸਿਉਂ ਮਾਜਰਾ, ਜਿਨ੍ਹਾਂ ਨੇ ਆਪਣੇ ਪਿੰਡ 2-3 ਤਰੀਕ ਨੂੰ ਮਾਰਚ ਦੀ ਪਹਿਲੀ 2-3 ਤਰੀਕ ਨੂੰ ਖੇਡਾਂ ਕਰਵਾਈਆਂ, ਸਰਦਾਰ ਨਰਿੰਦਰ ਸਿੰਘ ਜੀ ਮਾਵੀ ਚੇਅਰਮੈਨ ਬਲਾਕ ਸੰਮਤੀ ਰੋਪੜ ਉਹਗੇ ਸਮਾਜ ਸੇਵੀ ਸਾਡੇ ਵਿੱਚ ਪਹੁੰਚੇ ਨੇ। ਅਸੀਂ ਨਰਿੰਦਰ ਸਿੰਘ ਜੀ ਸਿਉਂ ਮਾਜਰਾ ਸਾਹਿਬ ਦਾ ਪਹੁੰਚਣ 'ਤੇ ਸਾਡੀ ਇਸ ਖੇਡ ਦੇ ਵਿੱਚ ਬਹੁਤ ਬਹੁਤ ਧੰਨਵਾਦ। ਮਾਸਟਰ ਜੀ, ਨਰਿੰਦਰ ਸਿੰਘ ਸਿਉਂ ਮਾਜਰਾ ਸਾਹਿਬ ਪਹੁੰਚ ਚੁੱਕੇ ਨੇ। ਹਾਂ ਧੰਨਵਾਦ ਜੀ, ਸਰਪੰਚ ਸਰਦਾਰ ਨਰਿੰਦਰ ਸਿੰਘ ਜੀ ਸਿਉਂ ਮਾਜਰਾ, ਚੇਅਰਮੈਨ ਬਲਾਕ ਸੰਮਤੀ ਜੀ ਆਇਆਂ ਜੀ, ਮੇਲੇ 'ਚ ਪਹੁੰਚਣ 'ਤੇ ਧੰਨਵਾਦ, ਬੜੀ ਮਿਹਰਬਾਨੀ। ਬਾਈ ਜੀ ਰਾਹ ਖਾਲੀ ਕਰ ਦਿਓ ਛੋਟੇ ਭਾਈ, ਉਹ ਤੂੰ ਗਾਹਾਂ ਹੋ ਜਾ ਬਾਈ, ਪਾਈ ਫਿਰਦਾ ਸਪੋਰਟਸ ਦੀ ਕਿੱਟ ਸਭ ਤੋਂ ਪਿੱਛਾ ਜਾਂਦਾ ਹੈ, 6 ਨੰਬਰ ਦੀ ਵਰਦੀ ਪਾਈ ਫਿਰਦਾ ਪਤੰਦਰਾ। ਬਾਈ ਬੱਟ ਸਾਹਮਣੇ ਜਿਹੜੀ ਆ ਸਾਹਮਣੇ ਸਟੇਜ ਦੇ ਜਿਹੜੀ ਬੱਟ ਨੂੰ ਵਿੰਗੇ ਬੈਠੇ ਹੋ, ਉਹ ਸਾਹਮਣੇ ਦੂਜੀ ਬੱਟ ਤੇ ਹੋ ਜਾਓ, ਉਹ ਗਾਹਾਂ ਹੋ ਜਾਓ, ਤੁਸੀਂ ਤੁਰਪੋ ਗਾਹਾਂ ਨੂੰ। ਹੋ ਜਾਓ ਭਾਈ ਗਾਹਾਂ ਨੂੰ ਮੇਰਾ ਵੀਰ ਬਣ ਕੇ। ਕਰੋ ਰਾਹ ਖਾਲੀ, ਜੜਾਓ ਜੜਾਓ ਸੱਦਾ ਦੇ ਕੇ ਹਿੰਮਤ ਨਾਲ ਭਾਈ, ਚਿਮਟ ਗੋਰ ਪਈ ਆਲੇ ਟਾਈਮ ਨਹੀਂ ਹੈਗਾ ਹੁਣ ਆਪਣੇ ਕੋਲ। ਦਰਦਾਰ ਸਿੰਘ ਜੀ ਸੀਤ ਢਾਡੀ ਜਥਾ ਬਾਈ ਧੰਨਵਾਦ। ਹਾਂਜੀ ਤਿਆਰੀ ਆ ਜੀ, ਬੜੀ ਖੁਸ਼ੀ ਦੀ ਗੱਲ ਆ ਜੀ। ਮਾਸਟਰ ਜੀ ਆਪਣੇ ਵਿੱਚ ਇਲਾਕੇ ਦੇ ਉਹਗੇ ਸਮਾਜ ਸੇਵੀ ਖੇਡ ਪ੍ਰਮੋਟਰ ਸਰਦਾਰ ਜੈਲਦਾਰ ਸਤਵਿੰਦਰ ਸਿੰਘ ਜੀ ਚੈੜੀਆਂ ਸਾਹਿਬ ਅਚੇਚੇ ਤੌਰ 'ਤੇ ਪਹੁੰਚੇ ਨੇ, ਨਾਲ ਰਣਜੀਤ ਸਿੰਘ ਜੀ ਕਾਕਾ ਮਾਰਸ਼ਲ ਜੀ। ਅਸੀਂ ਨਾ ਪਹੁੰਚੀਆਂ ਮਾਣਯੋਗ ਸ਼ਖਸ਼ੀਤਾਂ ਦਾ ਧੰਨਵਾਦ ਕਰਦੇ ਹਾਂ। ਇਲਾਕੇ ਦੇ 'ਚ ਹਰੇਕ ਖੇਡ 'ਤੇ ਕਬੱਡੀ ਮੈਚ ਹੋਣ, ਸਮਾਜ ਸੇਵੀ ਕੋਈ ਕੰਮ ਹੋਵੇ, ਪੂਰਾ ਸਹਿਯੋਗ ਹੁੰਦਾ ਜੈਲਦਾਰ ਸਤਵਿੰਦਰ ਚੈੜੀਆਂ ਜੀ ਜੋ ਮਹਾਂਜੱਟ ਸਭਾ ਦੇ ਵੀ ਸੀਨੀਅਰ ਮੈਂਬਰ ਨੇ। ਅਸੀਂ ਜੈਲਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਇਸ ਖੇਡ ਦੇ ਵਿੱਚ ਪਹੁੰਚਣ 'ਤੇ। ਜੈਲਦਾਰ ਸਤਵਿੰਦਰ ਸਿੰਘ ਜੀ ਚੈੜੀਆਂ, ਉਹਨਾਂ ਦੇ ਨਾਲ ਰਣਜੀਤ ਸਿੰਘ ਜੀ ਕਾਕਾ ਮਾਰਸ਼ਲ ਅਚੇਚੇ ਤੌਰ 'ਤੇ ਪਹੁੰਚੇ, ਉਹਨਾਂ ਤੋਂ ਪਹਿਲਾਂ ਸਰਦਾਰ ਨਰਿੰਦਰ ਸਿੰਘ ਜੀ ਮਾਵੀ ਚੇਅਰਮੈਨ ਬਲਾਕ ਸੰਮਤੀ ਰੋਪੜ, ਜਿਨ੍ਹਾਂ ਨੂੰ ਪੰਚਾਇਤ ਸੰਮਤੀ ਰੋਪੜ ਨੂੰ ਚੰਗੇ ਕੰਮ ਕਾਰਨ ਕਰਕੇ ਦੀਨ ਦਿਆਲ ਉਪਾਧਿਆ ਅਵਾਰਡ 24 ਅਪ੍ਰੈਲ ਨੂੰ ਲਖਨਊ ਵਿੱਚ ਦਿੱਤਾ ਗਿਆ। ਜੈਲਦਾਰ ਸਾਹਿਬ ਬਹੁਤ ਬਹੁਤ ਧੰਨਵਾਦ, ਨਾਲ ਸਾਡਾ ਵੀ ਰਾਜੂ ਵੀਰ ਵੀ ਪਹੁੰਚਿਆ। ਲਓ ਜੀ ਸਮਾਂ ਸੁਣੋ, ਗੱਡੀ ਦਾ ਟਾਈਮ ਹੈ, ਗੱਡੀ ਦਾ 24:65 ਦਾ ਸਮਾਂ ਜੀ, 60.5 ਇਹ ਪਰਲਾ ਬੈਠਾ ਸਰਪੰਚ ਜੰਗ ਸਿੰਘ ਸੋਲਖੀਆਂ ਸਾਡੇ ਵੱਲ ਨਾਲ ਬੈਠਾ ਭੱਜ ਗਿਆ ਹੇੜੀਆਂ, DC ਹੇੜੀਆਂ ਵਾਲਾ, ਸਮਾਂ ਲਾ ਕੇ 24:65 ਵਜੇ। ਚਲੋ ਛੱਡੋ ਗੱਡੀਆਂ, ਟਾਈਮ ਨਾ ਖਰਾਬ ਕਰੋ। ਬੀਬੀ ਗੁਰਨਾਮ ਕੌਰ ਜੀ ਪ੍ਰਧਾਨ ਉਹ ਵੀ ਪਹੁੰਚੇ ਨੇ।
ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਵੀ ਟਰਾਲੀ 'ਚ ਪਾਣੀ ਭੇਜ ਦਿਓ, ਪਾਣੀ ਦੀ ਮੰਗ ਹੈ ਟਰਾਲੀ 'ਚ, ਟਰਾਲੀ 'ਚ ਜਵਾਨ ਪਾਣੀ ਮੰਗਦੇ ਆ ਭਾਈ, ਪਾਣੀ ਭੇਜੋ ਸਾਰੀ ਟਰਾਲੀ 'ਚ, ਤਿਆਰੀ ਆ ਭਾਈ। ਐਂ ਸਕੂਟਰ ਨਾ ਲਿਆਓ ਭਾਈ ਰਾਜ, ਮੋਟਰਸਾਈਕਲ ਗਰਦ ਉੱਡਦੀ ਹੈ ਉੱਧਰ ਜਿੱਥੇ ਚੰਡੀਗੜ੍ਹ ਲੱਗੇ ਉੱਧਰ ਸਾਡੇ ਵਿੱਚ। ਆ ਗਈ ਭਾਈ ਮਾਸਟਰ ਜੀ, ਆਪਣੇ ਸਾਡੇ ਵਿੱਚ ਬਿੱਟੂ ਬਾਜਵਾ ਜੀ ਸਰਪੰਚ ਰੋਡ ਮਾਜਰਾ, ਜੈ ਸਿੰਘ ਜੀ ਚੱਕਲਾਂ, ਬਲਵਿੰਦਰ ਸਿੰਘ ਸਰਪੰਚ ਚੱਕਲਾਂ, ਨਾਲ ਮੇਜਰ ਸਿੰਘ ਜੀ ਚੱਕਲਾਂ ਜੱਸਾ ਬਾਈ ਚੱਕਲਾਂ ਤੋਂ, ਇਹ ਵੀਰ ਆਏ ਨੇ। ਧੰਨਵਾਦ ਬੀਬੀ ਗੁਰਨਾਮ ਕੌਰ ਜੀ ਪ੍ਰਧਾਨ ਜੀ ਦਾ ਵੀ, ਅਸੀਂ ਬੀਬੀ ਜੀ ਦਾ ਧੰਨਵਾਦ ਕਰਦੇ ਹਾਂ। ਚੌਵੀ ਛਿਹਾੜ ਦਾ ਸਮਾਂ ਜੀ, ਚੌਵੀ ਛਿਹਾੜ ਦੋਏ ਛਿੱਕੇ, ਇਹ ਸਾਡੇ ਵੱਲ ਜਿਹੜਾ ਬੈਠਾ ਭੱਜ ਗਿਆ, ਸੰਦੀਪ ਸਿੰਘ ਬਹਿਲ ਪਰ ਦੁਆਬਾ, ਕਰਵੀਰ ਸਿੰਘ ਮਾਣਕਾ ਕੈਨੇਡਾ ਦੁਆਬਾ। ਵਾਜੀ ਵਾਹ, ਉਹ ਪਰਚੀਆਂ ਦੋ ਤਿੰਨ ਕਰਨੀਆਂ ਭਾਈ, ਤੁਸੀਂ ਅਗਲੀ ਗੱਡੀ ਤਿਆਰ ਹੈ ਜੀ। ਪਹਿਲੀ ਦਾ ਕਿੰਨਾ ਤਾਂ ਚੌਵੀ 65 66 ਇੱਕ ਸ਼ਾਦ ਹੀ ਰਹਿ ਗਈ। ਅਗਲੀ ਗੱਡੀ ਤਿਆਰ ਹੈ ਜੀ। ਇੱਕ ਸ਼ਾਰੀਆ ਉਹ ਨਾਂ ਲਿਖੇ ਹੋਣਗੇ ਆਪਣੀ ਜੰਗ ਦੇ ਨਾਂ ਤੇ ਹੋਊਗੀ ਪਹਿਲੀ, ਉਹ ਨਾਂ ਤੇ ਪਤਾ ਲੱਗ ਜੇ ਕਰਦਾ। ਲਿਆਓ ਪਰਚੀਆਂ, ਲਿਆਓ ਹਿੰਮਤ ਨਾਲ ਭਾਈ। ਆ ਗਈ ਭਾਈ, ਫਤਿਹ ਜੰਗ ਸਿੰਘ ਲਿਖ ਲਿਆ ਪਹਿਲਾਂ, ਪਰਚੀ ਕੱਚੀ ਪਾ ਲਿਓ ਵਿੱਚ, ਪਿੰਡ ਵਾਲੀ ਪਰਚੀ ਲਿਆ ਕਰੋ ਉੱਥੇ, ਤੇ ਪਰਚੀ ਐਂਟਰੀ ਦਾ ਕਟਾਉਣ। ਤੀਹ ਬਾਰਾਂ ਦਾ ਸਮਾਂ ਜੀ, 30 ਸੈਕਿੰਡ 12 ਪੁਆਇੰਟ 30 12। ਛੱਡੀ ਜਾਓ ਛੱਡੀ ਜਾਓ, ਥੋੜ੍ਹਾ ਜਿਹਾ ਟਾਈਮ ਰੱਖੋ, ਐਂ ਕਾਇਮ ਤਾਂ ਭੱਜਣੇ। ਤਿਆਰੀ ਆ ਭਾਈ, ਸਤਾਰਾਂ ਤਰੀਕ ਨੂੰ ਪਿੰਡ ਰਾਮਗੜ੍ਹ ਨੇੜੇ ਬਰਨਾਲਾ ਜਿੱਥੇ ਗਊਸ਼ਾਲਾ ਹੈ, ਪਹਿਲੇ ਦਿਨ ਵੱਡੇ ਬਾਲ ਭੱਜਣੇ, 18 ਨੂੰ ਬੱਚੇ ਭੱਜਣੇ, ਖੀਰੇ ਦੁੱਗੇ ਪਹਿਲਾਂ ਨਾਮ ਫਰਿੱਜ ਆ ਜੀ ਉੱਥੇ। ਮਾਸਟਰ ਜੀ ਆਪਣੇ ਵਿੱਚ ਨਰਿੰਦਰ ਸਿੰਘ ਜੀ ਸਿਉਂ ਮਾਜਰਾ, ਉਹਨਾਂ ਤੋਂ ਪਹਿਲਾਂ ਉਹਨਾਂ ਤੋਂ ਬਾਅਦ ਸਾਡੇ ਵਿੱਚ ਜੈਲਦਾਰ ਚੈੜੀਆਂ ਜੀ, ਮੇਜਰ ਸਿੰਘ ਜੀ ਰੋਡ ਮਾਜਰਾ, ਜੈ ਸਿੰਘ ਜੀ ਸਾਡੇ ਵੀਰ, ਨਾਲ ਬਲਵਿੰਦਰ ਸਿੰਘ ਸਰਪੰਚ ਚੱਕਲਾਂ ਤੋਂ, ਬਿੱਟੂ ਬਾਜਵਾ ਜੀ ਸਰਪੰਚ ਰੋਡ ਮਾਜਰਾ। ਚੌਵੀ 87 ਜੀ, ਘੜੀ ਪਰਤੇ ਲਿਖ ਲਿਆ ਕਰਮਲ ਦੇਖ ਕੇ, 24-87 ਦਾ ਸਮਾਂ ਜੀ। ਇਹ ਪਰਲਾ ਬੈੜਾ ਅਭਿਜੋਤ ਸਿੰਘ ਪਿੰਡ ਤੱਖਰਾ, ਇਹ ਤੱਖਰ ਭੱਜ ਗਿਆ, ਮਿੱਠੂ ਕਰ ਗਿਆ ਕਡਵਾਨੀ, ਇਹਨੂੰ ਕਹਿੰਦੇ ਆ ਮੁਕਾਬਲਾ। ਇੱਧਰ ਹੈਰੀ ਨੇ ਧੂੜ ਪੱਟੀ ਪਈ ਆ, ਗੇੜਾ ਦਿੰਦਾ ਭਾਈ ਹੈਰੀ ਦੇ ਵੀ, ਜੇ ਵੀ ਤੱਤੀ ਕਰਦਿਆ ਕਰੋ, ਹੈਰੀ ਵੀ ਭਲਵਾਨੀ ਗੇੜਾ ਦਿੰਦਾ ਹੈ ਕਲੀ ਪਾਉਣ ਦਾ। 12 ਸਾਲ ਹੋ ਗਏ ਇਹਨੂੰ ਸੇਵਾ ਕਰਦੇ ਨੂੰ, 12 ਸਾਲ ਹੋ ਗਏ ਕਹਿੰਦਾ, ਦੇ ਲੈ ਕੋਈ ਨੀ ਦੇ ਆ ਗੇੜਾ। ਉੱਧਰ ਇਸ ਖੇਡ ਮੇਲੇ ਦਾ ਪੰਜਾਬੀ ਲਾਈਵ ਟੀਵੀ ਤੇ ਸਿੱਧਾ ਪ੍ਰਸਾਰਣ ਵੀ ਚੱਲ ਰਿਹਾ ਭਾਈ, ਬਾਹਰ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਵੀਰ ਇਸ ਦਾ ਆਨੰਦ ਲੈ ਰਹੇ ਨੇ, ਸੋ ਸਾਰੇ ਪਹੁੰਚੀਆਂ ਮਾਣਯੋਗ ਸ਼ਖਸੀਅਤਾਂ ਦਾ ਧੰਨਵਾਦ।
ਆਗੀ ਭਾਈ ਮਾਸਟਰ ਜੀ ਤੁਹਾਨੂੰ ਜਿਹੜਾ ਰੋਜ਼ ਸੁਣਦੇ ਨੇ ਕਹਿੰਦੇ ਅੱਜ ਮਾਸਟਰ ਜੀ ਸ਼ੇਅਰ ਨਹੀਂ ਸੁਣਾਉਂਦੇ ਕਹਿੰਦੇ ਮਾੜੇ ਮੋਟੇ ਸ਼ੇਅਰ ਮਾਰਿਓ ਜੀ ਮਾੜੇ ਮੋਟੇ ਜੀ ਜੈਲਦਾਰ ਸਾਹਿਬ ਇੱਧਰ ਜਿੰਨੇ ਵੀ ਵੀਰ ਨੇ ਮਾਵੀ ਸਾਹਿਬ ਬੈਠੇ ਨੇ ਮਾਨੇ ਥੋੜਾ ਜਿਹਾ ਕਸਿਓ ਜੀ ਕੰਮ ਤੁਸੀਂ ਵੀ ਆਪਣਾ ਪਿੰਡ ਭੁਗਦਣ ਟਾਈਮ 24:87 ਹੈ ਜੀ ਅਪ 30:85 ਦਾ ਸਮਾਂ ਜੀ 30 ਸੈਕਿੰਡ 85 ਪੁਆਇੰਟ ਟਾਈਮ ਹੈ ਗੱਡੀ ਦਾ 30:85 ਗਾਂ ਦੀ ਗੱਡੀ ਤਿਆਰ ਹੈ ਜੀ ਪੰਡਿਤ ਵਾਲੀ ਸੁਪਨੇ ਵਾਲੀ ਗੱਲ ਸੁਣਾਇਓ ਜੀ ਜਿਹੜੀ ਛੋਟੇ ਬਾਈ ਖੇੜੇ ਮਸੀ ਭਜਣੀ ਹੈ ਵੀਰ ਕੁਲਵੀਰ ਮਾਟਾ ਜੀ ਇੱਧਰ ਕਹਿੰਦੇ ਨੇ ਜੀ ਆਪਣੇ ਜੰਗ ਸਿੰਘ ਜੀ ਕਹਿੰਦੇ ਨਾਲ ਭਜਾਉਣੀ ਪੈਣੀ ਛੋਟੇ ਵੀਰ ਆ ਗਈ ਬਾਈ ਸੇਵਟਿਕ ਆਖਰੀ ਹੈਗੀ ਹੈ ਟਾਈਮ ਹੋ ਗਿਆ ਹੈ ਮਾਟਰ ਜੀ ਕਹਿੰਦੇ ਭਾਈ ਨਾਨਕਿਆਂ ਦਾ ਪਿੰਡ ਆ ਜਿਸ ਕਰਕੇ ਜੀ ਬਾਕੀ ਮੇਰੇ ਨਾਨਕਿਆਂ ਦਾ ਪਿੰਡ ਹੈ ਭਾਈ ਮੈਨੂੰ ਚਾਓ ਹੈ ਖੇਡਦਾ ਵਾਹ ਵੀ ਵਾਹ ਚੱਕ ਦੇ ਮੱਲਾ ਅਪ 26:50 ਦਾ ਸਮਾਂ ਜੀ ਭਜਨ ਸਿੰਘ ਧੌਲ ਮਾਜਰਾ ਕਰਕੇ ਗੁਡਵਾਨੀ ਸਰਦਾਰ ਭਜਨ ਸਿੰਘ ਪਿੰਡ ਧੌਲ ਮਾਜਰਾ ਇਹ ਬਹਿੜਾ ਵੀ ਪੀੜਾ ਧੌਲ ਮਾਜਰੀ ਭੱਜ ਗਿਆ ਜਿਹੜਾ ਸਾਡੇ ਵੱਲ ਭੱਜ ਕੇ ਗਿਆ ਇਹਨਾਂ ਦੇ ਬਹਿੜਾ ਹੈ ਸਰਪੰਚ ਜਸਵੰਤ ਸਿੰਘ ਧੌਲ ਮਾਜਰਾ ਦਲਵਰ ਸਿੰਘ ਦੇ ਨਾਂ ਤੇ ਐਂਟਰੀ ਹੁੰਦੀ ਹੈ ਧੌਲ ਮਾਜਰਾ ਇਹ ਹਰਨੇਕ ਸਿੰਘ ਉਹਨਾਂ ਦੇ ਭਤੀਜੇ ਨੇ ਸਰਦਾਰ ਭਾਗ ਸਿੰਘ ਉਹਨਾਂ ਦੇ ਪੁੱਤਰ ਨੇ ਦਲਵਰ ਸਿੰਘ ਹੋਰੀ ਇਹ ਵੀ ਬਾਹਰ ਬੈਠੇ ਨੇ ਸਰਪੰਚ ਜਸਵੰਤ ਸਿੰਘ ਜੀ ਧੌਲ ਮਾਜਰਾ ਇਹਨਾਂ ਦੀ ਐਂਟਰੀ ਇਹਨਾਂ ਦੇ ਨਾਂ ਤੇ ਹੁੰਦੀ ਹੈ ਚੰਡੀ ਫੇਰ ਖੜੀ ਆ ਭਾਈ ਗੱਡੀ ਤਿਆਰ ਹੈ ਚੌਧਰੀ ਜਗਨਨਾਥ ਜੀ ਖੰਨਾ ਨੇ ਨਰਮਲ ਸਿੰਘ ਧੌਲ ਮਾਜਰੇ ਤੋਂ ਜਿਹੜਾ ਬੋਲਾ ਬੋਲ ਲਿਆ ਤਾ ਉਸ ਸਰਦਾਰ ਭਾਗ ਸਿੰਘ ਦਲਵਰ ਸਿੰਘ ਉਹਨਾਂ ਦੇ ਪਿਤਾ ਜੀ ਭਾਗ ਸਿੰਘ ਦੇ ਬੋਲ ਨਾਲ ਬੜੇ ਮੇਲੇ ਜਿੱਤੇ ਦੋਹਾਂ ਨੇ ਬਾਈ ਸੇਵਾਦਾਰ ਉਹ ਪਾਣੀ ਮੰਗਦੇ ਭੇਜ ਦੋ ਰੇ ਪਾਣੀ ਆ ਗਈ ਭਾਈ ਆ ਸੇਵਾਦਾਰਾਂ ਨੂੰ ਬੇਨਤੀ ਹੈ ਟਰਾਲੀ ਚ ਪਾਣੀ ਪਿਲਾ ਦੋ ਇਕੱਲਾ ਜਵਾਨਾਂ ਨੂੰ ਪਹਿਲ ਆਈ ਤੀ ਨੈਬ ਸਿੰਘ ਪਿੰਡ ਰਾਉਣੀ ਟਾਈਮ ਲਾਇਆ 30:85 ਵਿੱਚ ਕਰ ਲੈ ਪਿੰਡ ਜਨਾਬ ਦੇ ਛੱਬੀ 72 ਦਾ ਸਮਾਂ ਜੀ ਇਹ ਲੱਕੀ ਆ ਲੁਹਾਰ ਮਾਜਰੀ ਆ ਜਿਹੜਾ ਇਹਨਾਂ ਦੀ ਗੁਡਵਾਨੀ ਕਰਕੇ ਲਿਆਇਆ 26:72 ਦਾ ਸਮਾਂ ਜੀ ਲੱਕੀ ਲੁਹਾਰ ਮਾਜਰਾ ਪਰਚੀ ਵਾਲੇ ਕਾਇਮ ਹੋ ਥੋੜੇ ਜੇ ਖੇਡ ਹਾਲੇ ਬਹੁਤ ਪਈ ਆ ਭੱਜਣ ਨੂੰ ਚੌਥੀ ਸ਼ਿਫਟ ਪਰ ਆਖਰੀ ਹੈ 26:50 ਦਾ ਸਮਾਂ ਲਾਇਆ ਜੀ ਬਹਾਦਰ ਸਿੰਘ ਕਾਂਜਲਾ ਕਾਂਜਲ ਵਾਲੇ ਬੱਚਿਆਂ ਦਾ ਸਮਾਂ ਹੈ 26:50 ਦਾ ਘਰ ਸਮਾਂ ਹੈ ਜੰਗ ਸਿੰਘ ਸਰਪੰਚ ਸੋਲਖੀਆਂ ਸਿਰਫ 1 ਇਸ਼ਾਰੀਏ ਦੀ ਜਿੱਤ ਹਾਰ ਕਰਦੇ ਹਾਂ ਬੋਰਡ ਆ ਗਈ ਭਾਈ ਜੋ ਆਪਾਂ ਦੀ ਘੜੀ ਕਹਿੰਦੇ ਹਾਂ ਮਿੱਤਰੋ ਤੇ ਬਾਹਰ ਨਹੀਂ ਜਾਣਾ ਇਹ ਗਊ ਦੇ ਜਾਏ ਆਪਾਂ ਸਾਫ ਕਰਦੇ ਇਹਨਾਂ ਦੇ ਨਾਲ ਇਹ ਰੱਬ ਜਾਣਦਾ ਹੈ ਅਪ 30:56 ਦਾ ਸਮਾਂ ਜੀ 30 ਸੈਕਿੰਡ 56 ਪੁਆਇੰਟ ਵਾਹ ਜੀ ਵਾਹ ਸਾਊਂਡ ਵਾਲੇ ਵੀਰ ਦਾ ਫਿਰ ਧੰਨਵਾਦ ਕਰਦੇ ਹਾਂ ਵੀ ਬੜਾ ਵਧੀਆ ਸਾਊਂਡ ਲਾਇਆ ਮੇਰੇ ਵੀਰ ਨੇ ਇੱਧਰ ਲਾਈਵ ਖੇਡ ਵੀ ਭੱਜਦੀ ਹੈ ਆ ਨਿਆਣੇ ਸਾਡੇ ਭਾਈ ਆਪਣੇ ਮੋਬਾਈਲਾਂ 'ਚ ਦੇਖ ਰਹੇ ਤੁਸੀਂ ਵੀ ਆਪਦੇ ਮੋਬਾਈਲਾਂ 'ਚ ਵੀ ਦੇਖ ਸਕਦੇ ਹੋ ਆਪਦੇ ਘਰ ਵੀ ਦੇਖ ਸਕਦੇ ਹੋ ਤਿਆਰੀ ਆ ਭਾਈ ਪੰਜਾਬ ਲਾਈਵ ਟੀਵੀ 'ਤੇ ਦੇਖੋ ਖੇਡ ਜਿਹਨਾਂ ਨੇ ਕੱਢ ਕੇ ਦੇਖਣੀ ਹੈ ਮੋਬਾਈਲਾਂ 'ਚ ਵੀ ਇਹਨਾਂ ਦਾ ਵੀ ਧੰਨਵਾਦ ਭਾਈ ਜਿਹੜੇ ਸਾਡੀ ਖੇਡ ਨੂੰ ਵਿਦੇਸ਼ਾਂ 'ਚ ਵੀ ਪਹੁੰਚਾ ਰਹੇ ਹੈ ਆ ਗਈ ਭਾਈ
ਪਰ ਆਈ ਤੀ ਬੱਚਾ ਸਿੰਘ ਭੂਰੜੇ 26-72 ਦਾ ਸਮਾਂ ਉਹਨਾਂ ਬੱਚਿਆਂ ਦਾ ਸਰਦਾਰ ਬੱਚਨ ਸਿੰਘ ਪਿੰਡ ਭੂਰੜੇ ਅਪ 25-50 ਦਾ ਸਮਾਂ ਜੀ 25-50 ਸਰਜੀਤ ਸਿੰਘ ਸੀਤਾ ਪਿੰਡ ਰਾਮਿਆਂ ਤੋਂ ਨੇ ਜਿਹੜੇ ਇਹਨਾਂ ਦੀ ਗੁਰਬਾਨੀ ਕਰਕੇ ਲਿਆਏ ਹੈ ਸਰਜੀਤ ਸਿੰਘ ਸੀਤਾ ਪਿੰਡ ਰਾਮਾ 17-18 ਨੂੰ ਰਾਮਗੜ੍ਹ ਵੀ 20 ਤਰੀਕ ਨੂੰ ਪਿੰਡ ਬੁਗਰਾ ਪਹਿਲਾਂ ਆਈ ਹਰਮਨ ਕਾਦੀ ਮਾਜਰਾ 30-56 ਬਈ 20 ਤਰੀਕ ਨੂੰ ਆ ਗਈ ਭਾਈ ਪਿੰਡ ਬੁਗਰੇ ਖੀਰੇ ਤੋਂ ਗਏ ਬੱਚੇ ਭੱਜਣਗੇ 21 ਤਰੀਕ ਨੂੰ ਬਾਈ ਸਾਡੇ ਜਰਨੈਲ ਸਿੰਘ ਜੀ ਜੈਨਪੁਰ ਦੀ ਆਦ ਚ ਖੇਡਾਂ ਹੋਣਗੀਆਂ ਜੀ ਸਾਂਝੀ ਖੇਡ ਚ ਬਾਲ ਭੱਜਣਗੇ 25 ਤਰੀਕ ਨੂੰ ਪਿੰਡ ਉੱਪਲਾਂ ਬਾਲ ਭੱਜਣਗੇ ਖੀਰੇ ਤੋਂ ਅੱਗੇ ਬੱਚੇ ਭੱਜਣਗੇ ਵੀ ਬਾਲ ਨਹੀਂ ਭੱਜਣਗੇ ਉੱਪਲਾਂ ਇਕਬਾਲ ਸਿੰਘ ਜੀ ਸਾਲਾਪੁਰ ਇਨਾਮ ਵੰਡ ਕੇ ਜਾਇਓ ਨਾਲੇ ਸਨਮਾਨ ਚਿੰਨ ਲੈ ਕੇ ਜਾਇਓ ਬੇਨਤੀ ਹੈ ਜੀ ਜੰਗ ਸਿੰਘ ਜੀ ਵੱਲੋਂ ਇਕਬਾਲ ਸਿੰਘ ਵੀਰ ਜੀ ਇਕਬਾਲ ਸਿੰਘ ਜੀ ਇਕਬਾਲ ਵੀਰ ਜੀ ਸਾਲਾਪੁਰ ਜੀ 30-54 ਦਾ ਸਮਾਂ ਇਹਨਾਂ ਬੱਚਿਆਂ ਦਾ ਬਈ ਆ ਗਈ ਭਾਈ ਇਕਬਾਲ ਸਿੰਘ ਜੀ ਸਾਲਾਪੁਰ ਜੀ ਸਨਮਾਨ ਚਿੰਨ ਲੈ ਕੇ ਜਾਇਓ ਜੀ 25-50 ਦਾ ਸਮਾਂ ਜੀ ਸਰਪੰਚ ਮਨਪ੍ਰੀਤ ਸਿੰਘ ਪਿੰਡ ਰਾਈਆਂ 25-50 ਸਰਪੰਚ ਸਰਬਜੀਤ ਸਿੰਘ ਪਿੰਡ ਰਾਈਆਂ ਅਪ 27-85 ਦਾ ਸਮਾਂ ਜੀ 27 ਸੈਕਿੰਡ 85 ਪੁਆਇੰਟ ਸਮਾਂ ਇਹਨਾਂ ਦਾ 27-85 ਦਾ ਅਠਾਈ ਤਰੀਕ ਨੂੰ ਪਿੰਡ ਚੱਠਾ ਨਿਹੜਾ ਨੇੜੇ ਸੁਨਾਮ ਸਾਂਝੀ ਖੇਡ ਚ ਬਾਲ ਭੱਜਣਗੇ ਕੀ ਨਾਮ ਹੋਣਗੇ ਬਈ 31 ਤਰੀਕ ਨੂੰ ਅੰਬਾਲੇ ਨੇੜੇ 6 ਮੀਲ ਬਰਦਾਂ ਦੀ ਦੌੜ ਹੈ ਫਿਰ ਘੋੜੀਆਂ ਭੱਜਣਗੀਆਂ 7 ਜੂਨ ਨੂੰ ਦੇਰੀ ਦੇ ਪਿੰਡ ਰਾਣੇਵਾਲ ਟੱਪਰੀਆਂ ਦੂਹਰੀਆਂ ਦੌੜਾਂ ਹੋਣਗੀਆਂ ਜੇਤੂ ਵੀਰਾਂ ਨੂੰ 2-2 ਮੁੰਦਰੀਆਂ ਦਿੱਤੀਆਂ ਜਾਣਗੀਆਂ ਸੋਨੇ ਦੀਆਂ ਮੁੰਦਰੀਆਂ ਹੋਣਗੀਆਂ ਬਈ ਆ ਗਈ ਭਾਈ ਪਹਿਲਾਂ ਇੱਥੇ ਗੁਰਪ੍ਰੀਤ ਸਿੰਘ ਹੋਰਾਂ ਦੀ ਟਾਈਮ ਰਾਮ ਉਹਨਾਂ ਨੇ 30-54 27-69 ਦਾ ਸਮਾਂ ਜੀ ਜੱਗੀ ਖਿਰਨੀਆਂ ਕਰ ਗਿਆ ਗਣਵਾਨੀ ਟਾਈਮ ਲਾ ਕੇ 27-69 ਸੰਤਾ ਸਿੰਘ ਗੱਗੜਵਾਲ ਬਈ ਪੁਰਾਣੇ ਗਡਵਾਨਾਂ ਚੋਂ ਕਈ ਗਡਵਾਨ ਆਏ ਹੋਏ ਸੰਤਾ ਸਿੰਘ ਗੱਗੜਵਾਲ ਸਾਡੇ ਉਸਤਾਦ ਸਰਦਾਰ ਛੋਟਾ ਸਿੰਘ ਜੀ ਗੁੱਜਰਵਾਲ ਉਹ ਵੀ ਪਹੁੰਚੇ ਹੋਏ ਆ ਭਾਈ ਉਹਨਾਂ ਦਾ ਵੀ ਧੰਨਵਾਦ ਪਹਿਲਾਂ ਗੱਡੀ ਆਈ ਸੀ ਕੁਲਵੰਤ ਸਿੰਘ ਉਹਨਾਂ ਦੀ ਪਿੰਡ ਕੋਟ ਗੰਗੂ ਰਾਏ ਤੋਂ 27-85 ਸਮਾਂ ਲਾਇਆ ਉਹਨਾਂ ਨੇ ਕੁਲਵੰਤ ਸਿੰਘ ਕੋਟ ਗੰਗੂ ਰਾਏ 27-85 ਸਮਾਂ ਉਹਨਾਂ ਦਾ ਬਈ ਅਗਲੀ ਗੱਡੀ ਤਿਆਰ ਹੈ ਜੀ ਬਈ ਆਖਰੀ ਸ਼ਿਫਟ ਵਾਲੇ ਵੀਰਾਂ ਨੂੰ ਬੇਨਤੀ ਆਪਣੀ ਤਿਆਰੀ ਕਰ ਲਓ ਮਿੱਤਰੋ ਮੌਸਮ ਵੀ ਖਰਾਬ ਹੁੰਦਾ ਜਾਂਦਾ ਹੈ ਹਨੇਰੀ ਉੱਠੇ ਕੱਢਦੇ ਇਹ ਜਿਹੇ ਟਾਈਮ ਨੂੰ ਤੁਸੀਂ ਆਪਣੇ ਬੱਚੇ ਭਜਾਉਣ ਦੀ ਗੱਲ ਕਰੋ ਹੁਣ ਜਿੰਨੀ ਛੇਤੀ ਤੁਸੀਂ ਆਪਣੇ ਬੱਚੇ ਲੈ ਕੇ ਉਨੀ ਛੇਤੀ ਭਜਾ ਦਾਂਗੇ ਵਾਹ ਜੀ ਵਾਹ ਗੁਡਮਾਨ ਵੀਰਾਂ ਨੂੰ ਬੇਨਤੀ ਹੈ ਥੋੜ੍ਹੀ ਜਿਹੀ ਹਿੰਮਤ ਕਰਨ ਤਾਂ ਕਿ ਖੇਡ ਸਾਰੀ ਭੱਜ ਪਏ ਆਪਣੀ ਆ ਗਈ ਭਾਈ ਬੜੀ ਮਿਹਨਤ ਨਾਲ ਖੇਡ ਭੱਜਣੀ ਹੈ ਕਿਉਂ ਪਹਿਲਾਂ ਘੋੜੀਆਂ ਵੀ ਭੱਜੀਆਂ ਆਪਣੇ ਘੋੜੀਆਂ ਵੀ
ਵੱਡੀ ਤਦਾਦ ਇਕੱਠੀਆਂ ਹੋ ਗਈਆਂ ਤੀਆਂ ਕਿਉਂ ਬਾਬਾ ਨਾਗਰ ਸਿੰਘੋਂ ਨੇ ਵੀ ਆਪਦੇ ਸੇਵਕਾਂ ਦੇ ਨਾਲ ਵੱਡੀ ਤਦਾਦ ਘੋੜੀਆਂ ਲੈ ਕੇ ਆਏ ਹੋਏ ਹੈ। ਹਾਏ ਕਿੱਥੇ ਜਾ ਵੜਿਆ ਸਹੁਰਿਆ ਅਠਾਈ ਸੰਤਾਲੀ ਦਾ ਸਮਾਂ ਜੀ ਅਠਾਈ ਸੰਤਾਲੀ ਇਹ ਭਾਸ਼ਣ ਸਿੰਘ ਨੇ ਧੌਲ ਮਾਜਰੇ ਤੋਂ ਜਿਹੜੇ ਗੁਲਵਾਨੀ ਕਰਕੇ ਲਿਆਏ ਇਹਨਾਂ ਦੀ ਸਰਦਾਰ ਭਜਨ ਸਿੰਘ ਪਿੰਡ ਧੌਲ ਮਾਜਰਾ ਚੌਥੀ ਸ਼ਿਫਟ ਆਖਰੀ ਹੈ ਜੀ ਤਿਆਰੀ ਕਰ ਲਓ ਆਪਣੀ ਪਹਿਲਾਂ ਜੀ ਬਿੱਟੂ ਰਣਜੀਤ ਸਿੰਘ ਕੁੱਲਾ ਬਾਣੀਆਂ ਕੈਨੇਡਾ 2769 ਦਾ ਸਮਾਂ ਜੀ ਰਣਜੀਤ ਸਿੰਘ ਕੁੱਲਾ ਬਾਲੀਆਂ ਕੈਨੇਡਾ ਕੇਵਲ ਸਤਿਆਣਾ 2769 ਦਾ ਸਮਾਂ ਇਹਨਾਂ ਦਾ ਹਾਂ ਭਗਤਾ ਸਰ ਰਾਮ ਜੀ ਐਵੇਂ ਨਹੀਂ ਲਿਖਦੇ ਜਿਹੜਾ ਬਾਪ ਦੀ ਪੁੱਤ ਕਰੂ ਬਰੋਬਰੀ ਉਹ ਪੁੱਤ ਨਹੀਂ ਕਪੁੱਤ ਲੋਕੋ ਬੀਜ ਫਾਰਮੀ ਬੀਜੂ ਦੇਸ਼ ਅੰਦਰ ਚੱਲੂ ਗੱਡੀਆਂ ਵਾ ਹੋਰ ਨਹੀਂ ਟੁੱਟ ਲੋਕੋ ਪਟੇ ਬਾਹ ਕੇ ਸਹੇਲੀਆਂ ਮੁੰਨੂਗੀ ਨਾਲੇ ਪਾਊ ਮੁੰਡਿਆਂ ਦੇ ਸੂਟ ਲੋਕੋ ਆਸਾ ਰਾਮ ਕਹੇ ਨਸ਼ਿਆਂ ਨੇ ਪੱਟ ਦੇਣੇ ਬੇ ਨੰਨ ਤੇ ਜਾਣੀ ਨੀ ਭੁੱਖ ਲੋਕੋ ਮਿੱਤਰੋ ਨਿਗਾਹ ਮਾਰੋ ਅੱਜ ਤੋਂ 100 ਸਾਲ ਪਹਿਲਾਂ ਇਹ ਗੱਲਾਂ ਲਿਖੀਆਂ ਹੋਈਆਂ ਵੀ ਬਲੈਤੀ ਬੁਰਦਾਂ ਨੇ ਗੱਡੀਆਂ 'ਚ ਭੱਜਣਾ ਲੋਕਾਂ ਨੇ ਮਸੀਕਣ ਕਣਕਾਂ ਦੇ ਬੀਜ ਬੀਜਣੇ ਨਸ਼ਿਆਂ ਦਾ ਅਖੀਰ 'ਚ ਲਿਖਿਆ ਵੀ ਜੋ ਗੋਊਗਾ ਨਸ਼ੇ ਦਾ ਬੜੀ ਜ਼ੋਰ ਦੇ ਨਾਲ ਨਸ਼ੇ ਆਉਣਗੇ ਲਓ ਤਿਆਰੀ ਹੈ ਚੌਥੀ ਸ਼ਿਫਟ ਵਾਲੇ ਵੀਰਾਂ ਨੂੰ ਬੇਨਤੀ ਆਪਣੀ ਤਿਆਰੀ ਕਰ ਲੈਣ ਚੌਥੀ ਵਾਲੇ ਵੀਰੋ ਬੇਨਤੀ ਆਪਣੀ ਤਿਆਰੀ ਕਰ ਲਓ ਸੋ ਸਾਡੇ ਵਿੱਚ ਬਿਕਰ ਸਿੰਘ ਜੀ ਮਹਾਰਾਜੇ ਮਾਜਰਾ ਸਾਡੇ ਵਿੱਚ ਪਹੁੰਚੇ ਨੇ ਧੰਨਵਾਦ ਹੈ ਫੌਜੀ ਜੀ ਕਿਸ਼ਨਪੁਰ ਤੋਂ ਅਵਤਾਰ ਸਿੰਘ ਜੀ ਮਾਨਕ ਮਾਜਰਾ ਬਹੁਤ ਬਹੁਤ ਧੰਨਵਾਦ ਪਹਿਲਾਂ ਹੀ ਮਨਜੋਤ ਸਿੰਘ ਪਿੰਡ ਲਾਹੜ 2847 ਦਾ ਸਮਾਂ ਜੀ ਮਨਜੋਤ ਸਿੰਘ ਪਿੰਡ ਲਾਹੜ 2847 ਛੱਬੀ ਇਕਾਨਵੇਂ ਦਾ ਸਮਾਂ ਜੀ ਬਈ 62 ਨੰਬਰ ਸਵਿਫਟ ਗੱਡੀ ਖੜੀ ਹੈ ਜਿਹਦਾ ਮਾਲਕ ਉਹਦਾ ਆਪਦੀ ਚਾਬੀ ਲੈ ਕੇ ਗੱਡੀ ਕੋਲ ਪਹੁੰਚੇ ਉਹ ਮੋਮੈਂਟੋ ਕੱਢਣੇ ਬਾਈ ਸਟੇਜ ਤੇ 62 ਵਾਲੇ ਨੰਬਰ ਬਾਈ ਆਖਰੀ ਸ਼ਿਫਟ ਪਹਿਲਾਂ ਤਾਂ ਆਪਣੇ ਬੱਚੇ ਲੈ ਕੇ ਲੰਘੋ ਟਾਈਮ ਨਹੀਂ ਹੈਗਾ ਆਖਰੀ ਸ਼ਿਫਟ ਹੈ ਜੀ ਆਪਣੇ ਬੱਚੇ ਲੈ ਕੇ ਲੰਘੋ ਜੀ ਆਖਰੀ ਸ਼ਿਫਟ ਹੈ 10 ਮਿੰਟ ਦਾ ਸਮਾਂ ਜੀ ਸੋ ਆਖਰੀ ਸ਼ਿਫਟ ਆ ਭਾਈ ਸਾਰੇ ਵੀਰ ਸੁਣੋ ਆਪਣੇ ਬੱਚੇ ਤੇ ਟਾਂਗੀਆਂ ਲੈ ਕੇ ਪਹੁੰਚੋ ਉਧਰਲੀ ਸਾਈਡ ਕੁਛ ਅਸੀਂ ਇੱਧਰ ਮਾਣ ਸਨਮਾਨ ਕਰਨੇ ਨੇ ਜੋ ਮਾਣ ਜੋ ਸ਼ਖਸੀਅਤਾਂ ਜਿਹਨਾਂ ਨੇ ਹਾਜ਼ਰੀਆਂ ਵੀ ਲਾਈਆਂ ਆਪਣੀਆਂ ਨੇਕ ਮਾਈਆਂ 'ਚ ਸਾਨੂੰ ਮਾਣ ਵੀ ਪੁੱਜਦਾ ਕੀਤਾ ਇਸ ਖੇਡ ਮੇਲੇ ਨੂੰ ਕਰਵਾਉਣ ਦੇ ਲਈ ਸਰਦਾਰ ਨਰਿੰਦਰ ਸਿੰਘ ਜੀ ਸਿਹੋ ਮਾਜਰਾ ਚੇਅਰਮੈਨ ਬਲਾਕ ਸੰਮਤੀ ਜਿਹਨਾਂ ਨੂੰ ਪੰਚਾਇਤ ਸੰਮਤੀ ਨੂੰ ਰੋਪੜ ਨੂੰ ਦੀਨ ਦਿਆਲ ਉਪਾਧਿਆ ਅਵਾਰਡ 24 ਅਪ੍ਰੈਲ ਲਖਨਊ ਦੇ ਵਿੱਚ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਸੋ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਨਾਲ ਉਹਨਾਂ ਦੇ ਹੁਣੇ ਪਹੁੰਚੇ ਰਾਜੂ ਬਾਈ ਚੈੜੀਆਂ ਅਤੇ ਨਾਲ ਹੀ ਬੀਬੀ ਗੁਰਨਾਮ ਕੌਰ ਜੀ ਪ੍ਰਧਾਨ ਜੀ ਅਤੇ ਨਾਲ ਹੀ ਸਾਡੇ ਵੀਰ ਰਣਜੀਤ ਸਿੰਘ ਕਾਕਾ ਮਾਰਸ਼ਲ ਬਿੱਟੂ ਰੋਡ ਮਾਜਰਾ ਸਰਪੰਚ ਸਾਹਿਬ ਸਾਡੇ ਵਿੱਚ ਪਹੁੰਚੇ ਨੇ ਪਿੰਡ ਵੱਡਾ ਖੇਡ ਮੇਲਾ ਕਰਵਾਇਆ ਇਲਾਕੇ ਦੇ ਖੇਡ ਮੇਲੇ 'ਚ ਵੱਡਾ ਯੋਗਦਾਨ ਅਤੇ ਉਹਨਾਂ ਦੇ ਨਾਲ ਬਲਵਿੰਦਰ ਸਰਪੰਚ ਚੱਕਲਾਂ ਜੈ ਸਿੰਘ ਜੀ ਚੱਕਲਾਂ ਅਤੇ ਨਾਲ ਹੀ ਮੇਜਰ ਸਿੰਘ ਜੀ ਚੱਕਲਾਂ ਜੱਸਾਵੀਰ ਚੱਕਲਾਂ ਅਤੇ ਅਸੀਂ ਨਾ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਬੌਬੀ ਪੰਜੋਲਾ ਬੈਠੇ ਨੇ ਸਰਬਜੀਤ ਸਿੰਘ ਜੀ ਬੈਠੇ ਨੇ ਸਾਡੇ ਵੀਰ ਅਤੇ ਬਾਬਾ ਨਾਗਰ ਸਿੰਘ ਜੀ ਕਿਰਪਾਲ ਸਿੰਘ ਸਰਦਾਰ ਇਕਬਾਲ ਸਿੰਘ ਜੀ ਸਾਲਾਪੁਰ ਅਤੇ ਨਾਲ ਹੀ ਸਾਡੇ ਵਿੱਚ ਸਰਦਾਰ ਮਨਹੋਰ ਸਿੰਘ ਜੀ ਸਰਪੰਚ ਸਾਹਿਬ ਖਾਬੜਾਂ ਜਿਨ੍ਹਾਂ ਨੇ ਸਾਨੂੰ 31,000 ਦੀ 3100 ਰੁਪਏ ਦੀ ਮਾਲੀ ਮਦਦ ਵੀ ਦਿੱਤੀ ਅਤੇ ਸਰਦਾਰ
ਜੈਲਦਾ ਸਿੰਘ ਚੈੜੀਆਂ ਵੱਲੋਂ ਵੀ ਵੱਡਾ ਸਹਿਯੋਗ ਸਾਨੂੰ ਅਤੇ ਸਾਡੇ ਵਿੱਚ ਸਰਦਾਰ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਜੋ ਪ੍ਰਧਾਨ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਰੋਪੜ ਦੇ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਤੁਸੀਂ ਵੀ ਨਾਲ ਜਾ ਕੇ ਲੈ ਕੇ ਉਹਨਾਂ ਨੂੰ ਹੈਪੀ ਵੀਰ ਸਾਰੇ ਵੀਰ ਚਲੋ ਜੀ ਸਾਡੇ ਇਸ ਇਲਾਕੇ ਦਾ ਮਾਣ ਜਿੰਨੇ ਵੀ ਇਲਾਕੇ ਦੇ ਵਿੱਚ ਕਬੱਡੀ ਕੱਪ ਹੁੰਦੇ ਨੇ ਹਰੇਕ ਖੇਡ ਮੇਲੇ 'ਤੇ ਵੱਡਾ ਯੋਗਦਾਨ ਹੁੰਦਾ ਸਾਡੇ ਵੀਰ ਦਾ ਸਰਦਾਰ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਰੋਡ ਮਾਜਰਾ ਚੱਕਲਾਂ ਦੇ ਵਿੱਚ ਹੁਣੇ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਨੇ ਰਲ ਕੇ ਵੱਡਾ ਕਬੱਡੀ ਕੱਪ ਵੀ ਕਰਵਾਇਆ ਅਤੇ ਅਸੀਂ ਇੱਥੇ ਪਹੁੰਚਣ 'ਤੇ ਸਰਦਾਰ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਦਾ ਸਮੂਹ ਨਗਰ ਪੰਚਾਇਤ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਵੱਲੋਂ ਬਹੁਤ ਬਹੁਤ ਨਿੱਘੀ ਜੀਆਂ ਆਖਦੇ ਹਾਂ ਜਿਨ੍ਹਾਂ ਨੇ ਆਪਣੇ ਰੁਝੇਵੇ ਭਰੇ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਇਸ ਖੇਡ ਮੇਲੇ ਦੀ ਰੌਣਕ ਦੇ ਵਿੱਚ ਵਾਧਾ ਕੀਤਾ। ਉੱਧਰ ਸੋਨੀ ਅਤੇ ਹੈਪੀ ਖਾਬੜਾ ਉਹਨਾਂ ਵੱਲੋਂ ਵੀ 5100 ਰੁਪਏ ਦਾ ਯੋਗਦਾਨ। ਸਰਦਾਰ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਜੋ ਪ੍ਰਧਾਨ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਰੋਪੜ ਦੇ ਉੱਗੇ ਸਮਾਜ ਸੇਵੀ ਉੱਗੇ ਖੇਡ ਪ੍ਰਮੋਟਰ ਜਿਨ੍ਹਾਂ ਦੇ ਵੱਖੋ ਵੱਖਰੇ ਦੇਸ਼ਾਂ ਦੇ ਵੱਡੇ ਟੂਰ ਲੱਗ ਚੁੱਕੇ ਨੇ ਹੁਣ ਵੀ ਆਸਟ੍ਰੇਲੀਆ ਦਾ ਦੌਰਾ ਕਰਕੇ ਆਏ ਨੇ ਉੱਥੇ ਵੀ ਖੇਡ ਮੇਲੇ ਹੁੰਦੇ ਨੇ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੀਏ ਉਹ ਸਾਡੇ ਵਿੱਚ ਪਹੁੰਚ ਗਏ ਨੇ। ਉਹਨਾਂ ਦੇ ਨਾਲ ਸਰਦਾਰ ਨਰਿੰਦਰ ਸਿੰਘ ਜੀ ਕੰਗ ਉੱਗੇ ਸਮਾਜ ਸੇਵੀ ਉਹਨਾਂ ਦੇ ਨਾਲ ਪਹੁੰਚੇ ਨੇ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਉਹਨਾਂ ਦੇ ਨਾਲ ਸਰਦਾਰ ਨਰਿੰਦਰ ਸਿੰਘ ਜੀ ਕੰਗ ਉੱਗੇ ਸਮਾਜ ਸੇਵੀ ਵਾਈਸ ਪ੍ਰਧਾਨ ਆਲ ਇੰਡੀਆ ਕਬੱਡੀ ਫੈਡਰੇਸ਼ਨ ਅਸੀਂ ਇਹਨਾਂ ਦਾ ਪਹੁੰਚਣ 'ਤੇ ਨਿੱਘਾ ਸਵਾਗਤ ਕਰਦੇ ਹਾਂ। ਅਤੇ ਸਰਦਾਰ ਬਚਿੱਤਰ ਸਿੰਘ ਜੀ ਸਿੰਘਪੁਰਾ ਅਸੀਂ ਸਰਦਾਰ ਬਚਿੱਤਰ ਸਿੰਘ ਜੀ ਸਿੰਘਪੁਰੇ ਦਾ ਵੀ ਧੰਨਵਾਦ ਕਰਦੇ ਹਾਂ। ਬੁੱਗਾ ਵੀਰ ਚੈੜੀਆਂ ਸਰਬਜੀਤ ਚੈੜੀਆਂ ਉਹਨਾਂ ਵੀਰਾਂ ਦਾ ਵੀ ਧੰਨਵਾਦ। ਸੋ ਬੈਲ ਗੱਡੀਆਂ ਦੇ ਸ਼ੌਕੀਨ ਵੀਰ ਸਰਦਾਰ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਸਰਦਾਰ ਨਰਿੰਦਰ ਸਿੰਘ ਜੀ ਕੰਗ ਵਾਈਸ ਪ੍ਰਧਾਨ ਆਲ ਇੰਡੀਆ ਕਬੱਡੀ ਫੈਡਰੇਸ਼ਨ ਸੋ ਬਹੁਤ ਬਹੁਤ ਧੰਨਵਾਦ। ਮੈਂ ਧੰਨਵਾਦੀ ਹਾਂ ਸਰਦਾਰ ਚਰਨ ਸਿੰਘ ਜੀ। ਅਸੀਂ 100 ਰੁਪਇਆ ਸਪੈਸ਼ਲ ਨਾਮ ਭੇਜ ਦੇ ਨਹੀਂ ਧੰਨਵਾਦ ਕਰਦਾ ਸਰਦਾਰ ਵਾਈਸ ਪ੍ਰਧਾਨ ਆਲ ਇੰਡੀਆ ਕਬੱਡੀ ਫੈਡਰੇਸ਼ਨ ਨਰਿੰਦਰ ਸਿੰਘ ਜੀ ਕੰਗ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲੇ ਮੀਤ ਜਥੇਦਾਰ ਨੇ ਜੋ ਸੁਖਵਿੰਦਰ ਸਿੰਘ ਜੀ ਗਿੱਲ ਘਾੜ ਕਲੱਬ ਲਾਸਟ ਇਹ ਹੁਣ ਜਿਹੜੀ ਛੱਡੀ ਜਾ ਰਹੀ ਆ ਲਾਸਟ ਆ ਜੀ ਅਤੇ ਪਿੰਦੀ ਰਾਜਪੁਰਾ। ਹਾਂਜੀ ਬਾਈ ਗੌਰ ਬੇਨਤੀ ਹੈ ਨੋਟ ਕਰੋ ਬੈਦਲਾ ਵੀਰ 20 ਮਈ ਨੂੰ ਪਿੰਡ ਮਾਨਕਾ ਕਲਵੀਰ ਉਹਨਾਂ ਦੇ ਪਿੰਡ ਬੈਲ ਗੱਡੀਆਂ ਦੀਆਂ ਖੇਡਾਂ ਹੋਣਗੀਆਂ 20 ਮਈ ਨੂੰ 12 ਵਜੇ ਤੱਕ ਐਂਟਰੀਆਂ ਲਈਆਂ ਜਾਣਗੀਆਂ 12 ਤੋਂ ਬਾਅਦ ਕੋਈ ਐਂਟਰੀ ਨਹੀਂ ਗੱਡੀਆਂ ਟਾਈਆਂ 'ਚ ਭੱਜਣਗੀਆਂ ਟਾਈਆਂ ਪੈ ਕੇ ਔਰ 1100 ਰੁਪਏ ਐਂਟਰੀ ਹੋਊਗੀ ਖੇਡ ਦੀ 1100 ਰੁਪਏ ਐਂਟਰੀ ਹੋਊਗੀ। ਸਰਦਾਰ ਚਰਨ ਸਿੰਘ ਗੋਸਲਾ ਜਿਨ੍ਹਾਂ ਦਾ ਸਾਬਾ ਬਾਲ ਭੱਜਿਆ ਇੱਧਰ ਮਾਮਾ ਗਰਜਾ ਸਿੰਘ ਸੋਲਖੀਆਂ ਦਾ ਜਦ ਬਾਲ ਭੱਜਿਆ ਦੋਵੇਂ ਬਾਲ ਇਕੱਠੇ ਭੱਜੇ ਬੜੇ ਨਾਮ ਜਿੱਤੇ ਦੋਵੇਂ ਬਾਲਾਂ ਨੇ ਪੰਜਾਬ ਦੇ ਚਰਨ ਸਿੰਘ ਗੋਸਲਾ ਵੱਲੋਂ ਨਾਮ ਆਇਆ ਜੀ ਧੰਨਵਾਦ ਕਰਦਾ ਬੜੀ ਮਿਹਰਬਾਨੀ। ਕੇਸਰ ਸਿੰਘ ਜੀ ਹੁਆਰਾ ਕੈਪਟਨ ਅਮਰਜੀਤ ਸਿੰਘ ਜੀ ਰਾਜੇ ਮਾਜਰਾ ਸ਼ਿੰਗਾਰਾ ਸਿੰਘ ਜੀ ਸਰਵਰਪੁਰ ਹਰਨੇਕ ਸਿੰਘ ਜੀ ਹਸਨਪੁਰ ਸੁੱਖੀ ਬੜਾਉਂਗੀ ਭਵਿੰਦਰ ਸਿੰਘ ਜੀ ਪਿੰਡਾਂ ਸਮਾਨਪੁਰ ਲਓ ਜੀ ਅਮਨ ਸੋਲਖੀਆਂ ਪੀੜੇ ਝੋਲਾ ਘਰ ਸਮਾਂ ਜੀ ਜੰਗ ਸਿੰਘ ਸੋਲਖੀਆਂ ਮਨੀ ਬਗਲੀ ਮਨੀ ਬਗਲੀ ਆਪਦੇ ਗੜਵਾਨ ਸੀਤੇ ਨੂੰ 500 ਰੁਪਇਆ ਦਿੰਦੇ ਧੰਨਵਾਦੀਆਂ ਜੀ ਬੜੀ ਮਿਹਰਬਾਨੀ। ਸਰਬਜੀਤ ਸਿੰਘ ਜੀ ਧਰਮਗੜ ਅਗਵਾਲ ਸਿੰਘ ਸਾਲਾਪੁਰ ਜੋ ਪ੍ਰਧਾਨ ਨੇ ਟਰੱਕ ਜੀ ਨੂੰ ਭਾਗੋ ਮਾਜਰਾ ਉਦਘਾਟਨ ਕੀਤਾ ਖੇਡਾਂ ਦਾ ਰਣਧੀਰ ਸਿੰਘ ਜੀ ਠੇਕੇਦਾਰ ਮਨੋਰ ਸਿੰਘ ਜੀ ਖਾਬੜਾ ਸਰਪੰਚ ਗੁਰੀ ਪਥਰੇੜੀ ਤੇਜਪਾਲ ਜੀ ਸਰਪੰਚ ਕੀਪਾ ਅਤੇ ਰਣਧੀਰ ਸਿੰਘ ਜੀ ਠੇਕੇਦਾਰ ਸਾਹਿਬ ਕੀਪਾ ਪਥਰੇੜੀਆਂ ਅਤੇ ਵਿਕਰ ਸਿੰਘ ਜੀ ਰਾਜੇ ਮਾਜਰਾ ਫੌਜੀ ਕਿਸ਼ਨਪੁਰਾ ਅਵਤਾਰ ਸਿੰਘ ਸਾਬਕਾ ਸਰਪੰਚ ਅਤੇ ਹੁਣ ਸਾਡੇ ਵਿੱਚ ਪਹੁੰਚੇ ਸਰਦਾਰ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਰੋਪੜ ਨਰਿੰਦਰ ਸਿੰਘ ਜੀ ਕੰਗ ਵਾਈਸ ਪ੍ਰਧਾਨ
ਆਲ ਇੰਡੀਆ ਕਬੱਡੀ ਫੈਡਰੇਸ਼ਨ ਔਰ ਉਹਨਾਂ ਤੋਂ ਪਹਿਲਾਂ ਪਹੁੰਚੇ ਨਰਿੰਦਰ ਸਿੰਘ ਜੀ ਮਾਵੀ ਚੇਅਰਮੈਨ ਬਲਾਕ ਸੰਮਤੀ ਰੋਪੜ ਜੈਲਦਾਰ ਸਤਵਿੰਦਰ ਸਿੰਘ ਜੀ ਚੈੜੀਆਂ ਸਾਹਿਬ ਬੀਬੀ ਗੁਰਨਾਮ ਕੌਰ ਜੀ ਮਾਤਾ ਜੀ ਰਾਜੂ ਬਾਈ ਚੈੜੀਆਂ ਅਤੇ ਨਾਲ ਹੀ ਰਣਜੀਤ ਸਿੰਘ ਜੀ ਕਾਕਾ ਅਤੇ ਬੌਬੀ ਪੰਜੋਲਾ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਪ੍ਰਧਾਨ ਘਾਟ ਕਲੱਬ ਜਿਨ੍ਹਾਂ ਵੱਲੋਂ 10,000 ਰੁਪਈਆ ਇਸ ਖੇਡ ਮੇਲੇ ਲਈ ਅਤੇ ਨਾਲ ਹੀ 5 ਨਾਮ ਘੋੜੀਆਂ ਦੇ 5 ਨਾਮ ਬੱਚਿਆਂ ਦੇ ਇਹਨਾਂ ਵੱਲੋਂ ਇਹਨਾਂ ਦੇ ਪਰਿਵਾਰ ਵੱਲੋਂ ਦਿੱਤੇ ਜਾਣੇ ਨੇ। ਇਹਨਾਂ ਦੇ ਨਾਲ ਬੈਠੇ ਬਲਵਿੰਦਰ ਸਿੰਘ ਜੀ ਸਰਪੰਚ ਚੱਕਲਾਂ, ਜੈ ਸਿੰਘ ਚੱਕਲਾਂ ਮੇਜਰ ਸਿੰਘ ਜੀ ਰੋਡ ਮਾਜਰਾ, ਬਿੱਟੂ ਬਾਜਵਾ ਜੀ ਸਰਪੰਚ ਸਾਹਿਬ ਰੋਡ ਮਾਜਰੇ ਤੋਂ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਰੋਡ ਮਾਜਰਾ ਦੋਨੇ ਨਗਰ ਦੀਆਂ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਵੱਲੋਂ ਪਿੰਡ 'ਚ ਵੱਡਾ ਕਬੱਡੀ ਕੱਪ ਵੀ ਨਵੰਬਰ ਮਹੀਨੇ ਕਰਵਾਇਆ ਜਾਂਦਾ ਹੈ। ਉੱਥੇ ਹੀ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ, ਨਰਿੰਦਰ ਸਿੰਘ ਕੰਗ ਸਾਹਿਬ ਵੀ ਸਾਡੇ ਪਹੁੰਚੇ ਨੇ। ਹਾਂਜੀ ਮਾਸਟਰ ਜੀ, ਮੈਂ ਹੁਣ ਤੁਹਾਡੇ ਹਵਾਲੇ ਆ ਜੀ। ਮਾਸਟਰ ਜੀ ਕੋਈ ਗੱਲਬਾਤ ਸੁਣਾ ਦਿਓ ਜੀ। 20 ਜੂਨ ਨੂੰ ਜੀ ਪਿੰਡ ਮਾਨਕਾ ਦੁਆਬੇ ਦੇ ਵਿੱਚ ਕੁਲਵੀਰ ਉਹਨਾਂ ਦੇ ਪਿੰਡ 20 ਜੂਨ ਨੂੰ ਖੇਡਾਂ ਹੋ ਰਹੀਆਂ। ਪਹਿਲੀ ਗੱਲ ਵੀ 12 ਵਜੇ ਤੱਕ ਐਂਟਰੀਆਂ ਹੋਣਗੀਆਂ। ਐਂਟਰੀਆਂ ਹੋਣ ਤੋਂ ਬਾਅਦ ਟਾਈਆਂ ਪੈਣਗੀਆਂ, ਟਾਈਆਂ ਦੇ ਨਾਲ ਬੋਲ ਭੱਜਣਗੇ। ਜਿਵੇਂ ਜਿਵੇਂ ਤੁਹਾਡੀ ਟਾਈ ਨੰਬਰ ਨਾਲ ਨਿਕਲੂਗੀ ਉਸੇ ਨੰਬਰ ਨਾਲ ਬੋਲ ਭੱਜਣਗੇ। ਔਰ ਐਂਟਰੀ ਹੋਊਗੀ 1100 ਰੁਪਈਆ। ਮਾਨਕਾ ਜਿਹੜੀ ਖੇਡ ਹੋਊਗੀ, ਵੱਡੇ ਇਨਾਮ ਵੀ ਹੋਣਗੇ ਔਰ ਐਂਟਰੀ ਵੀ 1100 ਰੁਪਈਆ ਹੋਊਗੀ 20 ਜੂਨ ਨੂੰ। 7 ਜੂਨ ਨੂੰ ਰਾਣੇਵਾਲ ਟੱਪਰੀਆਂ ਇਹ ਦਿੱਲੀ ਹੋਣੀ ਮੇਲਾ ਕਰਵਾ ਰਹੇ ਹਾਂ, ਜਿਹਦੇ ਵਿੱਚ ਸੋਨੇ ਦੀਆਂ ਮੁਦਰੀਆਂ ਦਿੱਤੀਆਂ ਜਾਣਗੀਆਂ ਜੀ, ਵਹਿਦ ਲਾਗ ਵੀਰ ਜਿਹੜੇ ਜੇਤੂ ਹੋਣਗੇ। ਸੋ ਨੋਟ ਕਰ ਲਿਓ ਜੀ, ਘੜੀ ਪਰ ਮੇਰੀ ਪਰ 10 ਮਿੰਟ ਵੀ ਸਮਾਂ ਹੋ ਗਿਆ, ਮੈਂ ਘੜੀਆਂ ਬੰਦ ਕਰਤੀਆਂ। ਛੱਡੋ ਵੀ ਗੱਡੀ, ਟਾਈਮ ਨਹੀਂ ਹੈਗਾ ਮਿੱਤਰਾਂ, ਨੇੜਾ ਹੋ ਜਾਣਾ। ਥੋੜ੍ਹੀ ਚੰਡੀ ਚੁੰਡੀ ਹਿਲਾ ਦਿਆ ਕਰੋ, ਤਾਂ ਹੀ ਭੱਜਦੇ ਅਗਲੇ ਜੇ ਚੰਡੀ ਹਿਲਦੀ ਹੈ। ਬਈ ਮੈਂ ਦਰਵਾਜ਼ੀ ਹਾਂ, ਦਲਵੀਰ ਸਿੰਘ ਸੋਹਲ, ਮੋਹਨ ਸੋਹਲ, ਮਨਦੀਪ ਸੋਹਲ, ਕਰਨਦੀਪ ਸੋਹਲ, ਅਮਨ ਸੋਹਲ, ਹਰਮਨ ਬਿੱਲਾ ਸੋਹਲ, ਧੰਨਵਾਦ ਜੀ। ਇਹ ਸਾਡੇ ਬੱਚੇ ਵੀ ਫਾਇਦਾ ਉਠਾ ਲੈਂਦੇ ਵਿੱਚ ਨੂੰ ਭਾਈ, ਵਧੀਆ ਗੱਲ, ਇਹਨਾਂ ਦਾ ਵੀ ਮਾਣ ਸਨਮਾਨ ਹੋਣਾ ਚਾਹੀਦਾ ਨਾਲ। ਆ ਬੱਟ ਭਰਤੀ, ਉਹ ਮਗਰ ਰਹੇ ਬੱਟ ਪਰ, ਕਿੱਧਰ ਨੂੰ ਬਹਿ ਜਾਂਦੇ? ਜੜਾ ਜੜਾ ਰਾਜੇ, ਥੋੜ੍ਹੀ ਕਾਹਲੀ ਕਰਿਆ ਕਰ, ਸ਼ੇਰ ਹੋ ਜਾ ਮੇਰਾ ਮੱਲ ਕਾਇਮ ਥੋੜ੍ਹਾ ਜਿਹਾ, ਤਾਂ ਕਿ ਹਨੇਰਾ ਹੁਣ ਤੇ ਪਹਿਲਾਂ ਭਜਾ ਦੇ ਗੱਡੀਆਂ ਨੂੰ। ਲਓ ਜੀ ਸ਼ਿਫਟ ਹੈ ਆਖਰੀ, ਇੱਕ ਸੁਣ ਲਓ ਬੇਨਤੀ ਹੋਰ, ਜੇ ਕਿਸੇ ਦਾ ਬੱਚਾ ਇੱਧਰ ਖੜਾ ਪਰਲੇ ਪਾਸੇ ਸੜਕ ਸੜਕ ਘੁਮਾ ਕੇ ਫੈਕਟਰੀ ਕੋਲ ਨੂੰ ਲਿਆ ਕੇ ਉੱਧਰ ਖੜਾ ਲਓ ਜੇ ਭਜਾਉਣਾ ਹੈ। ਜੇ ਸੋਚ ਕੇ ਖੜੇ ਰਹਿ ਗਏ ਨਾ ਵੀ ਰਾਹ ਨੂੰ ਜਾ ਕੇ ਭਜਾ ਦਾਂਗੇ, ਹੁਣ ਨਹੀਂ ਭਜਣੇ। ਮੈਨੂੰ ਹੁਕਮ ਹੋਇਆ ਨਗਰ ਵੱਲੋਂ, ਬਾਬਾ ਨਾਗਰ ਸਿੰਘ ਜੀ ਵੱਲੋਂ, ਨਗਰ ਵਾਸੀ ਵੀਰਾਂ ਵੱਲੋਂ, ਬਈ ਸ਼ਿਫਟ ਇਹੀ ਕਰਨੀ, ਇਹਦੇ ਨਾਲ ਹੀ ਖੇਡ ਬੰਦ ਕਰਨੀ, ਇਹਦੇ ਨਾਲ ਆਪਾਂ ਨੇ ਇਨਾਮਾਂ ਦੀ ਵੰਡ ਕਰਨੀ ਆ। ਬਈ ਬਾਜੀ ਵਾਹ ਵਾਹ ਵਾਹ, ਪੰਮਾ ਦਲਜੀਤ ਕਟਾਣੀ ਇਹ ਵੀ ਸਾਡੇ ਪਰਮ ਮਿੱਤਰ ਨੇ, ਛੋਟੀ ਉਮਰ ਹੈ, ਵਧੀਆ ਮੇਲੇ ਕਰਾਉਂਦੇ ਕਟਾਣੀ 'ਚ ਵੀ। ਹਾਂਜੀ ਉਹ ਜੜਾਓ ਜੜਾਓ ਪਤੰਦਰੋ, ਇੰਨੇ 'ਚ ਤਾਂ 5 ਗੱਡੀਆਂ ਭਜਾ ਦਿਉ ਹੈਰੀ। ਵਾਹ ਜੀ ਵਾਹ ਵਾਹ ਵਾਹ, ਸਰਪੰਚ ਸਾਹਿਬ ਧੰਨਵਾਦ ਜੀ, ਮਾਲਕ ਮਾਜਰਾ, ਸਰਦਾਰ ਅਵਤਾਰ ਸਿੰਘ ਜੀ ਸਾਡੇ ਪਰਮ ਮਿੱਤਰ ਨੇ। ਜੇ ਕਿਤੇ ਲੋੜ ਪੈ ਜਾਵੇ ਨਾ ਸਾਨੂੰ, ਫਿਰ ਸਰਪੰਚ ਸਾਹਿਬ ਡੁੱਟੂ ਬਾਜਵਾ ਜੀ ਪੜੌਲ, ਬੁੱਗਾ, ਚੈੜੀਆਂ, ਇੱਧਰ ਸਾਡੇ ਕੈਪਟਨ ਅਮਰਜੀਤ ਸਿੰਘ ਹੋਣੀ, ਬਾ ਫਿਰ ਮਿੱਤਰੋ ਮਸਲੇ ਵੀ ਸਾਡੇ ਹੱਲ ਕਰਾ ਦਿੰਦੇ ਜਾਂ ਕਿਤੇ ਲੋੜ ਹੁੰਦੀ ਹੈ ਨਾ ਸਾਨੂੰ ਵੀ ਸਾਡੇ ਮਸਲੇ ਵੀ ਹੱਲ ਕਰਾਉਂਦੇ, ਇਹੋ ਜਿਹੀ ਗੱਲ ਨਹੀਂ। ਸਰਦਾਰ ਅਵਤਾਰ ਸਿੰਘ ਜੀ ਸਰਪੰਚ ਸਾਹਿਬ ਮਾਨਕ ਮਾਜਰਾ, ਸ਼ਿੰਗਾਰ ਸਿੰਘ ਜੀ ਸਰਬਰਪੁਰ, ਕੈਪਟਨ ਅਮਰਜੀਤ ਸਿੰਘ ਰਾਜੇ ਮਾਜਰਾ, ਸਰਦਾਰ ਬੁੱਗਾ ਚੈੜੀਆਂ। ਹਾਂਜੀ ਤਿਆਰੀ ਆ ਭਾਈ, ਇੱਕ ਮਿੰਟ ਹੋਰ ਕਿਆ ਹਾਲ ਹੈ ਵੀ ਮਤਲਬ, ਇੱਕ ਮਿੰਟ ਗੱਡੀ ਭੱਜਣ ਦਾ ਤਿਆਰੀ ਆ ਜੀ। ਅੱਜ ਦੇਖ ਲਓ ਭਾਈ, ਉੱਧਰ ਸਾਡਾ ਵੀਰ ਜੀਤਾ ਵੀ ਆਇਆ ਹੋਇਆ, ਕੁਲਵੀਰ ਵੀ ਆਇਆ ਹੋਇਆ, 8 ਜੂਨ ਨੂੰ ਗਾਉਣ ਵੀ ਹੈ। ਸਮਰੌਲੀ ਪਹੁੰਚੇ ਹੋ ਭਾਈ, ਪਹਿਲਾਂ ਬੂਟੇ ਉਹਨਾਂ ਦਾ ਲੰਘ ਗਿਆ ਭਾਈ। ਹਾਂ ਵਧੀਆ ਖਾੜਾ ਭਾਈ, ਜਿਹੜਾ ਹੁਣ ਵੀ ਲੱਗਣਾ, ਤਿਆਰੀ ਆ ਭਾਈ। ਬੱਲੇ ਬੱਲੇ ਬੱਲੇ, ਧੂੜੇ ਪੜਤੇ ਨਾ ਬੋਲ ਪਰ ਜੀ ਪਿੰਡ ਸਮਰਾਦੀ ਜੀ।
ਪਿੰਡ ਸਮਰੌਲੀ ਵੀ 8 ਤਰੀਕ ਨੂੰ ਟੀਮ ਉਹਨਾਂ ਦਾ ਖੜਾ ਲੱਗਣਾ ਹੈ। ਸੋ ਬੇਨਤੀ ਆ ਭਾਈ ਜ਼ਰੂਰ ਪਹੁੰਚਣਾ ਹੈ। ਤਿਆਰੀ ਆ ਜੀ, ਇਹਦਾ ਭਾਈ ਕਬੱਡੀ ਕੱਪ ਤੇ ਵੀ ਬੜੇ ਕੱਪ ਕਰਤਾ ਅੱਜ ਗੱਡੀਆਂ ਦਾ ਸੀ। ਆ ਗਈ ਭਾਈ, ਸਾਰੇ ਪੰਜਾਬ ਦੀਆਂ ਮਹਾਨ ਹਸਤੀਆਂ ਵੱਡੀਆਂ ਵੱਡੀਆਂ ਖੇਡ ਨਾਲ ਜੁੜੀਆਂ ਹੋਈਆਂ। ਸਮਾਂ 24:65 ਦਾ ਜੀ, ਦੇਖ ਬਈ ਕੜੀ ਬਈ ਹਰੀ ਇੱਧਰ ਆ ਜਾ, ਕੜੀ ਠੀਕ ਕਹਿੰਦੀ ਹੈ ਨਾ। ਸਮਾਂ 24:65 ਦਾ ਇਹਨਾਂ ਬੁਰਦਾਂ ਦਾ ਵੀ, ਆਪਾਂ ਨੇ ਘੜੀ ਤੋਂ ਇੱਕ ਇੰਚ ਨਹੀਂ ਬਾਹਰ ਜਾਣਾ, ਜੋ ਘੜੀ ਕਹਿੰਦੀ ਆਪਾਂ ਨੇ ਉਹੀ ਕਹਿਣਾ। ਮੁੰਡੇ ਮੇਰੇ ਸਾਹਮਣੇ ਬੈਠੇ ਆ, ਘੜੀ ਪਰ ਤੇ ਟਾਈਮ ਲਿਖਦੇ ਆ, ਉਹ ਤਿਆਰੀ ਆ ਭਾਈ। ਹੈਰੀ ਨੂੰ ਲੈ ਜਾਓ ਨਾਲ, ਹੈਰੀ ਨੂੰ, ਹੈਰੀ ਚਲੇ ਜਾਊਗਾ ਕੋਈ, ਲੈ ਜਾਓ ਨਾ। ਹਾਂਜੀ ਹਾਂ, ਆਪਾਂ ਨਹੀਂ ਜਾਣਾ, ਆਪੇ ਜਾਣਗੇ। ਤਿਆਰੀ ਆ ਜੀ, ਤਿਆਰੀ ਆ। ਹੈਪੀ ਤੂੰ ਭਜਾ ਦੀ, ਤੂੰ ਭਜਾ ਦੀ। ਚੌਵੀ ਪੁਆਇੰਟ ਚਾਰ ਬੱਚਿਆਂ ਦਾ ਸਮਾਂ ਹੋ ਗਿਆ ਜੀ। ਮਨੀ ਬਗਲੀ, ਜੰਗ ਸਿੰਘ ਸੋਲਖੀਆਂ, ਇੱਕ ਆ ਬੱਚੇ ਹੁਣੇ ਭੱਜ ਕੇ ਗਏ, ਇੱਕ 24:66 ਕਰ ਗਏ। ਇਹ ਆ ਮੁਕਾਬਲਾ। ਆ ਗਈ ਭਾਈ, ਮੈਂ ਮਿੱਤਰੋ ਆਪਦੇ ਵੱਲੋਂ ਇਨਸਾਫ਼ ਕਰੂੰ, ਇਨਸਾਫ਼ ਇਹਨਾਂ ਗਊ ਦੇ ਜਾਇਨ ਨਾਲ, ਬੇਬੋਲ ਦੇ ਧਨ ਨਾਲ। ਇਹ ਐਵੇਂ ਨਹੀਂ ਛੋਟੀ ਜਿਹੀ ਗੱਲ ਨਹੀਂ, ਇਨਸਾਫ਼ ਨਾਪ ਤੋਲ ਕੇ ਹੋਣਾ ਚਾਹੀਦਾ ਹੈ, ਨਾਪ ਤੋਲ ਕੇ। ਲਓ ਜੀ ਸੁਣੋ, ਸਮਾਂ ਗੱਡੀ ਦਾ ਗੌਰ ਨਾਲ, ਟਾਈਮ ਹੈ ਗੱਡੀ ਦਾ ਜੀ। ਟੁੱਟ ਪੈਣੇ ਨੇ ਜਲੇਬੀ ਮਾਰੀ, ਮੇਰੀ ਅੱਖ ਵਿੱਚ ਰਸ ਪੈ ਗਿਆ। ਟਾਈਮ ਹੈ ਗੱਡੀ ਦਾ ਜੀ, 24:28 ਸਮਾਂ ਕਰਕੇ ਬੱਚੇ ਬਈ ਮਾਰੋ ਤਾੜੀ ਇੱਕ ਵਾਰੀ। ਲਿਆ ਪਰਚੀਆਂ ਵੀ ਛੇਤੀ ਲਿਆ, ਦੱਸਾਂ ਕਿਹਦੇ ਬੱਚੇ 24:28 ਦੇਖੀਏ ਕਿਹੜੇ ਬੱਚੇ ਭੱਜ ਗਏ। ਬੜੀ ਵਧੀਆ ਭੱਜ ਬੈਠੇ ਦੀ ਛੜਾਈ ਦੇ ਲੈ ਕੇ ਅਖੀਰ ਤੱਕ, ਕੋਈ ਗਲਤੀ ਨਹੀਂ, ਕੋਈ ਛਾਲ ਨਹੀਂ ਕਟਾਈ ਬੱਚਿਆਂ ਨੇ। ਅਗਲੀ ਘੜੀ ਤਿਆਰ ਹੈ ਜੀ, ਤਿਆਰੀ ਆ ਜੀ। ਪਰਚੀਆਂ ਲਿਆ, ਪਰਚੀਆਂ ਯਾਰ। ਆ ਗਈ ਭਾਈ, ਪਹਿਲੀ ਪਿੰਡ ਵਾਲੀ ਦੀ, ਪਹਿਲੀ 24:65 ਪਿੰਡ ਵਾਲੀ, ਉਨਾ ਹੀ ਸਮਾਂ ਫੇਰ ਲਾ ਗਿਆ। ਆ ਜਿਹੜੀ ਬਾਤ ਚਾਹੀ ਹੈ, 24:28 ਵਾਲੀ ਜੌਨੀ ਚਹਿਲ ਬਲਾਣਾ ਹਰਿਆਣੇ ਵਾਲੇ ਬੱਚੇ ਹੈ। ਵਾਹ ਜੀ ਵਾਹ। ਸਤਾਈ 63 ਦਾ ਸਮਾਂ ਜੀ, 27:63 ਜੋਨੀ ਚਹਿਲ ਬਲਾਣਾ ਹਰਿਆਣਾ, ਹਰਿਆਣੇ ਵਾਲੇ ਬੱਚੇ ਲਾ ਗਏ ਭਾਈ। 24:28 ਦਾ ਸਮਾਂ, ਜਿਹੜਾ ਉਹਦੇ ਨਾਲ ਬੱਚਾ ਭੱਜਿਆ ਉਹ ਵੀ ਦੱਸ ਦਿਓ ਕਿਹਦਾ ਭਾਈ। ਪਿਛਲੇ ਹੋ ਉੱਥੇ ਬੱਟ ਪਰ ਕਿਉਂ ਮੁੜੀ ਜਾਂਦੇ ਹੋ, ਪਰਾਂ ਲੋਕ ਖੜ ਜਾਓ ਮੇਰਾ ਵੀਰ, ਆ ਮੁੜ ਕੇ ਜ਼ਰੂਰ ਖੜਨਾ, ਬੱਚਿਆਂ ਨੂੰ ਠਾਰ ਦਿਓ, ਜੇ ਬੱਚੇ ਕੋਈ ਸਿੱਧੇ ਆ ਕੇ ਸੱਟ ਮਾਰਨਗੇ। ਹੈਂਜੀ ਬੁਲਾਣਾ, ਨਿਰਭਰ ਕਿਹੜਾ ਪਿੰਡ ਬੁਲਾਣਾ, ਇਹ ਦੋਵੇਂ ਬੁਲਾਣੇ ਦੇ ਹੀ ਆ। ਲਓ ਜੀ, ਜੌਨੀ ਬੁਲਾਣਾ, ਨਿਰਬਲ ਬੁਲਾਣਾ, ਇਹ ਦੋਵੇਂ ਹਰਿਆਣੇ ਦੇ ਬੱਚੇ ਆ ਬਈ।
ਬਾਹੂ ਪੰਜਾਬਪੁਰ ਫਿਰਤੀ ਲੱਤ ਪਈ ਬਿੰਦਰ ਕਾਲੀ ਬੁਲਾਣਾ 100 ਰੁਪਇਆ ਸਪੈਸ਼ਲ ਨਾਮ ਦਿੰਦੇ ਬਈ ਬਿੰਦਰ ਕਾਲੀ ਬੁਲਾਣੇ ਦਾ ਧੰਨਵਾਦ ਕਰਦਾ ਮਾਸਟਰ ਨੂੰ ਦਿੰਦੇ ਭਾਈ ਮਾਸਟਰ ਦੀ ਜੇਬ 'ਚ ਪਾਤਾ ਮੇਰੇ ਵੀਰ ਨੇ ਧੰਨਵਾਦ ਤਿਆਰੀ ਆ ਜੀ ਇਹ ਪਰਸੋਂ ਵੀ ਇਹਦੇ ਹੀ ਬੱਚੇ ਦਾ ਨੰਬਰ ਹੈ ਪਹਿਲਾਂ ਮਨੀ ਬਗਲੀ ਨਾਲ ਹਰਿਆਣੇ ਵਾਲੇ ਬੱਚਾ ਜਿੱਤਿਆ ਭਾਈ ਰੱਬੋ ਉੱਚੀ ਵੀ ਸਵਾਰ ਕੇ ਲਿਖ ਮਤਲਬ ਸਵਾਰ ਕੇ ਆ ਗਈ ਭਾਈ ਉਹ ਪਰਚੀ ਤਾਂ ਉਹੀ ਰਹਿਣੀ ਹੈ ਮਤਲਬ ਟਾਈਮ ਹੈ ਠੀਕ ਹੈ ਪਰਚੀ ਤਾਂ ਨਹੀਂ ਬਦਲਣੀ ਉਹ ਥੱਲੇ 24-28 ਵਾਲੀ ਦੇ ਦੇ ਕੱਟ ਕੇ ਉਹਦਾ ਹੀ ਹੈ 24 ਉਧਰ ਆਈ ਜੌਨੀ ਹਰਿਆਣਾ ਤਾਂ 24-28 ਹੈ ਟਾਈਮ ਇਹਦਾ ਇਹਦਾ 24-28 ਲਿਖ ਪਹਿਲਾਂ ਉਹ ਯਾਰ ਤੁਸੀਂ ਗਲਤ ਕਿਉਂ ਕਰਾਉਂਦੇ ਕਰੀ ਜਾਣ ਦੋ ਨੂੰ ਹਾਂ ਅੱਪ 26-09 ਇਹ ਸਾਡੇ ਬਾਅਦ ਤੱਖਰ ਭੱਜ ਗਿਆ 26-09 ਹਵੀਜੋਤ ਸਿੰਘ ਪਿੰਡ ਤੱਖਰਾ ਜਿੰਨੇ ਨਾਮੀ ਬਹਿਣੇ ਉਹਨਾਂ ਸਮਾਂ ਨਾਮੀ ਨਹੀਂ ਇਹਨਾਂ 'ਤੇ ਲੱਗਿਆ ਬਈ ਬਈ ਘਰ ਸਮਾਂ ਜੌਨੀ ਬੁਲਾਣਾ ਹਰਿਆਣਾ ਦੇਖੋ ਮੈਂ ਵਾਰ ਵਾਰ ਬੋਲਦਾ ਪਰਚੀ ਪਰ ਉਹੀ ਪਾਓ ਦਾ 24-28 ਪਾ ਮਤਲਬ ਅਗਲੀ ਗੱਡੀ ਤਿਆਰ ਹੈ ਜੀ ਤਿਆਰੀ ਹੈ ਜੀ ਤਿਆਰੀ ਆ ਭਾਈ ਆ ਗਈ ਭਾਈ ਚੱਕਦੇ ਘੜੇ ਦੇ ਗੱਲਾਂ ਕਿਤੇ ਰੁਕਣ ਨਾ ਲੱਗ ਜੀ ਹੁਣ ਸ਼ਿਫਟ ਵੀ ਆਖਰੀ ਹੈ ਚੱਕਦੇ 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 ਹਰ ਤਾਂ ਲਾਈਨ ਮੇਰੀ ਦੂਰ ਹੈ ਉਹ ਫੇਰ ਨਹੀਂ ਸਮਾਂ ਦੁਬਾਰਾ ਜੋਗਾ ਨਹੀਂ ਵਰਤਾਂ ਦਾ ਹੋਇਆ ਕਰਦਾ ਆਖਰੀ ਦਾ ਸ਼ਿਫਟ ਹੈ ਭੱਜਣ ਨਾਲ ਤਾਂ ਰੁਕਣ ਨੂੰ ਜ਼ਿਆਦਾ ਜ਼ੋਰ ਲੱਗਦਾ ਲਿਖੀ ਨਾ ਬਾਈ ਕੱਚਾ ਟਾਈਮ 40-35 ਦਾ ਹੈ ਕੱਚਾ ਕਿੰਨਾ ਟਾਈਮ ਹੈ ਬਾਈ ਕਕਰਾਲੇ ਵਾਲਿਓ ਪਰਚੀ ਦਾ ਆਪਣੀ ਤੱਖਰਾਂ ਨਾਲ ਕਕਰਾਲਾ ਦਾ ਨੰਦੂ ਕਕਰਾਲਾ ਹਵੀਜੋਤ ਤੱਖਰਾਂ ਆਪਦੀ ਪਰਚੀ ਦੇ ਕੇ ਜਾਓ 26-09 ਸਮਾਂ ਹੁਣ ਤਾਂ ਇੱਧਰ ਤੇ ਪਰਚੀ ਆਊਗੀ ਮਾਲਿਕ ਪਰਚੀ ਪਹੁੰਚਾਓ ਸਾਡੇ ਕੋਲ ਬਈ ਆਪਣੀ ਨਰਮਲ ਬਲਾਣਾ ਹਰਿਆਣਾ ਜੋਨੀ ਚਹਿਲ ਬਲਾਣਾ ਹਰਿਆਣਾ ਦੋਵੇਂ ਵੀ ਬੁਲਾਣੇ ਦੇ ਬੱਚੇ ਜਿਹਨਾਂ ਨੇ 24-28 ਦਾ ਸਮਾਂ ਲਾਇਆ ਹਾਂਜੀ ਬਾਈ ਅਮਰਦਾਸ ਫਿਰ ਧੰਨਵਾਦ ਕਰਦੇ ਨਾਲੇ ਕਾਲੇ ਦਾ ਜਿਹਨਾਂ ਨੇ ਰਾਹ ਬਣਾਇਆ ਰਾਹ ਤਾਂ ਐਂ ਲੱਗਦਾ ਵੀ ਇਹਦੇ ਜੀਰੀ ਨਾ ਲਾਈਏ ਇੰਨਾ ਵਧੀਆ ਬਣਾ ਦਿੱਤਾ ਵੀ ਫਿਰ ਰੱਖ ਲਈਏ ਰਸਤੇ ਨੂੰ ਇਸੇ ਤਰ੍ਹਾਂ ਜੋੜੋ ਜੋੜੋ ਬਾਈ ਮੇਰਾ ਕਰਨਾ ਹੁਣ ਸਾਡੇ ਕੋਲ ਲਾਈਟਾਂ ਵੀ ਨਹੀਂ ਹੈਗੀਆਂ ਵੀ ਨਾਮ ਵੰਡਣ ਨੂੰ ਉੱਧਰ ਤੇ ਦੇ ਕੇ ਜਾਇਓ ਬਈ ਕਕਰਾਲੇ ਵਾਲਿਓ ਪਰਚੀ ਆਪਣੀ ਕਕਰਾਲੇ ਵਾਲੇ ਪਰਚੀ ਦੇ ਕੇ ਜਾਇਓ ਸਾਰੀ ਖੇਡ ਇਹਨਾਂ ਉੱਪਰ ਹੋ ਜਾਣੀ ਨਹੀਂ ਪਰਚੀ ਦੇ ਦਿਓ ਬਈ ਕਕਰਾਲੇ ਵਾਲੇ ਜੋੜੋ ਹੁਣ ਨੰਦੂ ਕਕਰਾਲਾ ਜਾ ਛੋਟੇ ਵੀਰ ਪਰਚੀ ਆਪਣੀ ਹਵੀਜੋਤ ਸਿੰਘ ਤੱਖਰਾ 26-09 ਸਮਾਂ ਉਹਨਾਂ ਦਾ
ਉਹ ਆਪਣੀ ਪਰਚੀ ਦੇ ਕੇ ਜਾਣ ਆਪਣੀ ਤਿਆਰੀ ਆ ਜੀ ਪਿੰਡ ਵਾਲੀ ਪਰਚੀ ਆਉਂਦੀ ਹੈ ਹਾਂਜੀ ਉਹ ਤਾਂ ਆ ਗਈ ਜੰਗ ਦੀ ਹਾਂਜੀ ਦੋ ਹੀ ਵਾਰ ਆ ਗਈਆਂ ਹਾਂਜੀ 2024 65 ਵਾਲੀ ਠੀਕ ਹੈ ਤਿਆਰੀ ਆ ਭਾਈ ਉਹਦਾ ਇੱਕੋ ਸਮਾਂ 24-65 ਬੜੇ ਕਮਾਲ ਕਰਤੀ ਹਲੇ ਨੇ ਬੱਚੇ ਨੇ 19 ਛਾਲਾਂ ਮਾਰੀਆਂ ਹਨ ਦੋ ਹੀ ਵਾਰੀ ਕੋ ਟਾਈਮ ਲਾਤਾ ਆ ਗਈ ਭਾਈ ਕਕਰਾਲੇ ਵਾਲਿਓ ਪਰਚੀ ਦੇ ਜਾਓ ਆਪਣੀ ਸਾਡੇ ਵਿੱਚ ਇੱਧਰ ਮਾਣਯੋਗ ਸ਼ਖਸੀਅਤਾਂ ਸਰਦਾਰ ਹਰਵਿੰਦਰ ਸਿੰਘ ਜੀ ਸਰਪੰਚ ਬਹਿਰਾਮਪੁਰ ਤੋਂ ਪਹੁੰਚੇ ਨੇ ਧੰਨਵਾਦ ਅਠਾਈ ਚਾਲੀ ਦਾ ਸਮਾਂ ਜੀ 20-8 28-40 ਇਹ ਜੰਟੀ ਆ ਜੀ ਕਕਰਾਲੀ ਵਾਲਾ ਅਸੀਂ ਆਪਦੇ ਨਗਰ ਵੱਲੋਂ ਬਾਈ ਦੇ ਦਿਓ ਬਾਈ ਕਕਰਾਲੇ ਵਾਲਿਓ ਪਰਚੀ ਦੇ ਕੇ ਜਾਓ ਖੇਡ ਸਾਰੀ ਹੇਠਾਂ ਹੋ ਜਾਂਦੀ ਹੈ ਕਿ ਪਰਚੀ ਦੇ ਬਿਨਾਂ ਤੁਹਾਡੀ ਪਰਚੀ ਨਾ ਆਈ ਹੇਲੇ ਦਾ ਟਾਈਮ ਤੁਹਾਡਾ ਚੱਕਿਆ ਜਾਣਾ ਸਾਰੀ ਖੇਡ ਉੱਪਰ ਹੋਣੀ ਹੈ ਅਸੀਂ ਧੰਨਵਾਦੀ ਹਾਂ ਜੀ ਇੱਧਰ ਫੜਾਓ ਪਰਚੀ ਵੱਲ ਵਾਹ ਜੀ ਵਾਹ ਨੰਦੂ ਕਕਰਾਲਾ ਧੰਨਵਾਦ ਜੀ ਅਸੀਂ ਆਪਦੇ ਨਗਰ ਸੋਲਖੀਆਂ ਵੱਲੋਂ ਨਗਰ ਪੰਚਾਇਤ ਵੱਲੋਂ ਨਗਰ ਦੇ ਸਰਪੰਚ ਸਰਦਾਰ ਜੰਗ ਸਿੰਘ ਜੀ ਤੇ ਮੈਂਬਰਾਂ ਪੰਚਾਇਤ ਸ਼ੇਰੇ ਪੰਜਾਬ ਆ ਗਈ ਭਾਈ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਅਹੁਦੇਦਾਰ ਵੀਰਾਂ ਵੱਲੋਂ ਬਾਹਰੋਂ ਆਏ ਸਾਰੇ ਦਰਸ਼ਕ ਵੀਰਾਂ ਦਾ ਗੜਵਾਨ ਵੀਰਾਂ ਦਾ ਬੱਚੇ ਦਲਾਕ ਵੀਰਾਂ ਦਾ ਤੇ ਘੋੜੇ ਦਲਾਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਦੀ ਖੇਡ ਵਿੱਚ ਪਹੁੰਚਦੇ ਪੂਰੇ 25 ਦਾ ਸਮਾਂ ਜੀ ਵਾਹ ਲੰਡਿਆ ਪੂਰੇ 25 ਦਾ ਸਮਾਂ ਜੀ ਜਿਹਨਾਂ ਨੇ ਸਾਡੇ ਲੰਗਰ ਦੇ ਵਿੱਚ ਲੰਗਰ ਵਰਤਾਇਆ ਸੇਵਾ ਕੀਤੀ ਹੈ ਉਹ ਖੇਡ ਨਹੀਂ ਦੇਖ ਸਕਦੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਜਵਾਨਾਂ ਨੇ ਐਂਟਰੀਆਂ ਕੱਟੀਆਂ ਜਾਂ ਉੱਧਰ ਜਾ ਕੇ ਦੰਦਾਂ 'ਤੇ ਡਿਊਟੀ ਦਿੱਤੀ ਆਪਦੀ ਲਿਸਟ ਪੜ੍ਹ ਕੇ ਭਜਾਏ ਜਾਂ ਸਾਡੀ ਟਰੈਲੀ 'ਚ ਜਿਹਨਾਂ ਨੇ ਟਾਈਮ ਲਿਖਣ ਦੀ ਜਾਂ ਪਰਚੀਆਂ ਲਾਉਣ ਦੀ ਭੂਮਿਕਾ ਨਿਭਾਈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੱਡਾ ਧੰਨਵਾਦ ਕਰਦੇ ਹਾਂ ਜਿਹਨਾਂ ਦੇ ਖੇਤ ਹੈ ਆਪਾਂ ਨੇ ਜਿਹਨਾਂ ਦੇ ਖੇਤਾਂ 'ਚ ਭਜਾਈਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਮਨਾ ਅਤੇ ਕਾਲੇ ਦਾ ਫਿਰ ਧੰਨਵਾਦ ਕਰਦਾ ਜਿਹਨਾਂ ਨੇ ਆਪਾਂ ਨੂੰ ਇਹ ਰਾਹ ਤਿਆਰ ਕਰਕੇ ਦਿੱਤਾ ਵੀ ਸਰਦਾਰ ਹਰਵਿੰਦਰ ਸਿੰਘ ਜੀ ਬਹਿਰਾਮਪੁਰ ਤੋਂ ਸਰਪੰਚ ਸਾਹਿਬ ਹੁਣੇ ਪਹੁੰਚੇ ਨੇ ਸਾਡੇ ਵਿੱਚ ਉਹਨਾਂ ਵੱਲੋਂ 1100 ਰੁਪਏ ਦਾ ਯੋਗਦਾਨ ਸਾਡੇ ਮੇਲੇ ਦੇ ਲਈ ਤਿਆਰੀ ਆ ਭਾਈ ਤਿਆਰੀ ਆ ਜੀ ਆ ਗਈ ਭਾਈ ਧੰਨਵਾਦ ਜੀ ਮੇਜਰ ਸਿੰਘ ਸੋਹਲ ਦਾ ਵੀ ਧੰਨਵਾਦ ਕਰਦੇ ਹਾਂ ਬੜੀ ਮਿਹਰਬਾਨੀ ਸੋ ਬਹੁਤ ਧੰਨਵਾਦ ਦਲਵੀਰ ਸਿੰਘ ਸੋਹਲ ਮੋਹਨ ਸਿੰਘ ਸੋਹਲ ਮਨਦੀਪ ਸੋਹਲ ਕਿਰਨਦੀਪ ਸੋਹਲ ਅਮਨ ਸੋਹਲ ਹਰਮਨ ਬਿੱਲਾ ਸੁਰਿੰਦਰ ਸਿੰਘ ਛਿੰਦਾ ਵੱਡੇ ਮਾਣ ਕਰਦੇ ਨੇ ਮੇਰੇ ਵੀਰ ਬਹੁਤ ਧੰਨਵਾਦ ਪੱਚੀ 51 ਦਾ ਸਮਾਂ ਜੀ 25-51 ਜੰਗ ਸਿੰਘ ਬਲਾਲਾ ਬਲਾਲਾ ਹੈ ਜੰਗ ਸਿੰਘ ਬਲਾਲਾ ਜਿਹਨਾਂ ਨੇ ਪੂਰੇ 25 ਦਾ ਸਮਾਂ ਲਾਇਆ ਵੀ ਜੰਗ ਸਿੰਘ ਬਲਾਲਾ ਰਣਜੀਤ ਸਿੰਘ ਕਾਈਨੌਰ ਰੁਪਿੰਦਰ ਸਿੰਘ ਜੀ ਰਾਜੂ ਚੈੜੀਆਂ ਤੋਂ ਸਰਪੰਚ ਸਾਹਿਬ ਉਹਨਾਂ ਵੱਲੋਂ ਵੀ 2100 ਰੁਪਇਆ ਭਾਈ ਬਹੁਤ ਧੰਨਵਾਦ ਸਾਰੀ ਦਨੀ ਸੱਜਣਾ ਦਾ ਆ ਗਈ ਭਾਈ ਉਹ ਬੜ ਗਈ ਭਾਈ 28-40 ਵਾਲੀ ਪਰਚੀ ਵੀ ਦੇਖੋ ਕਿੱਧਰ ਜਾਂਦੇ ਸਿੱਧੇ ਹੋਲੇ ਪਰ ਉਹਨੂੰ ਬਰਾਮਪੁਰ ਨੂੰ ਸਰਦਾਰ ਨਿਰਮਲ ਸਿੰਘ ਬਲਾਣਾ ਹਰਿਆਣਾ ਜੌਨੀ ਚਹਿਲ ਬਲਾਣਾ ਹਰਿਆਣਾ ਘੱਟ ਸਮਾਂ ਉਹਨਾਂ ਦਾ ਭਾਈ ਸਭ ਤੋਂ ਘੱਟ ਸਮਾਂ ਬਹੁਤ ਲਾਈ ਖੜੇ
ਇਹ ਬੱਚੇ ਹੈ, ਬਹੁਤ ਨਹੀਂ ਬੱਚੇ ਖੀਰੇ ਦੁੱਗੇ ਜੀ, 25 ਨੂੰ ਖੀਰੇ ਦੁੱਗੇ ਹੋਣਗੇ ਜੀ, ਖੀਰੇ ਦੁੱਗੇ, ਖੀਰੇ ਦੁੱਗਿਆਂ 'ਚ ਇਹ ਹੁੰਦਾ ਚਾਹੇ ਦੋਏ ਖੀਰੇ ਜੋੜ ਲਓ, ਚਾਹੇ ਦੋਏ ਜੁੱਗੇ ਜੋੜ ਲਓ, ਚਾਹੇ ਖੀਰਾ ਦੁੱਗਾ ਜੋੜ ਲਓ, ਥੋੜ੍ਹੀ ਖੁੱਲ੍ਹੀ ਛੁੱਟੀ ਹੈ ਤੁਹਾਨੂੰ, ਜਿਹੜਾ ਮਰਜ਼ੀ ਜੋੜਿਓ। 28-40 ਹਾਲੇ ਤਾਂ 28 ਤੱਕ ਨੰਬਰ ਬਣਦੇ ਹੈ। ਮਾਡਰ ਜੀ ਆ ਨਵੀਓ ਖੇਡ ਦਿਖਾਤੀ ਜੀ ਕਹਿੰਦੇ ਬੱਚਿਆਂ ਨੇ ਜੀ। ਹਾਂਜੀ ਮਾਡਰ ਜੀ ਆਈ ਜੀ ਬੱਚੇ ਰੱਖੇ ਹੋ ਤੁਸੀਂ ਜੀ ਖੇਡ ਦਿਖਾਉਣ ਨੂੰ ਬਾਅਦ ਵਿੱਚ। ਹਾਂਜੀ ਉਹ ਜਾਂਟੀ ਜਾਈ ਵੀ ਉੱਧਰ ਬੱਚੇ ਭਜਾ ਕੇ ਲਿਆਉਣੇ, ਜਾਂਟੀ ਜਾਈ ਮੇਰਾ ਵੀਰ ਬਣ ਕੇ, ਜਾਂਟੀ ਜਾਈ ਜੰਗ ਸਿੰਘ ਬਲਾਲਾ, ਵਾਹ ਜੰਗ ਨੇ ਰਿਸ਼ਤਾ ਤੇਰੀਆਂ, ਇਹ ਵੀ ਗੁੱਕੇ ਲਾਉਂਦਾ ਜਵਾਨ, ਹੱਥ ਵਿੱਚ ਕੋਈ ਸੱਤ ਹੈ ਹੱਥ ਦੇ ਵਿੱਚ, ਪਹਿਲਾਂ ਹੀ ਸਵਰਨਜੀਤ ਸਿੰਘ ਪਿੰਡ ਮਜਾਲੀਆਂ। 25-51 ਦਾ ਸਮਾਂ ਲਾਇਆ, ਇਹ ਸਵਰਨਜੀਤ ਸਿੰਘ ਪਿੰਡ ਮਜਾਲੀਆਂ ਦੇ ਬੱਚੇ ਆ ਬਈ, ਬਈ ਰਾਮਗੜ੍ਹ ਤੋਂ ਸੰਤ ਸਿੰਘ ਦੇ ਜਿਹੜੇ ਕੁੜਮ ਨੇ ਉਹ ਆ ਕੇ ਮਿਲ ਲੈਣ, ਰਾਮਗੜ੍ਹ ਤੋਂ ਜੀ ਸੰਤ ਸਿੰਘ ਦੇ ਰਿਸ਼ਤੇਦਾਰ ਨੇ ਜਿਹੜੇ ਉਹ ਬਾਈ ਸੰਤ ਇਹਨੂੰ ਮਿਲ ਲੈਣ। ਝਟਕਾ ਕੰਮ ਹੈ ਇੱਥੇ ਤਾਂ, ਨੌ ਕਿਆ ਕਹਿੰਦਾ ਨੌ ਨਹੀਂ ਪਤਾ ਕੁੜਮ ਚਾਰਾ ਹੈ, ਇਹ ਸੰਤ ਹੈ ਕੱਕੜਾ ਵਾਲੀ ਆ। ਮਾਸਟਰ ਜੀ ਕਿੰਨੀਆਂ ਰਹਿ ਗਈਆਂ ਜੀ ਉਧਰ ਟਾਂਗੀਆਂ ਜੀ? ਮੈਂ ਦੱਸਦਾ ਜੀ ਇੱਕ ਮਿੰਟ ਠਹਿਰੋ, ਤਿਆਰੀ ਆ ਜੀ, ਤਿਆਰੀ ਆ ਭਾਈ, ਚੰਡੀ ਖੜੀ ਆ ਗੱਡੀ, ਤਿਆਰ ਹੈ, ਚੰਦ ਕਣੀਆਂ ਬਾਈ ਜੀ ਮਗਰ ਹੋ ਮੇਰਾ ਵੀਰ ਮਗਰ, ਭਾਈ ਆ ਗਈ ਭਾਈ ਦੁਪੱਟੇ ਵਾਲਿਆ, ਇਹ ਵੀ ਬੜ ਗਈ ਭਾਈ, ਲੈ ਚੰਗੀਆਂ ਭਲੀਆਂ ਭਾਦੀਆਂ ਭਾਦੀਆਂ, ਇੱਕ ਤਾਂ ਇਹਨਾਂ ਨੇ ਭਾਈ ਵਧੀਆ ਕਰਿਆ ਹੋਇਆ, ਕੋਈ ਡਾਊਟ ਨਹੀਂ ਛੱਡੀ ਹੋਈ ਗੁਰੂ ਦੀ ਕਿਰਪਾ ਨਾਲ। ਉਹ ਤੇਰਾ ਭਲਾ ਹੋਵੇ, ਸੱਟ ਵੱਜੀ ਤੀ ਦੇਖਿਆ, ਅਡਵਾਨੇ ਬਚ ਗਿਆ ਸਾਡਾ ਤਾਂ, ਲੈ ਹੁਣ ਸਾਡੇ ਰਾਂਧੂ ਭੱਜਿਆ ਉਹਨੇ। ਭਾਈ ਜੀ ਦਰਸ਼ਕੋ ਸਾਈਡ ਤੇ ਹੋ ਜਾਓ ਭਾਈ, ਗੱਡੀ ਆਪੇ ਆਉਂਦੀ ਹੈ, ਆਪੇ ਆਉਂਦੀ ਹੈ ਬਿਨਾਂ ਹੀ ਗਡਵਾਨ ਤੇ, ਖਾਲੀ ਉਹ ਹੁਣ ਕਹਿੰਦੀ ਹੈ, ਬੋਲ ਦਿਓ ਭਾਈ ਹਾਕਮ, ਬੋਲ ਦਿਓ ਬੱਲੇ ਬੱਲੇ ਬੱਲੇ, ਦੇਖਿਓ ਸੱਟ ਮਾਰੂਗੇ, ਸੱਟ ਮਾਰ ਗਿਆ ਦੇਖੋ ਲੈ ਲਾਤ ਕਰਕੇ। ਮਾਸਟਰ ਜੀ ਆ ਪਿੱਛੇ ਤੇ ਕਿਆ ਹੋ ਗਿਆ ਜੀ, ਆ ਕੇ ਬੋਲਦਾ ਰੂ, ਆ ਰੋਕ ਲਓ ਜੀ ਮੂਰੇ ਵਾਲੀ, ਗੜੇ ਹੋਏ ਆ, ਗੜੇ ਹੋਏ ਆ, ਭੱਜ ਕੇ ਰੋਕ ਲਓ। ਮੈਂ ਕਹਿੰਦਾ ਨੰਬਰਦਾਰ ਕਸ਼ਮੀਰਾ ਸਿੰਘ ਢਾ ਲਿਆ। ਹਾਂਜੀ ਇਹਦੇ ਨਾਲੇ ਖੇਡ ਮੇਲਾ ਸਮਾਪਤ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਸਟਰ ਜੀ ਐਸ ਲਾਸਟ ਸਟੰਟ ਦੇ ਨਾਲ ਮੁਕਾਬਲਾ ਸਮਾਪਤ ਹੋ ਗਿਆ ਜੀ, ਲੈ ਵਾਲੇ ਉੱਧਰ ਵੀ ਮਾਰਨੀ ਮਾੜਾ ਜਾ, ਲੈ ਵਾਲਿਆ ਮਾਰੀ ਮਾਰੀ, ਆਟੇ ਵਾਂਗੂ ਗੁੰਤੀ ਮਗਾਨੇ ਪੁੱਤਰੇ। ਮਾਸਟਰ ਜੀ ਮਨੋਹਰ ਸਿੰਘ ਜੀ ਕਹਿੰਦੇ ਆ ਸਟੰਟ ਪਿੱਛੇ ਤਾਂ ਹੀ ਰੱਖਿਆ ਤਾ ਜੀ ਲੋਕਾਂ ਨੂੰ ਸੌਣ ਲਈ। ਮਾਸਟਰ ਜੀ ਲਿਆਓ ਜੀ ਫਿਰ ਲਿਸਟ ਬਣਾ ਕੇ ਇੱਧਰ, ਬਿੱਲਾ ਸਾਊਂਡ ਡੀਜੇ, ਬਿੱਲਾ ਵੀਰ ਆਵਾਜ਼ ਖੋਲ ਦੇ ਦੁਬਾਰੇ, ਬਿੱਲਾ ਜੀ ਬਿੱਲਾ ਸਾਊਂਡ ਡੀਜੇ, ਪੰਜਾਬੀ ਲਾਈਵ ਟੀਵੀ 'ਤੇ ਲਾਈਵ ਚੱਲਦਾ ਜੀ ਇਹ। ਹਾਂਜੀ ਜਿੰਨੀਆਂ ਵੀ ਸ਼ਖਸੀਅਤਾਂ ਨੇ ਕਿਸੇ ਨੇ ਜਾਣਾ ਨਹੀਂ ਭਾਈ, ਨਗਰ ਪੰਚਾਇਤ ਵੱਲੋਂ ਔਰ ਪ੍ਰਧਾਨ ਜੀ ਵੱਲੋਂ ਜੰਗ ਸਿੰਘ ਜੀ ਵੱਲੋਂ ਬੇਨਤੀ ਹੈ ਭਾਈ ਸਾਰਿਆਂ ਨੂੰ
ਅਸੀਂ ਮਾਣ ਸਨਮਾਨ ਦੇਣੇ ਨੇ, ਤੁਸੀਂ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ, ਆਪਣੇ ਅਨੇਕ ਮਿਆਂ ਚੋਂ ਮਾਇਆ ਵੀ ਪੂਜਦੀ ਕੀਤੀ ਸਾਡੇ ਕਲੱਬ ਨੂੰ, ਨਗਰ ਪੰਚਾਇਤ ਨੂੰ। ਜੰਗ ਸਿੰਘ ਜੀ ਵੱਲੋਂ ਬੇਨਤੀ ਆ ਭਾਈ ਬਿੱਲਾ ਜੀ, ਹਾਂਜੀ ਸਾਊਂਡ ਨਹੀਂ ਚੱਲ ਰਹੀ ਠੀਕ ਤਰੀਕੇ ਨਾਲ, ਸਾਰੀਆਂ ਸ਼ਖਸੀਅਤਾਂ ਮਾਣ ਸਨਮਾਨ ਲੈ ਕੇ ਜਾਣਾ। ਮਾਸਟਰ ਜੀ ਜੈਲਦਾਰ ਸਿੰਘ, ਜੈਲਦਾਰ ਚੈੜੀਅਨ ਜੀ ਨਾਲ ਤੁਹਾਨੂੰ 2011 ਦੇ ਵਿੱਚ ਸੋਨੇ ਦੇ ਕਾਂਠੇ ਨਾਲ ਸਨਮਾਨ ਕੀਤਾ, ਉਹ ਵੀ ਸ਼ਖਸੀਅਤਾਂ ਸਾਡੇ ਵਿੱਚ ਬੈਠੀਆਂ ਨੇ ਸੋਨੇ ਦੇ ਕਾਂਠੇ ਦੇ ਨਾਲ। ਸੁਰਜੀਤ ਕੱਕੜ ਵਾਲੀ, ਤੁਹਾਡਾ ਹੋਰ ਵੀ ਕਈ ਖਿਡਾਰੀਆਂ ਦੇ ਸਨਮਾਨ ਕੀਤੇ ਇਹਨਾਂ ਨੇ। ਮਿੱਤ ਸਿੰਘ ਜੀ ਸਾਡੇ ਵੀਰ ਪਥਰੇੜੀਆਂ ਵਾਲੇ, ਉਹਨਾਂ ਦਾ ਵੀ ਧੰਨਵਾਦ। ਕੱਲ੍ਹ ਵੀ ਦੇਖਣਗੇ ਸਨ ਛਿੰਝ ਮੇਲਾ ਪਿੰਡ ਬੰਗੀਆਂ ਦਾ, ਬਾਈ ਮਿੱਤ ਸਿੰਘ ਜੀ ਧੰਨਵਾਦ ਜੀ। ਮਿੱਤ ਸਿੰਘ ਜੀ ਬਹੁਤ ਬਹੁਤ ਧੰਨਵਾਦ। 100 ਰੁਪਏ ਦਾ ਮਾਣ ਵੀ ਪੂਜਦਾ ਕਰਦੇ ਨੇ ਮਿੱਤ ਸਿੰਘ ਜੀ ਦਾ ਧੰਨਵਾਦ। ਅਤੇ ਹੁਣ ਲਿਸਟ ਬਣ ਰਹੀ ਹੈ ਜੀ ਸਾਰੀਆਂ ਜਿੰਨੀਆਂ ਵੀ ਸ਼ਖਸੀਅਤਾਂ, ਇਕਬਾਲ ਜੀ, ਮਨੋਹਰ ਜੀ, ਬਿੱਟੂ ਬਾਜਵਾ ਜੀ, ਮੇਜਰ ਜੀ, ਬਾਈ ਜੈ ਸਿੰਘ ਜੀ, ਬਲਵਿੰਦਰ ਸਿੰਘ ਜੀ ਚੱਕਲਾਂ ਤੋਂ, ਦਵਿੰਦਰ ਨਰਿੰਦਰ ਸਿੰਘ ਜੀ ਕੰਗ, ਦਵਿੰਦਰ ਸਿੰਘ ਜੀ ਬਾਜਵਾ, ਬਾਬਾ ਨਾਗਰ ਸਿੰਘ ਜੀ, ਮਾਤਾ ਗੁਰਨਾਮ ਕੌਰ ਜੈਲਦਾਰ ਚੈੜੀਆਂ ਜੀ, ਨਰਿੰਦਰ ਸਿੰਘ ਜੀ ਸਿਉਂ ਮਾਜਰਾ, ਅਤੇ ਬੋਬੀ ਜੀ, ਸਾਰਿਆਂ ਨੂੰ ਬੇਨਤੀ ਆ, ਸਰਪੰਚ ਹਰਵਿੰਦਰ ਸਿੰਘ ਜੀ, ਸਰਬਜੀਤ ਜੀ ਧਰਮਗੜ੍ਹ, ਰੁਪਿੰਦਰ ਸਿੰਘ ਜੀ ਰਾਜੂ, ਅਕਬਾਲ ਸਿੰਘ ਸਾਲਾਪੁਰ, ਰਣਧੀਰ ਸਿੰਘ ਜੀ ਠੇਕੇਦਾਰ, ਕੁਲਦੀਪ ਸਿੰਘ ਚਕੀਪਾ, ਸਾਰਿਆਂ ਨੂੰ ਬੇਨਤੀ ਆਪਾਂ ਮਾਣ ਸਨਮਾਨ ਲੈ ਕੇ ਜਾਣੇ ਆ ਭਾਈ। ਹਾਂਜੀ ਅਸੀਂ ਮਾਣ ਸਨਮਾਨ ਦੇਣੇ ਨੇ ਭਾਈ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਸਾਨੂੰ ਮਾਣ ਦਿੱਤਾ ਮਾਇਆ ਪੂਜਦੀ ਕੀਤੀ ਇਸ ਖੇਡ ਮੇਲੇ ਨੂੰ ਸਫਲ ਕਰਾਉਣ ਦੇ ਲਈ। ਪਹਿਲਾਂ ਸਾਰਿਆਂ ਦਾ ਭਾਈ ਧੰਨਵਾਦ, ਸਰਦਾਰ ਗੁਰਮੇਲ ਸਿੰਘ ਜੀ ਉਸਤਾਦ ਜੀ ਸਾਡੇ, ਜਿਨ੍ਹਾਂ ਨੂੰ ਪਿਛਲੇ 30-35 ਸਾਲਾਂ ਤੋਂ ਜਿਨ੍ਹਾਂ ਨੂੰ ਨਰਿੰਦਰ ਕੰਗ ਜੀ ਨੇ ਵੀ ਵਿਸ਼ੇਸ਼ ਸਨਮਾਨ ਕੀਤਾ ਸੀਗਾ ਸੋਨੇ ਦੀ ਮੁੰਦੀ ਦੇ ਨਾਲ, ਮੇਰੇ ਯਾਦ ਆ 2007-08 ਦੀ ਗੱਲ ਹੈ, ਉੱਥੇ ਵਿਸ਼ੇਸ਼ ਸਨਮਾਨ ਹੋਇਆ ਸੀ ਕਿਉਂਕਿ ਉਸ ਟਾਈਮ ਇਹਨਾਂ ਨੂੰ 25 ਸਾਲ ਹੋ ਗਏ ਸਨ। ਹਾਂਜੀ ਸਿਲਵਰ ਜੁਬਲੀ ਮਨਾਈ ਸੀਗੀ ਅਤੇ ਸੁੱਖੀ ਬੜੌਂਗੀ ਜੀ, ਸੁੱਖੀ ਬੜੌਂਗੀ ਜੀ ਆ ਕੇ ਸਨਮਾਨ ਲੈਣ, ਸੁੱਖੀ ਬੜੌਂਗੀ ਜੀ ਸਨਮਾਨ ਲੈਣ ਜੀ। ਜਦ ਤੱਕ ਮਾਸਟਰ ਜੀ ਲਿਸਟ ਬਣਾ ਕੇ ਲੈ ਕੇ ਆ ਰਹੇ ਨੇ, ਗਿੰਦਾ ਵੀਰ ਘੜੂਆਂ ਉਹਨਾਂ ਦਾ ਵੀ ਧੰਨਵਾਦ, ਗਿੰਦਾ ਬਾਈ ਸਰਬਜੀਤ ਸਿੰਘ ਜੀ ਬਡਵਾਲੀ ਵਾਲਾ ਬਾਈ ਸਾਡਾ, ਅਤੇ ਸਰਦਾਰ ਇਕਬਾਲ ਸਿੰਘ ਜੀ ਸਾਲਾਪੁਰ, ਸਰਦਾਰ ਇਕਬਾਲ ਸਿੰਘ ਜੀ ਸਾਲਾਪੁਰ 5100 ਦਾ ਯੋਗਦਾਨ ਅੱਜ ਦੇ ਉਦਘਾਟਨ, ਸਰਦਾਰ ਅਮਰਜੀਤ ਸਿੰਘ ਜੀ, ਕੈਪਟਨ ਅਮਰਜੀਤ ਸਿੰਘ ਜੀ ਰਾਜੇ ਮਾਜਰਾ, ਫੋਟੋ ਵਾਲਾ ਵੀ ਆਵੇ ਫੋਟੋ ਵਾਲਾ, ਅਮਰਜੀਤ ਸਿੰਘ ਜੀ ਸਨਮਾਨ ਲੈਣ ਜੀ, ਸਰਦਾਰ ਅਮਰਜੀਤ ਸਿੰਘ ਜੀ, ਸਰਦਾਰ ਅਮਰਜੀਤ ਸਿੰਘ ਜੀ ਨੂੰ ਬੇਨਤੀ ਹੈ, ਫੋਟੋਗ੍ਰਾਫਰ ਆਓ ਭੱਜ ਕੇ ਭਾਈ, ਅਮਰਜੀਤ ਵੀਰ ਜੀ ਸੁੱਖੀ ਬੜੌਂਗੀ ਦਾ ਸਨਮਾਨ ਹੋ ਰਿਹਾ, ਅਮਰਜੀਤ ਵੀਰ ਜੀ ਪਹਿਲਾ ਨਾਮ ਹੈ ਜੀ ਜੌਨੀ ਚਹਿਲ ਬਲਾਣਾ ਹਰਿਆਣਾ, ਰਾਜੂ ਚੈੜੀਆਂ ਹਰਿਆਣਾ, ਟਾਈਮ ਉਹਨਾਂ ਦਾ 24:28, ਪਰਚੇ ਲਓ ਆਪਣੀ ਵੀ ਹਰਿਆਣੇ ਵਾਲਿਓ, ਪਰਚੇ ਲਓ ਪਹਿਲਾਂ ਹਿਮਤਰਾ ਲਾ ਕੇ ਆਪਣੀ, ਇਕਬਾਲ ਸਿੰਘ ਜੀ ਸਾਲਾਪੁਰ, ਦੂਜਾ ਨਾਮ ਹੈ ਉਹਨਾਂ ਦੇ ਨਾਲ ਰਾਜੂ ਜੀ, ਆਰਤੀ ਸੋਲਖੀਆਂ ਬੋਲ ਰਹੇ ਜੀ, ਰਾਜੂ ਜੀ
ਇਹਨਾਂ ਤੋਂ ਬਾਅਦ ਬਿੱਟੂ ਬਾਜਵਾ ਜੀ ਸਰਪੰਚ ਰੋਡ ਮਾਜਰਾ 2465 ਚੌਥਾ ਨਾਮ ਹੈ ਬਿੱਟੂ ਬਾਜਵਾ ਜੀ ਸਰਪੰਚ ਰੋਡ ਮਾਜਰਾ ਮੇਜਰ ਸਿੰਘ ਜੀ ਰੋਡ ਮਾਜਰਾ 2466 ਮੇਜਰ ਸਿੰਘ ਜੀ ਰੋਡ ਮਾਜਰਾ ਬਲਰਾਜ ਸਿੰਘ ਮਾਨਕਾ 2468 ਮਨੋਹਰ ਸਿੰਘ ਜੀ ਸਰਪੰਚ ਸਾਹਿਬ ਖਾਬੜਾਂ ਇਹਨਾਂ ਨੇ ਵੀ ਆਪਣੇ ਮਾਣ ਦਿੱਤੇ ਸਾਨੂੰ 2487 ਖੇਡ ਮੇਲਾ ਕਰਵਾਇਆ ਛੇਵਾਂ ਨਾਮ ਹੈ ਹਰਵਿੰਦਰ ਸਿੰਘ ਜੀ ਸਰਪੰਚ ਬਹਿਰਾਮਪੁਰ ਹਰਵਿੰਦਰ ਸਿੰਘ ਜੀ ਸਰਪੰਚ ਬਹਿਰਾਮਪੁਰ ਜੈ ਸਿੰਘ ਜੀ ਚੱਕਲਾ ਹਰਵਿੰਦਰ ਸਿੰਘ ਜੀ ਬਹਿਰਾਮਪੁਰ ਜੈ ਸਿੰਘ ਜੀ ਚੱਕਲਾ ਜੰਗ ਸਿੰਘ ਬਲਾਣਾ ਉਹਨਾਂ ਤੋਂ ਬਾਅਦ ਹਰਵਿੰਦਰ ਸਿੰਘ ਜੀ ਬਹਿਰਾਮਪੁਰ ਸਰਪੰਚ ਸਾਹਿਬ ਸੰਡਾ 25-10 ਬੌਬੀ ਪੰਜੋਲਾ ਪੰਮੀ ਕਟਾਣੀ ਵੇ ਪਿੰਡਾ ਅਸਮਾਨਪੁਰ ਬੌਬੀ ਵਿਚੋਲਾ ਪਿੰਡਾ ਅਸਮਾਨਪੁਰ ਸਤਨਾਮ ਸਿੰਘ ਜੀ ਚੁਪਕੀ ਸਰਦਾਰ ਸਰਬਜੀਤ ਬਾਈ ਧਰਮਗੜ 25-50 ਸਰਬਜੀਤ ਵੀਰ ਧਰਮਗੜ ਸਤਨਾਮ ਚੁਪਕੀ 25-51 ਸਤਨਾਮ ਸਿੰਘ ਜੀ ਚੁਪਕੀ ਸਤਿਕਾਰਯੋਗ ਸ਼ਖਸ਼ੀਤਾਂ ਪਿੰਡਾ ਜੀ ਅਸਮਾਨਪੁਰ 25-66 ਜਸਵੀਰ ਸਿੰਘ ਜੀ ਕਰਾਲ ਮਾਜਰਾ ਚਮਕੌਰ ਸਿੰਘ ਜਸਵੀਰ ਸਿੰਘ ਜੀ ਕਰਾਲ ਮਾਜਰਾ ਸਤਨਾਮ ਸਿੰਘ ਚੁਪਕੀ ਜੀ ਸਨਮਾਨ ਲਓ ਜਸਵੀਰ ਸਿੰਘ ਕਰਾਲ ਮਾਜਰਾ ਸਰਬਜੀਤ ਸਿੰਘ ਜੀ ਧਰਮਗੜ ਆਤਮਾ ਸਿੰਘ ਜੀ ਸੋਲਖੀਆਂ ਸਰਬਜੀਤ ਲਓ ਜੀ ਆਤਮਾ ਸਿੰਘ ਜੀ ਸੋਲਖੀਆਂ ਰਣਧੀਰ ਸਿੰਘ ਜੀ ਠੇਕੇਦਾਰ ਸਾਲਾਪੁਰ ਰਣਧੀਰ ਸਿੰਘ ਠੇਕੇਦਾਰ ਸਾਲਾਪੁਰ ਮਨੀ ਬਾਈ ਕੁਲਦੀਪ ਸਿੰਘ ਜੀ ਕੀਪਾ ਸਾਬਕਾ ਸਰਪੰਚ ਪਥਰੇੜੀਆਂ ਬਲਵਿੰਦਰ ਸਿੰਘ ਜੀ ਸਰਪੰਚ ਚੱਕਲਾਂ ਗੁਰੀਵੀਰ ਧਾਰੀਵਾਲ ਪਥਰੇੜੀ ਰਾਜਪੂਤਾਂ ਰਣਧੀਰ ਸਿੰਘ ਜੀ ਧੀਰਾ ਠੇਕੇਦਾਰ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਸੋਲਖੀਆਂ ਜਿਨ੍ਹਾਂ ਦੇ ਮੈਂ ਨਾਂ ਲੈ ਰਿਹਾ ਕੁਲਦੀਪ ਕੀਪਾ ਜੀ ਰਣਜੀਤ ਸਿੰਘ ਜੀ ਕਾਕਾ ਮਾਰਸ਼ਲ ਚੌਦਵਾਂ ਚਮਕੌਰ ਸਿੰਘ ਰਣਜੀਤ 25-78 ਦਾ ਸਮਾਂ ਜੀ ਚੌਦਵਾਂ 15ਵਾਂ ਨਾਮ ਹੈ ਜੀ ਰਮਨਜੋਤ ਸਿੰਘ ਮੁਕੜੌਨਾ 26-3 ਰਘਵੀਰ ਸਿੰਘ ਜੀ ਲੰਬੜਦਾਰ ਸਾਹਿਬ ਸੋਲਖੀਆਂ ਰਘਵੀਰ ਸਿੰਘ ਜੀ ਲੰਬੜਦਾਰ ਜੀ ਸਰਦਾਰ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਉਹਨਾਂ ਨੇ 5100 ਰੁਪਏ ਦਾ ਯੋਗਦਾਨ ਦਿੱਤਾ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਵੱਲੋਂ 5100 ਰੁਪਇਆ ਨਰਿੰਦਰ ਸਿੰਘ ਜੀ ਕੰਕ ਤੇ ਬਾਜਵਾ ਸਾਹਿਬ ਉਹਨਾਂ ਨੂੰ 5100 ਰੁਪਇਆ ਮਾਵੀ ਨਰਿੰਦਰ ਸਿੰਘ ਜੀ ਬਾਅਦ ਵਿੱਚ ਦੇ ਦਿੰਦੇ ਆਪਾਂ ਹੋਰ ਜਿਹੜੇ ਆ ਸ਼ਖਸ਼ੀਤਾਂ ਨੇ ਅਰਣਜੀਤ ਕਾਕਾ ਜੀ ਮਾਤਾ ਗੁਰਨਾਮ ਕੌਰ ਜੀ ਰਣਜੀਤ ਕਾਕਾ ਜੀ ਰਮਨਜੋਤ ਸਿੰਘ ਮਕੜੌਨਾ 26-3 16ਵਾਂ ਨਾਮ ਹੈ ਜੀ ਬਹਾਦਰ ਸਿੰਘ ਰਾਜੇ ਮਾਜਰਾ ਹਾਂਜੀ ਰੁਪਿੰਦਰ ਸਿੰਘ ਜੀ ਰਾਜੂ 2100 ਰੁਪਇਆ ਦਿੱਤਾ ਚੈੜੀਆਂ ਹਾਂਜੀ ਮਾਤਾ ਗੁਰਨਾਮ ਕੌਰ 17ਵਾਂ ਨਾਮ ਰਾਜੂ ਚੈੜੀਆਂ ਇਹ ਤੁਹਾਡੀ ਉਹਦੀ ਐਂਟਰੀ 17ਵਾਂ ਨਾਮ ਹੈ ਬਹਾਦਰ ਸਿੰਘ ਕਜਲੇ 26-50 18ਵਾਂ ਨਾਮ ਹੈ ਜੀ ਬਚਨ ਸਿੰਘ ਭੂਰੜੇ 26-72 ਕੈਪਟਨ ਅਮਰਜੀਤ ਸ਼ਿੰਗਾਰ ਜੀ ਤੇ ਸਰਦਾਰ ਕੇਸਰ ਸਿੰਘ ਜੀ ਹਵਾਰਾ ਕੁੱਲਾ ਕੈਨੇਡਾ 26-90 19ਵਾਂ ਨਾਮ ਬਈ ਕੁੱਲਾ ਕੈਨੇਡਾ ਰਣਜੀਤ 90 20ਵਾਂ ਨਾਮ ਹੈ ਜੀ ਹੈਰੀ ਰੰਗੀ ਹੈਰੀ ਰੰਗੀ 26-91 20ਵਾਂ ਨਾਮ ਬਈ ਬੀਬੀ ਗੁਰਨਾਮ ਕੌਰ ਸਰਦਾਰ ਗੁਰਮੀਤ ਸਿੰਘ ਜੀ ਸੋਲਖੀਆਂ 21ਵਾਂ ਨਾਮ ਹੈ ਸਰਦਾਰ ਗੁਰਮੀਤ ਸਿੰਘ ਜੀ ਸੋਲਖੀਆਂ ਰਣਧੀਰ ਸਿੰਘ ਈਸਾ ਬਰਲੰਡਾ ਰਣਧੀਰ ਸਿੰਘ ਈਸਾ ਬਰਲੰਡਾ 21ਵਾਂ ਨਾਮ ਹੈ 26-93 ਬਈ ਮੈਂ ਦਰਵਾਦੀ ਹਾਂ ਜੌਨੀ ਚਹਿਲ ਬੁਲਾਣਾ ਉਹਨਾਂ ਵੱਲੋਂ ਸ਼ਿੰਗਾਰ ਕੇਸਰ ਤੇ ਕੈਪਟਨ ਸਾਹਿਬ ਦੇ ਨੇ
ਬਾਈ ਮਾ ਨਾਮ ਹੈ ਜੀ ਬਿੰਦਰ ਸਿੰਘ ਟੋਡੇ ਹਾਂਜੀ ਜੀਤ ਸਿੰਘ ਜੀ ਸਮਾਨ ਪਰ ਕੋਈ ਸਾਡਾ 2100 ਰੁਪਿਆ ਤਾਂ ਜੀਤ ਸਿੰਘ ਜੀ ਸਮਾਨ ਪਰ ਜੀਤ ਸਿੰਘ ਜੀ ਸਮਾਨ ਪਰ 2100 ਰੁਪਿਆ ਉਹ ਵੀ ਆ ਕੇ ਸਨਮਾਨ ਲੈਣ ਰਘਵੀਰ ਸਿੰਘ ਜੀ ਪੰਜ ਸੋਲਖੀਆਂ ਬਾਈ ਦਰਵਾਦੀਆਂ ਮੈਂ ਰਘਵੀਰ ਸਿੰਘ ਜੀ ਅਮਰਜੀਤ ਸਿੰਘ ਜੀ ਦਦਾਰ ਸਿੰਘ ਜੀ ਵਪਾਰੀ ਦਦਾਰ ਸਿੰਘ ਜੀ ਵਪਾਰੀ ਹਰਵੰਸ ਸਿੰਘ ਜੀ ਲਖਮੀਪੁਰ ਹਰਵੰਸ ਸਿੰਘ ਜੀ ਲਖਮੀਪੁਰ ਤੇਈਵਾਂ ਨਾਮ ਹੈ ਜੀ ਚਮਕੌਰ ਸਿੰਘ ਮਕਸੂਦਲਾ ਤੇਈਵਾਂ ਨਾਮ ਚਮਕੌਰ ਸਿੰਘ ਮਕਸੂਦਲਾ 2763 ਹੈ ਭਾਈ ਤੇਈਵਾਂ ਨਾਮ ਮਕਸੂਦਲਾ ਸੁਖਵੀਰ ਸਿੰਘ ਜੀ ਪੰਜ ਸੋਲਖੀਆਂ ਸੁਖਵੀਰ ਸਿੰਘ ਜੀ ਪੰਜ ਕਮਲਜੀਤ ਸਿੰਘ ਜੀ ਬਾਂਟੀ ਪੰਜ ਸੋਲਖੀਆਂ ਕਮਲਜੀਤ ਸਿੰਘ ਜੀ ਬਾਂਟੀ ਪੰਜ ਸੋਲਖੀਆਂ ਚੌਵੀਵਾਂ ਨਾਮ ਹੈ ਜੀ ਬਿੱਟੂ ਤਮੋਟ ਕਨੇਡਾ ਬਿੱਟੂ ਤਮੋਟ ਕਨੇਡਾ ਦਦਾਰ ਸਿੰਘ ਜੀ ਢਾਡੀ ਦਦਾਰ ਸਿੰਘ ਜੀ ਢਾਡੀ 2769 ਚੌਵੀਵਾਂ ਨਾਮ ਪੱਚੀਵਾਂ ਨਾਮ ਹੈ ਜੀ ਕੁਲਵੰਤ ਸਿੰਘ ਕੋਟ ਗੰਗੂ ਰਾਏ ਕੁਲਵੰਤ ਸਿੰਘ ਕੋਟ ਗੰਗੂ ਰਾਏ 2785 ਦਾ ਸਮਾਂ ਜੀ ਲਓ ਜੀ ਸਰਦਾਰ ਚਤਰ ਸਿੰਘ ਜੀ ਬ੍ਰਾਹਮਪੁਰ ਲਓ ਜੀ ਪਹਿਲਾਂ ਹੈਰੀ ਰੰਗੀ ਹੈ ਵੀਰੇ ਅਜਮੇਰ ਸਿੰਘ ਜੀ ਸੋਲਖੀਆਂ ਚਤਰ ਸਿੰਘ ਜੀ ਬਹਿਰਾਮਪੁਰ ਚਤਰ ਸਿੰਘ ਜੀ ਬਹਿਰਾਮਪੁਰ ਅਜਮੇਰ ਸਿੰਘ ਜੀ ਸੋਲਖੀਆਂ ਨਹੀਂ ਰਿਸ਼ਤਾ ਸੂਰ ਮੈਂ ਤੁਹਾਡੀਆਂ ਇਹ ਮਨੀ ਬਗਲੀ ਬਈ ਮਨੀ ਬਗਲੀ ਦਾ ਉਸਤਾਦ ਬਣਦੇ ਮੁੰਡੇ ਕਹਿੰਦੇ ਮਨੀ ਦਾ ਨਾਂ ਜ਼ਰੂਰ ਲਓ ਚੌਥਾ ਨਾਮ ਹੈ ਜੀ ਸਰਦਾਰ ਅਮਰਜੀਤ ਸਿੰਘ ਜੀ ਸੋਲਖੀਆਂ ਅਮਰਜੀਤ ਜੀ ਸੋਲਖੀਆਂ ਸੱਤਵਾਂ ਨਾਮ ਹੈ ਜੰਗ ਸਿੰਘ ਬਲਾਣਾ ਅਮਰਜੀਤ ਜੀ ਸੋਲਖੀਆਂ ਸਨਮਾਨ ਲਓ ਸਵਰਜੀਤ ਮਜਾਲੀਆਂ ਲਓ ਜੀ ਧੰਨਵਾਦ ਜੀ ਇਸ ਤਰ੍ਹਾਂ ਨਾਮ ਤੇ ਆ ਲੈ ਗੋਲੂ ਜੀ ਅਮਰਜੀਤ ਗੋਲੂ ਜੀ ਚਲੋ ਹੋ ਸਟੇਜ ਵੱਲ ਨੂੰ ਬਈ ਬਲਵੰਤ ਸੋਲਖੀਆਂ ਬਲਵੰਤ ਸਿੰਘ ਜੀ ਸੋਲਖੀਆਂ ਬਲਵੰਤ ਸਿੰਘ ਜੀ ਪੱਪਾ ਸੋਲਖੀਆਂ ਹਾਂਜੀ ਸਾਰੇ ਕਲੱਬ ਮੈਂਬਰ ਸਾਰੇ ਕਲੱਬ ਮੈਂਬਰ ਦਲਵੀਰ ਸੋਹਲ ਜੀ ਮੋਹਨ ਮਨਦੀਪ ਕਿਰਨਦੀਪ ਸੋਹਲ ਅਮਨ ਹਰਮਨ ਗੁਰਿੰਦਰ ਜੀ ਜਿੰਨੇ ਵੀ ਕਲੱਬ ਮੈਂਬਰ ਨੇ ਪ੍ਰਧਾਨ ਜੀ ਮੇਰੇ ਕੋਲ ਆ ਕੇ ਦੱਸੀ ਜਾਓ ਨਾਂ ਕਲੱਬ ਦੇ ਪ੍ਰਧਾਨ ਸਾਡੇ ਵੀਰ ਕੱਲਾ ਕੱਲਾ ਵੀਰ ਕਲੱਬ ਮੈਂਬਰ ਸਾਰੇ ਹੀ ਆ ਜਾਓ ਸਾਰੇ ਹੀ ਕਲੱਬ ਮੈਂਬਰ ਸਾਰੇ ਨੌਜਵਾਨ ਵੀਰ ਕੱਲੇ ਕੱਲੇ ਆ ਕੇ ਲਈ ਜਾਓ ਜੀ ਸਨਮਾਨ ਸਾਰੇ ਕਲੱਬ ਮੈਂਬਰ ਵਾਰੋ ਵਾਰੀ ਆ ਕੇ ਸਨਮਾਨ ਲਓ ਦਲਵੀਰ ਮੋਹਨ ਮਨਦੀਪ ਕਿਰਨ ਅਮਨ ਹਰਮਾਨ ਸੁਰਿੰਦਰ ਜੀ ਜਿੰਨੇ ਵੀ ਕਲੱਬ ਦੇ ਮੈਂਬਰ ਨੇ ਸਾਰੇ ਹੀ ਕਲੱਬ ਮੈਂਬਰ ਬਾਂਟੀ ਵੀਰ ਸਾਰੇ ਹੀ ਕਲੱਬ ਦੇ ਮੈਂਬਰ ਬਾਂਟੀ ਪ੍ਰਧਾਨ ਜੀ ਸਾਰੇ ਹੀ ਕਲੱਬ ਦੇ ਮੈਂਬਰ ਸਨਮਾਨ ਲਓ ਆ ਜਾ ਕੇ ਆਓ ਸਾਰੇ ਵੀਰ ਦਲਵੀਰ ਮੋਹਨ ਮਨਦੀਪ ਕਿਰਨ ਸੋਹਲ ਸਾਹਿਬ ਸਾਰੇ ਵੱਡੇ ਵੀਰ ਦਾ ਸਨਮਾਨ ਕੀਤਾ ਸੀ ਮੇਰਾ ਵੀ ਹਰਮਨ ਸੁਰਿੰਦਰ ਸ਼ਿੰਦੇ ਵੀਰ ਦਾ ਧੰਨਵਾਦ ਆ ਕੇ ਸਾਰੇ ਵੀਰ ਆ ਕੇ ਸਨਮਾਨ ਲੈਣ ਸਾਰੇ ਕਲੱਬ ਮੈਂਬਰ ਇੱਕ ਥੱਲੇ ਗਰੁੱਪ ਫੋਟੋ ਲੈਣੀਆਂ ਅੱਜ ਦੀਆਂ ਸਾਡੀਆਂ ਮਾਣਯੋਗ ਸ਼ਖਸੀਅਤਾਂ ਜੋ ਇਨਾਮਾਂ ਦੀ ਵੰਡ ਕਰ ਰਹੀਆਂ ਨੇ ਥੱਲੇ ਖੜ ਕੇ ਪਹਿਲਾਂ ਇੱਕ ਗਰੁੱਪ ਫੋਟੋ ਕਰਾਵਾਂਗੇ ਆਪਾਂ ਸਾਰੇ ਕਲੱਬ ਮੈਂਬਰ ਸਾਰੇ ਸਾਡੇ ਨੌਜਵਾਨ ਵੀਰ ਸੋਨੂ ਖਾਪੜਾ ਤੇ ਸਾਡਾ ਵੀਰ ਹੈਪੀ ਖਾਪੜਾ ਗੁਰਮੇਲ ਸਿੰਘ ਜੀ ਤੁਹਾਨੂੰ ਨਰਿੰਦਰ ਸਿੰਘ ਜੀ ਕੰਗ ਬੂਰ ਮਾਜਰੇ ਵਾਲੇ ਮਿਲ ਨੂੰ ਕਹਿੰਦੇ ਨੇ ਮਿਲ ਕੇ ਜਾਇਓ ਗੁਰਮੇਲ ਸਿੰਘ ਜੀ ਮਾਸਟਰ ਜੀ ਨਰਿੰਦਰ ਸਿੰਘ ਜੀ ਕੰਗ ਸਾਹਿਬ ਮਿਲਣ ਨੂੰ ਕਹਿੰਦੇ ਨੇ ਸੋਨੂ ਖਾਪੜਾ ਹੈਪੀ ਖਾਪੜਾ ਸੋਨੂ ਵੀਰ ਇੰਗਲੈਂਡ ਦੇ ਵਿੱਚ ਵੀ ਸਮਾਂ ਲਾਇਆ 5100 ਰੁਪਏ ਪਏ ਵੀਰ ਨੇ
अमन रिहल दा मनदीप ने ले लिया सम्मान अमन रिहल दा गिंदे भाई ते धन्नवाद कड़ूआ इन्हां दे रिश्तेदार दी भाई ओ गड्डी पहले नंबर ते आई आ जॉनी चहला हरियाणे वाले दी 2428 कल परसों भी पहले नंबर ते नाम चक्या आ जाओ सारे क्लब मेंबर भाई इकट्ठे हो जाओ अनाम वाले रुक जाओ जी भाई हले अनाम वाले नेड़े आ जाओ पर साइड ते मास्टर उस्ताद जी गुरमेल सिंह जी तुसी नरेंद्र सिंह जी कंक साहब तुहानू मिलना चाहुंदे ने स्पैशल तुहानू जिन्हां ने 2007-06-07 दे विच खेड मिला दे सोने की मुंदरी पाई और जैलदार जी ने 2011 दे विच तुहानू सोने के कंठे नाल सन्मान किया राजे भाई का भी धन्यवाद समाने वाले भाई राजे का अज का वह भी बड़ा जोर लगे है सारे क्लब मैंबर थोड़ी लिस्ट हूँ पता नहीं कितने वीर जी सारे क्लब मैंबर आज हूँ बंटी भाई सारे कुछ हाँ जी जेडे फर्स्ट सैकंड आए ने भाई जो 23 नाम बन दिते जाने ने 25 नाम सारे वीर नेड़े आज भाई बढ़दन दे शौकी लो जी पहला नंबर है जी जौनी चहला हरियाणा जौनी चहला भाई तुहानू मुबारक 2428 दे विच कल परसों भी जितया इस वीर ने इनाम लो जी क्लब वाले भी नाल खड़ जाओ मैंबर दूजा नाम फतेह जंग सिंह सोलखियां जी मुबारक जी फतेह जंग जी दूजा नाम है इन्हों का ते तीजा नाम भी जंग सिंह जी सोलखियां दो नाम प्राप्त किए जी गुरतेज सिंह जी मानका बलराज जी वो आउन जी आके लेके जान अपना अगला नाम तीजा नाम चौथा नाम मानके वाला बलराज जी हाँ जी चार हो गए जी चौथे वाले आ गए जी चौथा जी थोड़ा दूजा तीजा नाम लो जी जंग सिंह जी वाला तीजा नाम दो जी तीजा तीजा नाम सो जंग सिंह सोलखियां दी ती है जो बच्चिया ने दूजा ते तीजा नाम प्राप्त किया हाँ जी चौथा नाम गुरताज और बलराज जी मानका 2468 वो आके लेके जान जी आपका चौथा नाम पर्ची दे जाओ जी सो बिल्ला डीजे साउंड बहुत धन्यवाद पंजाबी लैब डॉट कॉम से चले अज का प्रसारण कुलविंदर सिंह जी बसूवाल पंजवा नाम कुलविंदर सिंह जी बसूवाल कुलविंदर सिंह जी बसूवाल पंजवा नाम ना माने खान जी माने खान आउन जी चौथा नाम लैना कुलविंदर सिंह बसूवाल पंजवा नाम हां जी सतवा नाम गुरमेल सिंह जी बालसिंडा अठवा जी गग्गी हरनामपुरा फतेह जंग सिंह जी नौवां जी फतेह जी जंग सिंह जी
ਨੌਵਾਂ ਤੇ ਮਨਪ੍ਰੀਤ ਸਿੰਘ ਜੀ ਰਈਆ ਹਾਂਜੀ ਮਨਪ੍ਰੀਤ ਰਈਆ ਹਾਂਜੀ ਗਿਆਰਵਾਂ ਮਨਪ੍ਰੀਤ ਰਈਆ ਜੀ ਸਵਰਨਜੀਤ ਸਿੰਘ ਜੀ ਮਝਾਲੀ ਕਲਾਂ ਸਵਰਨਜੀਤ ਸਿੰਘ ਜੀ ਮਝਾਲੀ ਕਲਾਂ ਗੱਗੀ ਸਵਰਨ ਸਿੰਘ ਜੀ ਮਝਾਲੀ ਕਲਾਂ ਤੋਂ ਬਾਅਦ ਗੱਗੀ ਹਰਨਾਮਪੁਰਾ ਗੱਗੀ ਹਰਨਾਮਪੁਰਾ ਹਾਂਜੀ ਚਮਕਾ ਗੱਗੀ ਹਰਨਾਮਪੁਰੇ ਤੋਂ ਬਾਅਦ ਚਮਕੌਰ ਸਿੰਘ ਜੀ ਮਕਸੂਦਲਾ ਹੁਣ ਰਮਨਜੋਤ ਸਿੰਘ ਜੀ ਮਕੜੌਨਾ 26:03 ਦਾ ਸਮਾਂ ਹੈ ਮਨਜੋਤ ਸਿੰਘ ਜੀ ਮਕੜੌਨਾ ਆ ਗਈ ਜੀ ਪਰਚੀ ਤੇ ਉਸ ਤੋਂ ਬਾਅਦ ਮਨਜੋਤ ਤੋਂ ਬਾਅਦ ਰਮਨ ਰਮਨਜੋਤ ਸਿੰਘ ਜੀ ਮਕੜੌਨਾ 26:03 ਬਹਾਦਰ ਸਿੰਘ ਜੀ ਅਗਲਾ ਨਾਮ ਬਹਾਦਰ ਸਿੰਘ ਜੀ ਰਾਜੇ ਮਾਜਰਾ 17 ਬਹਾਦਰ ਸਿੰਘ ਜੀ ਬਹਾਦਰ ਸਿੰਘ ਜੀ ਕੱਜਲਾ ਬਚਨ ਸਿੰਘ ਜੀ ਭੁੱਪੀ ਬਚਨ ਸਿੰਘ ਜੀ ਭੁੱਪੀ ਕੁੱਲਾ ਕਨੇਡਾ ਕੁੱਲਾ ਕਨੇਡਾ 29:90 ਦਾ ਸਮਾਂ ਹੈ ਹੈਰੀ ਰੰਗੀ ਹੈਰੀ ਰੰਗੀ ਹਾਂ ਹਾਂਜੀ ਹਾਂ ਬੀਮਾ ਤੇ ਰਣਧੀਰ ਸਿੰਘ ਜੀ 26:93-21 ਹੈਰੀ ਰੰਗੀ ਜੀ ਆ ਗਿਆ ਜੀ ਹੈਰੀ ਰੰਗੀ ਹੈ ਜੀ ਆ ਬੀ ਆਰ ਕੀ ਹੈਰੀ ਰੰਗੀ ਤੇ ਰਣਧੀਰ ਸਿੰਘ ਜੀ 26:93 ਦਾ ਸਮਾਂ ਹੈ ਇਹਨਾਂ ਦਾ ਬਾਈਵਾਂ ਨਾਮ ਬਿੰਦਰ ਸਿੰਘ ਜੀ ਤੁਹਾਡੇ ਬਿੰਦਰ ਸਿੰਘ ਜੀ ਤੁਹਾਡੇ 27:15 ਬਿੰਦਰ ਸਿੰਘ ਜੀ ਇਹ ਬਾਈਵਾਂ ਨਾਮ ਹੈ 23 ਨਾਮ ਚਮਕੌਰ ਸਿੰਘ ਜੀ ਮਕਸੂਦੜਾ ਆ 22 ਨਾਮ ਲਿਓ ਜੀ ਪਹਿਲਾਂ ਇੱਕੀਵਾਂ ਰਣਧੀਰ ਸਿੰਘ ਜੀ ਦਾ ਸੀ ਆ 22 ਦੋ ਜੀ ਬਿੰਦਰ ਸਿੰਘ ਜੀ ਚਮਕੌਰ ਸਿੰਘ ਜੀ ਮਕਸੂਦੜਾ 23 ਚਮਕੌਰ ਸਿੰਘ ਜੀ ਮਕਸੂਦੜਾ 23 ਹਾਂਜੀ 24 ਬਿੱਟੂ ਧਮੋਟ ਕੁਲਵੰਤ ਸਿੰਘ ਜੀ ਕੋਟ ਗੰਗੂ ਰਾਏ 25 ਨਾਮ ਮਾਸਟਰ ਜੀ 26 ਦੱਸਿਓ ਜੀ ਨਹੀਂ ਇੱਥੇ ਲਿਖਿਆ ਨਹੀਂ ਜਾਏਗਾ ਕੁਲਵੰਤ ਸਿੰਘ ਜੀ ਕੋਟ ਗੰਗੂ ਰਾਏ 25 ਜੀ ਜੱਸਾ ਹੇੜੀਆਂ ਭਾਈ 26 ਮਾਸਟਰ ਜੀ ਜੱਸਾ ਹੇੜੀਆਂ 26 ਨਾਮ ਜੱਸਾ ਹੇੜੀਆਂ ਹੈਗੇ ਵੀਰ ਮਾਸਟਰ ਜੀ ਤੁਸੀਂ ਸਟੇਜ ਤੇ ਆ ਜਾਓ ਜੀ ਸਤਿਕਾਰਯੋਗ ਸ਼ਖਸੀਅਤਾਂ ਹਾਂਜੀ ਹੇੜੀਆਂ ਵਾਲਾ ਜੱਸਾ ਮਾਸਟਰ ਜੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਰਾਜਾ ਸਮਾਣਾ ਉਹ ਵੀ ਆ ਕੇ ਸਨਮਾਨ ਲੈਣਾ ਆ ਹੇੜੀਆਂ ਵਾਲਾ ਆ ਗਿਆ ਮਾਸਟਰ ਜੀ ਪਰਚੀ ਦਿਓ ਜੀ ਇਹਨਾਂ ਦੀ 26 ਨਾਮ ਫੜਾਇਓ ਜੀ ਜੱਸਾ ਹੇੜੀਆਂ ਜੈਲਦਾਰ ਜੀ ਕਹਿੰਦੇ ਬੜੀ ਦਿਨਾਂ ਦੀ ਦੇਰੀ ਤੋਂ ਬਾਅਦ ਖੇਡ ਚਾਲੂ ਹੋਈ ਆ ਪਰਮਾਤਮਾ ਦੀ ਕਿਰਪਾ ਨਾਲ ਸੋ ਸੋਨੂੰ ਸਾਡਾ ਵੀਰ ਹੈਪੀ ਵੀਰ ਧੰਨਵਾਦ ਖਾਬੜਿਆਂ ਤੋਂ ਵੱਡਾ ਮਾਣ ਕਰਦੇ ਨੇ ਸਰਜੀਤ ਸਿੰਘ ਜੀਤਾ ਕਕਰਾਲੀ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਉਹ ਆ ਕੇ ਆਪਣਾ ਸਨਮਾਨ ਚਿੰਨ ਲੈਣ ਸਰਜੀਤ ਕਕਰਾਲੀ ਜੋ ਨਹੀਂ ਹੈਗੇ ਉਹਨਾਂ ਦੇ ਨਾਲ ਕੋਈ ਸਾਥੀ ਸ਼ਾਇਦ ਚਲੇ ਗਏ ਨੇ ਉਹਨਾਂ ਦੇ ਸਾਥੀ ਵੀਰ ਨੂੰ ਮੇਰੀ ਬੇਨਤੀ ਆ
ਸਰਜੀਤ ਸਿੰਘ ਜੀ ਜੀਤਾ ਕਕਰਾਲੀ ਅੰਤਰਰਾਸ਼ਟਰੀ ਕਮੈਂਟੇਟਰ ਆ ਕੇ ਸਨਮਾਨ ਲੈਣ। ਇੱਕ ਮਿੰਟ ਜੀ, ਮੇਰਾ ਸਾਥੀ ਬੁਲਾਰਾ ਜੀ, ਠੀਕ ਆ ਜੀ, ਕੋਈ ਗੱਲ ਨਹੀਂ, ਮੈਨੂੰ ਫੜਾ ਦਿਓ ਜੀ, ਮੈਂ ਪਹੁੰਚਾ ਦੂੰਗਾ ਜੀ, ਪਰ ਰਾਜ ਟੋਲ ਟੈਕਸ ਲੱਗਣਾ ਜੀ। ਅਮਨ ਸੋਲ ਸੋਲਖੀਆਂ, ਅਮਨ ਸੋਲ ਸੋਲਖੀਆਂ, ਉਹ ਵੀ ਆ ਕੇ ਸਨਮਾਨ ਚਿੰਨ ਲੈਣ। ਸਰਜੀਤ ਸਿੰਘ ਜੀ ਕਕਰਾਲੀ ਦਾ 2100 ਰੁਪਏ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਸਰਜੀਤ ਸਿੰਘ ਜੀ ਕਕਰਾਲੀ, ਕੁਲਵੀਰ ਆ ਜਾ, ਤੂੰ ਵੀ ਆ ਜਾ, ਕੁਲਵੀਰ ਕੁਲਵੀਰ ਦਾ ਦੇ ਦੇਈਏ। ਹਾਂਜੀ, ਪੰਜਾਬੀ ਲਾਈਵ ਟੀਵੀ ਵਾਲੇ ਵੀ ਬਿੱਲਾ ਸਾਊਂਡ ਵੀਰ, ਬਿੱਲਾ ਸਾਊਂਡ ਬਾਲ ਸਿੰਡਾ ਆ ਕੇ ਸਨਮਾਨ ਲੈਣ, ਪੰਜਾਬੀ ਲਾਈਵ ਵਾਲੇ ਉਹ ਵੀ ਆ ਕੇ ਸਨਮਾਨ ਲੈਣ, ਤੇ ਢਾਡੀ ਜਿਹਦਾ ਦੀਦਾਰ ਸਿੰਘ ਜੀ ਲੈ ਗਏ ਜੀ, ਦੇ ਦਿੱਤਾ ਜੀ, ਤੇ ਹੁਣ ਕੁਛ ਸਨਮਾਨ ਰਹਿੰਦੇ ਨੇ। ਬਾਬਾ ਨਾਗਰ ਸਿੰਘ ਜੀ ਮਹਾਂਪੁਰਸ਼ ਜਿਹਨਾਂ ਵੱਲੋਂ ਮਹਾਂਪੁਰਸ਼ ਬਾਬਾ ਨਾਗਰ ਸਿੰਘ ਜੀ ਹਰੀਆਂ ਬੇਲਾਂ ਜੋ ਅਮੀਤ ਜਥੇਦਾਰ ਨੇ ਉਹਨਾਂ ਦੇ ਸਨਮਾਨ ਕਰਦੇ ਹੋਏ, ਦਵਿੰਦਰ ਸਿੰਘ ਜੀ ਬਾਜਵਾ, ਨਰਿੰਦਰ ਸਿੰਘ ਜੀ ਕੰਗ, ਸੁਖਵਿੰਦਰ ਸਿੰਘ ਜੀ ਗਿੱਲ ਘਾਟ ਕਲੱਬ ਦੇ ਪ੍ਰਧਾਨ, ਜੈਲਦਾਰ ਚੈੜੀਆਂ, ਨਰਿੰਦਰ ਸਿੰਘ ਜੀ ਸਿਓ ਮਾਜਰਾ, ਬਿੱਟੂ ਬਾਜਵਾ, ਮੇਜਰ ਸਿੰਘ ਜੀ ਰਾਊਡ ਮਾਜਰਾ, ਬਲਵਿੰਦਰ ਦੇ ਜੈਲ ਚੱਕਰ, ਨਰਿੰਦਰ ਸਿੰਘ ਜੀ ਮਾਵੀ, ਚੇਅਰਮੈਨ ਬਲਾਕ ਸੰਮਤੀ ਰੋਪੜ, ਉਹ ਆ ਕੇ ਆਪਣਾ ਸਨਮਾਨ ਲੈਣ। ਉਹਨਾਂ ਤੋਂ ਬਾਅਦ ਨਰਿੰਦਰ ਸਿੰਘ ਜੀ, ਜੈਲਦਾਰ ਸਤਵਿੰਦਰ ਸਿੰਘ ਜੀ ਚੈੜੀਆਂ, ਜਿਨ੍ਹਾਂ ਨੇ ਸਰਦਾਰ ਗੁਰਮੇਲ ਸਿੰਘ ਜੀ ਮਾਸਟਰ ਜੀ ਉਸਤਾਦ ਜੀ ਨੂੰ ਸੋਨੇ ਦੇ ਕਾਂਠੇ ਨਾਲ 2011 ਦੇ ਖੇਡ ਮੇਲੇ ਤੇ ਸਨਮਾਨ ਕੀਤਾ। ਉਹਨਾਂ ਤੋਂ ਬਾਅਦ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ, ਜੋ ਪ੍ਰਧਾਨ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਰੋਪੜ ਦੇ, ਬਿੱਲਾ ਸਾਊਂਡ, ਇੱਕ ਮਿੰਟ ਜੀ ਬਿੱਲਾ ਜੀ, ਤੇ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਸਨਮਾਨ ਚਿੰਨ ਲੈਣ। ਦਵਿੰਦਰ ਸਿੰਘ ਜੀ ਬਾਜਵਾ ਸਾਹਿਬ, ਨਰਿੰਦਰ ਸਿੰਘ ਜੀ ਕੰਗ ਸਾਹਿਬ ਉਹਨਾਂ ਦਾ ਸਨਮਾਨ, ਬਾਬਾ ਨਾਗਰ ਸਿੰਘ ਜੀ ਮੀਤ ਜਥੇਦਾਰ ਹਰੀਆਂ ਬੇਲਾਂ, ਜਿਨ੍ਹਾਂ ਦੇ ਅੱਜ ਘੋੜੇ ਵੀ 3 ਪੋਜੀਸ਼ਨਾਂ 'ਤੇ ਆਏ, ਨਰਿੰਦਰ ਸਿੰਘ ਜੀ ਕੰਗ ਸਾਹਿਬ, ਬਾਜਵਾ ਸਾਹਿਬ ਸਨਮਾਨ ਕੀਤੇ ਗਏ ਇਹਨਾਂ ਦੇ, ਜੈਲਦਾਰ ਸਾਹਿਬ, ਮਾਵੀ ਸਾਹਿਬ, ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ, ਜਿਨ੍ਹਾਂ ਨੇ 5 ਨਾਮ ਘੋੜੀਆਂ ਦੇ ਕੰਗ ਸਾਹਿਬ, 5 ਨਾਮ ਬਲਦਾਂ ਦੇ, ਤੇ 10,000 ਰੁਪਇਆ, ਬਹਾਦਰ ਸਿੰਘ ਜੀ ਉਹ ਵੀ ਆ ਕੇ ਸਨਮਾਨ ਲੈਣ। ਹਾਂਜੀ, ਸੁਖਵਿੰਦਰ ਸਿੰਘ ਜੀ ਪ੍ਰਧਾਨ ਘਾਟ ਕਲੱਬ ਗਿੱਲ ਸਾਹਿਬ, ਗਿੱਲ ਸਾਹਿਬ ਦਾ ਸਨਮਾਨ। ਸਾਡੇ ਅੱਜ ਦੇ ਖੇਡ ਮੇਲੇ ਦੇ ਵਿੱਤ ਮੰਤਰੀ ਸਾਹਿਬ, ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਜੀ। ਸੁਖਵਿੰਦਰ ਸਿੰਘ ਜੀ ਪ੍ਰਧਾਨ ਘਾਟ ਕਲੱਬ, ਜਿਨ੍ਹਾਂ ਨੇ 10,000 ਰੁਪਇਆ ਤੇ ਨਾਲ ਹੀ ਮਾਤਾ ਗੁਰਨਾਮ ਕੌਰ ਜੀ ਸੋਲਖੀਆਂ ਪ੍ਰਧਾਨ ਨੇ ਸਾਡੀ ਪਾਰਟੀ ਦੇ, ਨਰਿੰਦਰ ਸਿੰਘ ਜੀ ਕੰਗ ਸਾਹਿਬ ਮਾਣ ਵੀ ਕਰਦੇ ਨੇ 100 ਰੁਪਏ ਦੇ ਨਾਲ, 200 ਰੁਪਏ ਦੇ ਨਾਲ ਇਸ ਵੀਰ ਦੇ। ਹਾਂਜੀ, ਬਾਜਵਾ ਸਾਹਿਬ ਨੂੰ ਬੇਨਤੀ ਆ, ਉਹ ਧੰਨਵਾਦ ਕਰਨਗੇ ਤੇ ਆਪਣੇ ਮੁੱਖ ਤੋਂ ਲਫ਼ਜ਼ ਉਹ ਸਾਂਝੇ ਕਰਨਗੇ। ਬਹੁਤ ਬਹੁਤ ਹੀ ਸਤਿਕਾਰਯੋਗ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ, ਤੇ ਨਾਲ ਸਾਡੇ ਸਤਿਕਾਰਯੋਗ ਵੀਰ ਸਮਾਨਯੋਗ ਸਰਪੰਚ ਸਾਹਿਬ ਸਰਦਾਰ
ਜੰਗ ਸਿੰਘ ਜੀ ਸੋਲਖੀਆਂ ਸਮੁੱਚੀ ਗ੍ਰਾਮ ਪੰਚਾਇਤ ਤੇ ਕਲੱਬ ਦੇ ਮੈਂਬਰ ਸਾਹਿਬਾਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਇਲਾਕੇ ਦੇ ਵਿੱਚ ਹੁਣ ਵੱਖ ਵੱਖ ਭਾਵੇਂ ਨਗਰਾਂ ਦੇ ਵਿੱਚ ਖੇਡ ਮੇਲੇ ਤਾਂ ਕਬੱਡੀ ਦੇ ਹੋ ਰਹੇ ਹੈ, ਪਰ ਜੰਗ ਸਿੰਘ ਜੀ ਨੇ ਅੱਜ ਬੜੇ ਦਿਨਾਂ ਤੋਂ ਜਿਹੜਾ ਬੜੇ ਚਿਰਾਂ ਤੋਂ ਕਈ ਸਾਲਾਂ ਤੋਂ ਸਾਡੇ ਇਲਾਕੇ ਦੇ ਵਿੱਚ ਘੋੜਿਆਂ ਦੀਆਂ ਦੌੜਾਂ ਤੋਂ ਜੋ ਬਲਦਾਂ ਦੀਆਂ ਦੌੜਾਂ ਸੀਗੀਆਂ ਇਹਨਾਂ ਦੇ ਜੋਹਰ ਜਿਹੜੇ ਦੇਖਣ ਨੂੰ ਸੰਗਤਾਂ ਨੂੰ ਬੜੇ ਚਿਰਾਂ ਦੀ ਡਿਮਾਂਡ ਆ ਰਹੀ ਸੀ। ਕਹਿੰਦੇ ਬਈ ਤੁਸੀਂ ਕਬੱਡੀ ਉਹ ਕਬੱਡੀ ਕਰਾਈ ਜਾ ਰਹੇ ਹੋ, ਕਿਤੇ ਬਲਦਾਂ ਦਾ ਕਿਤੇ ਘੋੜੀਆਂ ਦਾ ਵੀ ਮਾੜਾ ਮੋਟਾ ਪ੍ਰੋਗਰਾਮ ਰੱਖੋ। ਸੋ ਮੈਂ ਆਪਣੇ ਵੀਰ ਸਰਦਾਰ ਜੰਗ ਸਿੰਘ ਜੀ ਨੂੰ ਵਧਾਈਆਂ ਦਿੰਦਾ ਵੀ ਤੁਸੀਂ ਬਹੁਤ ਇਹ ਸਤਿਕਾਰਯੋਗ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਇਲਾਕੇ ਵਾਸਤੇ ਵੀ ਜਿਹੜਾ ਘੋੜੀਆਂ ਅਤੇ ਬਲਦਾਂ ਦੀਆਂ ਦੌੜਾਂ ਇੱਥੇ ਆਪਣੇ ਨਗਰ ਸਾਡੇ ਸੋਲਖੀਆਂ ਵਿਖੇ ਸਾਡਾ ਆਪਣਾ ਇਲਾਕਾ ਸਾਡਾ ਆਪਣਾ ਹੀ ਨਗਰ ਆ ਸੋਲਖੀਆਂ, ਇਹਨਾਂ ਨੇ ਬੁਲਾ ਕੇ ਬੜੀ ਦੂਰ ਦੂਰ ਤੋਂ ਹਰਿਆਣੇ ਅਤੇ ਵੀ ਪੰਜਾਬ ਤੋਂ ਵੱਖ ਵੱਖ ਜ਼ਿਲ੍ਹਿਆਂ ਤੋਂ ਪਹੁੰਚ ਕਰਕੇ ਬਲਦਾਂ ਵਾਲਿਆਂ ਨੇ ਇੱਥੇ ਨਗਰ ਸੋਲਖੀਆਂ ਜੌਹਰ ਦਿਖਾਏ ਹੈ। ਮੈਂ ਬਲਦਾਂ ਵਾਲੇ ਵੀਰਾਂ ਨੂੰ ਭਾਈ ਅਤੇ ਘੋੜੀਆਂ ਵਾਲੇ ਸਾਰਿਆਂ ਨੂੰ ਇੱਕ ਬੇਨਤੀ ਕਰੂੰਗਾ ਵੀ ਕਬੱਡੀ ਦੇ ਖੇਡ ਮੇਲਿਆਂ 'ਚ ਵੀ ਅਤੇ ਵੱਖ ਵੱਖ ਖੇਡ ਮੇਲਿਆਂ 'ਚ ਭਲਵਾਨਾਂ ਦੇ ਖੇਡ ਮੇਲਿਆਂ 'ਚ ਵੀ ਜਾਣ ਦਾ ਮੌਕਾ ਮਿਲਦਾ ਹੈ ਵੀ ਜਿਹੜੀ ਮਾਲੀ ਆ ਉਹ ਹਰਿਆਣੇ ਵਾਲੇ ਮਾਰੀ ਜਾ ਰਹੇ ਆ, ਹੁਣ ਤੁਸੀਂ ਮਾੜੇ ਮੋਟੇ ਗੌਰ ਰੱਖਿਓ ਕਿਤੇ ਬਲਦਾਂ ਦੇ ਖੇਤਰ ਵੀ ਹਰਿਆਣੇ ਵਾਲੇ ਸਾਥ ਅੱਗੇ ਲੰਘ ਜਾਵੇ ਵੀ ਕਬੱਡੀ ਦੇ ਖੇਤਰ ਵਿੱਚ ਕੁੜੀਆਂ ਦੀ ਖੇਡ ਕਬੱਡੀ ਲਾਓ ਭਾਵੇਂ ਨੈਸ਼ਨਲ ਕਿਸੇ ਵੀ ਨੈਸ਼ਨਲ ਗੇਮਾਂ 'ਚ ਲਾਓ ਅਤੇ ਫਸਟ ਹਰਿਆਣੇ ਦੀਆਂ ਲੜਕੀਆਂ ਜਾ ਰਹੀਆਂ ਅਤੇ ਹਰਿਆਣੇ ਦੇ ਲੜਕੇ ਜਾ ਰਹੇ ਹੈ। ਜਿਹੜਾ ਪੰਜਾਬ ਦਾ ਖੇਡਾਂ ਦਾ ਖੇਤਰ ਹੈ ਉਹ ਥੋੜ੍ਹਾ ਪਛੜਦਾ ਜਾ ਰਿਹਾ, ਇਹ ਜਿਹੜੇ ਆਪਣੇ ਬੈਲ ਗੱਡੀਆਂ ਹੈ ਭਾਵੇਂ ਘੋੜੀਆਂ ਦੀਆਂ ਦੌੜਾਂ ਇਹ ਸਾਡਾ ਸੱਭਿਆਚਾਰ ਮੇਲੇ ਪੰਜਾਬ ਦੇ ਨੇ ਅਤੇ ਬਾਹਰਲੀਆਂ ਸਟੇਟਾਂ ਹੁਣ ਸਾਥੇ ਖੋਹ ਕੇ ਲਿਜਾ ਰਹੀਆਂ। ਸੋ ਇਹ ਸਾਨੂੰ ਇਸਦਾ ਬੜਾ ਧਿਆਨ ਦੇਣਾ ਪਊਗਾ। ਸਾਡੇ ਖੇਡ ਪ੍ਰਮੋਟਰ ਵੀ ਖੜ੍ਹੇ ਜੈਲਦਾਰ ਸਾਹਿਬ ਸਰਦਾਰ ਨਰਿੰਦਰ ਸਿੰਘ ਜੀ ਮਾਵੀ ਹੋਰ ਇਲਾਕੇ ਦੀਆਂ ਮੁੱਖ ਵੱਖ ਸ਼ਖਸੀਅਤਾਂ ਖੜ੍ਹੀਆਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਭਾਈ ਆਪਾਂ ਨੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ। ਮੇਰੇ ਸਤਿਕਾਰਯੋਗ ਵੀਰ ਨਰਿੰਦਰ ਸਿੰਘ ਜੀ ਕੰਗ ਜੋ ਮੇਰੇ ਨਾਲ ਹਰ ਖੇਡ ਮੇਲੇ 'ਚ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੰਦੇ ਹਨ, ਘਾੜ ਕਲੱਬ ਤੋਂ ਮੇਰੇ ਵੀਰ ਗਿੱਲ ਸਾਹਿਬ, ਇਹਨਾਂ ਨੂੰ ਇਹ ਜਾਣੀ ਪਾਣੀ ਸ਼ਖਸੀਅਤ ਸਾਡੇ ਇਲਾਕੇ ਦੀ। ਕੋਈ ਵੀ ਖੇਡ ਮੇਲਾ ਹੋਵੇ ਭਾਵੇਂ ਕੋਈ ਵੀ ਬਲੱਡ ਕੈਂਪ ਹੋਵੇ ਕੋਈ ਵੀ ਸਮਾਜ ਦਾ ਖੇਤਰ ਹੋਵੇ ਇਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੰਦੇ। ਅੰਤ ਵਿੱਚ ਮੈਂ ਫਿਰ ਸਾਰੇ ਨਗਰ ਵਾਸੀਆਂ ਦਾ ਸਮੁੱਚੀ ਗ੍ਰਾਮ ਪੰਚਾਇਤ ਦਾ ਸਮੁੱਚੇ ਕਲੱਬ ਦਾ ਧੰਨਵਾਦ ਕਰਦਾ, ਤੁਸੀਂ ਸਾਨੂੰ ਇੱਥੇ ਬੁਲਾ ਕੇ ਮਾਣ ਨੇ ਨਵਾਜਿਆ। ਮੈਂ ਹੁਣ ਸਤਿਕਾਰਯੋਗ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਸਰਦਾਰ ਜੈਲਦਾਰ ਸਿੰਘ ਜੀ, ਸਤਵਿੰਦਰ ਸਿੰਘ ਜੈਲਦਾਰ ਚਿਆੜੀਆਂ, ਇਹ ਵੀ 2 ਮਿੰਟਾਂ ਵਾਸਤੇ ਸੰਗਤਾਂ ਦਰਸ਼ਨ ਕਰਨਗੇ। ਮੈਂ ਫਿਰ ਸਪੈਸ਼ਲ ਤੌਰ 'ਤੇ ਧੰਨਵਾਦ ਕਰਦਾ ਬਾਬਾ ਨਾਗਰ ਸਿੰਘ ਜੀ ਦਾ, ਇਹਨਾਂ ਦਾ, ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲ ਦੇ ਮੁਖੀ, ਉਹਨਾਂ ਦੇ ਨਾਲ ਸਾਡਾ ਮੇਲਾ ਚੋਲਾ ਹੁੰਦਾ ਰਹਿੰਦਾ। ਬਾਬਾ ਜੀ ਦਾ ਮੈਂ ਫਿਰ ਕੋਟਨਕੋਟ ਧੰਨਵਾਦ ਇਹਨਾਂ ਦੇ ਪਰਿਵਾਰ ਵੱਲੋਂ, ਇਹਨਾਂ ਵੱਲੋਂ ਸਾਨੂੰ ਬੁਲਾ ਕੇ ਇੱਥੇ ਮਾਨ ਸਨਮਾਨ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਕਾਰਯੋਗ ਸਾਡੇ ਬਾਬਾ ਜੀ ਨਾਗਰ ਸਿੰਘ ਜੀ ਅਤੇ ਸਾਡੇ ਬਹੁਤ ਸਤਿਕਾਰਯੋਗ ਸਰਪੰਚ ਸਾਹਿਬ ਜੰਗ ਸਿੰਘ ਜੀ ਸੋਲਖੀਆਂ, ਬੀਬੀ ਗੁਰਨਾਮ ਕੌਰ ਅਤੇ ਸਾਡੇ ਇਲਾਕੇ ਦੀਆਂ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ। ਅੱਜ ਬੜੀ ਖੁਸ਼ੀ ਹੋਈ ਕਿ ਬਹੁਤ ਸਾਲਾਂ ਤੋਂ ਬਾਅਦ ਇਹ ਬੈਲ ਗੱਡੀਆਂ ਦੀਆਂ ਜੋ ਦੌੜਾਂ ਦੁਬਾਰਾ ਤੋਂ ਸ਼ੁਰੂ ਹੋਈਆਂ, ਸਾਡੇ ਸਾਰੇ ਹੀ ਦੌੜਾਕ ਵੀਰਾਂ ਦੇ ਚਿਹਰਿਆਂ 'ਤੇ ਦੁਬਾਰੇ ਰੌਣਕਾਂ ਪਰਤੀਆਂ। ਸੋ ਮਾਲਕ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ, ਸਾਡੇ ਸਮਾਜ ਸੇਵੀਆਂ ਨੂੰ ਇਹੋ ਜਿਹੜੇ ਟੂਰਨਾਮੈਂਟ ਹੈ ਕਰਵਾਉਣ ਦਾ ਬਲ ਬਖਸ਼ੇ। ਸਭ ਤੋਂ ਵੱਡੀ ਗੱਲ, ਖੁਸ਼ੀ ਵਾਲੀ ਗੱਲ ਸਾਨੂੰ ਇਹ ਲੱਗੀ ਕਿ ਸਾਡਾ ਜੋ ਭਾਈਚਾਰਕ ਸਾਂਝ ਹੈ ਸਾਰੀ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਰਦਾਰ ਜੰਗ ਸਿੰਘ ਨੇ, ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਜਾਂ ਸਮਾਜ ਸੇਵੀ ਇਲਾਕੇ ਦੇ ਹੋਣ, ਸਾਰਿਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਜਿਹੜੀ ਇੱਕ ਭਾਈਚਾਰਕ ਸਾਂਝ ਦੀ ਪਿਰਤ ਪਾਈ ਹੈ, ਮੈਂ ਸਮਝਦਾ ਇਹ ਬਹੁਤ ਵੱਡੀ ਗੱਲ ਹੈ। ਪਿਛਲੇ ਸਮੇਂ ਤੋਂ ਜਿੰਨੇ ਵੀ ਸਾਡੇ ਇਲਾਕੇ ਦੇ ਵਿੱਚ ਟੂਰਨਾਮੈਂਟ ਹੁੰਦੇ ਨੇ ਸਾਡੇ ਇਲਾਕੇ ਦਾ, ਮੈਂ ਸਮਝਦਾ ਕਿ ਬਹੁਤ ਵੱਡਾ, ਜਿਨ੍ਹਾਂ ਨੇ ਚਾਹੇ ਉਹ ਚੱਕਲਾਂ ਦਾ ਕਬੱਡੀ ਕੱਪ ਹੋਵੇ ਚਾਹੇ ਖਾਬੜਿਆਂ ਦਾ ਕਬੱਡੀ ਕੱਪ ਹੋਵੇ, ਸਿਉਂ ਮਾਜਰੇ ਦਾ ਕਬੱਡੀ ਕੱਪ ਜਾਂ ਬਾਹਮਣ ਮਾਜਰੇ ਦਾ ਕਬੱਡੀ ਕੱਪ, ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਸਾਰਿਆਂ ਦੇ ਹੱਥੋਂ ਹੀ ਮਾਣ ਸਨਮਾਨ ਜਿਹੜਾ ਦਵਾਇਆ ਜਾਂਦਾ, ਇਹ ਇੱਕ ਸਾਡੇ ਇਲਾਕੇ ਦੀ ਨਵੀਂ ਪਿਰਤ ਹੈ। ਮੈਂ ਸਮਝਦਾ ਕਿ ਇਹ ਬਹੁਤ ਵੱਡਾ ਉਪਰਾਲਾ ਸਾਡੀ ਭਾਈਚਾਰਕ ਜਿਹੜੀ ਸਾਂਝ ਹੈ ਇਸ ਦੇ ਨਾਲ
ਹੋਰ ਮਜ਼ਬੂਤ ਹੁੰਦੀ ਹੈ। ਸੋ ਸਾਰੇ ਆਏ ਹੋਏ ਪਤਵੰਤ ਸੱਜਣਾਂ ਨੂੰ, ਦਰਸ਼ਕ ਵੀਰਾਂ ਨੂੰ ਅਤੇ ਗ੍ਰਾਮ ਪੰਚਾਇਤ ਸੋਲਖੀਆਂ ਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।